ਗਲੀਪ ਘਟਿਵਾਨਾਂ ਦਾ ਨੋਵਲ ਹੈ ਐਰ ਵੇਰ ਮਿਲਦੇ ਆ ਦਫ਼ਤਰ ਵਿੱਚ ਮੇਰਾ ਕਮਰਾ ਤੇ ਅਮਰੀਕ ਦਾ ਕਮਰਾ ਨਾਲੋਂ ਨਾਲ ਹਨ ਫਿਰ ਵੀ ਨਾ ਹੀ ਕਮਰਾ ਉਸ ਵੱਲ ਜਾ ਸਕਦਾ ਹੈ ਨਾ ਉਹ ਕਮਰਾ ਇਸ ਵੱਲ ਆ ਸਕਦਾ ਦੋਵਾਂ ਦੀ ਆਪਣੀ ਆਪਣੀ ਸੀਮਾ ਹੈ ਦੋਵਾਂ ਦੇ ਵਿਚਕਾਰ ਇੱਕ ਦੀਵਾਰ ਹੈ ਦੀਵਾਰ ਬੜੀ ਪਤਲੀ ਜਈ ਹੈ ਪੁੱਲਪਲੇਖੇ ਵੀ ਜੀ ਉੱਧਰ ਉਹਦਾ ਹੱਥ ਵੱਜਦਾ ਹੈ ਤੇ ਆਵਾਜ਼ ਮੇਰੇ ਕਮਰੇ 'ਚ ਪਹੁੰਚ ਜਾਂਦੀ ਹੈ। ਇੱਕ ਦਿਨ ਖਬਰੇ ਕੋਈ ਇਸ ਦੀਵਾਰ 'ਚੋਂ ਉਸ ਵਾਲੇ ਪਾਸੇ ਕਿੱਲ ਗੜ ਰਿਆ ਸੀ। ਮੇਰੇ ਕਮਰੇ ਦੀਆਂ ਸਾਰੀਆਂ ਦੀਵਾਰਾਂ ਧਮਕ ਰਹੀਆਂ ਸਨ। ਮੈਂ ਉੱਠ ਕੇ ਬਾਹਰ ਗਈ ਕਿ ਦੇਖਾਂ ਪਰ ਉਹਦੇ ਕਮਰੇ ਦੇ ਬੂਹੇ ਉੱਤੇ ਭਾਰੀ ਪਰਦਾ ਲਟਕ ਰਿਹਾ ਸੀ। ਮੈਂ ਪਰਤ ਆਈ। ਅੱਜਕੱਲ੍ਹ ਲੋਕ ਆਮੀ ਬੂਹੇ ਬਾਰੀਆਂ ਉੱਤੇ ਭਾਰੇ ਪਰਦੇ ਲਾਈ ਰੱਖਦੇ ਹਨ ਤਾਂ ਜੋ ਬਾਹਰੋਂ ਕਿਸੇ ਨੂੰ ਕੁਝ ਨਾ ਦੇ ਸੇ। ਪਰਦਾ ਤਾਂ ਮੇਰੇ ਕਮਰੇ ਦੇ ਬੂਹੇ ਅੱਗੇ ਵੀ ਹੈ ਮੈਨੂੰ ਖਿਆਲ ਆਇਆ ਕਦੇ ਕਦੇ ਜਦੋਂ ਕਿਸੇ ਗੱਲ ਨੂੰ ਚਪੜਾਸੀ ਨਾਲ ਉੱਚਾ ਬੋਲਦਾ ਮੈਂ ਕੰਮ ਕਰਦੀ ਕਲਮ ਰੱਖ ਕੇ ਬੈਠ ਜਾਂਦੀ ਆ ਮੇਰਾ ਮਨ ਕਰਦਾ ਹੈ ਉਹਨੂੰ ਪੁੱਛਾਂ ਕੀ ਗੱਲ ਹੋ ਗਈ ਪਰ ਫਿਰ ਖਿਆਲ ਆਉਂਦਾ ਹੈ ਉਹਨੂੰ ਸ਼ਾਇਦ ਇਹ ਚੰਗਾ ਨਾ ਲੱਗੇ ਕਿ ਜਦੋਂ ਚਪੜਾਸੀ ਨਾਲ ਉੱਚਾ ਬੋਲ ਰਿਹਾ ਸੀ ਤਾਂ ਮੈਂ ਸੁਣ ਰਹੀ ਸੀ ਉਸ ਨੂੰ ਤਾਂ ਇਸ ਗੱਲ ਦਾ ਖਿਆਲ ਵੀ ਨਹੀਂ ਰਹਿੰਦਾ ਕਿ ਉਹ ਡੂੰਘਾ ਸਾਬ ਵੀ ਭਰੇ ਤਾਂ ਨਾਲ ਦੇ ਕਮਰੇ 'ਚ ਸੁਣਾਈ ਦੇ ਜਾਂਦਾ ਹੈ ਇੱਕ ਦਿਨ ਮੇਰੇ ਕਮਰੇ 'ਚ ਚੱਲਦਾ ਪੱਖਾ ਬੰਦ ਹੋ ਗਿਆ ਸ਼ਾਇਦ ਬਿਜਲੀ ਚਲੀ ਗਈ ਸੀ ਕੁਝ ਮਿੰਟ ਮੈਂ ਉਹ ਦੇਖਦੀ ਰਹੀ ਫਿਰ ਗਰਮੀ ਤੋਂ ਕਬਰਾ ਕੇ ਮੈਂ ਕਮਰੇ ਤੋਂ ਬਾਹਰ ਵਾਰਾਂਡੇ ਵਿੱਚ ਆ ਗਈ ਜੋ ਦੋਹਾਂ ਕਮਰਿਆਂ ਦੇ ਅੱਗੇ ਸਾਂਝਾ ਹੈ ਮੈਨੂੰ ਪਤਾ ਸੀ ਉਹਦੇ ਕਮਰੇ ਦਾ ਪੱਖਾ ਵੀ ਬੰਦ ਹੋ ਗਿਆ ਹੋਵੇਗਾ ਫਿਰ ਵੀ ਮੈਂ ਜ਼ਰਾ ਕੋ ਉਹਦੇ ਕਮਰੇ ਅੰਦਰ ਝਾਕ ਕੇ ਪੁੱਛਿਆ ਤੁਹਾਡਾ ਪੱਖਾ ਚੱਲਦਾ ਹੈ ਮੇਰਾ ਭਾਵਸੀ ਜੇ ਨਹੀਂ ਚੱਲਦਾ ਤਾਂ ਤੂੰ ਵੀ ਸਾਂਝੇ ਵਾਰਾਂਡੇ ਚ ਆ ਜਾਵੇਂ ਜਦੋਂ ਅੰਦਰ ਹਮਸ ਹੋਵੇ ਤਾਂ ਪਲ ਦੇ ਪਲ ਲਈ ਬਾਹਰ ਆ ਜਾਣ ਵਿੱਚ ਕੋਈ ਡਰ ਨਹੀਂ ਹੁੰਦਾ ਨਹੀਂ ਪੱਖਾ ਤਾਂ ਨਹੀਂ ਚੱਲਦਾ ਪਰ ਮੈਂ ਪਿਛਲੀ ਬਾਰੀ ਖੋਲ ਲਈ ਹੈ ਉਹਨੇ ਆਖਿਆ ਪਰ ਮੈਨੂੰ ਖਬਰੇ ਪਿਛਲੀ ਬਾਰੀ ਦਾ ਖਿਆਲ ਹੀ ਨਹੀਂ ਸੀ ਆਇਆ ਇਸ ਲਈ ਮੈਂ ਕਮਰੇ ਤੋਂ ਬਾਹਰ ਆ ਗਈ ਸੀ ਇੱਕ ਦਿਨ ਕੰਮ ਕਰਦਿਆਂ ਮੇਰੇ ਹੱਥੋਂ ਕਲਮ ਡਿੱਗ ਪਈ ਨਿਬ ਵਿੰਗੀ ਹੋ ਗਈ ਉਸ ਦਿਨ ਮੈਨੂੰ ਖਿਆਲ ਆਇਆ ਸੀ ਉਹਦੇ ਕਮਰੇ ਵਿੱਚੋਂ ਕੋਈ ਕਲਮ ਮੰਗਵਾ ਲਵਾਂ ਪਰ ਇਸ ਡਰੋਂ ਕਿ ਖਬਰੀ ਉਹ ਆਖੇ ਜੇ ਕਿ ਮੇਰੇ ਕੋਲ ਵਾਧੂ ਕਲਮ ਨਹੀਂ ਮੈਂ ਇਹ ਹੌਸਲਾ ਨਾ ਕਰ ਸਕੇ ਬਹੁਤ ਵਾਰੀ ਇਉਂ ਹੀ ਹੁੰਦਾ ਹੈ ਕਿ ਅਸੀਂ ਆਪ ਹੀ ਸਵਾਲ ਕਰਦੇ ਹਾਂ ਤੇ ਆਪ ਹੀ ਉਹਦਾ ਜਵਾਬ ਦੇ ਲੈਂਦੇ ਹਾਂ ਕਦੇ-ਕਦੇ ਮੈਂ ਸੋਚਦੀ ਆਂ ਕਿ ਜੇ ਭਲਾਂ ਦੋਹਾਂ ਕਮਰਿਆਂ ਦੇ ਵਿੱਚ ਕਰ ਲਈਏ ਦੀਵਾਰ ਟੁੱਟ ਜਾਵੇ ਪਰ ਇਸ ਨਾਲ ਉਹਦਾ ਕਮਰਾ ਸਾਬਤ ਨਹੀਂ ਰਹਿ ਜਾਏਗਾ ਮੇਰਾ ਕਮਰਾ ਵੀ ਸਾਬਤ ਨਹੀਂ ਰਹਿ ਜਾਏਗਾ ਫਿਰ ਤਾਂ ਇਉਂ ਹੀ ਲੱਗਿਆ ਕਰੇਗਾ ਜਿਵੇਂ ਖੁੱਲਾ ਸਾਰਾ ਵੱਡਾ ਜਾਇਕੋ ਕਮਰਾ ਹੋਵੇ ਪਰ ਇਉਂ ਕਰਨਾ ਸ਼ਾਇਦ ਠੀਕ ਨਾ ਹੋਵੇ ਬਣਾਉਣ ਵਾਲੇ ਨੇ ਕੁਝ ਸੋਚ ਕੇ ਇਹ ਵੱਖੋ-ਵੱਖਰੇ ਬਣਾਈ ਹੋਣਗੇ ਕਦੇ-ਕਦੇ ਮੈਨੂੰ یوں ਲੱਗਦਾ ਹੈ ਜਿਵੇਂ ਮੈਂ ਇਸ ਪੱਕੀ ਸੀਮਿੰਟ ਦੀ ਦੀਵਾਰ ਦੇ ਵਿੱਚੋਂ ਦੀ ਦੇਖ ਸਕਦੀ ਆ। ਤਾਂ ਦੀ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਅਜੋ ਕੰਮ ਨਹੀਂ ਕਰ ਰਿਹਾ। ਕਦੇ ਛੱਤ ਵੱਲ ਤੱਕਣ ਲੱਗ ਜਾਂਦਾ ਹੈ ਤੇ ਕਦੇ ਹੱਥ ਦੀਆਂ ਲਕੀਰਾਂ ਵੱਲ। ਕਦੇ ਫਾਈਲਾਂ ਖੋਲ ਲੈਂਦਾ ਹੈ, ਕਦੇ ਬੰਦ ਕਰ ਲੈਂਦਾ ਹੈ। ਕਦੇ ਬੂਟ ਲਾ ਲੈਂਦਾ ਹੈ ਤੇ ਕਦੇ ਪਾ ਲੈਂਦਾ ਹੈ। ਕਦੇ-ਕਦੇ ਉਹ ਬਹੁਤ ਖੁਸ਼ ਹੁੰਦਾ ਹੈ। ਉਦੋਂ ਮੇਜ਼ ਉੱਤੇ ਪਏ ਪੇਪਰ ਵੇਟ ਨੂੰ ਘਮਾਉਣ ਲੱਗ ਜਾਂਦਾ ਹੈ। ਹੌਲੀ-ਹੌਲੀ ਸੀਟੀ ਮਾਰਦਾ ਹੈ। ਇਸ ਕੰਦ ਉੱਤੇ ਹੱਥ ਲਾ ਕੇ ਕੁਰਸੀ ਉੱਤੇ ਬੈਠਾ ਧਰਤੀ ਉੱਤੇ ਪੈਰ ਝੁਕ ਲੈਂਦਾ ਹੈ। ਉਸ ਵੇਲੇ ਮੈਂ ਇੱਧਰ ਜ਼ਰਾ ਵੀ ਖੜਾਕ ਨਹੀਂ ਹੋਣ ਦਿੰਦੀ। ਮਤਾਂ ਉਹ ਚੌਂਕ ਪਵੇ। ਕਦੇ-ਕਦੇ ਆਉਣ ਜਾਂ ਜਾਣ ਵੇਲੇ ਉਹ ਮੈਨੂੰ ਕਮਰੇ ਤੋਂ ਬਾਹਰ ਮਿਲ ਪੈਂਦਾ ਹੈ। ਸਣਾਓ ਕੀ ਹਾਲ ਹੈ? ਮੈਨੂੰ ਪੁੱਛਦਾ ਹੈ। ਠੀਕ ਹੈ। ਮੈਂ ਜ਼ਰਾ ਕੋ ਹੱਸ ਕੇ ਆਖਦੀ ਹਾਂ। ਉਹ ਆਪਣੇ ਕਮਰੇ 'ਚ ਚਲਿਆ ਜਾਂਦਾ ਹੈ ਤੇ ਮੈਂ ਆਪਣੇ ਕਮਰੇ ਵਿੱਚ ਨਾਉ ਕਮਰਾ ਇੱਧਰ ਆ ਸਕਦਾ ਹੈ ਨਾ ਹੀ ਕਮਰਾ ਉੱਧਰ ਜਾ ਸਕਦਾ ਹੈ ਦੋਹਾਂ ਦੀ ਆਪਣੀ ਆਪਣੀ ਸੀਮਾ ਹੈ ਦੋਹਾਂ ਦੇ ਵਿੱਚ ਇੱਕ ਕਾਰਕ ਦੀਵਾਰ ਹੈ ਵਿਚਕਾਰ ਭਾਵੇਂ ਦੀਵਾਰ ਹੈ ਪਰ ਫਿਰ ਵੀ ਜਿਸ ਦਿਨ ਉਹ ਦਫ਼ਤਰ ਨਾ ਆਵੇ ਆਪਣੇ ਕਮਰੇ 'ਚ ਨਾ ਬੈਠਾ ਹੋਵੇ ਮੈਨੂੰ ਕੁਝ ਅਜੀਬ ਅਜੀਬ ਜਿਹਾ ਲੱਗਦਾ ਉਸ ਦਿਨ ਮੈਂ ਕਈ ਵਾਰੀ ਖੜੀ ਦੇਖਦੀਆਂ ਕਈ ਵਾਰੀ ਪਾਣੀ ਪੀਂਦੀਆਂ ਲੋਕਾਂ ਨੂੰ ਟੈਲੀਫੋਨ ਕਰਦੀ ਰਹਿੰਦੀਆਂ ਇਕੱਠਾ ਹੋਇਆ ਪਿਛਲਾ ਕੰਮ ਵੀ ਮੁਕਾ ਸੁੱਟਦੀਆਂ ਅੱਜ Saab ਨਹੀਂ ਆਏ ਉਧਰੋਂ ਲੰਗਦੀ ਲੰਗਦੀ ਉਹਦੇ ਚਪੜਾਸੀ ਨੂੰ ਪੁੱਛਦੀਆਂ ਫਿਰ ਉਹ ਆਪ ਹੀ ਦੱਸ ਦਿੰਦਾ ਕਿ Saab ਬਾਹਰ ਗਏ ਹੋਏ ਹਨ ਕਿ Saab ਦੇ ਰਿਸ਼ਤੇਦਾਰ ਆਏ ਹੋਏ ਹਨ ਕਿ Saab ਦੀ ਤਬੀਅਤ ਠੀਕ ਨਹੀਂ ਕਿ Saab ਨੇ ਕਿੰਨੇ ਦਿਨ ਦੀ ਛੁੱਟੀ ਲਈ ਹੈ ਇਹਨਾਂ ਦਿਨਾਂ 'ਚ ਮੈਨੂੰ ਬੜੀਆਂ ਫਜ਼ੂਲ ਫਜ਼ੂਲ ਗੱਲਾਂ ਸੁਝਦੀਆਂ ਰਹਿੰਦੀਆਂ ਨੇ ਕਿ ਅੱਜ ਤੋਂ 100 ਸਾਲ ਪਹਿਲਾਂ ਇਸ ਕਮਰੇ ਵਿੱਚ ਕੌਣ ਬੈਠਦਾ ਹੋਵੇਗਾ ਅੱਜ ਤੋ 100 ਸਾਲ ਨੂੰ ਇਸ ਕਮਰੇ ਚ ਕੌਣ ਬੈਠਾ ਹੋਵੇਗਾ ਬੰਦੇ ਮਰਕਤ ਹੋ ਜਾਂਦੇ ਨੇ ਤੇ ਫਿਰ ਖਿਆਲ ਆਉਂਦਾ ਹੈ ਬੰਦੇ ਪੈਦਾ ਹੀ ਕਾ ਤੋ ਹੁੰਦੇ ਨੇ ਤੇ ਫਿਰ ਇਹਨਾਂ ਗੱਲਾਂ ਤੋਂ ਘਬਰਾ ਕੇ ਮੈਂ ਦਫ਼ਤਰ ਚ ਕੰਮ ਕਰਨ ਵਾਲੀਆਂ ਹੋਰਨਾਂ ਔਰਤਾਂ ਨੂੰ ਮਿਲਣ ਤੁਰੀ ਰਹਿੰਦੀ ਆਂ ਆਈ ਨਹੀਂ ਐਨੇ ਦਿਨ ਪਤਾ ਹੋਣ ਦੇ ਬਾਵਜੂਦ ਮੈਂ ਉਹਨੂੰ ਪੁੱਛਦੀ ਆਂ ਬਿਮਾਰ ਸੀ ਉਹ ਆਖਦਾ ਹੁਣ ਤਾਂ ਠੀਕ ਹੋ ਹਾਂ ਠੀਕ ਆ ਮਿਹਰਬਾਨੀ ਆਖੂ ਆਪਣੇ ਕਮਰੇ 'ਚ ਚਲਾ ਜਾਂਦਾ ਹੈ ਤੇ ਮੈਂ ਆਪਣੇ ਕਮਰੇ 'ਚ ਚਲੀ ਜਾਂਦੀ ਹਾਂ ਉਹ ਆਪਣਾ ਕੰਮ ਕਰਨ ਲੱਗ ਜਾਂਦਾ ਹੈ ਤੇ ਮੈਂ ਆਪਣਾ ਇੱਕ ਵਾਰੀ ਮੈਂ ਕਈ ਦਿਨ ਛੁੱਟੀ ਉੱਤੇ ਰਹੀ ਬੀਬੀ ਜੀ ਆ ਨਹੀਂ ਰਹੇ ਉਹਨੇ ਮੇਰੇ ਚਪੜਾਸੀ ਨੂੰ ਪੁੱਛਿਆ ਉਹ ਜੀ ਬਿਮਾਰ ਨੇ ਉਹਨੇ ਦੱਸਿਆ ਅੱਛਾ ਅੱਛਾ ਆਖੂ ਆਪਣੇ ਕਮਰੇ 'ਚ ਚਲਾ ਗਿਆ ਡਾਕ ਦੇਣ ਆਏ ਚਪੜਾਸੀ ਨੇ ਮੈਨੂੰ ਇਹ ਦੱਸਿਆ ਅਗਲੇ ਦਿਨ ਜਦੋਂ ਬੁਖਾਰ ਜ਼ਰਾ ਘਟ ਸੀ ਮੈਂ ਦਫ਼ਤਰ ਆ ਗਈ। ਉਹਨੂੰ ਸ਼ਾਇਦ ਪਤਾ ਨਹੀਂ ਸੀ। ਉਸ ਦਿਨ ਉਹਨੇ ਦੋ ਤਿੰਨ ਵਾਰ ਚਪੜਾਸੀ ਨੂੰ ਡਾਂਟਿਆ। ਕਈ ਵਾਰੀ ਕਾਗਜ਼ ਫਾੜੇ ਜਿਵੇਂ ਗਲਤ ਲਿਖਿਆ ਗਿਆ ਹੋਵੇ। ਇੱਕ ਦੋ ਮਿਲਣ ਆਇਆਂ ਨੂੰ ਵੀ ਕਹਾ ਭੇਜਿਆ ਕਿ ਕਿਸੇ ਦਿਨ ਫੇਰ ਆਉਣਾ। ਕਿਸੇ ਕੰਮ ਉਹ ਕਮਰੇ ਤੋਂ ਬਾਹਰ ਗਿਆ। ਮੈਂ ਵੀ ਕਿਸੇ ਕੰਮ ਬਾਹਰ ਨਿਕਲੀ। ਆਈ ਨਹੀਂ ਕਈ ਦਿਨ ਉਹਨੇ ਜਾਣਦਿਆਂ ਹੋਇਆਂ ਪੁੱਛਿਆ। ਬਿਮਾਰ ਸੀ। ਹੁਣ ਤਾਂ ਠੀਕ ਹੋ? ਹਾਂ ਠੀਕ ਆ ਮਿਹਰਬਾਨੀ ਆਖ ਮੈਂ ਆਪਣੇ ਕਮਰੇ 'ਚ ਚਲੀ ਗਈ ਤੇ ਉਹ ਆਪਣੇ ਕਮਰੇ 'ਚ ਚਲਾ ਗਿਆ ਨਾ ਇਹ ਕਮਰਾ ਉਧਰ ਜਾ ਸਕਦਾ ਹੈ ਨਾ ਉਹ ਕਮਰਾ ਇਧਰ ਆ ਸਕਦਾ ਹੈ ਦੋਵਾਂ ਦੀ ਆਪਣੀ ਆਪਣੀ ਸੀਮਾ ਹੈ ਦੋਵਾਂ ਵਿਚਕਾਰ ਇੱਕ ਦੀਵਾਰ ਹੈ ਇੱਕ ਕਮਰਾ ਅਮਰੀਕ ਦਾ ਹੈ ਇੱਕ ਕਮਰਾ ਮੇਰਾ ਹੈ ਫਿਰ ਵੀ ਮੈਂ ਸੋਚਦੀ ਹਾਂ ਕਿ ਇੰਨਾ ਵੀ ਕੀ ਘਟ ਹੈ ਕਿ ਦੋਨੋਂ ਕਮਰੇ ਨਾਲੋਂ ਨਾਲ ਹਨ ਵਿਚਕਾਰਿਕ ਸਿਰਫ ਦੀਵਾਰ ਹੀ ਤਾਂ ਹੈ ਮੈਂ ਨਨਾਨ ਦੇ ਵਿਆਹ ਗਈ ਹੋਈ ਸੀ ਕੁਝ ਦਿਨ ਪਹਿਲੇ ਗਈ ਤੇ ਕੁਝ ਦਿਨ ਮਗਰੋਂ ਰਹੀ ਜਿਸ ਕਰਕੇ ਕਈ ਦਿਨ ਲੱਗ ਗਏ ਕਈ ਦਿਨ ਮਗਰੋਂ ਦਫ਼ਤਰ ਗਈ ਤਾਂ ਪਤਾ ਲੱਗਿਆ ਅਮਰੀਕ بیمار ਹੋ ਗਿਆ ਹੈ ਇਲਾਜ ਲਈ ਪਹਿਲੇ ਬੰਬਈ ਤੇ ਉੱਥੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਚ ਲੱਗਿਆ ਹੈ ਕਹਿੰਦੇ ਨੇ ਉੱਥੇ ਉਹਦਾ ਭਰਾ ਬੜਾ ਵੱਡਾ ਡਾਕਟਰ ਹੈ ਕੋਈ ਖਾਸ ਹੀ ਗੱਲ ਹੋਣੀ ਐ ਜੋ ਤੈਨੂੰ ਅਮਰੀਕਾ ਜਾਣਾ ਪਿਆ ਕਿਦਰੇ ਕੈਂਸਰ ਤਾਂ ਨਹੀਂ ਹੋ ਗਿਆ ਸੋਚਦਿਆਂ ਮੈਂ ਬਹੁਤ ਚਿੰਤਾ ਲਾ ਗਈ ਮੈਂ ਤੇਰੇ ਘਰ ਜਾ ਕੇ ਪੁੱਛਣਾ ਚਾਹੁੰਦੀ ਆ ਕਿ ਹੁਣ ਤੇਰਾ ਕੀ ਹਾਲ ਐ ਪਰ ਨਹੀਂ ਜਾਂਦੀ ਇਸ ਲਈ ਕਿ ਤੇਰੇ ਘਰ ਦੇ ਪੁੱਛਣਗੇ ਮੈਂ ਕੌਣ ਆ ਤੇ ਮੇਰੇ ਮੂੰਹ ਤੋਂ ਪਤਾ ਨਹੀਂ ਕੀ ਕੀ ਪੜਨ ਦੀ ਕੋਸ਼ਿਸ਼ ਕਰਨਗੇ ਮੈਂ ਤੈਨੂੰ ਖੱਤ ਲਿਖਣਾ ਚਾਹੁੰਦੀ ਆ ਕਿ ਮੈਂ ਦੁਆ ਕਰਦੀ ਆ ਕਿ ਤੂੰ ਜੀਤੀ ਠੀਕ ਹੋ ਜਾਵੇਂ ਪਰ ਮੇਰੇ ਕੋਲ ਤੇਰਾ ਐਡਰੈਸ ਹੀ ਨਹੀਂ ਮੇਰਾ ਮਨ ਬਹੁਤ ਦਹਿਲਿਆ ਰਹਿੰਦਾ ਹੈ ਕਿ ਕਿਦਰੇ ਕੋਈ ਇਹ ਨਾ ਆ ਕੇ ਆਖ ਦੇਵੇ ਕਿ ਤੂੰ ਹੁਣ ਨਹੀਂ ਰਿਹਾ ਜੇ ਤੇਰੀ ਉਮਰ ਸਾਰੀ ਮੁੱਕ ਗਈ ਹੈ ਥੋੜੀ ਜੀ ਉਮਰ ਲੈ ਲੈ ਤੇਰਾ ਮਰਨਾ ਮੇਰੇ ਕੋਲੋਂ ਜਰਿਆ ਨਹੀਂ ਜਾਣਾ ਤੂੰ ਸੋਚੇਂਗਾ ਇਹ ਆਖਣ ਵਾਲੀ ਮੈਂ ਤੇਰੀ ਕੌਣ ਆ ਨਹੀਂ ਜਾਣਦੀ ਮੈਂ ਤੇਰੀ ਕੌਣ ਆ ਦਫਤਰ ਜਾਂਦੀਆਂ ਤਾਂ ਅਜੀਬ-ਅਜੀਬ ਲੱਗਦਾ ਜਿਵੇਂ ਸਭ ਕੁਝ ਹੀ ਬੇਮਤਲਬ ਜਿਹਾ ਹੋ ਗਿਆ ਹੈ। ਬੇਵਕੂਫਾਂ ਵਾਂਗ ਤੇਰੇ ਚਪੜਾਸੀ ਵੱਲ ਦੇਖਦੀਆਂ ਕਿ ਆਪੇ ਤੇਰੀ ਸੁਖ-ਸ਼ਾਂਤੀ ਕੋਈ ਖਬਰ ਦੱਸ ਦੇਵੇ। ਪਰ ਅੱਜ ਤਾਂ ਉਹ ਆਪਣੇ ਧਿਆਨ ਤੁਰਿਆ ਜਾ ਰਿਹਾ ਸੀ। ਕਿਸੇ ਸਾਥ ਦਾ ਬਿਮਾਰ ਹੋ ਜਾਣਾ ਜਾਂ ਛੁੱਟੀ ਲੈ ਜਾਣਾ ਉਸ ਲਈ ਸ਼ਾਇਦ ਕੋਈ ਖਾਸ ਗੱਲ ਨਹੀਂ ਸੀ। ਮੈਂ ਆਪ ਹੀ ਪੁੱਛ ਲਿਆ। ਰਾਮ ਲਾਲ ਤੇਰੇ ਸਾਥ ਦਾ ਹੁਣ ਕੀ ਹਾਲ ਹੈ? ਅਮਰੀਕਾ ਚਲੇ ਗਈ 2 ਮਹੀਨੇ ਦੀ ਛੁੱਟੀ ਲੈ ਰੱਖੀ ਹੈ रामलाल ਦਾ ਜਵਾਬ ਸੀ ਹੁਣ ਤਾਂ ਇਸ ਕਮਰੇ ਵਿੱਚ ਕੋਈ ਦੂਸਰਾ ਸਾਹਿਬ ਬੈਠੇਗਾ ਜੋ ਉਨकी ਜਗ੍ਹਾ ਕੰਮ ਕਰੇਗਾ रामलाल ਸਹਿਜ ਸੁਭਾ ਆਖ ਗਿਆ ਇਸ ਕਮਰੇ ਵਿੱਚ ਹੁਣ ਕੋਈ ਦੂਸਰਾ ਬੈਠੇਗਾ ਗਲਤ ਤਾਂ ਕੁਝ ਨਹੀਂ ਪਰ ਜਿਵੇਂ ਜ਼ਿੰਦਗੀ ਦੀ ਛਿੰ ਪੰਗਰਤਾ ਦਾ ਪਹਿਲੀ ਵਾਰ ਹੀ ਅਹਿਸਾਸ ਹੋਇਆ ਜਦੋਂ ਕੋਈ ਚਲਿਆ ਜਾਂਦਾ ਹੈ ਉਹਦੀ ਥਾਂ ਕੋਈ ਹੋਰ ਆ ਜਾਂਦਾ ਹੈ ਜ਼ਿੰਦਗੀ ਨਿਰੰਤਰ ਤੁਰਦੀ ਰਹਿੰਦੀ ਹੈ ਵਕਤ ਜਿਵੇਂ ਖੜੋ ਗਿਆ ਕਾਂਤਾ ਯਾਦ ਆਈ ਉਹ ਕਿਧਰੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਹੀ ਰਹਿੰਦੀ ਹੈ ਮੇਰੀ ਕਲਾਸ ਫੈਲੋ ਕਾਂਤਾ ਮਨ ਆਇਆ ਮਨ ਕੋਇਆ ਉਹਨੂੰ ਲਿਖਾਂ ਉਹ ਪਤਾ ਕਰੇ ਕਿ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਕਿਸੇ ਹਸਪਤਾਲ ਬਿਮਾਰ ਪਏ ਅਮਰੀਕ ਦਾ ਹੁਣ ਕੀ ਹਾਲ ਹੈ ਪਰ ਉਹ ਪੁੱਛੇਗੀ ਮੇਰਾ ਉਹ ਕੌਣ ਹੈ ਕੀ ਕੋਈ ਅਜਿਆ ਰਿਸ਼ਤਾ ਨਹੀਂ ਹੁੰਦਾ ਜਿਹਦਾ ਕੋਈ ਨਾਮ ਨਹੀਂ ਹੁੰਦਾ ਮਨ ਹੀ ਮਨ ਮੈਂ ਨਿਊਯਾਰਕ ਜਾਂਦੀ ਹਾਂ ਹਸਪਤਾਲਾਂ ਚੋਂ ਨੂੰ ਟੋਲਦੀ ਹਾਂ ਕੀ ਹਾਲ ਹੈ ਵਾਪਸ ਕਦੋਂ ਆਉਣਾ ਹੈ ਮੈਂ ਪੁੱਛਦੀ ਹਾਂ ਦੇਖੋ ਉਹਦਾ ਜਵਾਬ ਬੇਵਸਾਇਆ ਜਿਹਾ ਹੈ ਕਿ ਉਹ ਹੁਣ ਕਦੇ ਨਹੀਂ ਆਏਗਾ ਅਣਜਾਣੇ ਮੁਲਕ ਦੇ ਅਣਜਾਣੇ ਹਸਪਤਾਲ ਚ ਪਿਆ ਉਹ ਕੀ ਸੋਚਦਾ ਹੋਵੇਗਾ ਕਿ ਉਹਦਾ ਮਨ ਨਹੀਂ ਕਰਦਾ ਕਿ ਮੈਂ ਉਹਦੀ ਖਬਰ ਪੁੱਛਣ ਆ ਜਾਵਾਂ ਕਿਉਂ ਨਹੀਂ ਸੋਚਦਾ ਕਿ ਮੈਂ ਉਹਦੇ ਬਾਰੇ ਸੋਚਦੀ ਹੋਵਾਂਗੀ ਇੱਕ ਦਿਨ ਹੌਸਲਾ ਕਰਕੇ ਦਫ਼ਤਰ ਵਿੱਚੋਂ ਕਿਸੇ ਕੋਲੋਂ ਮੈਂ ਉਹਦਾ ਨਿਊਯਾਰਕ ਦੇ ਹਸਪਤਾਲ ਦਾ ਪਤਾ ਪੁੱਛਦੀ ਆਂ ਦਫ਼ਤਰ ਦਾ ਬੰਦਾ ਹੈਰਾਨ ਹੋ ਕੇ ਮੇਰੇ ਵੱਲ ਝਾਕਦਾ ਤੇ ਇੱਕ ਕਾਗਜ਼ ਉੱਪਰ ਪਤਾ ਨੋਟ ਕਰ ਦਿੰਦਾ ਕਾਗਜ਼ ਤਿਆਰ ਕਰਕੇ ਮੈਂ ਪਰ ਸਵਿਚ ਪਾ ਲਿਆ ਅੱਜ ਸਾਰਾ ਦਿਨ ਦਫ਼ਤਰ ਦਾ ਕੋਈ ਕੰਮ ਨਹੀਂ ਕੀਤਾ ਕਈ ਵਾਰੀ ਉਹਨੂੰ ਚਿੱਠੀ ਲਿਖੀ ਤੇ ਕਈ ਵਾਰ ਫਾੜੀ ਅਖੀਰ ਲਿਖਿਆ ਤੁਹਾਡਾ ਹੁਣ ਕੀ ਹਾਲ ਹੈ ਇਹ ਚੰਗਾ ਨਹੀਂ ਲੱਗਦਾ ਕਿ ਤੁਸੀਂ ਹੁਣ ਦਫ਼ਤਰ ਨਹੀਂ ਆਉਂਦੇ ਦੁਆ ਕਰਦੀ ਹਾਂ ਤੁਸੀਂ ਛੇਤੀ ਠੀਕ ਹੋ ਜਾਓ ਫਿਰ ਚਿੱਠੀ ਲਿਫਾਫੇ 'ਚ ਪਾ ਦਿੱਤੀ ਪਤਾ ਵੀ ਲਿਖ ਦਿੱਤਾ ਪਰ ਕਿਸੇ ਨੂੰ ਪੋਸਟ ਕਰਨ ਲਈ ਨਹੀਂ ਦੇ ਸਕੀ ਲੱਗਦਾ ਸੀ ਕੋਈ ਦੇਖੇਗਾ ਕਿ ਮੈਂ ਅਮਰੀਕ ਨੂੰ ਖਤ ਲਿਖਿਆ ਸੋਚਿਆ ਘਰ ਨੂੰ ਪਰਤ ਦੇ ਰਾਹ ਵਿੱਚ ਪੋਸਟ ਕਰ ਦਿਆਂਗੀ ਪਰ 4 ਵਜੇ ਮੇਰਾ ਪਤੀ ਰਜਿੰਦਰ ਮੈਨੂੰ ਲੈਣ ਆ ਗਿਆ ਇਹਨਾਂ ਦੇ ਕੁਲੀਗ ਦੀ ਲੜਕੀ ਦਾ ਵਿਆਹ ਸੀ ਉਹਦੇ ਘਰੋਂ ਹੁੰਦੇ ਜਾਣਾ ਸੀ ਵਿਆਹ ਵਾਲੇ ਘਰ ਬਿੰਦ ਚਟ ਰਸਮੀ ਜੀਆਂ ਗੱਲਾਂ ਕਰਕੇ ਅਸੀਂ ਘਰ ਨੂੰ ਪਰਤ ਪਏ ਰਾਹ ਵਿੱਚੋਂ ਸੋਚਿਆ ਫਰੂਟ ਤੇ ਸਬਜ਼ੀ ਵੀ ਲੈ ਜਾਈਏ ਪੈਸੇ ਦੇਣ ਲੱਗੀ ਤਾਂ ਇਹਨਾਂ ਦੀ ਨਜ਼ਰ ਚਿੱਠੀ ਉੱਪਰ ਪੈ ਗਈ ਲਾਲ ਨੀਲੇ ਹਾਸ਼ੀਏ ਵਾਲਾ ਲਿਫਾਫਾ ਦਿਸ ਵੀ ਤਾਂ ਅਲੱਗ ਹੀ ਜਾਂਦਾ ਹੈ ਕਿਹਦੀ ਚਿੱਠੀ ਹੈ ਇਹਨਾਂ ਨੇ ਚਿੱਠੀ ਵੱਲ ਹੱਥ ਵਧਾ ਕੇ ਪੁੱਛਿਆ ਮੈਂ ਘਬਰਾ ਜੀ ਗਈ ਪੌਣੀ ਹੈ ਮੈਂ ਦੱਸਿਆ ਕਿਸ ਨੂੰ ਇਹਨਾਂ ਨੇ ਪਰਸ ਵਿੱਚੋਂ ਚਿੱਠੀ ਫੜਦਿਆਂ ਪੁੱਛਿਆ ਮੇਰੇ ਕੁਲੀਗ ਮਿਸਟਰ ਅਮਰੀਕ ਬਹੁਤ ਬਿਮਾਰ ਹਨ ਅਮਰੀਕਾ ਨਿਊਯਾਰਕ ਵਿੱਚ ਸ਼ਾਇਦ ਬਚਣੀ ਨਾ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਮੈ ਕਾਲੀ ਕਾਲੀ ਕਿੰਨਾਂ ਹੀ ਕੁਝ ਆਖ ਲਈ ਤੇ ਜਦੋਂ ਚਿੱਠੀ ਖੋਲ ਕੇ ਪੜਨ ਲੱਗ ਪਈ ਮੈਂ ਗੱਲ ਵਿੱਚ ਹੀ ਭੁੱਲ ਗਈ ਚਿੱਠੀ ਪੜ ਕੇ ਉਹ ਮੇਰੇ ਵੱਲ ਝਾਕ ਕੇ ਤੇ ਚਿੱਠੀ ਮੈਨੂੰ ਵਾਪਸ ਕਰ ਦਿੱਤੀ ਫਿਰ ਘਰ ਤੱਕ ਆਉਂਦੀ ਉਹ ਕੁਝ ਨਹੀਂ ਬੋਲੀ ਸਕੂਟਰ ਦੇ ਪਿੱਛੇ ਬੈਠੀ ਮੈਂ ਡਰ ਵੀ ਰਹੀ ਸੀ ਤੇ ਨਾਲ ਹੀ ਸੋਚ ਰਹੀ ਸੀ ਕਿਸੇ ਦਾ ਹਾਲ ਪੁੱਛ ਲੈਣਾ ਗੁਨਾਹ ਤਾਂ ਨਹੀਂ ਕਿਸੇ ਲਈ ਦੁਆ ਕਰਨੀ ਕੀ ਮਾੜੀ ਗੱਲ ਹੈ ਤੇ ਕਿਸੇ ਦਾ ਦਫ਼ਤਰ ਨਾ ਆਉਣਾ ਜੇ ਮੈਨੂੰ ਚੰਗਾ ਨਹੀਂ ਲੱਗਿਆ ਤੈ ਸੁਭਾਵ ਬਗਲ ਸੀ ਫਿਰ ਮੈਂ ਕਬਰਾਂ ਕਿਉ ਰਹੀ ਸੀ ਕਬਰਾਂ ਨਹੀਂ ਸੀ ਰਹੀ ਸ਼ਾਇਦ ਕਬਰਾਈ ਰਹੀ ਸੀ ਘਰ ਜਾ ਕੇ ਵੀ ਇਹਨਾਂ ਨੇ ਮੇਰੇ ਕੋਲੋਂ ਹੋਰ ਕੁਝ ਨਹੀਂ ਪੁੱਛਿਆ ਮੈਂ ਕਿਵੇਂ ਦੱਸਦੀ ਕਿ ਸਾਡੇ ਵਿੱਚ ਘਰ ਕੋਈ ਅਜੀਬ ਗੱਲ ਨਹੀਂ ਘਰ ਪਹੁੰਚ ਕੇ ਇਹਨਾਂ ਨੇ ਹਮੇਸ਼ਾ ਵਾਂਗ ਹੀਟਰ ਨਹੀਂ ਜਗਾਇਆ ਚਾਹ ਬਣਾਉਣ ਲਈ ਨਹੀਂ ਆਖਿਆ ਕੱਪੜੇ ਨਹੀਂ ਬਦਲੇ ਚਾਹ ਬਣਾਉਂਦੀ ਨੇ ਮੈਂ ਦੇਖਿਆ ਉਹ ਬਾਹਰਲੇ ਗੇਟ ਵੱਲ ਜਾ ਰਹੀ ਸੀ ਮੈਂ ਸੋਚਿਆ ਗੇਟ ਬੰਦ ਕਰਨ ਗਏ ਹਨ ਪਰ ਉਹ ਗੇਟ ਲੰਗ ਗਏ ਅੱਧਾ ਪੌਣਾ ਘੰਟਾ ਹੋ ਗਿਆ ਉਹ ਪਰਤੇ ਨਹੀਂ ਤਰ੍ਹਾਂ ਤਰ੍ਹਾਂ ਦੇ ਖਿਆਲ ਮੈਨੂੰ ਪਰੇਸ਼ਾਨ ਕਰਦੇ ਰਹੇ ਸ਼ੁਕਰ ਹੈ ਉਹ ਪਰਤਾਈ ਕਿੱਥੇ ਗਈ ਸੀ ਮੈਂ ਘਬਰਾ ਕੇ ਪੁੱਛਿਆ ਤੇਰਾ ਖਤ ਪੋਸਟ ਕਰਨ ਗਿਆ ਸੀ ਤੇਰੇ ਪਰਸ ਵਿੱਚੋਂ ਲੈ ਕੇ ਉਹਨਾਂ ਨੇ ਆਖਿਆ ਮੈਂ ਪਹਿਲੀ ਵਾਰੀ ਅਮਰੀਕਾ ਨੂੰ ਇੱਕ ਹੱਥ ਲਿਖਿਆ ਮੈਂ ਆਪ ਹੀ ਦੱਸਿਆ ਮੈਂ ਤਾਂ ਹੀ ਤੇਰੇ ਕੋਲੋਂ ਨਹੀਂ ਪੁੱਛਿਆ ਉਹ ਬੋਲੇ ਅਮਰੀਕ ਹੋਰੀ ਬਹੁਤ ਅੱਛੇ ਬੰਦੇ ਨੇ ਮੈਂ ਸਫਾਈ ਦੇਣ ਵਾਂਗ ਆਖਿਆ ਤਾਂ ਦੀ ਤਾਂ ਤੈਨੂੰ ਚੰਗੇ ਲੱਗਦੇ ਨੇ ਉਹਨਾਂ ਨੇ ਬਹੁਤ ਗੰਭੀਰ ਹੋ ਕੇ ਆਖਿਆ ਨਹੀਂ ਮੇਰਾ ਮਤਲਬ ਹੈ ਉਹ ਗਲਤ ਬੰਦਾ ਨਹੀਂ ਜਿਹੜਾ ਚੰਗਾ ਲੱਗਦਾ ਹੋਵੇ ਉਹਦਾ ਕੁਝ ਵੀ ਗਲਤ ਨਹੀਂ ਲੱਗਦਾ ਹੁੰਦਾ ਫਿਰ ਤੇਰਾ ਉਸ ਨਾਲ ਕੀ ਰਿਸ਼ਤਾ ਹੈ ਅ ਫੇਰ ਚੱਲ ਰਿਹਾ ਨਾ ਨਹੀਂ ਐਸੀ ਗੱਲ ਨਹੀਂ ਤੁਸੀਂ ਗਲਤ ਸਮਝ ਰਹੇ ਹੋ ਉਹ ਸੀਰੀਅਸ ਹੋ ਕੇ ਬੋਲੀ ਜਿਹੜਾ ਚੰਗਾ ਲੱਗਦਾ ਉਹਦਾ ਕੁਝ ਵੀ ਗਲਤ ਨਹੀਂ ਲੱਗਦਾ ਹੁੰਦਾ ਨਹੀਂ ਐਸੀ ਗੱਲ ਨਹੀਂ ਤੁਸੀਂ ਗਲਤ ਸਮਝ ਰਹੇ ਹੋ ਫਿਰ ਤੂੰ ਤੇਰਾ ਉਸ ਨਾਲ ਕੀ ਰਿਸ਼ਤਾ ਹੈ ਅ ਫਿਰ چل ਰਿਹਾ ਨਾ ਉਹ ਸੀਰੀਅਸ ਹੋ ਕੇ ਬੋਲੀ ਨਹੀਂ ਮੈਂ ਝੂਠ ਨਹੀਂ ਬੋਲ ਰਹੀ ਮੈਂ ਝੁੰਝਲਾ ਕੇ ਆਖਿਆ ਤੂੰ ਝੂਠ ਜਿਉਂਦੀ ਵੀ ਰਹੀ ਹੈ ਮੈਂ ਸਮਝਦਾ ਸੀ ਤੂੰ ਆਪਣੇ ਘਰ ਨਾਲ ਆਪਣੇ ਆਦਮੀ ਨਾਲ ਆਪਣੀ ਜ਼ਿੰਦਗੀ ਨਾਲ ਖੁਸ਼ ਹੈ ਹਾਂ ਹਾਂ ਮੈਂ ਆਪਣੇ ਘਰ ਨਾਲ ਆਪਣੇ ਆਦਮੀ ਨਾਲ ਆਪਣੀ ਜ਼ਿੰਦਗੀ ਨਾਲ ਖੁਸ਼ ਹਾਂ ਮੈਂ ਛੱਟਪਟਾ ਕੇ ਆਖਿਆ ਜੀ ਆਪਣੇ ਘਰ ਨਾਲ ਆਪਣੇ ਆਦਮੀ ਨਾਲ ਤੇ ਆਪਣੀ ਜ਼ਿੰਦਗੀ ਨਾਲ ਖੁਸ਼ ਹੁੰਦੀ ਫਿਰ ਇਉਂ ਬਾਹਰ ਇਹ ਗੱਲਾਂ ਆਖ ਕੇ ਤੁਸੀਂ ਮੇਰੀ ਇਨਸਲਟ ਕਰ ਰਹੇ ਹੋ ਮੈਂ ਗੱਲ ਟੋਟ ਕੇ ਆਖਿਆ ਤੂੰ ਖੁਦ ਆਪਣੀ ਇਨਸਲਟ ਕਰਦੀ ਰਹੀ ਹੈ ਨਹੀਂ ਨਹੀਂ ਇਹ ਠੀਕ ਨਹੀਂ ਇਸ ਤਰ੍ਹਾਂ ਚਿੱਲਾਣ ਨਾਲ ਤੇ ਕੁਝ ਬਦਲ ਨਹੀਂ ਜਾਂਦਾ ਅਫਸੋਸ ਸਿਰਫ ਮੈਨੂੰ ਇਹ ਹੈ ਕਿ ਜਿੰਨਾ ਭਰੋਸਾ ਮੈਂ ਤੇਰੇ ਤੇ ਕੀਤਾ ਤੂੰ ਉਹਦੇ ਕਾਬਲ ਨਹੀਂ ਹੈ ਮੈਂ ਉਸੇ ਦਿਨ ਵਰਮੇ ਦੀ ਗੱਲ ਸਮਝ ਹੀ ਨਹੀਂ ਸੀ ਸਕਿਆ ਜਦੋਂ ਉਹਨੇ ਆਖਿਆ ਸੀ ਭਾਬੀ ਨੂੰ ਆਖੋ ਮਿਸਟਰ ਅਮਰੀਕ ਤੋਂ ਮੇਰੇ ਸਾਲੇ ਦਾ ਕੰਮ ਕਰਵਾ ਦੇਵੇ ਇਹਨਾਂ ਦਾ ਆਖਿਆ ਉਹ ਨਹੀਂ ਮੁੜੇਗਾ ਮੈਨੂੰ ਨਹੀਂ ਸੀ ਪਤਾ ਪਲੀਜ਼ ਰੱਬ ਦੇ ਵਾਸਤੇ ਚੁੱਪ ਕਰ ਜਾਓ ਆਖ ਕੰਨਾਂ ਤੇ ਹੱਥ ਧਰ ਮੈਂ ਕਮਰੇ ਤੋਂ ਬਾਹਰ ਚਲੀ ਗਈ ਰਸੋਈ 'ਚ ਜਾ ਕੇ ਚਾਹ ਬਣਾਉਣ ਲੱਗ ਪਈ ਚਾਹ ਉਹ ਨਾ ਨਹੀਂ ਪੀਤੀ ਰਾਤ ਦੀ ਰੋਟੀ ਵੀ ਨਹੀਂ ਖਾਦੀ ਦੋ ਤਿੰਨ ਵਾਰ ਆਖਣ ਤੇ ਵੀ ਨਹੀਂ ਖਾਦੀ ਅੱਜ ਉਹ ਸਟੱਡੀ ਰੂਮ ਵਿੱਚ ਹੀ ਦੀਵਾਨ ਉੱਪਰ ਪੈ ਗਏ ਹਨ ਸੋਚਦੀਆਂ ਸਾਡੇ ਰਿਸ਼ਤਿਆਂ ਦੀਆਂ ਬੁਨਿਆਦਾਂ ਕਿੰਨੀਆਂ ਕੱਚੀਆਂ ਹਨ ਜਿਸ ਆਦਮੀ ਨੂੰ ਮੈਂ ਇੰਨਾ ਆਪਣਾ ਸਮਝਦੀ ਸੀ ਕਿੰਨੀ ਛੇਤੀ ਬੇਗਾਨਾ ਬਣ ਗਿਆ ਕੀ ਆਪਣੀ ਮਰਜ਼ੀ ਕਰਨ ਦਾ ਮੈਨੂੰ ਇੰਨਾ ਕੋਈ ਹੱਕ ਨਹੀਂ ਕਿ ਕਿਸੇ ਨੂੰ ਇੱਕ ਖੱਤ ਵੀ ਲਿਖ ਸਕਾਂ ਕਿ ਮੇਰੀ ਕਾਇਆ ਇੱਡੀ ਕੱਚੀ ਹੈ ਕਿ ਕਿਸੇ ਹੋਰ ਦਾ ਖਿਆਲ ਆਉਣ ਨਾਲ ਹੀ ਮੈਲੀ ਹੋ ਜਾਏਗੀ ਬਸ ਇਹੀ ਹੈ ਮੇਰਾ ਮੁੱਲ ਕਿ ਲਛਮਣ ਰੇਖਾ ਤੋਂ ਪਾਰ ਚੱਕਣਾਂ ਲਈ ਬੇਮਾਨੀ ਹੋ ਜਾਂਦੀ ਹੈ ਇਹੀ ਹੈ ਮੇਰਾ ਮੁੱਲ ਕਿ ਕਿਸੇ ਵੀ ਨਿੱਕੀ ਮੂਟੀ ਗੱਲ ਲਈ ਤ੍ਰਸਕਾਰਿਆ ਜਾ ਸਕਦਾ ਹੈ ਠੁਕਰਾਇਆ ਜਾ ਸਕਦਾ ਹੈ ਕਿਸ ਭਰੋਸੇ 'ਚ ਘਰ ਨੂੰ ਮੈਂ ਆਪਣਾ ਘਰ ਆਖਦੀ ਸੀ ਕਿਸ ਭਰੋਸੇ 'ਚ ਆਦਮੀ ਨੂੰ ਮੈਂ ਆਪਣਾ ਆਦਮੀ ਆਖਦੀ ਸੀ ਮਨ ਕਰਦਾ ਮੈਂ ਪਹਿਲਾਂ ਵਰਗਾ ਹੀ ਮਨ ਕਰਦਾ ਪਹਿਲਾਂ ਵਰਗਾ ਹੀ ਸਮਾਂ ਹੋਵੇ ਪਹਿਲਾਂ ਵਾਂਗ ਹੀ ਅਮਰੀਕ ਆਪਣੇ ਕਮਰੇ ਵਿੱਚੋਂ ਕਿਸੇ ਕੰਮ ਬਾਹਰ ਨਿਕਲਿਆ ਹੋਵੇ ਤੇ ਮੈਂ ਕਿਸੇ ਕੰਮ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਹੋਵਾਂ ਉਹ ਮੈਨੂੰ ਵੇਖ ਕੇ ਪੁੱਛ ਲਵੇ ਕੀ ਗੱਲ ਉਦਾਸ ਲੱਗਦੇ ਹੋ ਮੈਂ ਆਖਾਂ ਹਾਂ ਉਦਾਸਾਂ ਉਹ ਆਪਣੇ ਕਮਰੇ ਚ ਚਲਾ ਜਾਵੇ ਤੇ ਮੈਂ ਆਪਣੇ ਕਮਰੇ ਚ ਚਲੀ ਜਾਵਾਂ ਉਸ ਕਮਰੇ ਵਿੱਚ ਜਿਹੜਾ ਉਹਦੇ ਕਮਰੇ ਦੇ ਨਾਲ ਵਾਲਾ ਮੇਰਾ ਕਮਰਾ ਹੈ ਮੈਂ ਅਮਰੀਕ ਨੂੰ ਕਿਉਂ ਦੱਸਣਾ ਚਾਹੁੰਨੀ ਆ ਕਿ ਅੱਜ ਮੈਂ ਬਹੁਤ ਉਦਾਸ ਸਾਂ ਮੈਨੂੰ ਨੀਂਦ ਨਹੀਂ ਸੀ ਆ ਰਹੀ ਉੱਠ ਕੇ ਸਟੱਡੀ ਰੂਮ ਚ ਗਈ ਇਹ ਸੁੱਤੇ ਹੋਏ ਸਨ ਮੈਂ ਵਾਪਸ ਬੈੱਡਰੂਮ ਚ ਜਾ ਕੇ ਆਪਣੇ ਬਿਸਤਰੇ ਉੱਤੇ ਪੈ ਗਈ ਅੱਜ ਰਾਤ ਬਹੁਤ ਹੌਲੀ ਹੌਲੀ ਬੀਤ ਰਹੀ ਸੀ ਸਵੇਰੇ ਅੱਜ ਮੈਨੂੰ ਛੇਤੀ ਜਾਗਣੀ ਆਈ ਇਨਾਂ ਨੇ ਮੈਨੂੰ ਜਗਾਇਆ ਨਹੀਂ ਆਪ ਹੀ ਹੀਟਰ ਉੱਪਰ ਚਾਹ ਬਣਾ ਲਈ ਇੱਕ ਕੱਪ ਆਪ ਪੀ ਲਿਆ ਤੇ ਕੱਪ ਮੇਰੇ ਲਈ ਰੱਖ ਦਿੱਤਾ ਜਦੋਂ ਮੈਂ ਜਾਗੀ ਇਹ ਦਫ਼ਤਰ ਜਾਣ ਲਈ ਤਿਆਰ ਹੋ ਰਹੇ ਸਨ ਮੈਂ ਬ੍ਰੈਕਫਾਸਟ ਤਿਆਰ ਕਰ ਦਿੱਤਾ ਚੁੱਪਚਾਪ ਇਹਨਾਂ ਨੇ ਬ੍ਰੈਕਫਾਸਟ ਖਾ ਲਿਆ ਰਾਤ ਵਾਲੀ ਤਲਖੀ ਨਹੀਂ ਸੀ ਰਹੀ ਪਰ ਇੱਕ ਕੋਰਾ ਸਾਡੇ ਵਿਚਾਰ ਐਵੇਂ ਜੰਮ ਗਿਆ ਸੀ ਮੇਰੇ ਵੱਲ ਬਿਨਾਂ ਤੱਕਿਆ ਇਹਨਾਂ ਨੇ ਆਪਣਾ ਹੈਂਡਬੈਗ ਲਿਆ ਸਕੂਟਰ 'ਤੇ ਬਾਰ ਕੱਢਿਆ ਤੇ ਚਲੇ ਗਏ ਮੈਂ ਅੱਜ ਤਿਆਰ ਹੁੰਦੀ ਬੱਸ 'ਤੇ ਬੈਠੀ ਦਫਤਰ ਪਹੁੰਚ ਕੇ ਵੀ ਸੋਚ ਰਹੀ ਸੀ ਜੋ ਵੀ ਔਰਤ ਬਾਹਰ ਨੌਕਰੀ ਕਰੇਗੀ ਇਹ ਕਿਵੇਂ ਹੋ ਸਕਦਾ ਹੈ ਨਿਤਵਾ ਪੈਣ ਵਾਲੀ ਲੋਕਾਂ ਵਿੱਚੋਂ ਕੁਝ ਉਹਨੂੰ ਚੰਗੇ ਤੇ ਕੁਝ ਮਾੜੇ ਨਾਂ ਲੱਗਣ ਚੰਗੇ ਲੱਗਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਅਗਲੇ ਨਾਲ ਮਾੜੇ ਸਬੰਧ ਬਣ ਜਾਣਗੇ ਤੇ ਨਾ ਹੀ ਮਾੜੇ ਲੱਗਣ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਅਗਲੀ ਨਾਲ ਬੋਲ ਬਾਣੀ ਵੀ ਨਹੀਂ ਰਹੇਗੀ ਅੱਜ ਦਫ਼ਤਰ ਵਿੱਚ ਬੈਠਣਾ ਵੀ ਅਜੀਬ ਜਿਬ ਲੱਗ ਰਿਹਾ ਸੀ ਲੱਗਦਾ ਸੀ ਕਿੰਨੀਆਂ ਸੁਖੀ ਨੇ ਉਹ ਔਰਤਾਂ ਜਿਹੜੀਆਂ ਰਾਸ਼ਨ ਖਰੀਦਣ ਤੇ ਬੱਚਿਆਂ ਦੀਆਂ ਫੀਸਾਂ ਭਰਨ ਵੀ ਆਦਮੀ ਨੂੰ ਨਾਲ ਲੈ ਕੇ ਜਾਂਦੀਆਂ ਨੇ ਨੌਕਰੀ ਕਰੋ ਘਰ ਦੇ ਤੇ ਬਾਹਰ ਦੇ ਦੂਰੇ ਕੰਮ ਗਲ ਪਾਓ ਤੇ ਉਤੋਂ ਲੋਕਾਂ ਨੂੰ ਮੌਕਾ ਦਿਓ ਕਿ ਜੋ ਮਰਜ਼ੀ ਤੁਹਾਡੇ ਬਾਰੇ ਸੋਚ ਲੈਣ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੀ ਸੀ ਲੰਚ ਲਈ ਟੈਲੀਫੋਨ ਦਾ ਰিসিਵਰ ਚੁੱਕਿਆ ਤੇ ਆਪਣੇ ਪਤੀ ਦਾ ਨੰਬਰ ਡਾਇਲ ਕੀਤਾ ਹੈਲੋ ਉਧਰੋਂ ਫੋਨ ਚੁੱਕ ਕੇ ਬੋਲੇ ਮੈਂ ਅੱਗੋਂ ਕੁਝ ਨਹੀਂ ਬੋਲੀ ਪਤਾ ਹੀ ਨਹੀਂ ਲੱਗਿਆ ਕਿ ਕੀ ਆਖਾਂ ਹੈਲੋ ਹੈਲੋ ਇਹਨਾਂ ਦੀ ਫੇਰ ਆਵਾਜ਼ ਆਈ ਰਜਿੰਦਰ ਜੀ ਦੇ ਸੰਬੋਧਨ ਨਾਲ ਕਈ ਵਾਰ ਖੱਤ ਲਿਖਣਾ ਸ਼ੁਰੂ ਕੀਤਾ ਤੇ ਤਸੱਲੀ ਬਖਸ਼ ਨਾ ਹੋਣ ਕਰਕੇ ਵਿਚਾਰوں ਹੀ ਫਾੜਦੀ ਰਹੀ ਫਿਰ ਖਿਆਲ ਆਇਆ ਮੈਂ ਇਹਨਾਂ ਤੋਂ ਇੰਨਾ ਡਰਦੀ ਕਿਸ ਲਈ ਆ ਜਦੋਂ ਮੈਂ ਕੁਝ ਗਲਤ ਕੀਤਾ ਹੀ ਨਹੀਂ ਫਿਰ ਵੀ ਜੇ ਅਗਲਾ ਗਲਤ ਸੋਚਦਾ ਤਾਂ ਸੋਚੀ ਜਾਵੇ ਸਿਰ ਦਰਦ ਹੋ ਰਿਹਾ ਸੀ ਮੈਂ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਆ ਗਈ ਘਰ ਆ ਕੇ ਸਮਝ ਨਹੀਂ ਸੀ ਲੱਗ ਰਹੀ ਕਿ ਕੀ ਕਰਾਂ ਦਮ ਜਿਆ ਘੁੱਟ ਰਿਹਾ ਸੀ ਕਰਦੀਆਂ ਕੁਝ ਚੀਜ਼ਾਂ ਲੈਣੀਆਂ ਸਨ ਇਹਨਾਂ ਦਾ ਕਮੀਜ਼ ਸੀਣਾ ਦੇਣਾ ਸੀ ਸੋ ਬਾਜ਼ਾਰ ਚਲੇਗੀ ਬਾਜ਼ਾਰ ਚ ਸੋਨਲ ਮਿਲ ਗਈ ਬੋਲੀ ਕੀ ਗੱਲ ਅੱਜ ਬੜੀ ਉਖੜੀ ਉਖੜੀ ਲੱਗ ਰਹੀ ਹੈ ਨਹੀਂ ਐਸੀ ਤੇ ਕੋਈ ਗੱਲ ਨਹੀਂ ਮੈਂ ਝੂਠ ਬੋਲਿਆ ਅਸੀਂ ਕਿੰਨਾ ਝੂਠ ਜਿਉਂਦੇ ਆ ਮੈਂ ਰਜਿੰਦਰ ਨੂੰ ਵੀ ਸੱਚੋ ਸੱਚ ਕਿਉਂ ਨਹੀਂ ਦੱਸ ਦਿੰਦੀ ਕਿ ਅਮਰੀਕ ਮੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਜਿਵੇਂ ਕੋਈ ਫੁੱਲ ਤੁਹਾਨੂੰ ਚੰਗਾ ਲੱਗਦਾ ਹੋਵੇ ਕੋਈ ਦਰਿਆ ਤੁਹਾਨੂੰ ਚੰਗਾ ਲੱਗਦਾ ਹੋਵੇ ਕੋਈ ਮਕਾਨ ਤੁਹਾਨੂੰ ਚੰਗਾ ਲੱਗਦਾ ਹੋਵੇ ਪਰ ਉਹ ਇਸ ਗੱਲ ਨੂੰ ਸਮਝ ਨਹੀਂ ਸਕਣਗੇ ਕੋਈ ਵੀ ਇਹ ਗੱਲ ਨਹੀਂ ਸਮਝ ਸਕਦਾ ਕਿ ਔਰਤ ਦੀ ਸੋਚ ਵਿੱਚ ਦੇ ਬਹੁਤ ਪਿਛਾ ਰਹਿ ਜਾਂਦੀ ਹੈ ਪਰ ਕਿਸੇ ਵੀ ਮਰਦ ਨੂੰ ਆਪਣੀ ਔਰਤ ਦੀ ਠੀਕ-ਬੇਠੀ ਦੀ ਤਮੀਜ਼ ਉੱਪਰ ਭਰੋਸਾ ਨਹੀਂ ਹੁੰਦਾ ਉਫ ਸੜਕ ਪਾਰ ਕਰਦਿਆਂ ਇੱਕ ਕਾਰ ਨਾਲ ਟੱਕਰ ਹੋ ਜਾਣੀ ਸੀ ਮੇਰਾ ਧਿਆਨ ਹੋਰ ਪਾਸੇ ਸੀ ਘਰ ਪਹੁੰਚੀ ਤਾਂ ਗੋਏ ਆਏ ਹੋਏ ਸਨ ਮੈਂ ਚਾਹ ਬਣਾ ਕੇ ਇਹਨਾਂ ਦੇ ਕੋਲ ਰੱਖ ਦਿੱਤੀ ਇੱਕ ਖੁਸ਼ਖਬਰੀ ਸੁਣਾਵਾ ਅਮਰੀਕ ਨੂੰ ਕੈਂਸਰ ਨਹੀਂ ਹੈ ਉਹਦੇ ਪੇਟ ਵਿੱਚ ਕੋਈ ਰਸੌਲੀ ਸੀ ਜਿਹਨੂੰ ਆਪਰੇਸ਼ਨ ਨਾਲ ਘਟ ਦਿੱਤਾ ਗਿਆ ਹੈ ਤੇ ਹੁਣ ਉਹ ਠੀਕ ਹੋ ਰਿਹਾ ਹੈ ਇਹਨਾਂ ਨੇ ਮੇਰੇ ਵੱਲ ਝਾਕਦੇ ਆਖਿਆ ਮੈਂ ਕੋਈ ਉੱਤਰ ਨਹੀਂ ਦਿੱਤਾ ਉਹ ਉਹਦੇ ਦੋਸਤ ਨੇ ਫੋਨ ਕਰਕੇ ਪੁੱਛਿਆ ਸੀ ਤੇਰੀ ਦੁਆਵਾਂ ਨੂੰ ਛੇਤੀ ਰਾਜ਼ੀ ਕਰਕੇ ਵਾਪਸ ਲਿਆਏਗੀ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮੈਂ ਆਵਾਜ਼ ਨੂੰ ਸਹਿਜ ਬਣਾਉਂਦਿਆਂ ਆਖਿਆ ਇਹਨਾਂ ਨੇ ਕੋਈ ਜਵਾਬ ਨਾ ਦਿੱਤਾ ਤੁਸੀਂ ਮੇਰੇ ਨਾਲ ਇਨਸਾਫ ਨਹੀਂ ਕਰ ਰਹੇ ਮੈਂ ਫਿਰ ਆਖਿਆ ਉਹਨਾਂ ਨੇ ਫਿਰ ਵੀ ਕੋਈ ਹੁੰਗਾਰਾ ਨਾ ਭਰਿਆ ਮੈਂ ਕਸਮ ਖਾ ਕੇ ਆਖਦੀਆਂ ਕਿ ਬਸ ਕਰ। ਉਹਨਾਂ ਨੇ ਵਿੱਚੋਂ ਹੀ ਗਲ ਟੋ ਕੇ ਖਿਜ ਕੇ ਆਖਿਆ। ਮੈਨੂੰ ਰੋਣਾ ਆ ਗਿਆ। ਇਹ ਉੱਠ ਕੇ ਦੂਸਰੇ ਕਮਰੇ 'ਚ ਚਲੇ ਗਏ। ਚੁੱਪ-ਚਾਪ ਮੈਂ ਕਿੰਨਾ ਚਿਰ ਰੋਂਦੀ ਰਹੀ। ਫਿਰ ਆਪ ਹੀ ਰੋਣੋਂ ਹਟ ਗਈ। ਉੱਠ ਕੇ ਮੂੰਹ ਹੱਥ ਧੋਤਾ। ਰਸੋਈ 'ਚ ਜਾ ਕੇ ਰੋਟੀ ਬਣਾਉਣ ਲੱਗ ਪਈ। ਨਾਲ ਹੀ ਸੋਚ ਰਹੀ ਸੀ, ਔਰਤ ਹੋਣਾ ਹੀ ਗੁਨਾਹ ਹੈ। ਇਹ ਉੱਠੇ ਤੇ ਸਟੱਡੀ ਰੂਮ 'ਚ ਚਲੇ ਗਈ। ਦਰਵਾਜ਼ੇ ਮੂਰੇ ਪਰਦਾ ਤਾਣ ਲਿਆ ਪਰਦਾ ਨਹੀਂ ਜਿਵੇਂ ਸਾਡੇ ਵਿੱਚਕਾਰ ਇੱਕ ਕੰਧ ਉੱਤਰ ਗਈ ਸੀ ਇੱਟਾਂ ਤੇ ਗਾਰੇ ਦੀ ਕੰਧ ਨਹੀਂ ਤੇ ਨਾ ਹੀ ਸੀਮਿੰਟ ਤੇ ਪੱਥਰਾਂ ਦੀ ਕੰਧ ਸਗੋਂ ਗਰਮ ਲਾਵੇ ਦੀ ਇੱਕ ਕੰਧ ਤੁਸੀਂ ਆਖੋ ਤਾਂ ਮੈਂ ਨੌਕਰੀ ਛੱਡ ਦਿੱਤਨੀ ਆ ਆਖੋ ਤਾਂ ਆਪਾਂ ਕਿਸੇ ਹੋਰ ਸ਼ਹਿਰ ਚਲੇ ਚੱਲਦੇ ਆ ਆਖੋ ਤਾਂ ਮੈਂ ਆਖਣਾ ਚਾਹੁੰਦੀ ਸਾਂ ਪਰ ਜਿੰਦਰ ਹੋਰੀ ਤਾਂ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸਨ ਕਈ 100 ਸਾਲ ਪਹਿਲਾਂ ਵਾਲੀ ਅਹਲਿਆ ਮੇਰੇ ਮਨ ਵਿੱਚੋਂ ਲੰਗੀ ਕਿਉਂ ਨਹੀਂ ਵੀ ਗੌਤਮ ਰਿਸ਼ੀ ਨੂੰ ਬਹੁਤ ਕੁਝ ਆਖਣ ਦੀ ਕੋਸ਼ਿਸ਼ ਕੀਤੀ ਹੋएगी ਪਰ ਰਿਸ਼ੀ ਨੇ ਸ਼ਾਇਦ ਕੁਝ ਵੀ ਨਹੀਂ ਸੁਣਿਆ ਜੇ ਸੁਣਿਆ ਤਾਂ ਇਤਬਾਰ ਨਹੀਂ ਕੀਤਾ ਅਹਲਿਆ ਨੂੰ ਸਿਲ ਪੱਥਰ ਹੋਣਾ ਪਿਆ ਅਹਲਿਆ ਨੇ ਜਦੋਂ ਪੁੱਛਿਆ ਅਣਕੀਤੇ ਗੁਨਾਹ ਦਾ ਭਾਰ ਕਿੰਨਾ ਚਿਰ ਢੋਣਾ ਪਏਗਾ ਤਾਂ ਰਿਸ਼ੀ ਨੇ ਆਖਿਆ ਤ੍ਰਿਤੇ ਯੁੱਗ ਚ ਰਾਮ ਆਏਗਾ ਤੇਰਾ ਉਧਾਰ ਕਰੇਗਾ ਪਰ ਨਾ ਹੀ ਸਤਿਯੁਗ ਹੈ ਨਾ ਦਵੱਪਰ ਨਾ ਤ੍ਰੇਤਾ ਮੇਰਾ ਕੀ ਬਣੇਗਾ ਮੈਂ ਵੀ ਤੇ ਅਹिल्या ਨਹੀਂ ਰਸੋਈ ਵਿੱਚ ਰੋਟੀ ਤਿਆਰ ਕਰ ਰਹੀ ਮੈਂ ਪਤਾ ਨਹੀਂ ਕਿੰਨੇ ਕੋ 100 ਸਾਲ ਕੋ ਮਾਈ ਸੀ ਕਿਨੂ ਕਿਨੂ ਮਿਲਾਈ ਸੀ ਰੋਟੀ ਲਗਾਵਾ 8 ਵਜੇ ਮੈਂ ਇਹਨਾਂ ਨੂੰ ਜਾ ਕੇ ਪੁੱਛਿਆ ਨਹੀਂ ਮੈਂ ਰੋਟੀ ਨਹੀਂ ਖਾਣੀ ਇਹਨਾਂ ਨੇ ਰੁੱਖੀ ਆਵਾਜ਼ ਚ ਰੱਖਿਆ ਮੈਂ ਵੀ ਰੋਟੀ ਨਹੀਂ ਖਾਦੀ ਦੁੱਧ ਗਰਮ ਕਰਕੇ ਗਲਾਸ ਚ ਪਾ ਕੇ ਮੈਂ ਇਹਨਾਂ ਦੇ ਕੋਲ ਰੱਖਣ ਚਲੀ ਗਈ ਨਹੀਂ ਚਾਹੀਦਾ ਇਹ ਤਲਖ ਹੋ ਕੇ ਬੋਲੇ ਮੈਂ ਬਹੁਤ ਘਬਰਾ ਗਈ ਉਸੇ ਤਰ੍ਹਾਂ ਦੁੱਧ ਮੋੜ ਲਈ 아이 ਇਹਨਾਂ ਨੇ ਦਰਵਾਜ਼ਾ ਭੇੜ ਲਿਆ ਦੁੱਧ ਜਾਲੀ ਚ ਰੱਖ ਮੈਂ ਆਪਣੇ ਬਿਸਤਰੇ ਤੇ ਆ ਕੇ ਪੈ ਗਈ ਮੇਰੀਆਂ ਅੱਖਾਂ ਪਰ ਪਰ ਡੁੱਲ ਰਹੀਆਂ ਸਨ ਇਹਨਾਂ ਅੱਗੇ ਕਸਮਾਂ ਖਾਵਾ ਨੇਮ ਚੁੱਕਾਂ ਇਹ ਮੈਨੂੰ ਆਪਣੀ ਤੋਹੀਨ ਲੱਗਦੀ ਸੀ ਲੱਗਦਾ ਸੀ ਇਸ ਤੋਂ ਮਗਰੋਂ ਮੇਰੇ ਅੰਦਰ ਉੰਦਰੋਂ ਮੋਦਾ ਸੋ ਮੈਂ ਸੁੱਕ ਸੜ ਜਾਏਗਾ ਹੁਣ ਤੋਂ ਮੈਂ ਲੋਕਾਂ ਨੂੰ ਆਪਣੇ ਸਹਿਜ ਰੂਪ ਵਿੱਚ ਮਿਲ ਹੀ ਨਹੀਂ ਸਕਿਆ ਕਰਾਂਗੀ ਇੱਕ ਭੈ ਹਮੇਸ਼ਾ ਪਿੱਛਾ ਕਰੇਗਾ ਕਿ ਰਜਿੰਦਰ ਇਸ ਗੱਲ ਬਾਰੇ ਖਬਰੇ ਕੀ ਸੋਚੇ ਪਰ ਮੈਂ ਸੋਚਦੀ ਹਾਂ ਜਿਸ ਔਰਤ ਵਿੱਚ ਮੋਹ ਮਮਤਾ ਨਹੀਂ ਉਸ ਵਿੱਚੋਂ ਮਾਂ ਦਾ ਰੂਪ ਭੈਣ ਦਾ ਰੂਪ ਇੱਥੋਂ ਤੱਕ ਕਿ ਪਤਨੀ ਦਾ ਰੂਪ ਵੀ ਕੀ ਮੰਨਫੀ ਨਹੀਂ ਹੋ ਜਾਏਗਾ ਕਦੇ-ਕਦੇ ਅਖਬਾਰ ਵਿੱਚ ਖਬਰ ਛਪਦੀ ਹੈ ਔਰਤ ਨੇ ਇੱਕ ਬੱਚੇ ਦੀ ਪ੍ਰਾਪਤੀ ਲਈ ਕਿਸੇ ਦਾ ਬੱਚਾ ਮਾਰ ਕੇ ਟੋਣਾ ਕੀਤਾ। ਔਰਤ ਨੇ ਕਿਸੇ ਨਾਲ ਰਲ ਕੇ ਆਪਣਾ ਪਤੀ ਮਰਵਾ ਦਿੱਤਾ। ਕੀ ਇਹ ਉਹੀ ਔਰਤਾਂ ਨਹੀਂ ਹੁੰਦੀਆਂ ਜਿਨ੍ਹਾਂ ਦੇ ਅੰਦਰੋਂ ਮੋਹ ਦਾ ਸੋਮਾ ਚ ਸੁੱਕ ਗਿਆ, ਸੜ ਗਿਆ ਹੁੰਦਾ ਹੈ। ਰਜਿੰਦਰ ਹੋਰੀ ਖਿੱਚ ਗਏ ਹਨ ਕਿ ਮੈਂ ਇੱਕ ਬੇਗਾਨੇ ਆਦਮੀ ਨੂੰ ਇਹ ਕਿਵੇਂ ਲਿਖ ਲਿਖ ਦਿੱਤਾ ਕਿ ਉਹਦਾ ਦਫ਼ਤਰ ਨਾ ਆਉਣਾ ਮੈਨੂੰ ਚੰਗਾ ਨਹੀਂ ਲੱਗਦਾ ਤੇ ਮੈਂ ਉਹਦੀ ਤੰਦਰੁਸਤੀ ਲਈ ਦੁਆ ਕਰਦੀ ਆਂ। ਵੇਰ ਤੋਂ ਪਹਿਲਾਂ ਔਰਤ ਲਈ ਉਹਦਾ ਪਤੀ ਵੀ ਤਾਂ ਬੇਗਾਨਾ ਆਦਮੀ ਹੁੰਦਾ ਹੈ ਇਹ ਉਹਦੇ ਅੰਦਰਲੀ ਮੋਹ ਦੇ ਸੋਮੇ ਦੀ ਸਮਰੱਥਾ ਹੀ ਹੁੰਦੀ ਹੈ ਕਿ ਫਿਰ ਬੇਗਾਨਾ ਆਦਮੀ ਉਸ ਲਈ ਉਹਦਾ ਸਭੋ ਕੁਝ ਬਣ ਜਾਂਦਾ ਹੈ ਨਹੀਂ ਮੈਂ ਆਪਣੀ ਜਸਟੀਫਿਕੇਸ਼ਨ ਨਹੀਂ ਦੇ ਰਹੀ ਸੱਚ ਮੁੱਚ ਹੀ ਦਿਨ ਦੇ ਚਿੱਟੇ ਚਾਨਣ ਵਰਗਾ ਰਿਸ਼ਤਾ ਸੀ ਮੇਰਾ ਅਮਰੀਕ ਨਾਲ ਸੀ ਮੈਂ ਇਸ ਲਈ ਆਖਦੀਆਂ ਕਿਉਂਕਿ ਹੁਣ ਉਸ ਰਿਸ਼ਤੇ ਨੂੰ ਰਾਤ ਦੀ ਕਾਲਖ ਵਰਗਾ ਦੱਸ ਕੇ ਮੈਨੂੰ ਕੋਸਿਆ ਜਾ ਰਿਹਾ ਹੈ ਮੈਂ ਆਪ ਵੀ ਸੋਚੀ ਪੈ ਗਈ ਆ ਕਿ ਮੈਂ ਕਿਧਰੇ ਗਲਤ ਤਾਂ ਨਹੀਂ ਸੀ ਸ਼ਾਇਦ ਇਸੇ ਲਈ ਪੁਰਾਣੇ ਵੇਲਿਆਂ ਵਿੱਚ ਔਰਤਾਂ ਨੂੰ ਗ੍ਰੰਥ ਪੜ੍ਹਨੇ ਮਨਾ ਸੰ ਕਿ ਉਹ ਖੁਦ ਨਾ ਕੁਝ ਸੋਚਣ ਬੈਠਣ ਗਿਣਤੀਆਂ ਗਿਣਦਿਆਂ ਤੇ ਜਾਨ ਦੋਬੇ ਸੋਕੇ ਹੁੰਦਿਆਂ ਰਾਤ ਲੰਗੀ ਬਹੁਤ देर ਨਾਲ ਕਿਤੇ ਜਾ ਕੇ ਅੱਖ ਲੱਗੀ ਕੁਛੇਰ ਮਗਰੋਂ ਲੰਗੀ ਜਾਂਦੀ ਗੱਡੀ ਦੇ ਖੜਕੇ ਨਾਲ ਜਾਗ ਖੁੱਲ ਗਈ ਪਤਾ ਨਹੀਂ ਦਿਨ ਚੜਨ ਵਿੱਚ ਜੀ ਕਿੰਨਾ ਕੁ ਸਮਾਂ ਸੀ ਅੱਜ ਦਫ਼ਤਰ ਜਾਣ ਨੂੰ ਮਨ ਨਹੀਂ ਕੀਤਾ ਰਜਿੰਦਰ ਹੋਰਾਂ ਦੇ ਦਫ਼ਤਰ ਚਲੇ ਜਾਣ ਮਗਰੋਂ ਮੈਂ ਕੋਈ ਕੰਮ ਨਹੀਂ ਕੀਤਾ ਉਹ ਜੀ ਹੱਡ ਪੈਰ ਖਿੰਡੇਦੇ ਜਾ ਰਹੇ ਨੇ ਜਿਵੇਂ ਸਾਰੀ ਰਾਤ ਸੰਕੜੇ ਮੀਲ ਮੈਂ ਤੁਰਦੀ ਰਹੀ ਹਾਂ ਵੇਦ ਮੰਤਰਾਂ ਵਾਲਾ ਟੇਪ ਲਗਾ ਦਿੰਨੀ ਆ ਪਰ ਮਨ ਪਤਾ ਨਹੀਂ ਕਿੱਥੇ ਐ ਕਦੇ ਕੋਈ ਮੰਤਰ ਸੁਣਾਈ ਦੇ ਜਾਂਦਾ ਤੇ ਕਦੇ ਨਹੀਂ ਆਮ ਕਰਕੇ ਮੈਂ ਕਦੇ ਵਿਹਲੀ ਨਹੀਂ ਬੈਠਦੀ ਹੁੰਦੀ ਪਰ ਅੱਜ ਕੋਈ ਵੀ ਕੰਮ ਕਰਨ ਨੂੰ ਵੱਡੀ ਰੂ ਨਹੀਂ ਕਰਦੀ ਕੁਰਸੀ ਤੇ ਬੈਠੀ ਹੱਥ ਤੇ ਹੱਥ ਤਰੀ ਸੋਚਦੀਆਂ ਕੀ ਇਹ ਵਿਆਹੀ ਵਰੀ ਘਰ-ਬਾਰ ਵਸਦੀ ਕਿਸੇ ਔਰਤ ਨੂੰ ਕਿਸੇ ਪ੍ਰਾਈ ਮਰਦ ਬਾਰੇ یوں ਸੋਚਣਾ ਚਾਹੀਦਾ ਹੈ ਕਿਉਂ ਇਸ ਲਈ ਕਿ ਭਾਰਤੀ ਸੰਸਕ੍ਰਿਤੀ ਮਨ ਬਚਨ ਕਰਮ ਤਿੰਨਾਂ ਦੀ ਵਫਾ ਮੰਗਦੀ ਹੈ ਪਰ ਸੋਨਲ ਆਖਦੀ ਸੀ ਭਾਰਤੀ ਸੰਸਕ੍ਰਿਤੀ ਮਨ ਬਚਨ ਕਰਮ ਦੀ ਵਫਾ ਸਿਰਫ ਔਰਤ ਕੋਲ ਹੀ ਕਿਉਂ ਮੰਗਦੀ ਹੈ ਸੋਨਲ ਤਾਂ ਬੇਵਕੂਫ ਹੈ ਉਹ ਆਪਣੀ ਹਰ ਗੱਲ ਜਸਟੀਫਾਈ ਕਰਨ ਲਈ ਦਲੀਲਾਂ ਲੱਭ ਲੈਂਦੀ ਹੈ ਉਹ ਤਾਂ ਇਹ ਵੀ ਆਖਦੀ ਹੈ ਕਿ ਇਹ ਮਨ ਬਚਨ ਕਰਮ ਦੀ ਵਫਾ ਨਹੀਂ ਮਨ ਬਚਨ ਕਰਮ ਦੀ ਗੁਲਾਮੀ ਹੈ ਮਨ ਬਚਨ ਕਰਮ ਤੋਂ ਸੁੱਚੇ ਰਹਿਣ ਨੂੰ ਤੂੰ ਗੁਲਾਮੀ ਆਖਦੀ ਹੈ ਇਹਦਾ ਮਤਲਬ ਹੈ ਤੇਰੀਆਂ ਸੋਚਾਂ ਗੰਧਲੀਆਂ ਹੋ ਗਈਆਂ ਹਨ ਤੈਨੂੰ ਠੀਕ ਬੇਠੀਕ ਦੀ ਤਮੀਜ਼ ਹੀ ਭੁੱਲ ਗਈ ਮੈਂ ਸੋਨਲ ਨੂੰ ਛਾੜ ਪਾਉਣ ਵਾਂਗਾ ਆਖਿਆ ਸੀ ਅਸਲ 'ਚ ਉਹ ਦਾ ਮਾਪਿਆਂ ਦੇ ਲੱਭੇ ਲੜਕੇ ਨਾਲ ਵਿਆਹ ਕਰਵਾਉਣ ਤੋਂ ਨਾ ਕਰਨਾ ਦੂਜੇ ਸ਼ਹਿਰ ਜਾ ਕੇ ਨੌਕਰੀ ਕਰ ਲੈਣਾ ਵਰਕਿੰਗ ਊਮੈਨਸ ਹੌਸਟਲ ਵਿੱਚ ਰਹਿਣਾ ਤੇ ਮਨਮਰਜ਼ੀ ਨਾਲ ਜਿਉਣਾ ਮੇਰੇ ਅੰਦਰ ਕਈ ਤਰ੍ਹਾਂ ਦੇ ਭਾਵ ਜਗਾਉਂਦਾ ਸੀ ਕਦੇ ਉਹ ਤਕੜੀ ਔਰਤ ਲੱਗਦੀ ਸੀ ਕਦੇ ਖੁਦਗਰਜ਼ ਕਦੇ ਬਤਮੀਜ਼ ਕਿ ਕਦੇ ਬੇਕੂਫ ਪਰ ਉਹਦੀਆਂ ਦਲੀਲਾਂ ਵਿੱਚ ਕਿਧਰੇ ਨਾ ਕਿਧਰੇ ਕੋਈ ਸੱਚਾਈ ਵੀ ਸੀ ਜੇ ਜੋ ਆਦਤਨ ਜਿਉਣ ਵਾਲੀਆਂ ਔਰਤਾਂ ਨੂੰ ਛੇਥੀਆਂ ਪਾਉਂਦੀ ਸੀ ਮਨ ਬਚਨ ਕਰਮ ਤੋਂ ਸੁੱਚੇ ਰਹਿਣ ਨੂੰ ਗੁਲਾਮੀ ਆਖਦੀ ਹੈ ਜਦੋਂ ਮੈਂ ਆਖਿਆ ਉਹ ਬੋਲੀ ਹਰਜੀਤ ਤੂੰ ਸੱਚੇ ਸੁੱਚੇ ਰਹਿਣ ਦੀ ਮਰਜ਼ੀ ਤੇ ਮਜਬੂਰੀ ਦਾ ਅੰਤਰ ਨਹੀਂ ਸਮਝਦੀ ਸੋਨਲ ਦੀ ਇਸ ਗੱਲ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਸੋਨਲ ਨਹੀਂ ਅੱਜ ਤਾਂ ਮੈਂ ਰਜਿੰਦਰ ਹੋਰਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੀ ਆ ਉਹ ਸਭ ਗੱਲਾਂ ਜੋ ਮੈਂ ਕਦੀ ਕਰਨ ਦੀ ਜੁਰਤ ਨਹੀਂ ਕਰ ਸਕੀ ਮੈਂ ਰਜਿੰਦਰ ਹੋਰਾਂ ਨੂੰ ਆਖਣਾ ਚਾਹੁੰਦੀ ਆ ਇੱਕ ਰਾਤ ਜਦੋਂ ਤੁਸੀਂ ਘਰ ਨਹੀਂ ਸੀ ਆਏ ਮੈਂ ਬਹੁਤ ਪਰੇਸ਼ਾਨ ਹੋਈ ਸੀ ਬਹੁਤ ਬੁਰੇ-ਬੁਰੇ ਖਿਆਲ ਆਉਂਦੇ ਰਹੇ ਸਨ ਮੈਂ ਬਹੁਤ ਰੋਈ ਸੀ ਤੇ ਸਵੇਰੇ-ਸਵੇਰੇ ਗਵੰਡਨ ਦੇ ਘਰ ਗਈ ਸੀ ਕਿ ਉਹਦਾ ਪਤੀ ਤੁਹਾਡਾ ਕਿਦਰੀ ਪਤਾ ਕਰੇ ਪਰ ਘਰ ਪਰਤ ਕੇ ਤੁਸੀਂ ਸਗੋਂ ਮੈਨੂੰ ਡਾਂਟਿਆ ਸੀ ਕਿ ਮੈਂ ਲੋਕਾਂ ਨੂੰ ਦੱਸ ਕੇ ਤੁਹਾਨੂੰ ਬਦਨਾਮ ਕਰਦੀ ਹਾਂ ਕਿਸੇ ਦੋਸਤ ਕੋਲ ਪਿੰਦੇ ਰਹੇ ਤੇ ਫਿਰ ਉਹਨੇ ਆਉਣ ਨਹੀਂ ਦਿੱਤਾ ਇਸ ਨਾਲ ਕੀ ਆਖਰ ਆ ਗਈ ਮੈਂ ਕੋਈ ਬੱਚਾ ਤਾਂ ਨਹੀਂ ਤੇ ਰਜਿੰਦਰ ਹੋਰਾ ਮੇਰੀ ਕਲੇਸ਼ ਕਰਨ ਤੇ ਇਹ ਵੀ ਆਖਿਆ ਮੈਂ ਤੇਰੇ ਪਿਓ ਦਾ ਗੁਲਾਮ ਨਹੀਂ ਜੋ ਹਰ ਗੱਲ ਤੇਰੀ ਹੁਕਮ ਅਨੁਸਾਰੀ ਕਰਾਂ ਬਾਕੀ ਕੀ ਚੰਗਾ ਤੇ ਕੀ ਮਾੜਾ ਇਹ ਤੂੰ ਥੋੜਾ ਮੈਨੂੰ ਦੱਸੇਂਗੀ اپنی زندگی ਵਿੱਚ ਐਡਾ ਦਖਲ ਮੈਨੂੰ ਕਿਸੇ ਦਾ ਪਸੰਦ ਨਹੀਂ ਰਜਿੰਦਰ ਹੋਰਾਂ ਨੇ ਸਭ ਕੁਝ ਐਡਾ ਖਰਵਾ ਹੋ ਕੇ ਆਖਿਆ ਕਿ ਮੈਂ ਚੁੱਪ ਕਰ ਗਈ ਪਰ ਮਨ ਵਿੱਚ ਬਹੁਤ ਉਥਲ ਪੁਥਲ ਹੋ ਗਈ ਸੀ ਤੁਸੀਂ ساری ਰਾਤ ਘਰ ਨਾ आओ ਤਾਂ ਮੈਂ ਇਸ ਬਾਰੇ ਸੋਚਾਂ ਵੀ ਨਾ ਮੈਨੂੰ ਫਿਕਰ ਵੀ ਨਾ ਹੋਵੇ ਇਹ ਕਿਵੇਂ ਹੋ ਸਕਦਾ ਮੈਂ ਹੌਸਲਾ ਕਰਕੇ ਆਖਿਆ ਤੇਰੇ ਲਈ ਇੰਨੀ ਕੋ ਗੱਲ ਇੰਪੋਰਟੈਂਟ ਹੈ ਕਿ ਤੂੰ ਪਰੇਸ਼ਾਨ ਰਹੇਂ ਤੇ ਮੇਰੇ ਆਉਂਦੀਆਂ ਹੀ ਦਿਵਾਲੀ ਹੋ ਗਈ। ਮੈਂ ਤੈਨੂੰ ਹਮੇਸ਼ਾ ਲਈ ਦੱਸ ਦੇਣਾ ਚਾਹੁੰਨਾ ਕਿ ਅਗਲੇ ਨੂੰ ਇਹਨਾਂ ਨਹੀਂ ਬਲੀਦਾ ਕਿ ਸਾਈ ਘੁੱਟਣ ਲੱਗ ਜਾਏ। ਆਪਣੇ ਕੰਮਾਂ ਦੀ ਥਾਂ ਤੇਰਾ ਧਿਆਨ ਹਰ ਵੇਲੇ ਮੇਰੇ ਵਿੱਚ ਹੀ ਕਿਉਂ ਰਹਿੰਦਾ ਹੈ? ਮੈਂ ਆਪਣੇ ਬਾਰੇ ਆਪ ਸੋਚ ਸਕਦਾ ਤੈਨੂੰ ਮੇਰੇ ਬਾਰੇ ਸੋਚਣ ਦੀ ਲੋੜ ਨਹੀਂ। ਰਜਿੰਦਰ ਨੇ ਸਮਝਾਉਣ ਵਾਂਗ ਆਖਿਆ ਸੀ। ਮੈਂ ਚੁੱਪ ਕਰ ਗਈ। ਕੁਝ ਹੋਰ ਆਖਦੀ ਤਾਂ ਇਹਨਾਂ ਨੂੰ ਬਹੁਤ ਗੁੱਸਾ ਚੜ ਜਾਣਾ ਸੀ। ਲੱਗਿਆ ਮੈਂ ਕੋਈ ਮਸ਼ੀਨ ਤਾਂ ਨਹੀਂ ਕਿ ਕਦੇ ਇਹਨਾਂ ਬਾਰੇ ਮਹਿਸੂਸ ਕਰਨ ਦਾ ਬਟਨ ਆਨ ਕਰਕੇ ਰੋਟੀ ਬਣਾਵਾਂ ਕੱਪੜੇ ਧੋਵਾਂ ਘਰ ਸਾਫ਼ ਕਰਾਂ ਇਹਨਾਂ ਦੀ ਹਰ ਤਰ੍ਹਾਂ ਦੀ ਆਰਾਮ ਦਾ ਖਿਆਲ ਰੱਖਾਂ ਤੇ ਕਦੇ ਮਹਿਸੂਸ ਕਰਨ ਵਾਲਾ ਬਟਨ ਆਫ ਕਰਕੇ ਇਹ ਵੀ ਨਾ ਸੋਚਾਂ ਕਿ ਜੇ ਇਹ ਰਾਤ ਕਰ ਰਾਤ ਭਰ ਘਰ ਨਹੀਂ ਆਏ ਤਾਂ ਕਿਉਂ ਮੈਂ ਕਹਿੰਦੀ ਆ ਜੇ ਕੋਈ ਰਿਸ਼ਤਾ ਹੈ ਤਾਂ ਜ਼ਰੂਰ ਔਰਤ ਮਹਿਸੂਸ ਕਰੇਗੀ ਨਹੀਂ ਮਹਿਸੂਸ ਕਰਦੀ ਫਿਰ ਰਿਸ਼ਤਾ ਹੀ ਕੋਈ ਨਹੀਂ ਕਦੇ-ਕਦੇ ਤਾਂ ਇਹ ਫਿਲਾਸਫਾਨਾਂ ਦੇ ਅੰਦਾਜ਼ ਵਿੱਚ ਆਖ ਵੀ ਦਿੰਦੇ ਨੇ ਕਿ ਇੱਕ ਔਰਤ ਤੋਂ ਮਰਦ ਦਾ ਜੀ ਬਹੁਤ ਛੇਤੀ ਭਰ ਜਾਂਦਾ ਹੈ ਪਰ ਮੈਂ ਇਸ ਗੱਲ ਤੇ ਇਤਬਾਰ ਨਹੀਂ ਕਰਦੀ ਹੋ ਸਕਦਾ ਹੈ ਸੱਚ ਤੋਂ ਮੈਂ ਡਰਦੀ ਹੂਆ ਇਸੇ ਲਈ ਮਨਣ ਤੋਂ ਇਨਕਾਰੀ ਹਾਂ ਉਹ ਜੋ ਰਜਿੰਦਰ ਹੋਰੀ ਚੰਗੇ ਬੰਦੇ ਨੇ ਉਹਨਾਂ ਨੇ ਮੇਰੇ ਕੋਲੋਂ ਕਦੇ ਮੇਰੀ ਤਨਖਾਹ ਦਾ ਹਿਸਾਬ ਨਹੀਂ ਮੰਗਿਆ ਕਦੇ ਮੈਨੂੰ ਕੋਈ ਚੀਜ਼ ਲੈਣ ਤੋਂ ਨਹੀਂ ਰੋਕਿਆ ਕਦੇ ਮੇਰੇ ਕਿਸੇ ਰਿਸ਼ਤੇਦਾਰ ਦੇ ਆਉਣ ਤੇ ਖਿਜਦੇ ਨਹੀਂ ਉੰਜ ਵੀ ਬਹੁਤ ਸੱਚੇ ਬੰਦੇ ਨੇ ਵਿਆਹ ਤੋਂ ਪਹਿਲਾਂ ਦੇ ਆਪਣੇ ਇਸ਼ਕਾਂ ਬਾਰੇ ਵੀ ਸਭ ਕੁਝ ਆਪੇ ਦੱਸ ਦਿੱਤਾ ਸੀ ਕਿ ਕਿਵੇਂ ਅਸੀਂ ਘਰੋਂ ਭੱਜਣ ਦਾ ਵੀ ਪਲਾਨ ਬਣਾ ਲਿਆ ਸੀ ਪਰ ਫਿਰ ਸੋਚਿਆ ਕੱਲ ਨੂੰ ਇਹੋ ਜੀ ਦੇ ਘਰ ਅਗਰਤੀ ਪੈਦਾ ਹੋ ਗਈ ਉਹ ਕੀ ਚੰਦ ਚੜ੍ਹੇਗੀ ਬਸ ਇਸੇ ਗੱਲ ਕਰਕੇ ਭੱਜ ਨਾ ਸਕੀ ਹੁਣ ਵੀ ਕਦੇ ਕਿਸੇ ਦੋਸਤ ਦੀ ਬੋਟੀ ਕਦੇ ਬੱਸ ਵਿੱਚ ਨਾਲ ਦੀ ਸੀਟ ਤੇ ਬੈਠੀ ਕੋਈ ਮੁਟਿਆਰ ਜਾਂ ਦਫ਼ਤਰ ਕੰਮ ਲਈ ਆਈ ਇਕੱਲੀ ਦੁਕੱਲੀ ਕੋਈ ਔਰਤ ਜਦੋਂ ਇਹਨਾਂ ਨਾਲ ਰੋਮਾਂਸ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਭ ਕੁਝ ਆਕੇ ਦੱਸ ਦਿੰਦੇ ਨੇ ਸੱਚੇ ਸੱਚੋ ਸੱਚ ਸੁਣਨ ਲੱਗਦੀ ਸੀ ਇਸ ਲਈ ਦੱਸਦਾ ਹੈ ਕਿ ਉਹਨੂੰ ਇਸ ਗੱਲ ਦੀ ਪਰਵਾਹੀ ਨਹੀਂ ਕਿ ਤੂੰ ਇਹਨਾਂ ਗੱਲਾਂ ਤੇ ਹਰਟ ਵੀ ਫੀਲ ਕਰ ਸਕਦੀ ਹੈ ਪਰ ਮੈਂ ਆਖਦੀ ਆਂ ਜੇ ਮੈਂ ਲੜਾਂਗੀ ਇਹੀ ਹੋਏਗਾ ਕਿ ਉਹ ਸਭ ਗੱਲਾਂ ਦੱਸਣੋਂ ਹਟ ਜਾਣਗੇ ਸਗੋਂ ਬਹਾਨੇ ਬਣਾਉਣ ਲਈ ਝੂਠ ਵੀ ਬੋਲਿਆ ਕਰਨਗੇ ਅੱਜ ਮੈਂ ਰਜਿੰਦਰ ਹੋਰਾ ਨਾਲ ਬਹੁਤ ਗੱਲਾਂ ਕਰਨੀਆਂ ਚਾਹੁੰਦੀ ਆਂ ਉਹਨੂੰ ਆਖਣਾ ਚਾਹੁੰਦੀ ਆਂ ਭਾਵੇਂ ਮੈਂ ਸਭ ਕੁਝ ਆਪ ਖਰੀਦ ਸਕਦੀ ਆਂ ਫਿਰ ਵੀ ਮਨ ਕਰਦਾ ਹੈ ਕਦੇ ਤੁਸੀਂ ਮੇਰੇ ਲਈ ਕੁਝ ਖਰੀਦ ਕੇ ਲੈ ਕੇ ਆਓ ਇਹ ਵੀ ਆਖਣਾ ਚਾਹੁੰਦੀ ਆਂ ਕਿ ਦਫਤਰ ਦਾ ਫਿਰ ਘਰ ਦਾ ਕੰਮ ਕਰਦੀ ਮੈਂ ਬਹੁਤ ਥੱਕ ਜਾਂਦੀ ਆਂ ਫਿਰ ਵੀ ਜੇ ਇੱਕ ਚੀਜ਼ ਘੱਟ ਬਣੇ ਤਾਂ ਡਰ ਲੱਗਦਾ ਰਹਿੰਦਾ ਹੈ ਕਿ ਆਖੋਗੇ ਰੋਟੀ ਚੰਗੀ ਨਹੀਂ ਬਣੀ ਇਹ ਵੀ ਦੱਸਣਾ ਚਾਹੁੰਦੀ ਆਂ ਕਿ ਆਪਣਾ ਬੱਚਾ ਜਿਹੜਾ ਸਿਰੇ ਨਹੀਂ ਸੀ ਚੜਿਆ ਮੈਨੂੰ ਬਹੁਤ ਯਾਦ ਆਉਂਦਾ ਹੈ ਕਿ ਜੇ ਉਹ ਜਿਉਂਦਾ ਰਹਿੰਦਾ ਹੁਣ ਨੂੰ ਉਹਨੇ 5 ਸਾਲ ਦਾ ਹੋ ਕੇ ਸਕੂਲ ਜਾਣ ਲੱਗ ਪੈਣਾ ਸੀ ਅੱਜ ਮੈਂ ਰਜਿੰਦਰ ਹੋਰਾਂ ਨੂੰ ਇਹ ਵੀ ਦੱਸਣਾ ਚਾਹੁੰਦੀ ਆ ਕਿ ਕਾਲਜ ਵਿੱਚ ਇੱਕ ਲੜਕੇ ਨੇ ਜ਼ਹਿਰ ਖਾ ਲਈ ਸੀ ਕਿਉਂਕਿ ਮੈਂ ਉਹਨੂੰ ਕੋਈ ਰਿਸਪੌਂਸ ਨਹੀਂ ਸੀ ਦਿੰਦੀ ਉਹਦਾ ਵੀ ਕਦੇ-ਕਦੇ ਖਿਆਲ ਆ ਜਾਂਦਾ ਹੈ ਮੈਂ ਵੀ ਆਖਣਾ ਚਾਹੁੰਦੀ ਆ ਕਿ ਤੁਸੀਂ ਤਾਂ ਕਦੇ ਕਾਫੀ ਹਾਊਸ ਕਦੇ ਕਲੱਬ ਕਦੇ ਕਿਸੇ ਦੋਸਤ ਦੇ ਚਲੇ ਜਾਂਦੇ ਹੋ ਮੈਂ ਘਰ ਬਹੁਤ ਇਕੱਲੀ ਮਹਿਸੂਸ ਕਰਦੀ ਆ ਮੈਂ ਬੜੀ ਕਾਇਰ ਹਾਂ ਹਰ ਵੇਲੇ ਰਜਿੰਦਰ ਹੋਰਾਂ ਦੇ ਮੂਡ ਵਾਲੀ ਦੇਖਦੀ ਰਹਿੰਦੀ ਹਾਂ ਕੋਈ ਗੱਲ ਆਖਣ ਦਾ ਹੌਸਲਾ ਹੀ ਨਹੀਂ ਕਰ ਸਕਦੀ ਉਹਨਾਂ ਦੀ ਹਰ ਗੱਲ ਵਿੱਚ ਹਾਂ ਹਾਂ ਹੀ ਕਰਦੀ ਰਹਿੰਦੀ ਆ ਜਿਵੇਂ ਆਪ ਕੁਝ ਵੀ ਸੋਚਣ ਦੀ ਮੇਰੇ ਵਿੱਚ ਅਕਲ ਹੀ ਨਹੀਂ ਰਹਿ ਗਈ ਸਮਰੱਥਾ ਹੀ ਨਹੀਂ ਰਹਿ ਗਈ ਅੱਜ ਤਾਂ ਮਨ ਕਰਦਾ ਹੈ ਰਜਿੰਦਰ ਹੋਰਾਂ ਨੂੰ ਦੱਸ ਦਿਆਂ ਕਿ ਅਗਲੇ ਜਨਮ ਮੈਂ ਚਾਹਾਂਗੀ ਇੰਗਲੈਂਡ ਵਿੱਚ ਜਨਮ ਹੋਵੇ ਦਰਿਆ ਦੇ ਕੰਢੇ ਛੋਟੇ ਜਿਹੇ ਘਰ 'ਚ بس ਹਮੇਸ਼ਾ ਹੀ ਇਕੱਲੇ ਰਿਆ ਕਰਾਂ ਹੁਣ ਤਾਂ ਕੋਈ ਕਿਤਾਬ ਪੜ੍ਹਨ ਦੀ ਵੇਲ ਵੀ ਨਹੀਂ ਮਿਲਦੀ ਫਿਰ ਬਹੁਤ ਸਾਰੀਆਂ ਕਿਤਾਬਾਂ ਪੜਾਂਗੇ ਬਹੁਤ ਸਾਰਾ ਮਿਊਜ਼ਿਕ ਸੁਣਾਗੇ ਤੇ ਛੁੱਟੀ ਵਾਲੇ ਦਿਨ ਬਹੁਤ देर ਤੱਕ ਸੁੱਤੀ ਰਿਆ ਕਰਾਂਗੇ ਸੁਪਨਿਆਂ ਵਿੱਚ ਇੱਕ ਦੋ ਵਾਰੀ ਉਸ ਘਰ ਵਿੱਚ ਮੈਂ ਜਾ ਵੀ ਆਈ ਹਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਰਜਿੰਦਰ ਹੋਰਾਂ ਨੂੰ ਚਾਹੁੰਦੀ ਨਹੀਂ ਸਗੋਂ ਗੱਲ ਇਹਦੇ ਉਲਟ ਹੈ ਅਸਲ 'ਚ ਤਾਂ ਮੈਨੂੰ ਰਜਿੰਦਰ ਹੋਰੀ ਹੀ ਚੰਗੀ ਲੱਗਦੇ ਨੇ ਅਮਰੀਕ ਤਾਂ ਉਸੇ ਤਰ੍ਹਾਂ ਚੰਗਾ ਲੱਗਦਾ ਜਿਵੇਂ ਕਿਸੇ ਨੂੰ ਕੋਈ ਫੁੱਲ ਚੰਗਾ ਲੱਗਦਾ ਹੈ ਦਰਿਆ ਚੰਗਾ ਲੱਗਦਾ ਹੈ ਕੋਈ ਮਕਾਨ ਚੰਗਾ ਲੱਗਦਾ ਹੈ ਪਰ ਜੰਦਰ ਹੋਰਾਂ ਨਾਲ ਇਹ ਗੱਲਾਂ ਮੈਂ ਕਦੇ ਕੀਤੀਆਂ ਨਹੀਂ ਉਹਨਾਂ ਕੋਲ ਵਕਤ ਹੀ ਨਹੀਂ ਹੁੰਦਾ ਪਰ ਅੱਜ ਮਨ ਹੀ ਮਨ ਮੇਰੇ ਜੰਦਰ ਹੋਰਾਂ ਕੋਲ ਰੋ ਵੀ ਪਈਆਂ ਚਾਹੁੰਦੀਆਂ ਉਹ ਮੇਰੇ ਨਾਲ ਨਾਰਾਜ਼ ਨਾ ਹੋਣ ਉਹ ਜਦੋਂ ਨਾਰਾਜ਼ ਹੋ ਜਾਂਦੇ ਨੇ ਮੇਰੇ ਪੈਰਾਂ ਹੇਠੋਂ ਜਿਵੇਂ ਧਰਤੀ ਹੀ ਡੋਲਣ ਲੱਗ ਜਾਂਦੀ ਹੈ ਸਿਰ ਤੇ ਜਿਵੇਂ ਅਸਮਾਨ ਦੀ ਛੱਤ ਗਾਇਬ ਹੋ ਜਾਂਦੀ ਹੈ ਅਸਲ 'ਚ ਮੈਂ ਬੜੀ ਕਮਜ਼ੋਰ ਔਰਤ ਥਾਂ ਇਸੇ ਲਈ ਅੱਜ ਦੂਜਾ ਦਿਨ ਹੈ ਦਫ਼ਤਰ ਜਾਣ ਨੂੰ ਮਨ ਨਹੀਂ ਕੀਤਾ ਜ਼ਿੰਦਗੀ ਤੁਰਦੀ ਤੁਰਦੀ ਜਿਵੇਂ ਖੜੋ ਗਈ ਹੋਵੇ ਸਾਰਾ ਕੁਝ ਹੀ ਉਖੜਿਆ ਉਖੜਿਆ ਪ੍ਰਤੀਤ ਹੁੰਦਾ ਹੈ ਸਵੇਰ ਵੇਲੇ ਬੂਟਿਆਂ ਨੂੰ ਪਾਣੀ ਦੇਣਾ ਹੀ ਭੁੱਲ ਗਈ ਪਤਾ ਨਹੀਂ ਕਿਉਂ ਸਾਜਾ ਘੁੱਟ ਰਿਹਾ ਜਿਵੇਂ ਭੀੜੇ ਕੱਪੜੇ ਪਾ ਲਏ ਹੋਣ ਜਿਵੇਂ ਹਵਾਈ ਥਮ ਗਈ ਹੋਵੇ ਰਜਿੰਦਰ ਹੋਰਾਂ ਦੇ ਦਫਤਰ ਚਲਿਆ ਜਾਣ ਮਗਰੋਂ ਮੈਂ ਠੰਡੇ ਪਾਣੀ ਨਾਲ ਨਹਾਉਂਦੀ ਆਂ ਵਾਲ ਖੋਲ ਕੇ ਸਿਰ ਵਿੱਚ ਵੀ ਠੰਡਾ ਪਾਣੀ ਪਾਉਂਦੀ ਆਂ ਇੱਕ ਕੰਪਨੀ ਸਾਰੇ ਜਿਸਮ ਚ ਲੈ ਜਾਂਦੀ ਏ ਫਿਰ ਨਿਚੜ ਦੇ ਵਾਲਾ ਨਾਲ ਮੈਂ ਧੁਰ ਉੱਪਰਲੀ ਛੱਤ ਤੇ ਚਲੀ ਜਾਂਦੀ ਆਂ ਹੇਠਾਂ ਘਰ ਬੜੇ ਛੋਟੇ-ਛੋਟੇ ਦਿਸਣ ਲੱਗਦੇ ਹਨ ਅਸਮਾਨ ਤੇ ਬਹੁਤ ਉੱਚੀ ਕੱਚੀ ਲੁੱਡੀ ਜਾ ਰਹੀ ਏ ਉੱਡ ਕੇ ਕਿੰਨੀ ਕੁ ਦੂਰ ਜਾ ਸਕਦੀ ਏ ਕੀ ਅਮਰੀਕਾ ਨਿਊਯਾਰਕ ਤੱਕ ਜਾ ਸਕਦੀ ਹੈ ਪਤਾ ਨਹੀਂ ਕਿਉਂ ਮੈਨੂੰ ਖਿਆਲ ਆਇਆ ਸਾਹਮਣੀ ਕੋਠੀ ਦੀ ਛੱਤ ਉੱਪਰ ਕੋਈ ਔਰਤ ਕੱਪੜੇ ਸੁਕਣੇ ਪੌਣ ਚੜੀ ਹੈ ਮੈਂ ਹੇਠਾਂ ਜਾਂਦੀ ਆਂ ਮਾਂ ਦੀ ਦਾਲ ਧਰ ਕੇ ਸਬਜ਼ੀ ਚੀਰਨ ਲੱਗ ਜਾਂਦੀ ਆਂ ਛੁਰੀ ਖਬਰੇ ਖੁੰਡੀ ਸੀ ਗਾਜਰਾਂ ਛਿੱਲੀਆਂ ਹੀ ਨਹੀਂ ਜਾ ਰਹੀਆਂ ਜਾਂ ਖਬਰੇ ਅੱਜ ਹੱਥਾਂ ਵਿੱਚ ਹੀ ਸਾਸ ਸਤ ਨਹੀਂ ਸੀ ਗਾਜਰਾ ਮਟਰਾਂ ਦੀ ਸਬਜ਼ੀ ਇਹਨਾਂ ਨੂੰ ਬਹੁਤ ਪਸੰਦ ਹੈ ਇਸੇ ਲਈ ਸਵਾਰ-ਸਵਾਰ ਕੀ ਮਠੀ-ਮਠੀ ਅੱਗ ਤੇ ਭੁੰਨ-ਭੁੰਨ ਕੇ ਬਣਾਈ। 2 ਵਜ ਗਏ ਹਨ। ਅੱਜ ਸਨੇਚਰਵਾਰ ਹੋਣ ਕਰਕੇ ਦਫ਼ਤਰ 1 ਵਜੇ ਤੱਕ ਹੀ ਸੀ। ਇਹ ਅਜੇ ਤੱਕ ਨਹੀਂ ਆਏ। ਭੁੱਖ ਨਾਲ ਮੇਰਾ ਕਲਜਾ ਖੁਸਦਾ ਜਾ ਰਿਹਾ ਹੈ। ਉਡੀਕ ਉਡੀਕੇ 3 ਵਜੇ ਮੈਂ ਰੋਟੀ ਖਾ ਲੈਂਦੀ ਆਂ। ਫਿਰ ਹੱਥ ਧੋ ਕੇ ਕੰਬਲ ਲੈ ਕੇ ਵਿਹੜੇ ਵਿੱਚ ਹੀ ਮੰਜੇ ਤੇ ਪੈ ਜਾਂਦੀ ਆਂ। ਜਦੋਂ ਜਾਗੀ ਤਾਂ 5 ਵਜ ਰਹੇ ਸਨ। ਫਿਰ 6, 7, 8, 9 ਦਸ ਤੇ 11 ਵਜੇ ਤੱਕੇ ਘਰ ਨਹੀਂ ਪਰਤੇ ਤਰ੍ਹਾਂ ਤਰ੍ਹਾਂ ਦੇ ਮਾੜੇ ਖਿਆਲ ਆਉਂਦੇ ਹਨ ਰੱਬ ਨੂੰ ਧਿਆਉਂਦੀ ਹਾਂ ਬਾਹਰਲਾ ਗੇਟ ਖੜਕਿਆ ਇਹ ਆ ਗਏ ਹਨ ਪਰ ਗੇਟ ਖੁੱਲਾ ਛੱਡ ਆਏ ਹਨ ਸਕੂਟਰ ਖੜਾ ਕਰੇ ਬਾਥਰੂਮ ਚਲੇ ਗਏ ਕੱਪੜੇ ਨਹੀਂ ਬਦਲੇ ਮੰ지에 ਉੱਪਰ ਡਿੱਗ ਪਏ ਬਹੁਤ ਸ਼ਰਾਬ ਪੀਤੀ ਹੋਈ ਹੈ ਗੇਟ ਬੰਦ ਕਰਕੇ ਆ ਕੇ ਬੂਟ ਉਤਾਰਦੀਆਂ ਇਹ ਦਸਾਈ ਉੱਪਰ ਦਿੰਨੀ ਆ ਹਿਲਾ ਕੇ ਪੁੱਛਦੀ ਆ ਰੋਟੀ ਖਾਓਗੇ ਪਲੀਜ਼ ਗੋ ਅਵੇ ਉਹ ਮੈਨੂੰ ਪਰਾਂ ਤੱਕ ਕੇ ચીਖਦੇ ਹਨ ਸਾਂ ਸਾਂ ਕਰਕੇ ਖੂਨ ਮੇਰੇ ਸਿਰ ਨੂੰ ਚੜਿਆ ਮੇਰੇ ਜਿਵੇਂ ਹੱਥ ਪੈਰ ਫੁੱਲ ਗਏ ਕਲ ਜਾ ਜਾ ਕੇ ਰਿਆ ਮੈਂ ਰਸੋਈ ਚ ਬੈਠ ਕੇ ਰੋਟੀ ਖਾਦੀ ਖਾਦੀ ਜਾਂ ਆਖੂ ਨਿਗਲੀ ਕਿੰਨਾ ਸਾਰਾ ਪਾਣੀ ਪੀਤਾ ਨਾਲ ਵਾਲੇ ਬਿਸਤਰੇ ਤੇ ਸੌਂਦਿਆਂ ਜਿਵੇਂ ਇੱਕ ਭੈ ਜਿਹਾ ਲੱਗ ਰਿਹਾ ਸੀ ਇਨਾਂ ਦੇ ਸਰੂਪ ਤੋਂ ਤਾਂ ਮੈਂ ਵਕਫੀ ਨਹੀਂ ਸਾਂ ਬਹੁਤ ਰਾਤ ਤੱਕ ਨੀਂਦ ਨਹੀਂ ਆਈ ਨੀਂਦ ਵਿੱਚੇ ਬੁੜਬੁੜਾਉਂਦੇ ਰਹੇ ਸਨ ਮੈਂ ਉੱਠ ਕੇ ਸਟੱਡੀ ਰੂਮ 'ਚ ਜਾ ਕੇ ਦੀਵਾਨ ਉੱਤੇ ਪੈ ਗਈ ਨੀਂਦ ਅਜੇ ਵੀ ਨਹੀਂ ਸੀ ਆ ਰਹੀ ਇੱਕ ਤੋਖਲਾ ਜਿਹਾ ਮਨ ਨੂੰ ਲੱਗਿਆ ਹੋਇਆ ਸੀ ਫਿਰ ਮੈਂ ਅੰਦਰੋਂ ਚਿਟਕਣੀ ਬੰਦ ਕੀਤੀ ਲੱਗਦਾ ਸੀ ਹੁਣ ਮੈਂ ਸੌ ਸਕਾਂਗੀ ਸਵੇਰੇ ਜਦੋਂ ਜਾਗੀ ਇਹ ਚਾਹ ਪੀ ਰਹੇ ਸਨ ਮੇਰੇ ਲਈ ਕੱਪ ਨਹੀਂ ਸੀ ਬਣਾਇਆ ਮੈਂ ਆਪਣੇ ਲਈ ਚਾਹ ਬਣਾਉਣ ਲੱਗੀ ਤਾਂ ਇਹਨਾਂ ਨੂੰ ਪੁੱਛਿਆ ਹੋਰ ਚਾਹ ਪियोगੇ ਇਹਨਾਂ ਕੋਈ ਉੱਤਰ ਨਹੀਂ ਦਿੱਤਾ ਮੈਨੂੰ ਔਖਾ ਜਿਹਾ ਲੱਗਿਆ ਮੈਂ ਆਪਣੇ ਜੋਗੀ ਚਾਹ ਬਣਾ ਲਈ ਕੱਪ ਵਿੱਚ ਪਾ ਕੇ ਪੀਣੀ ਲੱਗੀ ਸੀ ਜਦੋਂ ਰਜਿੰਦਰ ਹੋਰਾਂ ਨੇ ਜਦੋਂ ਰਜਿੰਦਰ ਹੋਰਾਂ ਨੇ ਤਲਖ ਹੋ ਕੇ ਆਖਿਆ ਇਹ ਡਰਾਮਾ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਕਿਹੜਾ ਡਰਾਮਾ ਮੈਂ ਚਾਹ ਦਾ ਕੱਪੁੱਥੀ ਰੱਖਦੇ ਹਾਂ ਪੁੱਛਿਆ ਅਮਰੀਕ ਨਾਲ ਇਸ਼ਕ ਦਾ ਮੇਰਾ ਉਸ ਨਾਲ ਇਹੋ ਜਿਹਾ ਕੋਈ ਰਿਸ਼ਤਾ ਨਹੀਂ ਇਹ ਬਕਵਾਸ ਐ ਤੁਹਾਨੂੰ ਕੋਈ ਅਧਿਕਾਰ ਨਹੀਂ ਮੇਰਾ ਐਂਉ ਮੇਰੀ ਐਂਉ ਇਨਸਲਟ ਕਰਨ ਦਾ ਮੈ ਰੋਣਾ ਕੀ ਹੋ ਕੇ ਆਖਿਆ ਬਸ ਤੂੰ ਮੇਰੇ ਨਾਲ ਕੋਈ ਫੈਸਲਾ ਕਰ ਲੈ ਮੈਂ ਤੇਰੇ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਇਹਨਾਂ ਨੇ ਆਖਿਆ ਮੇਰੇ ਪੈਰਾਂ ਹੇਠਾਂ ਜਿਵੇਂ ਧਰਤੀ ਡੋਲਣ ਲੱਗੀ ਡੋਰ ਪਰ ਕੋਈ ਨੂੰ ਪਤਾ ਹੀ ਨਾ ਲੱਗੇ ਕਿ ਸਭ ਕੀ ਹੋ ਗਿਆ ਰੋਣਾ ਹੀ ਨਹੀਂ ਸੀ ਆ ਰਿਹਾ ਮੈਂ ਚਾਹੁੰਦਾ ਤੂੰ ਇੱਥੋਂ ਚਲੀ ਜਾ ਨਹੀਂ ਮੈਂ ਕਿਧਰੇ ਚੱਲਿਆ ਜਾਣਾ ਇਹਨਾਂ ਸੰਜੀਦਗੀ ਨਾਲ ਆਖਿਆ ਬਹੁਤ ਦਿਲ ਗਈ ਸੀ ਮੈਨੂੰ ਪਤਾ ਹੀ ਨਹੀਂ ਸੀ ਇਹ ਜੋ ਆਖਦੇ ਹੁੰਦੇ ਨੇ ਉਹੀ ਕਰਦੇ ਹੁੰਦੇ ਨੇ ਮੈਨੂੰ ਪਤਾ ਸੀ ਇਹ ਜੋ ਆਖਦੇ ਹੁੰਦੇ ਨੇ ਉਹੀ ਕਰਦੇ ਹੁੰਦੇ ਨੇ ਇਸ ਤੋਂ ਪਹਿਲਾਂ ਕਿ ਕਿਧਰੇ ਜਾਨ ਮੈਂ ਉਸੇ ਤਰੰਗ ਤਿੰਨੀ ਕਪੜੀ ਘਰੋਂ ਬਾਹਰ ਆ ਗਈ ਇਹਨਾਂ ਨੇ ਮਗਰ ਦਰਵਾਜ਼ਾ ਬੰਦ ਨਹੀਂ ਕੀਤਾ ਸ਼ਾਇਦ ਸੋਚਦੇ ਹੋਣ ਮੈਂ ਹੁਣੇ ਪਰਤਾ ਮੰਗੀ ਰੋ ਕੇ ਮਾਫੀ ਮੰਗਾਂਗੀ ਮੈਂ ਪਲਕੂ ਬਾਹਰ ਸ਼ਸ਼ੋਪੰਚ ਖੜੀ ਰਹੀ ਕਿ ਸ਼ਾਇਦ ਉਹ ਸੱਚੀ ਮੁੱਚੀ ਮੈਨੂੰ ਘਰੋਂ ਜਾਣ ਲਈ ਨਹੀਂ ਸੀ ਆਖ ਰਹੀ ਹੁਣੇ ਆਉਣਗੇ ਤੇ ਮੇਰਾ ਹੱਥ ਫੜ ਕੇ ਵਾਪਸ ਲੈ ਜਾਣਗੇ ਪਰ ਇਹ ਇਉਂ ਨਹੀਂ ਹੋਇਆ ਕੁਛੇਰ ਮਗਰੋਂ ਹੌਲੀ-ਹੌਲੀ ਤੁਰਦੀ ਮੈਂ ਸੜਕ ਤੱਕ ਆਈ ਉੱਥੋਂ ਰਿਕਸ਼ਾ ਲੈ ਕੇ ਸੋਨਲ ਦੇ ਕੋਲ ਵਰਕਿੰਗ ਊਮੈਨਜ਼ ਹੋਸਟਲ ਆ ਗਈ ਰਿਕਸ਼ੇ ਵਾਲੇ ਨੂੰ ਪੈਸੇ ਵੀ ਉਸੇਨ ਤੋਂ ਲੈ ਕੇ ਦਿੱਤੇ ਸੋਨਲ ਤੋਂ ਕਿਰਾਏ ਲਈ ਪੈਸੇ ਲੈ ਕੇ ਮੈਂ ਮਾਂ-ਬਾਪ ਦੇ ਘਰ ਜਾਣਾ ਚਾਹੁੰਦੀ ਸੀ ਪਰ ਸੋਨਲ ਨੇ ਨਹੀਂ ਜਾਣ ਦਿੱਤਾ ਆਖਣ ਲੱਗੀ ਹੁਣ ਤੂੰ ਬੱਚੀ ਨਹੀਂ ਕਿ ਸ਼ਿਕਾਇਤ ਲਗਾਣ ਮਾਪਿਆਂ ਕੋਲ ਜਾਵੇਂ ਤੈਨੂੰ ਇਹ ਵੀ ਅਧਿਕਾਰ ਨਹੀਂ ਕਿ ਆਪਣੀਆਂ ਸਮੱਸਿਆਵਾਂ ਦਾ ਬੋਝ ਉਹਨਾਂ ਉੱਪਰ ਪਾਵੇਂ ਖਾਸ ਕਰ ਉਹਦੋਂ ਜਦੋਂ ਇਹ ਬੰਦਾ ਤੂੰ ਆਪ ਚੁਣਿਆ ਸੀ ਮੈਂ ਕਰਾਂਗੀ ਕੀ ਮੈਂ ਪਰੇਸ਼ਾਨ ਜੀ ਹੋ ਕੇ ਆਖਿਆ ਸ਼ੁਕਰ ਹੈ ਤੇਰੀ ਨੌਕਰੀ ਤਾਂ ਹੈ ਹੋਰ ਕੁਝ ਵੀ ਇੰਨਾ ਇੰਪੋਰਟੈਂਟ ਨਹੀਂ ਇੱਥੇ ਵਰਕਿੰਗ ਔਮਨ ਹੌਸਟਲ ਵਿੱਚ ਰਹਿਣਾ ਸ਼ੁਰੂ ਕਰਦੇ ਜੇ ਤੇਰੀ ਰਜਿੰਦਰ ਨੂੰ ਲੋੜ ਹੋएगी ਮਾਫੀ ਮੰਗ ਕੇ ਤੈਨੂੰ ਲੈ ਜਾਏਗਾ ਤੇ ਜੇ ਉਹਨੂੰ ਤੇਰੀ ਲੋੜ ਨਹੀਂ ਹੈ ਫਿਰ ਉੱਥੇ ਜਾ ਕੇ ਕੀ ਕਰਨਾ ਸੋਨਲ ਨੇ ਮਤ ਦੇਣ ਵਾਂਗ ਆਖਿਆ ਮੇਰਾ ਜਿਵੇਂ ਦਿਮਾਗ ਹੀ ਕੰਮ ਕਰਨ ਤੋਂ ਹਟ ਗਿਆ ਸੀ ਜੋ ਸੋਨਾ ਲੱਗਦੀ ਸੀ ਉਹੀ ਠੀਕ ਲੱਗ ਰਿਹਾ ਸੀ ਮੇਰੇ ਕੱਪੜੇ ਲੀਡੇ ਤੇ ਮੈਂ ਆਖ ਰਹੀ ਸੀ ਸੋਨਲ ਹੱਸ ਪਈ ਬੋਲੀ ਮੇਰੇ ਕੋਲੋਂ 1000 ਰੁਪਏ ਲੈ ਕੇ ਜੋ ਜੋ ਵੀ ਚਾਹੀਦਾ ਬਾਜ਼ਾਰ ਤੋਂ ਜਾ ਕੇ ਲਿਆ ਆ ਅਗਲੇ ਦਿਨ ਵੀ ਦਫ਼ਤਰ ਨਹੀਂ ਗਈ ਮਾਂ ਨੂੰ ਖਤ ਪਾ ਦਿੱਤਾ ਕਿ ਮੇਰੀ ਸਹੇਲੀ ਸੋਨਲ ਠੀਕ ਨਹੀਂ ਕੁਝ ਦਿਨ ਮੈਂ ਵਰਕਿੰਗ ਔਮਨ ਹੋਸਟਲ ਰਹਾਂਗੀ ਮਾਂ ਸ਼ਾਇਦ ਮੈਨੂੰ ਮੇਰੇ ਨਾਲੋਂ ਵੀ ਵੱਧ ਸਮਝਦੀ ਸੀ ਜਿਸ ਕਰਕੇ ਖਤ ਮਿਲਦੇ ਹੀ ਆ ਗਈ ਕੀ ਗੱਲ ਉਹ ਪੁੱਛ ਰਹੀ ਸੀ ਮੈਂ ਦੱਸ ਦਿੱਤਾ ਰਜਿੰਦਰ ਨੇ ਮੈਨੂੰ ਘਰੋਂ ਚਲੀ ਜਾਣ ਲਈ ਆਖਿਆ ਸੀ ਮੇਰੇ ਉੱਪਰ ਸ਼ੱਕ ਕੀਤਾ ਮਾਂ ਨੂੰ ਬੜਾ ਹਰਖ ਲੱਗਿਆ ਮੇਰੇ ਰੋਕਣ ਉਪਰੰਤ ਵੀ ਉਹ ਰਜਿੰਦਰ ਨੂੰ ਮਿਲਣ ਚਲੀ ਗਈ मां ਨੂੰ ਯਕੀਨ ਸੀ ਮੈਂ ਐਸੀ ਵੈਸੀ ਲੜਕੀ ਨਹੀਂ ਇਹਨਾਂ ਨੇ ਮਾਂ ਨੂੰ ਆਖਿਆ ਆਪ ਕਮਾਉਂਦੀਆਂ ਔਰਤਾਂ ਬਹੁਤ ਆਪ ਖੁਦਰੀਆਂ ਹੋ ਜਾਂਦੀਆਂ ਨੇ ਮੈਂ ਹੁਣ ਉਹਦੇ ਨਾਲ ਨਹੀਂ ਰਹਿ ਸਕਦਾ ਮਾਂ ਬਹੁਤ ਪਰੇਸ਼ਾਨ ਪਰਤੀ ਉਹ ਚਾਹੁੰਦੀ ਸੀ ਜੇ ਮੇਰਾ ਨਹੀਂ ਵੀ ਕਸੂਰ ਤਾਂ ਵੀ ਉਹਨਾਂ ਤੋਂ ਮਾਫੀ ਮੰਗ ਲਵਾਂ ਤੇ ਘਰ ਪਰਤ ਜਾਵਾਂ ਮੈਂ ਆਖਿਆ ਖਾਮ ਖਾਈ ਮਾਫੀ ਮੰਗ ਲਵਾਂ ਮਾਂ ਆਖਦੀ ਸੀ ਤੇਰਾ ਆਦਮੀ ਐ ਜੇ ਉੱਚਾ ਨੀਮਾ ਬੋਲ ਵੀ ਪਿਆ ਤਾਂ ਕਿਹੜੀ ਗੱਲ ਐ ਪਰ ਸੋਨ ਲਗਤੀ ਸੀ ਆਦਮੀ ਔਰਤ ਨੂੰ ਸਿਰਫ ਰੋਟੀ ਕਪੜਾ ਤਾਂ ਦਿੰਦਾ ਹੈ ਹਰਜੀਤ ਨੂੰ ਤਾਂ ਉਹਦੀ ਵੀ ਲੋੜ ਨਹੀਂ ਮੈਂ ਹੈਰਾਨ ਹੋ ਕੇ ਪੁੱਛਦੀਆਂ ਕਿ ਔਰਤ ਸਭ ਕੁਝ ਰੋਟੀ ਕਪੜੇ ਲਈ ਕਰਦੀ ਹੈ ਜੇ ਗੱਲ ਸਿਰਫ ਰੋਟੀ ਕਪੜੇ ਦੀ ਹੀ ਹੈ ਤਾਂ ਨੌਕਰੀ ਛੱਡ ਕੇ ਘਰ ਚੱਲ ਰੋਟੀ ਕਪੜਾ ਅਸੀਂ ਬਥੇਰਾ ਦੇ ਹੀ ਜਾਵਾਂਗੇ ਮਾਂ ਖਿੱਚ ਕੇ ਆਖਦੀ ਹੈ ਦੇਖੋ ਮਾਂ ਜੀ ਕਿ ਇਹ ਸੱਚ ਨਹੀਂ ਕਿ ਔਰਤ 24 ਘੰਟੇ ਘਰ ਦਾ ਕੰਮ ਕਰਦੀ ਹੈ ਇਥੋਂ ਤਾਂ ਕਿ ਉਹਨੂੰ ਐਤਵਾਰ ਦੀ ਵੀ ਛੁੱਟੀ ਨਹੀਂ ساری ਉਮਰ ਨਾ ਉਹਨੂੰ ਕੋਈ ਤਨਖਾਹ ਮਿਲਦੀ ਹੈ ਤੇ ਨਾ ਹੀ ਉਹਦੀ ਕੋਈ ਤਰੱਕੀ ਹੁੰਦੀ ਹੈ ਬਦਲੇ ਵਿੱਚ ਮਿਲਦਾ ਕੀ ਹੈ ਉਪਰੋਂ ਇਹ ਵੀ ਡਰ ਕੇ ਘਰ ਦਾ ਮਾਲਕ ਪਤਾ ਨਹੀਂ ਕਦੋਂ ਘਰੋਂ ਕੱਢ ਦੇਵੇ ਸੋਨਲ ਦੱਸ ਰਹੀ ਸੀ ਘਰ ਆਦਮੀ ਦਾ ਨਹੀਂ ਘਰ ਘਰ ਵਾਲੀ ਦਾ ਹੁੰਦਾ ਹੈ ਇਹ ਗੱਲ ਤਾਂ ਤੁਸੀਂ ਅੱਜ ਕੱਲ੍ਹ ਦੀਆਂ ਕੁੜੀਆਂ ਸਮਝਦੀਆਂ ਨਹੀਂ ਮਾਂ ਸੋਨਲ ਨੂੰ ਸਮਝਾ ਰਹੀ ਸੀ ਉਸ ਘਰ ਵਾਲੀ ਨੂੰ ਹਰਜੀਤ ਵਾਂਗ ਘਰ ਦਾ ਮਾਲਕ ਜਦੋਂ ਮਰਜ਼ੀ ਘਰੋਂ ਕੱਢ ਸਕਦਾ ਹੈ ਹੈਨਾ ਇਸ ਨੇ ਕੋਈ ਅਜਈ ਗੱਲ ਕੀਤੀ ਹੋਊ ਜਿਹੜੀ ਰਜਿੰਦਰ ਨੂੰ ਚੰਗੀ ਨਹੀਂ ਲੱਗੀ ਮਾਂ ਨੇ ਦਲੀਲ ਦਿੱਤੀ ਸਭ ਕੁਝ ਉਸੇ ਨੂੰ ਚੰਗਾ ਲੱਗਣਾ ਕਿਉਂ ਜ਼ਰੂਰੀ ਹੈ ਆਦਮੀ ਵੀ ਇਹ ਕਿਉਂ ਨਹੀਂ ਦੇਖੇ ਕਿ ਔਰਤ ਨੂੰ ਕੀ ਚੰਗਾ ਲੱਗਦਾ ਜੇ ਸਿਰਫ ਚੰਗਾ ਲੱਗਣ ਪਿੱਛੇ ਹੀ ਜਾਓ ਫਿਰ ਪੈ ਗਈਆਂ ਪੂਰੀਆਂ ਮੈਂ ਤਾਂ ਕਹਿੰਨੀ ਆ ਪੜਾਓ ਹੀ ਨਾ ਕੁੜੀਆਂ ਨੂੰ ਮਾਂ ਗੁੱਸੇ ਹੋ ਰਹੀ ਸੀ ਰਜਿੰਦਰ ਨੇ ਆਪ ਘਰੋਂ ਚਲੀ ਜਾਣ ਲਈ ਆਖਿਆ ਰਜਿੰਦਰ ਨੇ ਆਪ ਘਰੋਂ ਚਲੀ ਜਾਣ ਲਈ ਆਖਿਆ ਸੀ ਮੈਂ ਫੇਰ ਦੱਸ ਰਹੀ ਸੀ ਗੁੱਸੇ ਚ ਉਹਨੇ ਆਖ ਦਿੱਤਾ ਹੋ ਇਹਦਾ ਇਹ ਮਤਲਬ ਤਾਂ ਨਹੀਂ ਕਿ ਹੁਣ ਤੂੰ ਇੱਥੇ ਬੈਠੀ ਰਹੇਂਗੀ ਕੋਈ ਅਕਲ ਦੀ ਗੱਲ ਕਰ ਸੌ ਠੰਡਾ ਤੱਤਾ ਸਮਾਂ ਸਮੋਲ ਈ ਦੇ ਕਬੀਲਦਾਰੀ ਵਿੱਚ ਮਾਂ ਡਾਂਟ ਰਹੀ ਸੀ ਮੈਨੂੰ ਰੋਣਾ ਆ ਗਿਆ ਕੋਈ ਨਹੀਂ ਮਾਂ ਜੀ ਕੁਝ ਦਿਨ ਇਹਨਾਂ ਨੂੰ ਠੰਡੇ ਦਿਮਾਗ ਨਾਲ ਸੋਚਣ ਦਿਓ ਅਪੇ ਸੁਲਾ ਸਵਾਈ ਕਰ ਲੈਣਗੇ ਤੁਸੀਂ ਫਿਕਰ ਨਾ ਕਰੋ ਹਰਜੀਤ ਸੁਲਾ ਤੋਂ ਬਿਨਾ ਹੋਰ ਕੁਝ ਕਰਨ ਜੋਗੀ ਹੈ ਹੀ ਨਹੀਂ ਸੋਨਲ ਮਜ਼ਾਕ ਕਰ ਰਹੀ ਸੀ ਸੋਨਲ ਦੇ ਸਾਹਮਣੇ ਮਾਂ ਚੁੱਪ ਕਰ ਗਈ ਪਰ ਉਹਦੇ ਜਾਨ ਮਗਰੋਂ ਮੈਨੂੰ ਫੇਰ ਡਾਂਟਣ ਲੱਗੀ ਤੇਰੀ ਮਤ ਨੂੰ ਖੋਕੀ ਗਿਆ ਇਹੋ ਜੀਆਂ ਦੀਆਂ ਗੱਲਾਂ ਚ ਨਹੀਂ ਆ ਜਾਈਦਾ ਹੁੰਦਾ ਦੇਖ ਨਾ ਇਹੋ ਜੀਆਂ ਦੇ ਜਵਾਨੀ ਪਹਿਰੇ ਤਾਂ 100 ਬਾਹਰੂ ਬਣੂ ਤੇ ਮਗਰੋਂ ਕੌਣ ਸਿਆਣੂ ਆਪਣੇ ਆਦਮੀ ਨਾਲ 100 ਮਾਣ ਇੱਜ਼ਤ ਆदमी ਬਿਨਾ ਟਕੇ ਦਾ ਮੁੱਲ ਨਹੀਂ ਤੀਵੀਂ ਦਾ ਘੜੀ ਦੀ ਘੜੀ ਅਗਲੇ ਦਾ ਗੁੱਸਾ ਵੀ ਝੱਲ ਲਈਦਾ ਉਸ ਵੇਲੇ ਜਵਾਬ ਸਵਾਲ ਨਾ ਕੀਤੇ ਜ਼ਰਾ ਚੁੱਪ ਵੱਟ ਲਈ ਕੁਝ ਕਸਦਾ ਤਾਂ ਨਹੀਂ ਅਗਲਾ ਸਾਰੀ ਦੁਨੀਆ ਨਾਲ ਤਾਂ ਲੜਦਾ ਹੀ ਹੈ ਜੇ ਘਰ ਜਨਾਨੀ ਵੀ ਲੜਨ ਲੱਗ ਜਾਈ ਫਿਰ ਕਸ ਜੋਗਾ ਰਹਿੰਦਾ ਆਦਮੀ ਮਗ ਪਾਸ਼ਣ ਚੜ ਰਹੀ ਸੀ ਰਜਿੰਦਰ ਮੇਰੇ ਤੇ ਸ਼ੱਕ ਕਰਦਾ ਮੈਂ ਦੱਸਿਆ ਕਿਸ ਬੱਚੇ ਸਾਡੇ ਦਫਤਰ ਦੇ ਇੱਕ ਬੰਦੇ ਕਰਕੇ ਤੂੰ ਐਂ ਕਰ ਨੌਕਰੀ ਛੱਡ ਦੇ ਮਾਂ ਨੇ ਸਲਾਹ ਦਿੱਤੀ ਨਹੀਂ ਮੈਂ ਨੌਕਰੀ ਨਹੀਂ ਛੱਡ ਸਕਦੀ ਮੈਂ ਕੋਰਾ ਜਵਾਬ ਦੇ ਦਿੱਤਾ ਤੈਨੂੰ ਆਪਣੇ ਘਰ ਨਾਲੋਂ ਨੌਕਰੀ ਵੱਧ ਪਿਆਰੀ ਹੈ ਮਾਂ ਨੇ ਸਖਤ ਹੋ ਕੇ ਪੁੱਛਿਆ ਤੂੰ ਤੇ ساری ਉਮਰ ਘਰ ਦਾ ਤੇ ਘਰ ਵਾਲੇ ਦਾ ਹੀ ਖਿਆਲ ਰੱਖਿਆ ਫਿਰ ਵੀ ਪਾਪਾ ਨੇ ਤੇਰੀ ਪਰਵਾਹ ਨਹੀਂ ਕੀਤੀ ਮੈਂ ਜਦੋਂ ਆਖਿਆ ਮਾਂ ਪਰੇਸ਼ਾਨ ਹੋ ਗਈ ਸ਼ਾਇਦ ਉਹਨੂੰ ਖਿਆਲ ਸੀ ਕਿ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਜੇ ਪਤਾ ਹੈ ਤਾਂ ਸਮਝ ਨਹੀਂ ਮਾਂ ਹੰਭਹਾਰ ਕੇ ਚਲੀ ਗਈ ਲੱਗਦਾ ਹੈ ਉਹ ਰਜਿੰਦਰ ਦੇ ਮਾਪੇ ਕੋਲ ਜਾਏਗੀ ਕਿ ਉਹ ਰਜਿੰਦਰ ਨੂੰ ਸਮਝਾਉਣ ਪਰ ਮਾਂ ਨੂੰ ਇਉਂ ਨਹੀਂ ਕਰਨਾ ਚਾਹੀਦਾ ਅਸੀਂ ਕੋਈ ਬੱਚੇ ਥੋੜੇ ਹੀ ਆ ਰੋਜ਼ ਦਫਤਰ ਜਾਂਦੀਆਂ ਦਫਤਰ ਦਾ ਕੰਮ ਵੀ ਕਰਦੀਆਂ ਫਿਰ ਵੀ ਇੱਕ ਖੋਜ ਜਿਹੀ ਹਰ ਵੇਲੇ ਮਨ ਚ ਪੈਂਦੀ ਰਹਿੰਦੀ ਹੈ ਇੱਕ ਬੇਚੈਨੀ ਜਿਹੀ ਵਿੱਚ ਹੌਸਟਲ ਤੋਂ ਦਫਤਰ ਨੂੰ ਤੁਰ ਪੈਂਦੀਆਂ ਤੇ ਉਸੇ ਬੇਚੈਨੀ ਜਿਹੀ ਚ ਦਫਤਰ ਤੋਂ ਹੌਸਟਲ ਵੱਲ ਨੂੰ ਅਜੀਬ ਅਜੀਬ ਜੇ ਖਿਆਲ ਆਉਂਦੇ ਰਹਿੰਦੇ ਨੇ ਮਨ ਵਿੱਚ ਆਪਣੇ ਆਪ ਨੂੰ ਕਦੇ ਗੱਡੀ ਦੀ ਲਾਈਨ ਉੱਪਰ ਵੱਡੀ ਟੁੱਕੀ ਦੇਖਦੀਆਂ ਕਦੇ ਗੰਗਾ ਦੇ ਨਿਰਮਲ ਠੰਡੇ ਪਾਣੀ ਵਿੱਚ ਡੁੱਬੀ ਹੋਈ ਤੇ ਕਦੇ ਨੀਂਦੀਆਂ ਗੋਲੀਆਂ ਨਾਲ ਹਮੇਸ਼ਾ ਲਈ ਗੂੜੀ ਨੀਂਦ ਸੁੱਤੀ ਹੋਈ ਸਮਝਦੀ ਆਂ ਇਹ ਮੇਰੀ ਬੁਝਦਲੀ ਹੈ ਕਿਸੇ ਤੂਫਾਨ ਨਾਲ ਟਕਰਾਉਣ ਦੀ ਥਾਂ ਤੂਫਾਨਾਂ ਦੇ ਅੱਗੇ ਮੈਂ ਲਾਸ਼ ਬਣ ਕੇ ਲੇਟ ਜਾਣਾ ਚਾਹੁੰਦੀ ਆਂ ਪਰ ਕਿਹੜਾ ਤੂਫਾਨ ਮੈਂ ਕੈਥੀ ਨੂੰ ਪੁੱਛਿਆ ਸੀ ਤੁਸੀਂ ਪਛਮੀ ਕੁੜੀਆਂ ਇੱਕ ਤੋਂ ਮਗਰੋਂ ਦੂਜੇ ਰਿਸ਼ਤੇ ਨੂੰ ਟੁੱਟਦਿਆਂ ਕਿਵੇਂ ਜਰਦੀਆਂ ਹੋ ਉਹ ਉਹਨੇ ਹੱਸ ਕੇ ਆਖਿਆ ਸੀ ਕਿਸੇ ਵੀ ਰਿਸ਼ਤੇ ਚ ਇਨਵੋਲ ਵੀ ਨਾ ਇਨਵੋਲ ਵੀ ਕਿਉਂ ਹੋ ਕਿ ਉਹਦਾ ਟੁੱਟਣਾ ਤੁਹਾਡੇ ਕੋਲੋਂ ਜਰਿਆ ਨਾ ਜਾਏ ਦੂਸਰੀ ਗੱਲ ਜ਼ਿੰਦਗੀ ਹਰ ਰਿਸ਼ਤੇ ਨਾਲੋਂ ਕੀਮਤੀ ਹੈ ਕੈਥੀ 18-19 ਸਾਲ ਦੀ ਬਹੁਤ ਅਮੀਰ ਮਾਂ ਪਿਓ ਦੀ ਇੱਕੋ ਇੱਕ ਬੇਟੀ ਹਿੰਦੂਸਤਾਨੀ ਲੜਕੇ ਨਾਲ ਸ਼ਾਦੀ ਕਰਕੇ ਉਹਦਾ ਦੇਸ਼ ਦੇਖਣ ਆਈ ਸੀ ਉਦੇ ਮਾਪਿਓ ਭੈਣ ਭਾਈਆਂ ਨੂੰ ਮਿਲਣ ਆਈ ਸੀ ਇਥੋਂ ਸੂਟ ਤੇ ਸਾੜੀਆਂ ਖਰੀਦਣ ਆਈ ਸੀ ਤੇ ਨਾਲ ਹੀ ਮਿੱਟੀ ਦੀ ਤਸਵੀਰ ਜਾਨਣਾ ਆਈ ਸੀ ਜਿਸ ਵਿੱਚੋਂ ਲੜਕਾ ਬਣਿਆ ਸੀ ਜੇ ਕੱਲ ਅਮਰਜੀਤ ਕਿਸੇ ਹੋਰ ਲੜਕੀ ਨੂੰ ਚਾਉਣ ਲੱਗ ਪਿਆ ਫੇਰ ਮੈਂ ਪੁੱਛਿਆ ਸੀ ਫੇਰ ਅਲਹਿਦਾ ਹੋ ਜਾਵਾਂਗੀ ਉਹਨੇ ਉਸੇ ਸਹਿਜ ਨਾਲ ਲਾਖਿਆ ਕਿ ਇਹ ਏਡੀ ਸੌਖੀ ਗੱਲ ਹੁੰਦੀ ਹੈ ਮੈਂ ਪਰੇਸ਼ਾਨ ਜੀ ਹੋ ਕੇ ਪੁੱਛਿਆ ਸੌਖੀ ਤਾਂ ਨਹੀਂ ਹੁੰਦੀ ਪਰ ਮਰੇ ਹੋਏ ਰਿਸ਼ਤੇ ਨੂੰ ਹਰ ਵੇਲੇ ਨਾਲ ਚੁੱਕੀ ਫਿਰਨਾ ਇਸ ਤੋਂ ਵੀ ਔਖਾ ਹੁੰਦਾ ਹੈ ਤੂੰ ਐਡੀ ਛੋਟੀ ਉਮਰ ਵਿੱਚ ਹੀ ਇਹ ਸਭ ਗੱਲਾਂ ਕਿੱਥੋਂ ਜਾਣ ਲਈਆਂ ਉਹ ਹੱਸ ਪਈ ਤੇ ਬੋਲੀ ਇਹ ਸਭ ਕੁਝ ਜਾਣਨ ਲਈ ਵਰੇ ਨਹੀਂ ਚਾਹੀਦੇ ਅਸੀਂ ਤੋਖਾ ਉਦੋਂ ਖਾਂਦੇ ਹਾਂ ਜਦੋਂ ਕਿਸੇ ਰਿਸ਼ਤੇ ਨੂੰ ਖੜੋਤੇ ਹੋਏ ਰੂਪ ਵਿੱਚ ਲੈ ਲੈਂਦੇ ਆ ਜੇ ਰਿਸ਼ਤੇ ਸਾਡੇ ਨਾਲ ਗਰੋ ਨਹੀਂ ਕਰਨਗੇ ਤਾਂ ਅਸੀਂ ਉਹਨਾਂ ਰਿਸ਼ਤਿਆਂ ਨੂੰ ਆਊਟ ਗਰੋ ਕਰ ਜਾਵਾਂਗੇ ਅੱਜ ਜੋ ਅਮਰਜੀਤ ਮੈਨੂੰ ਪ੍ਰਾਪਤ ਹੈ 5 ਸਾਲਾਂ ਨੂੰ ਇਹਦੇ ਜਿਸਮ ਦੇ ਸਾਰੇ ਸੈੱਲ ਵੀ ਬਦਲ ਚੁੱਕੇ ਹੋਣਗੇ ਫਿਰ ਇਹ ਕਿਵੇਂ ਉਹੀ ਅਮਰਜੀਤ ਰਹੇਗਾ ਕੈਥੀ ਇਥੇ ਭਾਰਤ ਵਿੱਚ ਰਿਸ਼ਤੇ ਸਿਰਫ ਇੱਕ ਜਨਮ ਦੇ ਨਹੀਂ ਜਨਮਾਂ ਜਨਮਾਂ ਤਰਾ ਦੇ ਮੰਨੇ ਜਾਂਦੇ ਨੇ ਸਾਡੀਆਂ ਔਰਤਾਂ ਇਸੇ ਵਿਸ਼ਵਾਸ ਨਾਲ ਜਿਉਂਦੀਆਂ ਨੇ ਇਹ ਵਿਸ਼ਵਾਸ ਜਿਸ ਔਰਤ ਕੋਲ ਹੁੰਦਾ ਹੋਵੇ ਉਹਦਾ ਜਿਉਣਾ ਤਾਂ ਬਹੁਤ ਸੌਖਾ ਹੋ ਜਾਂਦਾ ਹੈ ਸਾਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਸਵੇਰੇ ਕੰਮ ਤੇ ਗਿਆ ਸਾਡਾ ਬੰਦਾ ਸ਼ਾਮ ਨੂੰ ਘਰ ਪਰਤੇਗਾ ਵੀ ਕਿ ਨਹੀਂ ਪਰ ਕਿੱਥੀ ਰਿਸ਼ਤਿਆਂ ਦੇ ਅਵਿਸ਼ਵਾਸ ਵਿੱਚ ਕਿਵੇਂ ਜੀਆ ਜਾ ਸਕਦਾ ਹੈ ਇਸ ਸੱਚ ਨੂੰ ਸਵੀਕਾਰ ਕਰਕੇ ਲੱਗਦਾ ਹੈ ਇਸ ਵੇਲੇ ਤੁਹਾਡੇ ਹਿੰਦੁਸਤਾਨੀ ਔਰਤ ਦੀ ਪ੍ਰੋਬਲਮ ਹੀ ਇਹ ਹੈ ਕਿ ਨਾ ਉਹਦਾ ਜਨਮਾਂ ਜਨਮਾਂਤਰਾਂ ਦੇ ਰਿਸ਼ਤਿਆਂ ਵਿੱਚ ਵਿਸ਼ਵਾਸ ਰਹਿ ਗਿਆ ਤੇ ਨਾ ਹੀ ਉਹਨੇ ਰਿਸ਼ਤਿਆਂ ਦੇ ਅਵਿਸ਼ਵਾਸ ਨੂੰ ਸਵੀਕਾਰ ਕੀਤਾ ਹੈ ਕੈਥੀ ਤੂੰ ਇੱਡੀ ਛੋਟੀ ਉਮਰ ਵਿੱਚ ਇਹ ਗੱਲਾਂ ਕਿਵੇਂ ਜਾਣ ਲਈਆਂ ਮੈਂ ਮੁੜ ਉਹੀ ਸਵਾਲ ਕੀਤਾ ਉਹ ਫੇਰ ਹੱਸ ਪਈ ਤੇ ਆਖਣ ਲੱਗੀ ਮਿਸਿਸ ਰਜਿੰਦਰ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ ਸੋਨਲ ਜੋ ਹੁਣੇ ਹੁਣੇ ਸਾਡੇ ਕੋਲ ਆਈ ਸੀ ਬੋਲੀ ਕੈਥੀ ਇੱਕ ਗੌਤਮ ਰਿਸ਼ੀ ਦੀ ਪਤਨੀ ਅਹਲਿਆ ਸੀ ਇੱਕ ਗੌਤਮ ਬੁੱਧ ਦੀ ਪਤਨੀ ਯਸ਼ੋਧਰਾ ਸੀ ਤੇ ਇੱਕ ਰਜਿੰਦਰ ਗੌਤਮ ਦੀ ਪਤਨੀ ਹਰਜੀਤ ਹੈ ਇਹਨੂੰ ਇਹ ਨਹੀਂ ਪਤਾ ਲੱਗਦਾ ਹੱਲਿਆ ਬਣ ਕੇ ਜੀਏ ਇਹ ਸ਼ੋਧਰਾ ਬਣ ਕੇ ਜੀਏ ਜਾਂ ਹਰਜੀਤ ਬਣ ਕੇ ਚਾਹੁੰਦੀ ਹੈ ਤਿੰਨਾਂ ਨੂੰ ਰਲਾ ਕੇ ਜੀ ਸਕੇ ਕਿਉਂਕਿ ਗੌਤਮ ਤਾਂ ਹਰ ਯੁੱਗ ਵਿੱਚ ਗੌਤਮ ਹੀ ਹੈ ਕੈਥੀ ਨੂੰ ਪਤਾ ਨਹੀਂ ਇਸ ਗੱਲ ਦੀ ਸਮਝ ਲੱਗੀ ਕਿ ਨਾ ਮੈਂ ਹੈਰਾਨ ਹੋ ਕੇ ਸੋਨਨ ਵੱਲ ਚਾਕੀ ਜਿਵੇਂ ਉਹ ਕੋਈ ਜਾਦੂਗਰ ਨਹੀਂ ਹੋਵੇ ਆਪਣੀ ਬਾਹ ਵਧਾ ਕੇ ਹਰ ਯੁੱਗ ਦੇ ਗੌਤਮ ਨੂੰ ਤਲੀ ਤੇ ਰੱਖ ਲਈ ਹੋਵੇ ਤੇ ਹੁਣ ਉਹਦੇ ਖੱਬੇ ਹੱਥ ਦੀ ਤਲੀ ਉੱਪਰ ਤੈਨੂੰ ਗੌਤਮ ਖਲੋਤੇ ਸਨ ਤੇ ਤਿੰਨਾਂ ਦੇ ਤਿੰਨਾਂ ਪਾਸਿਆਂ ਨੂੰ ਮੂੰਹ ਸਨ ਜਿਵੇਂ ਤਿੰਨਾ ਮੂੰਹਾਂ ਵਾਲਾ ਕੋਈ ਸਤੰਭ ਹੋਵੇ ਮੈਂ ਕੈਥੀ ਤੇ ਅਮਰਜੀਤ ਫਿਲਮ ਦੇਖਣ ਜਾਵਾਂਗੇ ਚੱਲेंगे ਹਰਜੀਤ ਸੋਨਲ ਨੇ ਪੁੱਛਿਆ ਨਹੀਂ ਮੇਰਾ ਮਨ ਨਹੀਂ ਮੈਂ ਆਖਿਆ ਕੈਥੀ ਸੋਨਲ ਤੇ ਅਮਰਜੀਤ ਫਿਲਮ ਵੇਖਣ ਚਲੇ ਗਏ ਮੈਂ ਆਪਣੇ ਕਮਰੇ 'ਚ ਵਾਪਸ ਆ ਗਈ ਰਜਿੰਦਰ ਗੋਤਮ ਕੌਣ ਹੈ ਅਮਰੀਕ ਕੌਣ ਹੈ ਹਰਜੀਤ ਕੌਣ ਹੈ ਇਹ ਸੋਨਲ ਕੌਣ ਹੈ ਤੇ ਇਹ ਕੈਥੀ ਮੈਂ ਆਪਣੇ ਆਪ ਨੂੰ ਪੁੱਛ ਰਹੀ ਸੀ ਅਸੀਂ ਸਾਰੇ ਕਿੱਥੋਂ ਤੁਰੇ ਸੀ ਅਸੀਂ ਸਾਰੇ ਇੱਥੇ ਕਿਵੇਂ ਇੱਕ ਦੂਜੇ ਨੂੰ ਟੱਕਰ ਗਏ ਹਾਂ ਮੈਂ ਕੋਸ਼ਿਸ਼ ਕਰਾਂਗੀ ਰਜਿੰਦਰ ਨੂੰ ਯਾਦ ਨਾ ਕਰਿਆ ਕਰਾਂ ਮੈਂ ਕੋਸ਼ਿਸ਼ ਕਰਾਂਗੀ ਮੈਂ ਆਪਣੇ ਆਪ ਨੂੰ ਵੀ ਯਾਦ ਨਾ ਕਰਿਆ ਕਰਾਂ ਆਖਰ ਮੈਨੂੰ ਔਖ ਕੀ ਹੈ ਇਹ ਹੀ ਕਿ ਲੋਕ ਕੀ ਆਖਣਗੇ ਕੌਣ ਲੋਕ ਆਖਰ ਮੈਂ ਰਜਿੰਦਰ ਹੋਰਾਂ ਨੂੰ ਸੱਚੋ ਸੱਚ ਕਿਉਂ ਨਹੀਂ ਦੱਸ ਦਿੰਦੀ ਕਿ ਅਮਰੀਕ ਮੈਨੂੰ ਚੰਗਾ ਲੱਗਦਾ ਹੈ ਜੰਗਾ ਤਾਂ ਮੈਨੂੰ ਮੇਰਾ ਭਰਾ ਵੀ ਲੱਗਦਾ ਹੈ ਮਾਮਾ ਵੀ ਬਾਪ ਵੀ ਭੂਆ ਦਾ ਪੁੱਤਰ ਵੀ ਪਰ ਇਹਨਾਂ ਰਿਸ਼ਤਿਆਂ ਦੇ ਨਾਮ ਜੋ ਹਨ ਇਸ ਲਈ ਮੁਅਫਕ ਕੀਤੇ ਜਾ ਸਕਦੇ ਨੇ ਪਰ ਕੀ ਕੋਈ ਅਜਿਹਾ ਰਿਸ਼ਤਾ ਨਹੀਂ ਹੁੰਦਾ ਜਿਹਨੂੰ ਤੁਸੀਂ ਕੋਈ ਨਾਮ ਨਾ ਦੇ ਸਕੋ ਕੀ ਉਹ ਨਜਾਇਜ਼ ਰਿਸ਼ਤਾ ਹੁੰਦਾ ਹੈ ਨਜਾਇਜ਼ ਬੱਚੇ ਵਾਂਗ ਪਰ ਕਿਸੇ ਨਜਾਇਜ਼ ਰਿਸ਼ਤੇ ਵਿੱਚੋਂ ਪੈਦਾ ਹੋਇਆ ਨਜਾਇਜ਼ ਬੱਚਾ ਜੇਕਰਨ ਹੋ ਸਕਦਾ ਹੈ क्राइस्ट हो ਸਕਦਾ ਤਾਂ ਉਹ ਰਿਸ਼ਤਾ ਨਜਾਇਜ਼ ਕਿਵੇਂ ਹੋਇਆ ਸਿਰਫ ਸਾਡੀ ਦ੍ਰਿਸ਼ਟੀ ਨਜਾਇਜ਼ ਹੋਈ ਕੀ ਇਹ ਸਭ ਕੁਝ ਮੈਂ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਹੀ ਤਾਂ ਨਹੀਂ ਸੋਚ ਰਹੀ ਔਰਤ ਦਾ ਇੱਕ ਤੋਂ ਵੱਧ ਬੰਦੇ ਨੂੰ ਮੁਹੱਬਤ ਕਰਨਾ ਗੁਨਾਹ ਕਿਵੇਂ ਬਣ ਗਿਆ ਜੇ ਮਨ ਤੋਂ ਉਹਨੂੰ ਕੋਈ ਹੋਰ ਚੰਗਾ ਲੱਗਣ ਲੱਗ ਪਿਆ ਤਾਂ ਇਹ ਪਤੀ ਨਾਲ ਬੇਇਨਸਾਫੀ ਬੇਈਮਾਨੀ ਬੇਵਫਾਈ ਕਿਵੇਂ ਬਣ ਗਈ ਸੁਣਿਆ ਹੈ ਪੁਰਾਣੀ ਵਿਲੀਆਨ ਚ ਜਦੋਂ ਕੋਈ ਰਾਜਾ ਮਰਦਾ ਸੀ ਤਾਂ ਉਹਦੀਆਂ ਸਾਰੀਆਂ ਗੋਲੀਆਂ ਤੇ ਗੁਲਾਮਾਂ ਨੂੰ ਉਹਦੇ ਨਾਲ ਇੱਕ ਮਹਿਲ ਵਰਗੀ ਕਬਰ ਵਿੱਚ ਦਬਾ ਦਿੱਤਾ ਜਾਂਦਾ ਸੀ ਔਰਤ ਨੂੰ ਪਤੀ ਦੇ ਮਰਨ ਉੱਪਰ ਉਹਦੇ ਨਾਲ ਜਲਾ ਦੇਣਾ ਕੀ ਉਸੇ ਗੱਲ ਦਾ ਛੋਟਾ ਰੂਪ ਨਹੀਂ ਸੀ ਤੇ ਮਨ ਬਚਨ ਕਰਮ ਤੋਂ ਵਫਾਦਾਰ ਰਹਿਣ ਦਾ ਮਤਲਬ ਬਾਕੀ ਸਾਰੇ ਸੰਸਾਰ ਲਈ ਮਰੇ ਹੋਏ ਹੋਣ ਵਾਲੀ ਗੱਲ ਨਹੀਂ ਕਿ ਔਰਤ ਦਾ ਆਪਣੇ ਲਈ ਜਿਉਣ ਦਾ ਕੋਈ ਅਧਿਕਾਰ ਨਹੀਂ ਇਹ ਅਧਿਕਾਰ ਉਹਨੂੰ ਕਿਸੇ ਹੋਰ ਨੇ ਦੇਣਾ ਇਹ ਫੈਸਲਾ ਕਿਸ ਨੇ ਕਰ ਦਿੱਤਾ ਹੈ ਉਹ ਆਪਣੀ ਫੈਸਲੀ ਆਪ ਕਿਉਂ ਨਹੀਂ ਕਰ ਸਕਦੀ ਮੈਂ ਨਹੀਂ ਕਹਿੰਦੀ ਹਰ ਔਰਤ ਵਿਦਰੋਹ ਕਰ ਦੇਵੇ ਕਿਉਂਕਿ ਹਰ ਔਰਤ ਆਪਣੇ ਜੀਵਨ ਦੀ ਆਪ ਜ਼ਿੰਮੇਵਾਰ ਹੋਣ ਦੀ ਜੁਰਤ ਕਿੱਥੇ ਰੱਖਦੀ ਹੈ ਬਹੁਤੀਆਂ ਔਰਤਾਂ ਤਾਂ ਆਪਣੇ ਪ੍ਰਤੀ ਹਰ ਫੈਸਲੇ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਕੇ ਆਪ ਸੁਰੱਖਿਰੂ ਰਹਿ ਕੇ ਜਿਉਣਾ ਹੀ ਜਾਣਦੀਆਂ ਹਨ ਉਨਾਂ ਲਈ ਫੈਸਲੇ ਕਦੇ ਧਰਮ ਕਰਦਾ ਹੈ ਕਦੇ ਕਾਨੂੰਨ ਕਦੇ ਸਮਾਜ ਕਰੇ ਪਰੰਪਰਾ ਜੋ ਕਿਸੇ ਵੇਲੇ ਰਲ ਕੇ ਬਾਪ ਦਾ ਰੂਪ ਧਾਰ ਲੈਂਦੇ ਹਨ ਕਦੇ ਪਤੀ ਦਾ ਤੇ ਕਦੇ ਪੁੱਤਰ ਦਾ ਔਰਤ ਹੋਰ ਵਸਤੂਆਂ ਵਾਂਗ ਇੱਕ ਵਸਤੂ ਹੀ ਹੈ ਤਾਂ ਜੋ ਹੋਰ ਵਸਤੂਆਂ ਵਾਂਗ ਵੇਚੀ ਵਟਾਈ ਤੇ ਵੰਡੀ ਜਾਂਦੀ ਹੈ ਸੁਣਨ ਨੂੰ ਇਹ ਗੱਲਾਂ ਬੜੀਆਂ ਉਪਰੀਆਂ ਲੱਗਦੀਆਂ ਨੇ ਪਰ ਹਨ ਸੱਚ ਜਿਵੇਂ ਘਰ ਦੀ ਜਨਸ ਵੇਚ ਕੇ ਲੋੜੀਂਦੀਆਂ ਚੀਜ਼ਾਂ ਖਰੀਦ ਲਈਦੀਆਂ ਹਨ ਉਸੇ ਤਰ੍ਹਾਂ ਘਰ ਦੀ ਧੀ ਦੇ ਦਈਦੀ ਹੈ ਤੇ ਕਿਸੇ ਦੀ ਧੀ ਆਪਣੇ ਘਰ ਲੈ ਆਈਦੀ ਹੈ ਚੀਜ਼ਾਂ ਵਸਤਾਂ ਦੇ ਵਟਾਂਦਰੇ ਵਾਂਗ ਹੀ ਔਰਤਾਂ ਦੀ ਅਦਲਾ ਬਦਲੀ ਵੀ ਅਣਲਿਖਿਆ ਕਾਨੂੰਨ ਬਣ ਗਿਆ ਹੈ ਔਰਤ ਦਾ ਮੁੱਲ ਹੋਰ ਵੀ ਘਟ ਗਿਆ ਜਦੋਂ ਉਹਦੇ ਨਾਲ ਚੀਜ਼ਾਂ ਵਸਤਾਂ ਵੀ ਦਿੱਤੀਆਂ ਜਾਣ ਲੱਗੀਆਂ ਉਸੇ ਤਰ੍ਹਾਂ ਜਿਵੇਂ ਜਮਾਦਾਰ ਨੂੰ ਆਖਦੇ ਆਂ ਕੂੜੇ ਦੀ ਟੋਕਰੀ ਲੈ ਜਾ ਨਾਲ 2 ਰੁਪਏ ਵੀ ਦੇਵਾਂਗੇ ਦੇਵਾਂਗੇ हे परमात्मा ਇਹ ਸਭ ਉਟ ਪਟੰਗ ਲਾ ਮੇਰੇ ਮਨ ਵਿੱਚ ਕਿਉਂ ਆ ਰਹੀਆਂ ਨੇ ਔਰਤ ਤਾਂ ਘਰ ਦੀ ਰਾਣੀ ਹੁੰਦੀ ਹੈ ਪਰ ਆਖਦੇ ਨੇ ਉਹੀ ਰਾਣੀ ਜੋ ਖਸਮ ਦੇ ਮਨ ਪਾਣੀ ਤੇ ਜੇ ਖਸਮ ਦੇ ਮਨ ਨਾਮ ਪਾਵੇ ਤਾਂ ਉਹ ਪੱਠ ਝੁਕਣੀ ਹੋ ਜਾਂਦੀ ਹੈ ਕੌਣ ਡਾਰਨੀ ਹੋ ਜਾਂਦੀ ਹੈ ਕੁਲਛਣੀ ਤੇ ਕੁਲਹਿਣੀ ਹੋ ਜਾਂਦੀ ਹੈ ਨਹੀਂ ਸਿਰਫ ਪੁੱਤਰਾਂ ਦੀ ਮਾਂ ਰਾਣੀ ਹੁੰਦੀ ਹੈ ਪਰ ਕਿਉਂ ਲਫ਼ਜ਼ਾਂ ਕੀ ਹੈ ਪੁੱਤਰਾਂ ਨੂੰ ਪਾਲਣ ਪੋਸਣ ਲਈ ਉਹਨਾਂ ਦਾ ਗੋਮੂਤ ਤੋਂਣ ਲਈ ਇਸ ਤੋਂ ਪਹਿਲਾਂ ਪੁੱਤਰਾਂ ਨੂੰ ਜੰਮਣ ਲਈ ਜਿਹੜੀ ਔਰਤ ਚਾਹੀਦੀ ਹੈ ਉਹਨੂੰ ਭਾਵੇਂ ਰਾਣੀ ਆਖੋ ਭਾਵੇਂ ਮਹਾਰਾਣੀ ਜਾਂ ਪਟਰਾਣੀ ਇਹਦੇ ਨਾਲ ਕੁਝ ਨਹੀਂ ਹੁੰਦਾ ਇੱਕ ਇਤਿਹਾਸਿਕ ਸੱਚ ਹੈ ਕਿ ਔਰਤ ਤੇ ਨੂੰ ਜਨਮ ਦੇ ਕੇ ਬਹੁਤ ਉਦਾਸ ਹੋ ਜਾਂਦੀ ਹੈ ਸ਼ਾਇਦ ਅਚੇਤ ਤੌਰ ਤੇ ਕਿਦਰੀ ਉਹ ਜਾਣਦੀ ਹੁੰਦੀ ਹੈ ਕਿ ਇਸ ਨਕਰਮੀ ਰਾਹੀ ਮੈਂ ਫੇਰ ਆਪਣੇ ਆਪ ਨੂੰ ਦੁਹਰਾ ਰਹੀ ਹੋਵਾਂਗੀ ਬਹੁਤ ਅਜੀਬ ਲੱਗਦੀਆਂ ਨੇ ਨਾ ਇਹ ਗੱਲਾਂ ਮੈਨੂੰ ਵੀ ਅਜੀਬ ਲੱਗਦੀਆਂ ਨੇ ਕਿਉਂਕਿ ਇਉਂ ਕਹਿਣ ਸੁਣਨ ਦੀ ਸਾਨੂੰ ਆਦਤ ਨਹੀਂ ਲੀਰਾ ਦੀ ਗੁੱਡੀ ਬੋਲਣ ਲੱਗ ਜਾਵੇ ਹੈ ਨਹੀਂ ਹੈਰਾਨੀ ਦੀ ਗੱਲ ਪਰ ਕੀਤਾ ਕੀ ਜਾਵੇ ਸਿਆਣਿਆਂ ਆਖਿਆ ਔਰਤ ਤਾਂ ਗਿੱਲੇ ਆਟੇ ਦੀ ਬਣੀ ਹੋਈ ਹੈ ਘਰ ਰਹੇਗੀ ਤਾਂ ਚੂਹੇ ਕੁੱਤਰਣਗੇ ਬਾਹਰ ਨਿਕਲੇਗੀ ਤਾਂ ਕਾਂ ਠੂੰਗਣਗੇ ਕੀ ਕੋਈ ਤੀਜਾ ਤਾਂ ਹੈ ਉਸ ਲਈ ਜਿੱਥੇ ਨਾ ਚੂਹੇ ਕੁੱਤਰਨ ਤੇ ਨਾ ਕਾਂ ਠੂੰਗਣ ਰਜਿੰਦਰ ਨਾਲ ਰਹਿੰਦੀਆਂ ਇਹ ਸਭ ਗੱਲਾਂ ਚਿੱਤ ਜਿੱਤੇ ਵੀ ਨਹੀਂ ਸਨ ਉਦੋਂ ਤਾਂ ਲੱਗਦਾ ਸੀ ਇਹ ਮੇਰਾ ਆਦਮੀ ਹੈ ਇਹ ਮੇਰਾ ਘਰ ਹੈ ਇਹ ਮੇਰਾ ਸੰਸਾਰ ਹੈ ਤੇ ਮੇਰੇ ਰੱਬ ਨੇ ਮੈਨੂੰ ਇਹ ਸਭ ਕੁਝ ਦਿੱਤਾ ਹੁਣ ਲੱਗਦਾ ਹੈ ਘਰ ਵੀ ਹੈ ਆਦਮੀ ਵੀ ਹੈ ਤੇ ਰੱਬ ਵੀ ਪਰ ਕੁਝ ਵੀ ਮੇਰਾ ਨਹੀਂ ਰੱਬ ਵੀ ਨਹੀਂ ਹਾਂ ਜੇ ਰੱਬ ਮੇਰਾ ਹੁੰਦਾ ਜ਼ਰਾ ਮਸਾਤਾ ਮੇਰਾ ਖਿਆਲ ਕਰਦਾ ਕੋਈ ਔਰਤ ਕਦੋਂ ਉਸ ਕੋਲੋਂ ਸਲਤਨਤਾਂ ਮੰਗਦੀ ਹੈ ਕਦੋਂ ਉਸ ਕੋਲੋਂ 36 ਪਦਾਰਥ ਲੋੜਦੀ ਹੈ ਕਦੋਂ ਹੀਰੇ ਮੋਤੀ ਤੇ ਜਰੀ ਗੋਟੇ ਮੰਗਦੀ ਹੈ ਉਹ ਤਾਂ ਬਸ ਆਖਦੀ ਹੈ ਬਸ ਮੇਰਾ ਇੱਕ ਛੋਟਾ ਜਿਹਾ ਘਰ ਸੰਸਾਰ ਹੈ ਉਸੇ ਦੀ ਖੈਰ ਮੰਗਦੀ ਹੈ ਇਹ ਸਭ ਕੁਝ ਸੋਚਦੀ ਤਾਂ ਮੈਂ ਪਾਗਲ ਹੋ ਜਾਵਾਂਗੀ ਮੈਨੂੰ ਸੋਨਲ ਹੋਰਾਂ ਦੇ ਨਾਲ ਫਿਲਮ ਦੇਖਣ ਚਲੀ ਜਾਣਾ ਚਾਹੀਦਾ ਸੀ ਵਰਜੀਨੀਆ ਵੂਲਫ ਇੰਨੀ ਵੱਡੀ ਲੇਖਕਾ ਇੱਕ ਦਿਨ ਤੁਰਦੀ ਤੁਰਦੀ ਦਰਿਆ ਦੇ ਪਾਣੀਆਂ ਦੇ ਵਿੱਚ ਉਤਰ ਗਈ ਸੀ ਤੇ ਫਿਰ ਬਾਹਰ ਨਹੀਂ ਸੀ ਆਈ ਸਿਰਫ ਉਹਦੀ Laash ਹੀ ਲੱਭੀ ਸੀ ਸਿਲਵੀਆ ਪਲਾਥ ਨੇ ਵੀ ਆਤਮਕਾਤ ਕਰ ਲਿਆ ਸੀ ਇਹ ਲੇਖਕਔਰਤਾਂ ਕਿਉਂ ਵਿਉਹ ਚੱਕਰ ਵਿੱਚ ਘਿਰ ਜਾਂਦੀਆਂ ਨੇ ਮਰਨਾ ਤਾਂ ਬਹੁਤ ਸੌਖਾ ਹੈ ਸਿਲਵੀਆ ਸੋਨਲ ਠੀਕ ਹੀ ਤਾਂ ਆਖਦੀ ਸੀ ਕੋਈ ਇਸ ਕਾਬਲਤਾ ਹੋਵੇ ਕਿ ਉਸ ਲਈ ਮਰਿਆ ਜਾਵੇ ਅਜੇ ਵੀ ਕਿਧਰੇ ਮਨ ਪਟਕਦਾ ਹੈ ਕਿ ਰਜਿੰਦਰ ਆ ਕੇ ਆਖੇ ਹਰਜੀਤ ਘਰ ਚਲੀਏ ਜਿਸ ਘਰ ਨੂੰ ਤੂੰ ਛੱਡ ਆਈ ਉਹ ਸਿਰਫ ਮੇਰਾ ਹੀ ਤਾਂ ਨਹੀਂ ਤੇਰਾ ਵੀ ਤਾਂ ਉਨਾ ਹੀ ਹੈ ਪਰ ਨਹੀਂ ਉਹ ਇਉਂ ਨਹੀਂ ਆਖੇਗਾ ਹੋਰ ਔਰਤਾਂ ਵੀ ਤਾਂ ਆਪਣੇ ਆਦਮੀਆਂ ਤੋਂ ਮਾਰਾਂ ਖਾ ਕੇ ਗਾਲਾਂ ਖਾ ਕੇ ਉਹਨਾਂ ਦੇ ਨਾਲ ਹੀ ਰਹੀ ਜਾਂਦੀਆਂ ਨੇ ਕਿ ਉਹਨਾਂ ਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ ਜਾਂ ਉਹ ਦੋਰੀ ਜ਼ਿੰਦਗੀ ਜਿਉਣ ਲੱਗ ਜਾਂਦੀਆਂ ਨੇ ਕਿ ਤਨ ਤੋਂ ਕਿਧਰੇ ਹੋਰ ਰਹਿ ਰਹੀਆਂ ਹੁੰਦੀਆਂ ਨੇ ਦੇ ਮੰਤੋਂ ਕਿ ਦਰੇ ਹੋਰ ਜਾਂ ਫਿਰ ਖਬਰੇ ਉਹਨਾਂ ਦੇ ਮਨੇ ਨਹੀਂ ਹੁੰਦੇ ਮਾਂ ਠੀਕ ਹੀ ਤਾਂ ਆਖਦੀ ਸੀ ਕੁੜੀਆਂ ਨੂੰ ਬਹੁਤਾ ਪੜਾਉਣਾ ਨਹੀਂ ਚਾਹੀਦਾ ਸ਼ਾਇਦੇ ਇਸੇ ਲਈ ਪੁਰਾਣੀ ਵੇਲੀਆਂ ਵਿੱਚ शूद्र ਤੇ ਨਾਰੀ ਲਈ ਵੇਦ ਪੜ੍ਹਨੇ ਵੀ ਵਰਜਿਤ ਸਨ ਪਰ ਇਹ ਪੁਰਾਣੀ ਵੇਲੀ ਨਹੀਂ ਅਮਰੀਕ ਦੇ ਨਿਊਯਾਰਕ ਤੋਂ ਦਫ਼ਤਰ ਦੇ ਪਤੇ ਉੱਪਰ ਚਿੱਠੀ ਆਈ ਨਹੀਂ ਮੇਰੀ ਚਿੱਠੀ ਆਈ ਨਹੀਂ ਮੇਰੀ ਚਿੱਠੀ ਦਾ ਜਵਾਬ ਆਇਆ ਲਿਖਿਆ ਸੀ ਤੁਹਾਡੀ ਦੁਆ ਦੀ ਇਸ ਵੇਲੇ ਮੈਨੂੰ ਬਹੁਤ ਲੋੜ ਸੀ ਮੇਰਾ ਵੀ ਮਨ ਕਰਦਾ ਠੀਕ ਹੋ ਕੇ ਛੇਤੀ ਆਪਣੇ ਦੇਸ਼ ਪਰਤਾਂ ਆਪਣੇ ਘਰ ਤੇ ਆਪਣੇ ਦਫ਼ਤਰ ਜਾਵਾਂ ਸਨੇ ਨਾਲ ਪਤਾ ਨਹੀਂ ਕਿਉਂ ਚਿੱਠੀ ਪੜਦਿਆਂ ਮੇਰੇ ਹੱਥ ਕੰਬ ਰਹੇ ਸਨ ਚਿੱਠੀ ਪੜਨ ਮਗਰੋਂ ਨਾ ਜਾਣੀ ਕਿਉਂ ਰੋਣਾ ਆ ਗਿਆ ਮੈਂ ਅਮਰੀਕ ਨੂੰ ਦੱਸਣਾ ਚਾਹੁੰਦੀ ਸੀ ਮੇਰਾ ਘਰ ਉੱਜੜ ਗਿਆ ਹੁਣ ਮੇਰਾ ਕੋਈ ਕਰਨੀ ਮੈਂ ਵਰਕਿੰਗ ਊਮਨਜ਼ ਉਸ ਠਿਲ ਵਿੱਚ ਰਹਿੰਦੀ ਆ ਰਜਿੰਦਰ ਮੈਨੂੰ ਇੱਕ ਘਟੀਆ ਔਰਤ ਸਮਝਦਾ ਹੈ ਤੇ ਮੈਂ ਮਰ ਜਾਣਾ ਚਾਹੁੰਦੀ ਆ ਫਿਰ ਸੋਚਦੀ ਆ ਉਹ ਮੇਰਾ ਕੌਣ ਹੈ ਜਿਹਨੂੰ ਮੈਂ ਸਭ ਕੁਝ ਦੱਸਣਾ ਚਾਹੁੰਦੀ ਆ ਤੇ ਹੰਝੂ ਮੇਰੀਆਂ ਗੱਲਾਂ ਗੱਲਾਂ ਤੇ ਵਹਿ ਦੁਰਦੇ ਹਨ ਮੈਂ ਸੱਚਮੁੱਚ ਦੁਆ ਕਰਦੀ ਹਾਂ ਅਮਰੀਕ ਰਾਜੀ ਹੋ ਜਾਏ ਉਹ ਆਪਣੇ ਦੇਸ਼ ਆਪਣੇ ਘਰ ਤੇ ਆਪਣੇ ਦਫ਼ਤਰ ਪਰ ਤਾਵੇ ਉਹਨੇ ਮੈਨੂੰ ਸਨੇਹ ਨਾਲ ਆਖਿਆ ਹੈ ਕਿਉਂ ਲਿਖਿਆ ਉਹਨੇ ਹਾਲ ਦੇ ਪੱਲੇ ਵੀ ਖਿਆਲ ਆਇਆ ਕਿ ਜੇ ਉਹ ਮੁੜ ਕੇ ਨਾ ਆਵੇ ਉਹਨੂੰ ਉੱਥੇ ਹੀ ਕੁਝ ਹੋ ਜਾਏ ਫੇਰ ਤਾਂ ਫੇਰ ਤਾਂ ਰਜਿੰਦਰ ਦੇ ਸਭ ਸ਼ੱਕ ਦੂਰ ਹੋ ਜਾਣਗੇ ਨਹੀਂ ਨਹੀਂ ਚਾਹੁੰਦੀ ਹਾਂ ਅਮਰੀਕ ਨੂੰ ਕੁਝ ਨਾ ਹੋਵੇ ਜੇ ਉਹਨੂੰ ਪਤਾ ਲੱਗਿਆ ਰਜਿੰਦਰ ਮੇਰੇ ਉੱਪਰ ਸ਼ੱਕ ਕਰਦਾ ਹੈ ਉਹ ਕੀ ਸੋਚੇਗਾ ਜੇ ਕਦੇ ਅਮਰੀਕ ਨੇ ਪੁੱਛ ਹੀ ਲਿਆ ਕਿ ਰਜਿੰਦਰ ਮੇਰੇ ਉੱਪਰ ਕਿਉਂ ਸ਼ੱਕ ਕਰਦਾ ਹੈ ਮੈਂ ਕੀ ਜਵਾਬ ਦਿਆਂਗੀ ਦਫਤਰ ਦੇ ਹੋਰ ਲੋਕਾਂ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਹੁਣ ਵਰਕਿੰਗ ਊਮੈਨਸ ਹੋਸਟਲ ਰਹਿੰਦੀ ਆ ਤਾਂ ਕੀ ਸੋਚਣਗੇ ਚੰਗਾ ਹੋਵੇ ਮੇਰੀ ਕਿਸੇ ਹੋਰ ਸ਼ਹਿਰ ਦੀ ਬਦਲੀ ਹੋ ਜਾਏ ਪਰ ਉੱਥੇ ਵੀ ਤਾਂ ਲੋਕ ਹੋਣਗੇ ਇਹੋ ਜੀਆਂ ਗੱਲਾਂ ਵਿੱਚ ਮੈਂ ਉਲਝੀ ਰਹਿੰਦੀ ਆ ਰਾਤ ਨੂੰ ਬਹੁਤ ਬਹੁਤ ਰਾਤ ਤੱਕ ਨੀਂਦ ਨਹੀਂ ਆਉਂਦੀ ਹਰ ਕੀ ਨੀਂਦ ਵਾਲੀਆਂ ਗੋਲੀਆਂ ਖਾ ਲੈਂਦੀ ਆ ਇਸ बेहोਸ਼ੀ ਵਰਗੀ ਨੀਂਦ ਤੋਂ ਜਦੋਂ ਸਵੇਰੇ ਜਾਗਦੀ ਆ ਤਾਂ ਬਹੁਤ ਥੱਕੀ ਟੁੱਟੀ ਹੁੰਦੀ ਆ ਸੋਨਲ ਆਖਦੀ ਹੈ ਕੋਈ ਵੀ ਆਦਮੀ ਇੰਨਾ ਜ਼ਰੂਰੀ ਨਹੀਂ ਹੁੰਦਾ ਕਿ ਉਸ ਲਈ ਏਡੇ ਪਰੇਸ਼ਾਨ ਹੋ ਜਾਓ ਸੋਨਲ ਨੇ ਵੀ ਕਦੇ ਕਿਸੇ ਨੂੰ ਚਾਹਿਆ ਸੀ ਪੂਰੇ ਤਨੋਂ ਮਨੋਂ ਪਰ ਉਹਨੇ ਵਿਆਹ ਕਿਸੇ ਹੋਰ ਨਾਲ ਕਰ ਲਿਆ ਸੀ ਸੋਨਲ ਸੋਨਲ ਨਾਲ ਉਹ ਸਿਰਫ ਦੋਸਤੀ ਰੱਖਣਾ ਚਾਹੁੰਦਾ ਸੀ ਸੋਨਲ ਨੇ ਉਸ ਤੋਂ ਮਗਰੋਂ ਕਈਆਂ ਨਾਲ ਦੋਸਤੀ ਪਾਈ ਤੇ ਛੱਡੀ ਸੀ ਉਹ ਆਖਦੀ ਸੀ ਕਿ ਮੈਂ ਕਿਸੇ ਦੀ بیوی ਥੋੜੀ ਹਾਂ ਕਿ ਅਗਲੇ ਦੀ ਮਰਜ਼ੀ ਨਾਲ ਹੀ ਜੀ ਆ ਪਰ ਮੈਨੂੰ ਲੱਗਦਾ ਜਿਵੇਂ ਬਾਕੀ ਸਭ ਨਾਲੋਂ ਉਹ ਉਸ ਪਹਿਲੇ ਦਾ ਹੀ ਬਦਲਾ ਲੈ ਰਹੀ ਹੈ ਕਿਸੇ ਦੀ ਵੀ ਪਰਵਾਹ ਨਾ ਕਰਕੇ ਸੋਨਾ ਲਖਦੀ ਹੈ ਅਗਲੇ ਨੂੰ ਤੁਹਾਨੂੰ ਦੁੱਖ ਦੇ ਸਕਣ ਦਾ ਅਧਿਕਾਰ ਤੁਸੀਂ ਆਪ ਦਿੰਦਿਓ ਜੋ ਗਲਤ ਹੈ ਕੋਈ ਵੀ ਆਖਦੀ ਹੈ ਜਿਹਨੂੰ ਤੁਹਾਡੀ ਲੋੜ ਨਹੀਂ ਉਹ ਤੁਹਾਡੀ ਲੋੜ ਕਿਉਂ ਬਣਿਆ ਰਹੇ ਉਹ ਤਾਂ ਇਹ ਵੀ ਆਖਦੀ ਹੈ ਕਿ ਜਿਹੜੀਆਂ ਔਰਤਾਂ ਆਪਣੇ ਮਰਦਾਂ ਤੋਂ ਮਾਰ ਖਾਂਦੀਆਂ ਹਨ ਗਾਲਾਂ ਖਾਂਦੀਆਂ ਹਨ ਉਹ ਹੁੰਦੀ ਹੈ ਇਸ ਯੋਗ ਹਨ ਬੇਅਕਲ ਔਰਤਾਂ ਨਹੀਂ ਤਾਂ ਕੌਣ ਹੁੰਦਾ ਹੈ ਕੋਈ ਆਦਮੀ ਤੁਹਾਡੇ ਨਾਲ یوں ਬਤਮੀਜ਼ ਹੋ ਸਕਣ ਵਾਲਾ ਮੇਰੇ ਕੋਲ ਸੋਨਲ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਆਪਣੀ ਥਾਂ ਸ਼ਾਇਦ ਉਹ ਠੀਕ ਹੀ ਹੈ ਮਾਂ ਇਥੇ ਹੁੰਦੀ ਤਾਂ ਜ਼ਰੂਰ ਆਖਦੀ ਪਤੀ ਤਾਂ ਪਰਮੇਸ਼ਰ ਹੁੰਦਾ ਹੈ ਸੋਨਲ ਜਦੋਂ ਜ਼ਿਆਦਾ ਸ਼ਰਾਬ ਪੀ ਲੈਂਦੀ ਹੈ ਫਿਰ ਕੁਝ ਜ਼ਿਆਦਾ ਹੀ ਬਹਿ ਜਾਂਦੀ ਹੈ ਜਿਸ ਨੂੰ ਉਦਾਸ ਹੋਵੇ ਸ਼ਰਾਬ ਪੀ ਲੈਂਦੀ ਹੈ ਤੇ ਆਖਦੀ ਹੈ ਉਦਾਸ ਹੋਣ ਵੇਲੇ ਸ਼ਰਾਬ ਪੀਣਾ ਸਿਰਫ ਆਦਮੀ ਦਾ ਹੀ ਅਧਿਕਾਰ ਕਿਵੇਂ ਹੈ ਇੱਕ ਦਿਨ ਆਖਦੀ ਸੀ ਔਰਤ ਦੀ ਪਵਿੱਤਰਤਾ ਸਭ ਤੋਂ ਔਂਗ ਹੈ ਇਹਨਾਂ ਝੂਠਾਂ ਸਾਲੇ ਕੁੱਤਿਆਂ ਲਈ ਔਰਤ ਪਵਿੱਤਰ ਰਹੇ ਤਾਂ ਕਿ ਉਹਨੂੰ ਚੰਗੇ ਸਮ ਤਾਂ ਕਿ ਇਹ ਉਹਨੂੰ ਚੰਗੀ ਸਮਝਦੇ ਰਹਿਣ ਕਿ ਇਹ ਆਪ ਚੰਗੇ ਨੇ ਮੈਂ ਉਹਨੂੰ ਆਖਣਾ ਚਾਹੁੰਦੀ ਹਾਂ ਸੋਨਲ ਤੂੰ ਸ਼ਾਇਦ ਬਿਮਾਰ ਹੈ ਰੱਖਦੀ ਨਹੀਂ ਉਹ ਖਿੱਚ ਕੇ ਆਖਦੀ ਐ ਇਹ ਜੋ ਤੇਰੇ ਦਿਨ ਬਿਨ ਜਿਉਂਦਿਆਂ ਲੰਘ ਰਹੇ ਨੇ ਕੋਈ ਪਰਤਾ ਸਕੇਗਾ ਕੋਈ ਵੀ ਕੀਮਤ ਤੇਰੇ ਨਾਲੋਂ ਵੱਧ ਕੀਮਤੀ ਨਹੀਂ ਤੂੰ ਸਿਲ ਪੱਥਰ ਕਿਉਂ ਹੋ ਗਈ ਐ ਕੁਝ ਕਰਦੀ ਕਿਉਂ ਨਹੀਂ ਇਸ ਤੋਂ ਤਾਂ ਡਾਈਵੋਰਸ ਹੀ ਲੈ ਲੈ ਮੈਂ ਅੰਦਰੋਂ ਕੰਬ ਚਾਨੀ ਆ ਸ਼ਾਇਦ ਸਭ ਕਾਸੀ ਦੇ ਬਾਵਜੂਦ ਮੈਂ ਹੀ ਨਹੀਂ ਸੀ ਮੰਨਿਆ ਕਿ ਮੈਂ ਤੇ ਰਜਿੰਦਰ ਹੁਣ ਹਮੇਸ਼ਾ ਲਈ ਨਿੱਖੜ ਗਏ ਆ ਲੱਗਦਾ ਸੀ ਇਹ ਇੱਕ ਮਾੜਾ ਸੁਪਨਾ ਜੀ ਰਹੀਆਂ ਤੇ ਜਦੋਂ ਮਾੜਾ ਸੁਪਨਾ ਲੰਘ ਗਿਆ ਸਭ ਕੁਝ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੋਏਗਾ ਸਾਡਾ ਘਰ ਸਾਡੇ ਦੁੱਖ ਸੁੱਖ ਸਾਡਾ ਭੂਤ ਤੇ ਭਵਿੱਖ ਅਸੀਂ ਦੋਵੇਂ ਤੇ ਹੋ ਕੇ ਗੁਜ਼ਰ ਗਿਆ ਬੱਚਾ ਵੇ ਸ਼ਾਇਦ ਅਚੇਤ ਤੌਰ ਤੇ ਮੈਨੂੰ ਰਾਮਚੋ ਵਰਗੇ ਕਿਸੇ ਕਰਾਮਾਤੀ ਉਢੀਕ ਸੀ ਪਰ ਸੋਨ ਲੱਗਦੀ ਹੈ ਮੈਂ ਵੀ ਸ਼ਰਾਬ ਪੀ ਕੇ ਦੇਖਾਂ ਬਹੁਤ ਚੈਨ ਹੈ ਇਸ ਵਿੱਚ ਸੋਨਲ ਕੋਈ ਚੰਗਾ ਬੰਦਾ ਕਿਉਂ ਨਹੀਂ ਲੱਭ ਲੈਂਦੀ ਮੈਂ ਪੁੱਛਦੀ ਆ ਉਹ ਹੱਸ ਪੈਂਦੀ ਐ ਤੇ ਆਖਦੀ ਐ ਤੇਰੇ ਵਾਲਾ ਹੀ ਨਾ ਲੱਭ ਲਵਾਂ ਮੈਂ ਮਜ਼ਾਕ ਨਹੀਂ ਕਰਦੀ ਸੋਨਲ ਵਿਆਹ ਤੋਂ ਪਹਿਲਾਂ ਹਰ ਬੰਦਾ ਹੀ ਤੁਹਾਡੇ ਨਾਲ ਚੰਗਾ ਹੁੰਦਾ ਤੇ ਵਿਆਹ ਤੋਂ ਮਗਰੋਂ ਹਰ ਬੰਦਾ ਹੀ ਮਾੜਾ ਦੱਸ ਫਿਰ ਚੰਗਾ ਬੰਦਾ ਕਿੱਥੋਂ ਤੇ ਕਿਵੇਂ ਲੱਭਿਆ ਜਾਵੇ ਉਹ ਸੰਜੀਦਾ ਹੋ ਕੇ ਪੁੱਛਦੀ ਐ ਬਿਨਾਂ ਵਿਆਹ ਕੀਤੇਂ ਹੀ ਤੂੰ ਸਾਰੇ ਤਤ ਕੱਢ ਲੇ ਮੈਂ ਹੱਸ ਕੇ ਪੁੱਛਦੀ ਆ ਵਿਆਹ ਕਰਵਾ ਕੇ ਔਰਤ ਤਤ ਕੱਢਣ ਜੋਗੀ ਕਿੱਥੇ ਰਹਿ ਜਾਂਦੀ ਹੈ ਬਸ ਸਾਰਾ ਵੇਲਾ ਵਿਆਹ ਨੂੰ ਬਚਾਈ ਰੱਖਣ ਦੇ ਫਿਕਰ ਵਿੱਚ ਹੀ ਰਹਿੰਦੀ ਹੈ ਫਿਰ ਕੀ ਕੀਤਾ ਜਾਵੇ ਸੋਨਲ ਮੈਂ ਪਰੇਸ਼ਾਨ ਜੀ ਹੋ ਕੇ ਪੁੱਛਦੀ ਹਾਂ ਬਸ ਇੱਕੋ ਗੱਲ ਸਮਝ ਲੈਣ ਦੀ ਲੋੜ ਹੈ ਹਰਜੀਤ ਕਿ ਕਿਸੇ ਵੀ ਕੀਮਤ ਨਾਲੋਂ ਤੁਸੀਂ ਵੱਧ ਕੀਮਤੀ ਹੋ ਤੂੰ ਮੈਨੂੰ ਬਹੁਤ ਪਰੇਸ਼ਾਨ ਕਰ ਦਿੰਨੀ ਹੈ ਸੋਨਲ ਮੈਂ ਉਦਾਸ ਹੋ ਕੇ ਆਖਦੀ ਹਾਂ ਤੂੰ ਸੱਚ ਨੂੰ ਸਮਝਣ ਤੇ ਸਵੀ ਕਾਰ ਕਰਨ ਤੋਂ ਇਨਕਾਰੀ ਹੋ ਕੇ ਭੁਲੇਖਿਆਂ ਵਿੱਚ ਕਿਉਂ ਜਿਉਣਾ ਚਾਹੁੰਦੀਆਂ ਤਕੜੀ ਹੋ ਕੇ ਜ਼ਿੰਦਗੀ ਨੂੰ ਫੇਸ ਕਰ ਇਸ ਵੇਲੇ ਚੌਕੀਦਾਰ ਆ ਕੇ ਦੱਸਦਾ ਕਿ ਦਫ਼ਤਰ ਦਾ ਇੱਕ ਬੰਦਾ ਆਇਆ ਮੈਂ ਹੈਰਾਨ ਹੁੰਦੀਆਂ ਕਿ ਦਫ਼ਤਰ ਦੇ ਕਿਸੇ ਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇੱਥੇ ਰਹਿ ਰਹੀ ਹਾਂ ਸੋਣਾ ਲੱਗਦੀ ਹੈ ਹੈਰਾਨ ਹੁੰਦੀ ਕੋਈ ਗੱਲ ਨਹੀਂ ਇਹਨਾਂ ਆਦਮੀਆਂ ਨੂੰ ਕੰਮ ਕਰਦੀਆਂ ਸਾਰੀ ਔਰਤਾਂ ਬਾਰੇ ਸਭ ਕੁਝ ਹੀ ਪਤਾ ਹੁੰਦਾ ਮੈਂ ਗੇਟ ਤੇ ਜਾਂਦੀ ਹਾਂ ਦੱਸੋ ਕੀ ਗੱਲ ਮੈਂ ਪੁੱਛਦੀਆਂ ਤੁਹਾਡੇ ਘਰ ਗਿਆ ਸੀ ਇੱਕ ਔਰਤ ਨੇ ਦੱਸਿਆ ਤੁਸੀਂ ਹੁਣ ਇੱਥੇ ਨਹੀਂ ਰਹਿੰਦੇ ਹੋਸਟਲ ਵਿੱਚ ਰਹਿੰਦੇ ਹੋ ਉਹ ਸ਼ਾਇਦ ਨੌਕਰਾਨੀ ਸੀ ਪਰ ਲੱਗਦੀ ਨੌਕਰਾਨੀ ਨਹੀਂ ਸੀ ਉਹ ਦੱਸ ਰਿਹਾ ਸੀ ਤੁਹਾਨੂੰ ਕੰਮ ਸੀ ਕੋਈ ਮੈਂ ਕਾਲੀ ਪੈ ਕੇ ਪੁੱਛਦੀ ਆ ਅਮਰੀਕ ਸਾਹਿਬ ਦਾ ਐਡਰੈਸ ਚਾਹੀਦਾ ਸੀ ਮੈਂ ਸੋਚਿਆ ਤੁਹਾਨੂੰ ਸ਼ਾਇਦ ਪਤਾ ਹੋਵੇ ਉਹਨੇ ਆਉਣ ਦਾ ਬਹਾਨਾ ਕਾਰਨ ਬਣਾ ਕੇ ਦੱਸਿਆ ਨਹੀਂ ਮੇਰੇ ਕੋਲ ਨਹੀਂ ਉਹਨਾਂ ਦਾ ਐਡਰੈਸ ਮੈਂ ਗੰਭੀਰ ਹੋ ਕੇ ਆਖਿਆ ਚਲੋ ਖੈਰ ਨਾ ਸੀ ਕਿਸੇ ਹੋਰ ਤੋਂ ਪਤਾ ਕਰ ਲਾਂਗਾ ਹਾਂ ਮੇਰੇ ਜੋਗਾ ਕੋਈ ਕੰਮ ਹੋਵੇ ਦੱਸਣਾ ਉਹਨੇ ਠੀਠਾ ਮੰਗ ਆਖਿਆ ਜੀ ਕੀਤਾ ਜੁੱਤੀ ਲਾ ਲਵਾ ਤੇ ਦੋ ਤਿੰਨ ਮਾਰਾਂ ਸਿਰ ਵਿੱਚ ਤੇ ਆਖਾਂ ਇਹ ਹੀ ਕੰਮ ਐ ਤੇਰੇ ਲਈ ਉਹ ਮੇਰੇ ਚਿਹਰੇ ਤੋਂ ਸ਼ਾਇਦ ਕੁਝ ਪਾਪ ਗਿਆ ਬੋਲਿਆ ਅੱਛਾ ਮੈਂ ਚੱਲਦਾ ਖਿਜੀ ਖਜਾਈ ਮੈਂ ਵਾਪਸ ਆਈ ਤੇ ਸੋਨਲ ਨੂੰ ਦੱਸਿਆ ਹਰਾਮੀ ਸਮਝਦੇ ਨਹੀਂ ਮੈਂ ਪਤਾ ਨਹੀਂ ਐਸੀ ਵੈਸੀ ਔਰਤਾਂ ਤੂੰ ਇਸ ਗੱਲ ਤੋਂ ਕਿਉਂ ਔਖੀ ਹੋ ਰਹੀ ਹੈ ਕਿ ਦੂਸਰੇ ਤੈਨੂੰ ਕੀ ਸਮਝਦੇ ਨੇ ਜ਼ਰੂਰੀ ਇਹ ਨਹੀਂ ਹੁੰਦਾ ਕਿ ਦੂਸਰੇ ਤੈਨੂੰ ਕੀ ਸਮਝਦੇ ਨੇ ਜ਼ਰੂਰੀ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ ਸੋਨ ਲੱਗ ਰਹੀ ਸੀ ਉਹਨੂੰ ਪਤਾ ਲੱਗ ਗਿਆ ਹੁਣ ਮੈਰਿਜ ਅੰਦਰ ਕੋ ਰਹਿਣ ਨਾਲ ਨਹੀਂ ਰਹਿੰਦੀ ਅਰੇ ਪਤਾ ਲੱਗਣ ਨੂੰ ਤੂੰ ਕੀ ਢੱਕਾ ਮਾਰ ਲਿਆ ਕਿਸੇ ਦਾ ਖੂਨ ਕਰ ਦਿੱਤਾ ਦੋ ਬੰਦੇ ਇਕੱਠੇ ਰਹਿੰਦੇ ਨੇ ਨਹੀਂ ਨਹੀਂ ਵੀ ਅਲੱਗ ਹੋ ਜਾਂਦੇ ਨੇ ਇਹ ਕਿੱਡੀ ਕੁ ਵੱਡੀ ਗੱਲ ਹੈ ਹਾਉ ਕੰਮ ਪੁੱਛਦਾ ਸੀ ਆਖ ਦੇਣਾ ਸੀ ਮੇਰੀਆਂ ਚਪਲਾਂ ਘਨਾ ਲਿਆ ਉਦਾਸ ਨਹੀਂ ਹੋਈਦਾ ਇਹਨਾਂ ਦਾ ਤਮਾਸ਼ਾ ਵੇਖੀਦਾ ਅਸਲ 'ਚ ਸੋਨਲ ਇਹ ਲੋਕ ਤੁਹਾਡਾ ਤਮਾਸ਼ਾ ਬਣਾਉਣਾ ਚਾਹੁੰਦੇ ਹਨ ਔਰਤ ਤਕੜੀ ਹੋਵੇ ਤਾਂ ਇਹੋ ਜੇ ਕੀੜੇ ਮਕੌੜਿਆਂ ਨੂੰ ਮਸਲ ਕੇ ਲੰਘ ਜਾਂਦੀ ਹੈ ਸੋਨਲ ਇਕੱਲੀ ਔਰਤ ਐਡੀ ਤਕੜੀ ਨਹੀਂ ਹੋ ਸਕਦੀ ਅਰੇ ਔਰਤ ਨੂੰ ਪਤਾ ਹੀ ਨਹੀਂ ਕਿ ਉਹ ਕਿੱਡੀ ਤਕੜੀ ਹੋ ਸਕਦੀ ਹੈ ਜਿਉ ਮਰਦ ਦੇ ਬੱਚੇ ਨੂੰ ਜਨਮ ਦੇ ਸਕਦੀ ਹੈ ਤਾਂ ਕੀ ਨਹੀਂ ਕਰ ਸਕਦੀ ਉਹ ਚਾਹੇ ਤਾਂ ਮਰਦ ਦਾ ਦੁਨੀਆ ਤੋਂ ਤੁਖ ਮਿਟਾ ਸਕਦੀ ਹੈ ਬੀਜ ਨਾਸ ਕਰ ਸਕਦੀ ਹੈ ਕਿਸੇ ਨੂੰ ਖਤਮ ਕਰਨਾ ਤਾਂ ਤਕੜਿਆ ਹੋਣਾ ਨਹੀਂ ਹੁੰਦਾ ਸੋਨਲ ਮੈਂ ਉਹਦੀ ਗੱਲ ਨਾ ਸਮਝ ਕੇ ਆਖਿਆ ਔਰਤ ਹਮੇਸ਼ਾ ਆਪਣੇ ਆਪ ਨੂੰ ਮਾਰਦੀ ਹੈ ਮੇਰੇ ਵੱਲ ਦੇਖ ਮੈਂ ਅਸਲ 'ਚ ਉਸ ਸੋਨਲ ਨੂੰ ਮਾਰ ਰਹੀਆਂ ਜਿਨੇ ਕਦੀ ਕਿਸੇ ਨੂੰ ਚਾਹਿਆ ਸੀ ਆਖਦੀ ਉਹ ਰੋਪਈ ਸੋਨਲ ਮੈਂ ਉੱਠ ਕੇ ਉਹਦੇ ਸਿਰ ਤੇ ਹਾਤਰ ਆ ਕੇ ਆਖਿਆ ਮੈਂ ਕੁਝ ਨਹੀਂ ਕੀਤਾ ਤੇ ਕੁਝ ਨਹੀਂ ਕਰ ਰਹੀ ਫਿਰ ਵੀ ਜਿਵੇਂ ਸੋ ਮਨ ਭਾਰ ਹੀ ਠੰਡ ਦੱਬੀ ਰਹੀਆਂ ਕੁਝ ਖਾਣ ਪੀਣ ਨੂੰ ਮਨ ਨਹੀਂ ਕਰਦਾ ਕਿਸੇ ਨਾਲ ਬੋਲਣ ਨੂੰ ਚਿਤ ਨਹੀਂ ਮੰਦਾ ਕਿਧਰੇ ਜੀ ਨਹੀਂ ਲੱਗਦਾ ਸੋਨਲ ਠੀਕ ਹੀ ਆਖਦੀ ਸੀ ਮੇਰੇ ਦਿਨ ਬਿਨ ਜੀਉਂਦਿਆਂ ਹੀ ਲੰਘ ਰਹੇ ਸਨ ਕੁਝ ਵੀ ਸੋਚਿਆ ਨਹੀਂ ਸੀ ਜਾਂਦਾ ਹੁਣ ਤਾਂ ਸ਼ਾਇਦ ਕੁਝ ਮਹਿਸੂਸ ਵੀ ਨਹੀਂ ਸੀ ਹੁੰਦਾ ਜਿਵੇਂ ਪੱਥਰ ਹੀ ਹੋ ਗਈ ਹੂਆ ਪਤਾ ਨਹੀਂ ਸੋਨਲ ਸਾਰੇ ਜਹਾਂ ਦੀਆਂ ਖਬਰਾਂ ਕਿੱਥੋਂ ਲੈ ਆਉਂਦੀ ਹੈ ਉਹ ਖਬਰ ਲਈ ਹੈ ਕਿ ਰਜਿੰਦਰ ਨੇ ਆਪਣੇ ਚਪੜਾਸੀ ਨੂੰ ਗ੍ਰਾਜੂਅਟ ਵਿੱਚ ਰੱਖ ਲਿਆ ਤੇ ਉਸੇ ਦੀ ਬੁਟੀ ਘਰ ਦਾ ਸਾਰਾ ਕੰਮ ਕਰਦੀ ਹੈ ਪਤਾ ਨਹੀਂ ਕਿਉਂ ਮੈਨੂੰ ਥੋੜੀ ਜੀ ਤਸੱਲੀ ਹੋਈ ਕਿ ਚਲੋ ਰੋਟੀ ਟੁੱਕ ਵੱਲੋਂ ਤਾਂ ਔਖੇ ਨਹੀਂ ਹੁੰਦੇ ਹੋਣਗੇ ਪਰ ਸੋਨ ਲੱਗਦੀ ਹੈ ਕਿ ਹੁਣ ਉਹਨੂੰ ਕਦੇ ਮੇਰੀ ਲੋਡ ਨਹੀਂ ਪੈਣੀ ਮੈਂ ਹੱਸ ਪੈਂਦੀ ਹਾਂ ਹੱਸਣ ਦੀ ਗੱਲ ਨਹੀਂ ਬਹੁਤੇ ਆਦਮੀਆਂ ਨੂੰ ਔਰਤ ਦੀ ਨਹੀਂ ਸਿਰਫ ਇੱਕ ਨੁਕਰਾਨੀ ਦੀ ਲੋਡ ਹੁੰਦੀ ਹੈ ਸੋਨ ਲੱਗਦੀ ਹੈ ਤੂੰ ਬਹੁਤ ਉੱਟ ਪਟੰਗ ਸੋਚਦੀ ਰਹਿਨੀ ਹੈ ਸੋਨਲ ਤੂੰ ਹੀ ਦੱਸ ਕਿਸੇ ਦਿਲ ਵਾਲੀ ਦਿਮਾਗ ਵਾਲੀ ਔਰਤ ਨਾਲ ਕਦੇ ਕੋਈ ਬੰਦਾ ਸੁਖੀ ਦੇਖਿਆ ਸਭ ਥਾਂ ਲੜਾਈ ਝਗੜੇ ਹਾਂ ਜਿੱਥੇ ਔਰਤ ਦੇ ਨਾ ਦਿਲ ਹੈ ਨਾ ਦਿਮਾਗ ਸਭ ਸੁਖ ਸ਼ਾਂਤੀ ਰਹਿੰਦੀ ਹੈ ਇਸੇ ਲਈ ਤਾਂ ਮੈਂ ਆਖਦੀ ਹਾਂ ਕਿ ਇਸ ਨੁਕਰਾਨੀ ਨਾਲ ਤੇਰਾ ਆਦਮੀ ਬਧੇਰੇ ਸੁਖੀ ਰਹੇਗਾ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਹਾਂ ਇਸ ਤਰ੍ਹਾਂ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਪਰ ਉਹਦਾ ਆਦਮੀ ਵੀ ਤਾਂ ਹੈ ਇਸ ਲਈ ਆਖਦੀਆਂ ਕਿ ਸੋਨਲ ਆਪਣੀ ਗੱਲ ਬਦਲ ਲੈ ਭਾਵੇਂ ਝੂਠ ਹੀ ਬਦਲੇ ਉਹਦਾ ਆਦਮੀ ਆਪਣੀ ਔਰਤ ਤੋਂ ਆਪਣੀ ਮਰਜ਼ੀ ਵੀ ਕਰਵਾ ਰਿਹਾ ਹੋਵੇਗਾ ਆਪਣੇ ਸਭ ਨੂੰ ਖੁਸ਼ ਰੱਖਣ ਦੀ ਉਹਦੀ ਮਰਜ਼ੀ ਕਰਕੇ ਹੀ ਤਾਂ ਉਹ ਵਿਚਾਰੀ ਸੋਨਲ ਮੈਂ ਚੀਖਣ ਵਾਂਗ ਆਖਿਆ ਅਜੇ ਵੀ ਰਜਿੰਦਰ ਬਾਰੇ ਮਾੜਾ ਨਹੀਂ ਸੋਚਿਆ ਜਾਂਦਾ ਸੋਨਲ ਹੱਸ ਕੇ ਪੁੱਛਦੀ ਹੈ ਉੰਜੋ ਚਪੜਾਸੀ ਦੇ ਘਰ ਵਾਲੀ ਹੈ ਕਿ ਅਸੀ ਮੇਰੇ ਕੋਲੋਂ ਸੈਦ ਸੁਭਾਈ ਪੁੱਛਿਆ ਗਿਆ ਈਰਖਾ ਹੋ ਰਹੀ ਹੈ ਸੋਨਲ ਨੇ ਹੱਸ ਕੇ ਪੁੱਛਿਆ ਸ਼ਾਇਦ ਹੁਣ ਆਈ ਨਾ ਸਮਝ ਕਿ ਤੂੰ ਵੀ ਆਪਣੇ ਆਪ ਨੂੰ ਉਸ ਚਪੜਾਸੀ ਦੀ ਘਰ ਵਾਲੀ ਨਾਲ ਮੇਚ ਰਹੀ ਹੈ ਜਦੋਂ ਔਰਤ ਦੇ ਮਨ ਵਿੱਚ ਆਪਣਾ ਕੋਈ ਇਮੇਜ ਨਹੀਂ ਹੁੰਦਾ ਉਹ ਹਰ ਦੂਜੀ ਔਰਤ ਤੋਂ ਡਰ ਜਾਂਦੀ ਹੈ ਅਸਲ ਵਿੱਚ ਔਰਤ ਦੇ ਮਨ ਵਿੱਚ ਆਪਣਾ ਉਹੀ ਇਮੇਜ ਹੁੰਦਾ ਹੈ ਜੋ ਆਦਮੀ ਉਹਨੂੰ ਦਿੰਦਾ ਹੈ ਉਹ ਆਦਮੀ ਤੋਂ ਜਾਣਦੀ ਹੈ ਕਿ ਉਹ ਕੋਣ ਹੈ ਕੀ ਹੈ ਸੋਨਲ ਦੱਸ ਰਹੀ ਸੀ ਤੂੰ ਬਹੁਤ ਫਜ਼ੂਲ ਕਿਸਮ ਦੀਆਂ ਗੱਲਾਂ ਕਰਦੀ ਰਹਿਣੀ ਹੈ ਸੋਨਲ ਮੈਂ ਜ਼ਰਾ ਖੇਜ ਕੇ ਆਖਿਆ ਇਹ ਫਜ਼ੂਲ ਕਿਸਮ ਦੀਆਂ ਗੱਲਾਂ ਨਹੀਂ ਸਿਰਫ ਤੇਰੇ ਵਿੱਚ ਸੱਚ ਨੂੰ ਸਵੀਕਾਰ ਕਰਨ ਦੀ ਜੁਰਤ ਨਹੀਂ ਸੋਨਲ ਸ਼ਾਇਦ ਠੀਕ ਆਖ ਰਹੀ ਸੀ ਮੈਨੂੰ ਚਪੜਾਸੀ ਦੀ ਉਸ ਘਰ ਵਾਲੀ ਨਾਲ ਈਰਖਾ ਹੋ ਰਹੀ ਸੀ ਮਾਨੀ ਮਨ ਮੈਂ ਆਪਣੇ ਘਰ ਲਈ ਘਰ ਗਈ ਚਪੇੜਾ ਮਾਰ ਕੇ ਉਸ ਚਪੜਾਸੀ ਦੀ ਘਰ ਵਾਲੀ ਨੂੰ ਘਰੋਂ ਕੱਢ ਦਿੱਤਾ ਤੇ ਫਿਰ ਸੱਚਮੁੱਚ ਹੀ ਪਤਾ ਨਹੀਂ ਕਿਵੇਂ ਅੱਜ ਦਫ਼ਤਰੋਂ ਅੱਧੇ ਦਿਨ ਦੀ ਛੁੱਟੀ ਕਰਕੇ ਮੈਂ ਆਪਣੇ ਘਰ ਵੱਲ ਤੁਰ ਪਈ। ਬੂਹਾ ਖੜਕਾਇਆ। ਚਪੜਾਸੀ ਦੀ ਘਰਵਾਲੀ ਨੇ ਆ ਕੇ ਖੋਲਿਆ। ਸਾਬ ਕਿੱਥੇ ਨੇ? ਮੈਂ ਜਾਣਦਿਆਂ ਬੁੱਝਦਿਆਂ ਪੁੱਛਿਆ। ਉਹ ਦਫ਼ਤਰ ਗਏ ਨੇ ਉਹ ਬੋਲੀ। ਤੁਸੀਂ ਕੌਣ ਹੋ? ਉਹਨੇ ਰੁੱਕ ਕੇ ਪੁੱਛਿਆ। ਮੈਂ ਸਾਹਿਬ ਦੀ ਰਿਸ਼ਤੇਦਾਰ ਹਾਂ। ਜਦੋਂ ਮੈਂ ਦੱਸਿਆ ਉਹ ਬੂਹਾ ਛੱਡ ਕੇ ਇੱਕ ਪਾਸੇ ਹੋ ਗਈ ਕਿ ਅੰਦਰ ਲੰਘ ਆਵਾ। ਅੰਦਰ ਜਾ ਕੇ ਮੈਂ ਡਰਾਇੰਗ ਰੂਮ 'ਚ ਬੈਠ ਗਈ। ਚਾਹ ਲਿਆਵਾ। ਸਾਬ ਤਾਂ ਅੱਥਣੇ ਆਉਣਗੇ ਉਹ ਬੋਲੀ। ਲੈ ਮੈਂ ਆ ਕੇ ਜਦੋਂ ਚਾਹ ਬਣਾਉਣ ਚਲੀ ਗਈ ਮੈਂ ਸਾਰੇ ਘਰ ਵੱਲ ਨਜ਼ਰ ਦੁੜਾਈ ਸਭ ਕੁਝ ਉਸੇ ਤਰ੍ਹਾਂ ਸੀ ਸਿਰਫ ਚੀਜ਼ਾਂ ਉਗੜੀਆਂ ਦੁਗੜੀਆਂ ਪਈਆਂ ਸਨ ਉਹਦੇ ਚਾਹ ਲੈ ਆਉਣ ਤੱਕ ਮੈਂ ਉੱਠ ਕੇ ਦੂਜੇ ਕਮਰਿਆਂ ਵਿੱਚ ਵੀ ਝਾਤ ਮਾਰਾਈ ਕੁਝ ਖਾਲੀ-ਖਾਲੀ ਜੇ ਲੱਗੇ ਤੁਸੀਂ ਦੂਰੋਂ ਆਏ ਹੋ ਉਹਨੇ ਚਾਹ ਫੜਾਉਂਦੀ ਨੇ ਪੁੱਛਿਆ ਹਾਂ ਮੈਂ ਕਿਹਾ ਕੋਈ ਕੰਮ ਸੀ ਹਾਂ ਦਫ਼ਤਰ ਚਲੇ ਜਾਓ ਇਹਨਾਂ ਦੀ ਵਰਟੀ ਮੈਂ ਅਣਜਾਣ ਬਣਦੀਆਂ ਪੁੱਛਿਆ ਉਹ ਤਾਂ ਜੀ ਕਹਿੰਦੇ ਨੇ ਚਲੀ ਗਈ ਕਿਤੇ ਹੋਰ ਰਹਿੰਦੀ ਐ ਸਾਡੇ ਤਾਂ ਆਉਣ ਤੋਂ ਪਹਿਲਾਂ ਦੀ ਗੱਲ ਐ ਸਾਪ ਤਾਂ ਵਿਚਾਰੇ ਬੜੇ ਚੰਗੇ ਨੇ ਅਜੇ ਵੀ ਉਹਨੂੰ ਕੁਝ ਨਹੀਂ ਆਖਦੀ ਅੱਪੇ ਚਲੀ ਗਈ ਉਹ ਤਾਂ ਜੀ ਰੱਬ ਦੀਆਂ ਰੱਬ ਜਾਣੇ ਗੱਲ ਨਾ ਕਰਿਓ ਕਿਸੇ ਕੋਲ ਆਖਦੇ ਨਹੀਂ ਚੰਗੀ ਨਹੀਂ ਸੀ ਫਿਰ ਝਾਟੀ ਘਬਰਾ ਕੇ ਆਖਣ ਲੱਗੇ ਮੈਂ ਤਾਂ ਜੀ ਕਈ ਵਾਰ ਆਖਿਆ ਸਭ ਨੂੰ ਜਾ ਕੇ ਲਿਆਓ ਸੁਣਦੇ ਹੀ ਨਹੀਂ ਕੀ ਪਤਾ ਆਈ ਜਾਵੇ ਤੁਸੀਂ ਸਭ ਨੂੰ ਨਾ ਦੱਸਿਓ ਵੀ ਮੈਂ ਤੁਹਾਡੇ ਕੋਲ ਕੋਈ ਗੱਲ ਕੀਤੀ ਹੈ। ਇਹ ਸੂਟ ਉਹ ਤੈਨੂੰ ਆਪ ਦੇ ਗਈ ਸੀ। ਮੈਂ ਆਪਣਾ ਸੂਟ ਉਹਦੇ ਪਾਇਆ ਦੇਖ ਕੇ ਪੁੱਛਿਆ। ਇਹ ਤਾਂ ਜੀ ਇੱਕ ਦਿਨ ਕੱਪੜੇ ਧੋਣ ਵੇਲੇ ਹੋਰ ਪਾ ਕੇ ਧੋਣ ਨੂੰ ਹੈ ਹੀ ਨਹੀਂ ਸੀ। ਸਾਬ ਨੇ ਚੁੱਕ ਕੇ ਦੇ ਦਿੱਤਾ। ਮੈਂ ਤਾਂ ਲੈਂਦੀ ਨਹੀਂ ਸੀ ਵੀ ਬੀਬੀ ਆ ਕੇ ਗੁੱਸੇ ਹੋਊ। ਉਹ ਆਖਣ ਲੱਗੇ ਉਹਨੇ ਨਹੀਂ ਆਉਣਾ ਹੁਣ। ਸੁਣਿਆ ਉਹ ਤਾਂ ਬਹੁਤ ਨੌਕਰੀ ਲੈਂਦੀ ਹੈ। ਫਿਰ ਝਟਕੂ ਰੋਕੇ ਆਖਣ ਲੱਗੇ ਤੁਸੀਂ ਤਾਂ ਉਹਨੂੰ ਦੇਖਿਆ ਹੋ ਕੀ ਹੋ ਜੀ ਸੀਓ? ਬਹੁਤ ਸੋਹਣੀ ਸੀ ਮੈਂ ਆਖਿਆ ਸੋਹਣੀ ਨੂੰ ਕਿ ਚੱਟਣਾ ਜੇ ਕੰਮ ਦੀ ਨਾ ਹੋਵੇ ਉਹਨੇ ਸਿਰ ਮਾਰ ਕੇ ਆਖਿਆ ਤੇਰੇ ਨਾਲ ਤਾਂ ਸਭ ਖੁਸ਼ ਨੇ ਨਾ ਜਦੋਂ ਪੁੱਛਿਆ ਥੋੜੀ ਜੀ ਘਬਰਾ ਗਈ ਤੇ ਬੋਲੀ ਮੈਂ ਤਾਂ ਵਾਧੂ ਗੱਲ ਕਦੇ ਕੀਤੀ ਨਹੀਂ ਬਸ ਰੋਟੀ ਬਣਾ ਕੇ ਅੱਗੇ ਧਰ ਦਿੰਨੀ ਆ ਮੇਰਾ ਤਾਂ ਆਦਮੀ ਜਾਨੋਂ ਮਾਰ ਦੇ ਜੇ ਵਾਧੂ ਘਾਟੂ ਗੱਲ ਕਰਾਂ ਚਾ ਮੁਕਾ ਕੇ ਮੈਂ ਉੱਠ ਖੜੀ ਹੋਈ ਜੀ ਬਹੁਤ ਘਬਰਾ ਰਿਆ ਸੀ ਅੱਛਾ ਮੈਂ ਚੱਲਦੀ ਆ ਮੈਂ ਕਿਹਾ ਪੁੱਛਣਗੇ ਤਾਂ ਕੀ ਦੱਸਾਂ ਉਹਨੇ ਪੁੱਛਿਆ ਮੈਂ ਆਪੇ ਮਿਲ ਲਵਾਂਗੀ ਦਫਤਰ ਪਰ ਹਾੜੇ ਰੱਬ ਦੇ ਵਾਸਤੇ ਇਹਨਾ ਅਖਿਓ ਵੀ ਮੈਂ ਤੁਹਾਡੇ ਨਾਲ ਕੋਈ ਗੱਲ ਕੀਤੀ ਏ ਉਹਨੇ ਤਰਲਾ ਕੀਤਾ ਮੈਂ ਉੱਥੋਂ ਆ ਗਈ ਲੱਗਿਆ ਸੋਨਲ ਠੀਕ ਆਕਦੀ ਸੀ ਹੁਣ ਰਜਿੰਦਰ ਨੂੰ ਕਦੇ ਮੇਰੀ ਲੋੜ ਨਹੀਂ ਮਹਿਸੂਸ ਹੋਣੀ ਮੈਨੂੰ ਆਪਣਾ ਬਹੁਤ ਬੇਕਾਰ ਲੱਗਿਆ ਜੀ ਕੀਤਾ ਕੋਈ ਟਰੱਕ ਹੀ ਮੇਰੇ ਨਾਲ ਟਕਰਾ ਜਾਏ ਅਜੇ 3 ਵਜੇ ਸਨ ਹੋਸਟਲ ਜਾਣ ਦੀ ਥਾਂ ਮੈਂ ਫਿਰ ਦਫ਼ਤਰ ਆ ਗਈ ਨਾਲ ਵਾਲੇ ਕਮਰੇ ਦੀ ਚਪੜਾਸੀ ਇਸ ਵੇਲੇ ਛਾੜ ਪਹੁੰਚ ਕਰ ਰਿਹਾ ਸੀ ਸਾਬ ਆ ਰਹੇ ਨਹੀਂ ਫਿਰ ਮੈਂ ਖੁਸ਼ ਹੋ ਕੇ ਪੁੱਛਿਆ ਹਾਂਜੀ ਕੱਲ ਆ ਜਾਣਗੇ ਠੀਕ ਹੋ ਗਏ ਹਾਂਜੀ ਉਹਨੇ ਦੱਸਿਆ ਮਨ ਕੀਤਾ ਉੱਚੀ ਉੱਚੀ ਰੋਪਾਂ ਫਿਰ ਮਨ ਕੀਤਾ ਅਮਰੀਕ ਨੂੰ ਦੱਸਾਂ ਕਿ ਤੂੰ ਇੱਥੇ ਨਹੀਂ ਸੀ ਮੇਰੇ ਨਾਲ ਇੰਨਾ ਕੁਝ ਵਾਪਰ ਗਿਆ ਕੁਝ ਦਿਨਾਂ ਮਗਰੋਂ ਪਤਾ ਲੱਗਿਆ ਮੇਰੇ ਸੱਸ ਸਹੁਰਾ ਆਏ ਸਨ ਇਹ ਵੀ ਪਤਾ ਲੱਗਿਆ ਕਿ ਰਜਿੰਦਰ ਹੁਰਾ ਨਾਲ ਨਾਰਾਜ਼ ਹੁੰਦੇ ਰਹੇ ਸਨ ਤੇ ਆਖਦੇ ਰਹੇ ਸਨ ਅਸੀਂ ਆਪਸ ਵਿੱਚ ਸੁਲ੍ਹਾ ਕਰ ਲਈਏ ਪਰ ਇਹ ਨਹੀਂ ਸਨ ਮੰਨੇ ਜਾਣ ਵੇਲੇ ਉਹ ਮੈਨੂੰ ਵੀ ਨਹੀਂ ਸੀ ਮਿਲ ਕੇ ਗਏ ਪੁੱਤਰ ਦੇ ਨਾਰਾਜ਼ ਹੋਣ ਨਾਲ ਮੇਰੇ ਨਾਲੋਂ ਉਹਨਾਂ ਦੇ ਸਭ ਰਿਸ਼ਤੇ ਮੁੱਕ ਗਏ ਸਨ ਉਹ ਤਾਂ ਪਹਿਲਾਂ ਵੀ ਸਾਡੇ ਵਿਆਹ ਤੇ ਖੁਸ਼ ਨਹੀਂ ਸਨ ਉਹ ਚਾਹੁੰਦੇ ਸੀ ਵਿਆਹ ਉਹਨਾਂ ਦੀ ਮਰਜ਼ੀ ਦੇ ਘਰ ਕੀਤਾ ਜਾਵੇ ਲੜਕੀ ਉਹਨਾਂ ਦੀ ਪਸੰਦ ਦੀ ਹੋਵੇ ਉਹਨਾਂ ਦੀ ਲਵ ਮੈਰਿਜਸ ਵਿੱਚ ਵੀ ਵਿਸ਼ਵਾਸ ਨਹੀਂ ਸੀ ਉਹਨਾਂ ਦਾ ਲਵ ਮੈਰਿਜਸ ਵਿੱਚ ਵੀ ਵਿਸ਼ਵਾਸ ਨਹੀਂ ਸੀ ਹੁਣ ਉਹ ਆਖਦੇ ਹੋਣਗੇ ਅਸੀਂ ਤਾਂ ਪਹਿਲਾਂ ਹੀ ਆਖਿਆ ਸੀ ਉਹ ਕਸੂਰ ਸਾਰਾ ਮੇਰਾ ਹੀ ਮੰਨਦੇ ਹੋਣਗੇ ਪੁੱਤਰ ਕਦੇ ਕਸੂਰਵਾਰ ਨਹੀਂ ਹੁੰਦੇ ਸਾਰੇ ਕਸੂਰ ਨੂਹਾਂ ਵਿੱਚ ਹੀ ਹੁੰਦੇ ਨੇ ਮੇਰੇ ਕੋਲੋਂ ਉਹਨਾਂ ਨੇ ਕੁਝ ਵੀ ਨਹੀਂ ਪੁੱਛਿਆ ਮਿਲਣ ਤੱਕ ਨਹੀਂ ਆਏ ਕੱਚੀਆਂ ਤਾਗਿਆਂ ਵਰਗੇ ਰਿਸ਼ਤੇ ਕਿੱਡੀ ਛੇਤੀ ਟੁੱਟ ਜਾਂਦੇ ਨੇ ਕਦੇ ਕਦੇ ਮਨ ਕਰਦਾ ਕਿਸੇ ਦਿਨ ਰਜਿੰਦਰ ਹੁਰੀ ਆ ਜਾਣ ਆਖ ਦੇਣ ਸਭ ਕੁਝ ਭੁੱਲ ਭੁਲਾ ਕੇ ਚੱਲ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰ ਲਈਏ ਪਰ ਸੋਨਲ ਕਹਿੰਦੀ ਸੀ ਹੁਣ ਉਹਨਾਂ ਨੂੰ ਮੇਰੀ ਲੋੜ ਨਹੀਂ ਰਹੀ ਕੀ ਇਹ ਸੱਚ ਹੈ ਕਿ ਮੇਰੀ ਸਾਰੀ ਜ਼ਿੰਦਗੀ ਬਸ ਇਉਂ ਹੀ ਕੱਟੇਗੀ ਉਹ ਸੋਚਦੇ ਹਨ ਕਿ ਮੈਂ ਚੰਗੀ ਨਹੀਂ ਉਹਨਾਂ ਨਾਲ ਧੋਖਾ ਕੀਤਾ ਹੈ ਉਹਨਾਂ ਦੀ ਬੀਬੀ ਹੋ ਕੇ ਕਿਸੇ ਹੋਰ ਮਰਦ ਬਾਰੇ ਇਉਂ ਸੋਚਦੀ ਰਹੀਆਂ ਮੈਂ ਸੋਚਦੀ ਆਂ ਉਹ ਗਲਤ ਨਹੀਂ ਮੈਂ ਕੋਈ ਗੁਨਾਹ ਨਹੀਂ ਕੀਤਾ ਲੋਕ ਸੋਚਦੇ ਹੋਣਗੇ ਅਸੀਂ ਕੱਟ ਨਹੀਂ ਸਕੇ ਨਿਭਾ ਨਹੀਂ ਸਕੇ ਪਰ ਇਹ ਸੱਚ ਨਹੀਂ ਮੈਂ ਉਹਨਾਂ ਦੀ ਹਰ ਗੱਲ ਦਾ ਖਿਆਲ ਰੱਖਦੀ ਸੀ ਉਹਨਾਂ ਦੀਆਂ ਦਫ਼ਤਰ ਦੀਆਂ ਕੁਲੀਗਜ਼ ਨਾਲ ਵੀ ਕਦੇ ਮੱਥੇ ਵਟ ਨਹੀਂ ਸੀ ਪਾਇਆ ਜਦੋਂ ਕਦੇ ਕਿਸੇ ਦੋਸਤ ਨਾਲ ਸਮੇਤ ਉਹਦੀ ਵਾਟੀ ਸਿਨੇਮਾ ਚਲੇ ਜਾਂਦੇ ਸਨ ਤਦ ਵੀ ਨਹੀਂ ਸੀ ਆਖਿਆ ਕਿ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਈ ਆ ਮੋਰਤਾ ਵਾਂਗ ਕਦੇ ਗਹਿਣੇ ਨਹੀਂ ਸੀ ਮੰਗੇ ਕੱਪੜੇ ਨਹੀਂ ਸੀ ਮੰਗੇ ਗਹਿਣੇ ਕੱਪੜੇ ਤੱਕ ਹੀ ਕਦੇ ਕੁਝ ਵੀ ਨਹੀਂ ਸੀ ਮੰਗਿਆ ਸਗੋਂ ਆਪਣੀ ਤਨਖਾਹ ਨਾਲ ਘਰ ਦਾ ਸਾਰਾ ਖਰਚ ਚਲਾਉਂਦੀ ਸੀ ਤਾਦੀ ਇਹਨਾਂ ਦੀ ਤਨਖਾਹ ਨਾਲ 플ੌਟ ਖਰੀਦਿਆ ਸੀ ਘਰ ਦਾ ਸਾਰਾ ਕੰਮ ਕਰਕੇ ਮੈਂ ਦਫਤਰ ਜਾਂਦੀ ਆ ਕੇ ਫਿਰ ਕਰਦੀ ਆ ਹਾਂ ਭਾਂਡੇ ਪੋਚਿਆਂ ਤੇ ਮਾਈਆਂ ਤਾਂ ਉਹਨਾਂ ਔਰਤਾਂ ਦੇ ਘਰਾਂ ਵਿੱਚ ਵੀ ਕੰਮ ਕਰਦੀਆਂ ਹਨ ਜਿਹੜੀਆਂ ਕੋਈ ਨੌਕਰੀ ਨਹੀਂ ਕਰਦੀਆਂ ਐਤਵਾਰ ਵਾਲੇ ਦਿਨ ਘਰ ਨੂੰ ਛਾੜਦੀ ਪਹੁੰਚਦੀ ਕੱਪੜੇ ਧੋਦੀ ਪ੍ਰੈਸ ਕਰਦੀ ਚੰਗੀ ਚੋਖੀ ਕੋਈ ਚੀਜ਼ ਖਾਣ ਨੂੰ ਬਣਾ ਕੇ ਦਿੰਦੀ ਇਹ ਸਭ ਕੁਝ ਇਹ ਭੁੱਲ ਗਏ ਹਨ ਜਿਵੇਂ ਸਭ ਕੁਝ ਕਰਨਾ ਮੇਰੀ ਡਿਊਟੀ ਸੀ ਪਰ ਮੈਂ ਆਖਦੀ ਹਾਂ ਮੈਨੂੰ ਬਦਲੇ ਵਿੱਚ ਕੀ ਪ੍ਰਾਪਤ ਸੀ ਮੇਰਾ ਕਿਸੇ ਨੂੰ ਕੀ ਖਿਆਲ ਸੀ ਜੇ ਖਿਆਲ ਹੁੰਦਾ ਇੰਨੀ ਕੋ ਗੱਲ ਮੰਨ ਲਿਆ ਉਹਨਾਂ ਨੂੰ ਮਾੜੀ ਲੱਗੀ ਕਿ ਮਾਫ ਨਹੀਂ ਸੀ ਕੀਤੀ ਜਾ ਸਕਦੀ ਕਿ ਮਾਫ ਸਭ ਕੁਝ ਔਰਤ ਨਹੀਂ ਕਰਨਾ ਹੁੰਦਾ ਤੇ ਆਪ ਆਪਣੇ ਕਿਸੇ ਕਿੱਡੇ ਆਰਾਮ ਨਾਲ ਸੁਣਾਉਣ ਲੱਗ ਜਾਂਦੇ ਹਨ ਕਿ ਇੱਕ ਵਾਰੀ ਬੱਸ ਵਿੱਚ ਜਾਂਦਾ ਸੀ ਨਾਲ ਬੈਠੀ ਲੜਕੀ ਨੇ ਛਾਲ ਦੇ ھیਠੂ ਮੇਰਾ ਹੱਥ ਫੜ ਲਿਆ ਕੋਈ ਪੁੱਛੇ ਜਦੋਂ ਤੱਕ ਤੁਹਾਡੇ ਵੱਲੋਂ ਗ੍ਰੀਨ ਸਿਗਨਲ ਨਾ ਹੋਵੇ ਕੋਈ ਕੁੜੀ ਤੁਹਾਡਾ ਹੱਥ ਕਿਵੇਂ ਭਲਾ ਕਿਵੇਂ ਫੜ ਸਕਦੀ ਹੈ ਤੇ ਮੈਂ ਇਸ ਗੱਲ ਤੇ ਬੱਸ ਹੱਸ ਛੱਡਿਆ ਸੀ ਇੱਕ ਦਿਨ ਤਾਂ ਆਖਦੇ ਸਨ ਜੇ ਆਦਮੀ ਕਿਸੇ ਹੋਰ ਲੜਕੀ ਨੂੰ ਪਿਆਰ ਕਰਨ ਲੱਗ ਜਾਏ ਇਦਾਇი ਮਤਲਬ ਨਹੀਂ ਹੁੰਦਾ ਕਿ ਉਹਨੂੰ ਆਪਣੀ ਔਰਤ ਚੰਗੀ ਨਹੀਂ ਲੱਗਦੀ ਉਸ ਵਿੱਚ ਮੁਹੱਬਤ ਦਾ ਜਜ਼ਬਾ ਜ਼ਿਆਦਾ ਹੋ ਸਕਦਾ ਹੈ ਕਿ ਇੱਕ ਤੋਂ ਵੱਧ ਔਰਤਾਂ ਨੂੰ ਚਾਹਣਾ ਹੀ ਉਹਦੀ ਲੋੜ ਹੋਵੇ ਬੇਅਕਲ ਔਰਤਾਂ ਜੈਲਸੀ ਨਾਲ ਸਭ ਬੰਦੇ ਨੂੰ ਖੋਹ ਲੈਂਦੀਆਂ ਨੇ ਮਤਲਬ ਤਾਂ ਸੀ ਔਰਤ ਨੇ ਆਦਮੀ ਦੇ ਲਵ ਅਫੇਅਰਸ ਵੀ ਬਰਦਾਸ਼ਤ ਕਰਨੇ ਹੁੰਦੇ ਹਨ ਤੇ ਆਦਮੀ ਨੇ ਇਹਨਾਂ ਨੇ ਨਾ ਮੇਰੇ ਕੋਲੋਂ ਪੁੱਛਿਆ ਵੀ ਨਹੀਂ ਕਿ ਅਸਲ ਗੱਲ ਕੀ ਹੈ बस एक चिट्ठी ਇਹਨਾਂ ਨੂੰ ਸਬੂਤ ਮਿਲ ਗਿਆ ਤੇ ਬਾਕੀ ਸਾਰਾ ਕੁਝ ਕਿਆਸ ਕਰ ਲਿਆ ਕਿਸੇ ਔਰਤ ਬਾਰੇ ਐਡਾ ਮਾੜਾ ਸੋਚਣਾ ਉਹਦੀ ਤੋਹਾਈ ਤੋਹੀਨ ਨਹੀਂ ਕੀਤੀ ਸੋਨ ਲੱਗਦੀ ਸੀ ਸ਼ਾਇਦ ਠੀਕ ਹੀ ਲੱਗਦੀ ਸੀ ਔਰਤਾਂ ਆਪਣੀ ਤੋਹੀਨ ਆਪ ਕਰਵਾਉਂਦੀਆਂ ਹਨ ਤੋਹੀਨ ਕਰਨ ਦਾ ਹੱਕ ਜੋ ਦੇ ਦਿੰਦੀਆਂ ਹਨ ਸੋਨ ਲੱਗਦੀ ਸੀ ਜਿਸ ਮਰਦ ਨੂੰ ਤੁਹਾਡੀ ਲੋੜ ਨਹੀਂ ਉਹ ਤੁਹਾਡੀ ਲੋੜ ਕਿਉਂ ਬਣਿਆ ਰਹੇ ਸਿਰ ਬਹੁਤ ਦਰਦ ਕਰਨ ਲੱਗ ਪਿਆ ਹੈ ਇਹ ਸਾਰੀਆਂ ਸੋਚਾਂ ਮੈਨੂੰ ਆ ਕੇ ਡੱਸ ਰਹੀਆਂ ਨੇ हे परमात्मा मैं की करा मेरा उणां नु मिलन नु चित्त करदा है मेरा किदरे जी नहीं लगदा शायद मैं परंपरागत जिंदगी तो इधर-उधर कुछ सोच ही नहीं सकदी इस ਲਈ शायद मैं अंदर हूं बहुत कमजोर हां चौंदियां राजेंद्र दे गल लाके ऊंची-ऊंची चीका मार के रोवां ते दसां ਤੁਹਾਡੇ ਬਿਨਾ ਮੇਰਾ ਕੋਈ ਨਹੀਂ ਮੈਂ ਸੱਚ ਮੁੱਚ ਬੜੀ ਕਾਇਰਾਂ ਮੈਂ ਅਮਰੀਕ ਬਾਰੇ ਹੁਣ ਸੋਚਣ ਦੀ ਵੀ ਜੁਰਤ ਨਹੀਂ ਕਰਦੀ ਕਿ ਇਹ ਸੱਚ ਨਹੀਂ ਕਿ ਉਸ ਨਾਲ ਕੋਈ ਬੇਨਾਮ ਜਿਹਾ ਰਿਸ਼ਤਾ ਮੇਰਾ ਸੀ ਕਿ ਇਹ ਠੀਕ ਨਹੀਂ ਕਿਉਂ ਮੈਨੂੰ ਚੰਗਾ ਲੱਗਦਾ ਸੀ ਇਹ ਵੀ ਤਾਂ ਇੱਕ ਤੱਤ ਹੈ ਕਿ ਉਹਦੀ ਬਿਮਾਰੀ ਨੇ ਮੈਨੂੰ ਬਹੁਤ ਬੇਆਰਾਮ ਕੀਤਾ ਸੀ ਉਸ ਲਈ ਦੁਆ ਵੀ ਮੰਗੀ ਸੀ ਸੱਚੇ ਦਿਲੋਂ ਇਹ ਵੀ ਆਖਿਆ ਸੀ ਕਿ ਤੁਹਾਡਾ ਦਫ਼ਤਰ ਨਾ ਆਉਣਾ ਚੰਗਾ ਨਹੀਂ ਲੱਗਦਾ ਹੁਣ ਇਸ ਸਭ ਕਾਸੇ ਤੋਂ ਸਿਰਫ ਇਸੇ ਲਈ ਮੁਕਰ ਜਾਣਾ ਚਾਹੁੰਦੀ ਆਂ ਕਿ ਰਜਿੰਦਰ ਨੂੰ ਇਹ ਸਭ ਕੁਝ ਪਸੰਦ ਨਹੀਂ ਕੀ ਅੱਗੇ ਤੋਂ ਮੈਂ ਝੂਠ ਜਿਉਣ ਲਈ ਤਿਆਰਾਂ ਕਿ ਉਹਨਾਂ ਦੀ ਪਸੰਦ ਨੂੰ ਪਸੰਦ ਆਖਾਂ ਤੇ ਉਹਨਾਂ ਦੀ ਨਾ ਪਸੰਦ ਨੂੰ ਨਾ ਪਸੰਦ ਝੂਠ ਜਿਉਂਦੇ ਦੀ ਸੱਚ ਤੇ ਝੂਠ ਵਿੱਚ ਪਹਿਚਾਨ ਨਹੀਂ ਗੁਆਚ ਜਾਏਗੀ ਅਸਲ 'ਚ ਮੈਂ ਉਹਨਾਂ ਨੂੰ ਇਹ ਸਭ ਕੁਝ ਸੱਚੋ ਸੱਚ ਦੱਸ ਦੇਣਾ ਚਾਹੁੰਦੀ ਆ ਤੇ ਨਾਲ ਹੀ ਚਾਹੁੰਦੀ ਆ ਉਹ ਮੇਰੀ ਥਾਂ ਤੇ ਖੜੋ ਕੇ ਸੋਚਣ ਤੇ ਮੈਨੂੰ ਕੋਸੂਰ ਵਰ ਨਾ ਆਖਣ ਗੁੱਸੇ ਵੀ ਨਾ ਹੋਣ ਨਹੀਂ ਤਾਂ ਅਮਰੀਕ ਸੱਚਮੁੱਚ ਉਹਨਾਂ ਨਾਲੋਂ ਵਧੀਆ ਬੰਦਾ ਲੱਗਣ ਲੱਗੇਗਾ ਮੈਨੂੰ ਚਾਹੁੰਦੀ ਕੋਈ ਹੋਰ ਉਹਨਾਂ ਨਾਲੋਂ ਵਧੀਆ ਲੱਗੇ ਹਾਂ ਇਹ ਸੱਚ ਹੈ ਮੈਂ ਰਜਿੰਦਰ ਨੂੰ ਬਹੁਤ ਮਿਸ ਕਰਦੀ ਹਾਂ ਮਾਨੀ ਮਨ ਸ਼ਾਇਦ ਸਾਰਾ ਵੇਲਾ ਉਸੇ ਨਾਲ ਗੱਲਾਂ ਕਰਦੀ ਰਹਿਣੀ ਆ ਮੈਂ ਇਹਨਾਂ ਨੂੰ ਉਡੀਕਦੀ ਰਹਿੰਦੀ ਆ ਭਾਵੇਂ ਪਤਾ ਹੈ ਕਿ ਉਹ ਨਹੀਂ ਆਉਣਗੇ ਉਹ ਦੱਸਣਾ ਚਾਹੁੰਦੀ ਹਨ ਕਿ ਉਹਨਾਂ ਨੂੰ ਮੇਰੇ ਨਾਲ ਕੋਈ ਵਾਸਤਾ ਨਹੀਂ ਕਿ ਜਨਮ ਜਨਮਾਂਤਰਾਂ ਦੇ ਇਹ ਰਿਸ਼ਤੇ ਇੱਡੇ ਕੱਚੇ ਹੁੰਦੇ ਹਨ ਕਿ ਇੱਕੀ ਮਾੜੀ ਜੀ ਠੋਕਰ ਨਾਲ ਟੁੱਟ ਕੇ ਡਿੱਗ ਪੈਂਦੇ ਹਨ ਸੋਨ ਲੱਗਦੀ ਸੀ ਹੁਣ ਉਹਨਾਂ ਨੂੰ ਮੇਰੀ ਲੋੜ ਨਹੀਂ ਕੀ ਇਹ ਠੀਕ ਹੈ ਅਮਰੀ ਖੂਰੀ ਵਾਪਸ ਆ ਗਏ ਹਨ ਅੱਜ ਬਹੁਤ ਲੋਕ ਉਹਨੂੰ ਦਫ਼ਤਰ ਮਿਲਣ ਆਉਂਦੇ ਰਹੇ ਬੀਬੀ ਜੀ ਆਏ ਨੇ ਇੱਕ ਵਾਰੀ ਉਹਨੇ ਮੇਰੇ ਚਪੜਾਸੀ ਤੋਂ ਪੁੱਛਿਆ ਪਰ ਉਸੇ ਵੇਲੇ ਕੋਈ ਹੋਰ ਉਸ ਨੂੰ ਮਿਲਣਾ ਗਿਆ ਮੈਂ ਉਸ ਨੂੰ ਮਿਲਣ ਨਹੀਂ ਜਾ ਸਕੀ ਬਸ ਇੱਕ ਝਿਜਕ ਜਿਹੀ ਲੱਗਦੀ ਰਹੀ ਹੁਣ ਉਸ ਨਾਲ ਮੇਰਾ ਰਿਸ਼ਤਾ ਸਹਿਜ ਨਹੀਂ ਰਹਿ ਗਿਆ ਮਨ ਹੀ ਮਨ ਸੋਚਦੀਆਂ ਜਿਵੇਂ ਅਮਰੀਕ ਮੈਨੂੰ ਮਿਲਣ ਮੇਰੇ ਕਮਰੇ 'ਚ ਆਇਆ ਹੈ ਉਸੇ ਵੇਲੇ ਜਿਵੇਂ ਕਿਦ ਨੂੰ ਇਹ ਆ ਗਏ ਹਨ ਤੇ ਮੈਂ ਬਹੁਤ ਡਰ ਜਾਂਦੀ ਹਾਂ ਸ਼ਾਇਦ ਇਹੀ ਡਰ ਸੀ ਕਿ ਮੈਂ ਦਫਤਰ ਤੋਂ ਅੱਜ ਛੇਤੀ ਉਠਾਈਆਂ ਖਿਆਲ ਆਇਆ ਜੇ ਅਮਰੀਕ ਸਾਡੇ ਘਰ ਆ ਗਿਆ ਕਿ ਲੋਕ ਲੋਕਾਂ ਦੇ ਘਰਾਂ ਘਰ ਨੂੰ ਨਹੀਂ ਜਾਂਦੇ ਨਹੀਂ ਕੱਲ ਮੈਂ ਆਪ ਹੀ ਉਹਨੂੰ ਮਿਲਾਂਗੀ ਸਿਰਫ ਖਾਲੀ ਤਾਂ ਪੁੱਛਣਾ ਹੈ ਪਰ ਜੇ ਕੋਈ ਵਕਫ ਉਸੇ ਵੇਲੇ ਆ ਗਿਆ ਤੇ ਉਸਨੇ ਜਾ ਕੇ ਇਹਨਾਂ ਨੂੰ ਦੱਸ ਦਿੱਤਾ ਮੈਂ ਇੰਨਾ ਡਰ ਕਿਉਂ ਰਹੀ ਆ ਚਾਹੁੰਦੀ ਆ ਇਸ ਨਾਲੋਂ ਤਾਂ ਉਹਦਾ ਕਮਰਾ ਮੇਰੇ ਕਮਰੇ ਦੇ ਨਾਲ ਨਹੀਂ ਹੁੰਦਾ ਕਿ ਸੱਚੀ ਮੈਂ ਚਾਹੁੰਦੀ ਆ ਅਸਲ ਵਿੱਚ ਮੈਂ ਬੜੀ ਕਾਇਰ ਆ ਮੈਂ ਕੀ ਚਾਹੁੰਦੀ ਆ ਆਪਣੇ ਆਪ ਦੇ ਸਾਹਮਣੇ ਮੰਨਣ ਨੂੰ ਤਿਆਰ ਨਹੀਂ ਚਾਹੁੰਦੀ ਆ ਅਮਰੀਕ ਨੂੰ ਕਦੇ ਕੁਝ ਨਾ ਹੋਵੇ ਦਫ਼ਤਰ ਵਿੱਚ ਇਹੀ ਉਹਦਾ ਕਮਰਾ ਰਹੇ ਮੇਰੇ ਕਮਰੇ ਦੇ ਨਾਲ ਵਾਲਾ ਇਉਂ ਹੀ ਆਉਂਦਾ ਜਾਂਦਾ ਕਦੇ ਨਾ ਕਦੀ ਉਹ ਮੈਨੂੰ ਵਾਰਾਂਡੇ 'ਚ ਮਿਲ ਜਾਂਦਾ ਰਹੇ ਪਰ ਕਿਉਂ ਉਹ ਮੇਰਾ ਕੌਣ ਹੈ ਜਾਨਣਾ ਚਾਹੁੰਦੀ ਆ ਉਹਦੇ ਘਰ ਕੌਣ-ਕੌਣ ਹੈ ਉਹ ਘਰਦਿਆਂ ਨਾਲ ਕਿਵੇਂ ਰਹਿੰਦਾ ਹੈ ਉਹ ਕਿਤਾਬਾਂ ਕਿਹੜੀਆਂ ਪੜ੍ਹਦਾ ਹੈ ਉਹ ਜਿਉਂਦਾ ਕਿਵੇਂ ਹੈ ਕੁਝ ਲੋਕ ਅਜੇ ਵੀ ਹੁੰਦੇ ਹਨ ਜਿਨ੍ਹਾਂ ਦੇ ਸਦਕਾ ਦੁਨੀਆ ਹੋਰ ਸੋਹਣੀ ਹੋ ਜਾਂਦੀ ਹੈ ਪਰ ਨਹੀਂ ਮੈਂ ਆਪਣੀ ਬਦਲੀ ਕਿਸੇ ਹੋਰ ਥਾਂ ਦੀ ਕਰਵਾ ਲਵਾਂਗੀ ਮੈਂ ਇੱਥੋਂ ਚਲੀ ਜਾਵਾਂਗੀ ਮੈਂ ਬਹੁਤ ਪਰੇਸ਼ਾਨ ਹੋ ਗਈ ਆ ਇਨੇ ਨੂੰ ਸੋਣ ਲੱਗਦੀ ਐ ਬਾਹਰੋਂ ਤੈਨੂੰ ਕੋਈ ਮਿਲਣ ਆਇਆ ਐ ਮੇਰਾ ਸਾਹ ਸੱਤ ਮੁੱਕ ਜਾਂਦਾ ਕਿ ਜ਼ਰੂਰ ਅਮਰੀਕਾ ਆਇਆ ਹੋਵੇਗਾ ਚਾਹੁੰਦੀਆਂ ਸੋਨਲ ਨੂੰ ਆਖਦੀਆਂ ਆਖ ਦੇ ਵੀ ਮੈਂ ਘਰ ਨਹੀਂ ਪਰ ਆਖ ਨਹੀਂ ਹੋਇਆ ਡੋਰਪੋਰ ਜੀ ਬਾਹਰ ਆਉਂਦੀ ਹਾਂ ਅਮਰੀਕਾ ਦਾ ਚਪੜਾਸੀ ਐ ਸਾਹਿਬ ਨੇ ਭੇਜਿਆ ਤੇ ਨਾਲ ਚਿੱਠੀ ਦਿੱਤੀ ਐ ਆਖ ਤਾਉ ਮੈਨੂੰ ਇੱਕ ਪੈਕੇਟ ਤੇ ਇੱਕ ਚਿੱਠੀ ਦਿੰਦਾ ਐ ਅੱਛਾ ਆਖ ਕੇ ਮੈਂ ਦੋਵੇਂ ਚੀਜ਼ਾਂ ਫੜ ਲੈਂਦੀਆਂ ਪੜਾਸੀ ਨਮਸਤੇ ਕਰਕੇ ਪਰਤਿਆ ਹੈ ਮੈਂ ਵਾਪਸ ਆਪਣੇ ਕਮਰੇ ਚ ਆ ਜਾਂਦੀ ਹਾਂ ਪੈਕਟ ਖੋਲਿਆ ਕਰਮਚੀ ਰੰਗ ਦੀ ਗੁਲਾਬ ਤੇ ਫੁੱਲਾਂ ਵਾਲੀ ਛਤਰੀ ਸੀ ਖੱਤ ਵਿੱਚ ਸਿਰਫ ਇੰਨਾ ਹੀ ਲਿਖਿਆ ਸੀ वेव्स ਆਰ ਵਾਟਰ ਐਂਡ ਸੋ ਇਜ਼ ਦ ਸੀ ਉਪਨਿਸ਼ਦਾਂ ਵਿੱਚੋਂ ਇਹ ਪੰਕਤੀ ਅਸੀਮ ਅਰਥਾਂ ਦੀ ਧਾਰਨੀ ਹੋ ਕੇ ਮੇਰੇ ਮਨ ਵਿੱਚ ਘੁਮਰ ਪਾਉਣ ਲੱਗੀ ਛਤਰੀ ਬਹੁਤ ਸੋਹਣੀ ਸੀ ਪਤਾ ਨਹੀਂ ਮੈਨੂੰ ਕਿਉਂ ਰੋਣਾ ਆ ਗਿਆ ਫਿਰ ਇੱਕ ਆ ਇੱਕ ਖਿਆਲ ਆਇਆ ਕਿ ਅਮਰੀਕ ਨੇ ਕਿਵੇਂ ਜਾਣਿਆ ਕਿ ਮੈਂ ਇੱਥੇ ਰਹਿੰਦੀ ਆ ਉਹਨੂੰ ਹੋਰ ਕੀ ਕੁਝ ਪਤਾ ਲੱਗਿਆ ਏ ਕਿ ਘਰ ਵਾਲੇ ਨਾਲ ਅਣਬਣ ਹੋ ਗਈ ਏ ਪਰ ਮੈਂ ਚਾਹੁੰਦੀ ਸੀ ਉਹਨੂੰ ਕੋਈ ਕੁਝ ਨਾ ਦੱਸੇ ਸੋਨਲ ਨੂੰ ਮੈਂ ਛਤਰੀ ਵਿਖਾਈ ਤਾਂ ਆਖਣ ਲੱਗੀ ਯਾਰ ਬੰਦਾ ਟੇਸਟ ਵਾਲਾ ਜਾਪਦਾ ਏ ਤੇਰੇ 'ਚ ਕਿੰਨਾ ਕੁ ਇੰਟਰਸਟਿਡ ਆ ਫਿਰ ਆਪ ਹੀ ਉਹਨੇ ਪੁੱਛਿਆ ਪਤਾ ਨਹੀਂ ਮੈਂ ਮਜ਼ਾਕ ਵਾਂਗ ਆਖਿਆ ਦੇਖ ਜੇ ਤੂੰ ਇਸੇ ਤਰ੍ਹਾਂ ਇਨਡਿਫਰੈਂਟ ਰਹੀ ਤਾਂ ਕੁਝ ਦਿਨ ਮਗਰੂੂ ਵੀ ਪਿੱਛਾਂ ਹਟ ਜਾਏਗਾ ਅੱਜ ਕੱਲ ਦੇ ਆਦਮੀਆਂ ਵਿੱਚ ਦਮ ਨਹੀਂ ਕਿ ਬਾਰਾਂ ਵਾਰੀ ਮੱਝੀਆਂ ਹੀ ਚਰਾਉਂਦੇ ਰਹਿਣ ਉਹ ਨਹੀਂ ਮੈਂ ਇੰਟਰਸਟਿਡ ਹਾਂ ਮੈਂ ਮਜ਼ਾਕ ਵਾਂਗ ਆਖਿਆ ਤੂੰ ਤੇ ਆਪਣੇ ਆਪ ਵਿੱਚ ਇੰਟਰਸਟਿਡ ਨਹੀਂ ਇਸੇ ਕਰਕੇ ਕਿਸੇ ਵਿੱਚ ਕੀ ਹੋਏਗੀ ਤੈਨੂੰ ਤਾਂ 15ਵੀਂ ਸਦੀ ਵਿੱਚ ਪੈਦਾ ਹੋਣਾ ਚਾਹੀਦਾ ਸੀ ਖੈਰ ਜੇ ਤੂੰ ਨਹੀਂ ਇੰਟਰਸਟਿਡ ਸਸਾ ਨੂੰ ਇੰਟਰੋਡਿਊਸ ਕਰਵਾ دی۔ ਦੇਖੀਏ ਕਿੰਨੇ ਕੋ ਪਾਣੀ ਚ ਸਾਲਾ ਸਾਲੇ ਕੁੱਤੇ ਹਰਾਮੀ ਬੀਵੀਆਂ ਦੇ ਸਾਹਮਣੇ ਇਉਂ ਸ਼ੋਅ ਕਰਨਗੇ ਜਿਵੇਂ ਜਾਣਦੇ ਹੀ ਨਾ ਹੋਣ ਤੇ ਅੱਗੋਂ ਪਿੱਛੇ ਤਾਰੇ ਤੋੜ ਲਿਆਉਂਦੀਆਂ ਗੱਲਾਂ ਕਰਨਗੇ ਸੋਨਲ ਗਲਾਂ ਕੱਢ ਰਹੀ ਸੀ ਸੋਚਿਆ ਕੱਲ ਜਾ ਕੇ ਅਮਰੀਕਾ ਦਾ ਧੰਨਵਾਦ ਕਰਨਾ ਹੀ ਪਏਗਾ ਅਗਲੇ ਦਿਨ ਦਫ਼ਤਰ ਪਹੁੰਚੀ ਸੀ ਕਿ ਉਹ ਆਪ ਹੀ ਮੇਰੇ ਕਮਰੇ ਵੱਲ ਆ ਗਿਆ ਠੀਕ ਹੋ ਮੈਂ ਪੁੱਛਿਆ ਠੀਕ ਹ ਪਰ ਤੁਸੀਂ ਠੀਕ ਨਹੀਂ ਲੱਗਦੇ ਬਹੁਤ ਮਾਰੀ ਹੋ ਗਈ ਉਹਨੇ ਸਿੱਧਾ ਮੇਰੇ ਵੱਲ ਝਾਕ ਕੇ ਆਖਿਆ ਨਹੀਂ ਮੈਂ ਤਾਂ ਠੀਕ ਹੀ ਹਾਂ ਹਾਂ ਸੱਚ ਜੀ ਖੂਬਸੂਰਤ ਛਤਰੀ ਲਈ ਧੰਨਵਾਦ ਛਤਰੀ ਮੇਰੇ ਕੋਲ ਹੈ ਹੀ ਨਹੀਂ ਸੀ ਕੋਈ ਮੈਨੂੰ ਬੜੀ ਲੋੜ ਸੀ ਮੈਂ ਆਖਿਆ ਉਹ ਸਿਰਫ ਮੁਸਕਰਾਇਆ ਅਮਰੀਕਾ ਦੀਆਂ ਵਧੀਆਂ ਦਵਾਈਆਂ ਨੇ ਫਿਰ ਤੁਹਾਨੂੰ ਠੀਕ ਕਰ ਹੀ ਦਿੱਤਾ ਆਪ ਹੀ ਮੈਂ ਗਲਤ ਹੋਰੀ ਦਵਾਈਆਂ ਦੇ ਨਾਲ ਤੁਹਾਡੀ ਦੁਆ ਵੀ ਤਾਂ ਸੀ ਉਹਨੇ ਆਖਿਆ ਚਾ ਪियोगੇ ਮੈਂ ਕਬਰਾ ਕੇ ਪੁੱਛਿਆ ਸ਼ਾਇਦ ਨਜੀ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦੀ ਹਾਂ ਮੈਂ ਅੱਜ ਘਰੋਂ ਹੀ ਸੋਚਿਆ ਸੀ ਚਾਹ ਤੁਹਾਡੇ ਕੋਲ ਪੀਾਂਗਾ ਮੈਂ ਘੰਟੀ ਵਜਾ ਕੇ ਚਪੜਾਸੀ ਸਦਿਆ ਤੇ ਚਾਹ ਲੈ ਆਉਣ ਲਈ ਆਖਿਆ ਬਹੁਤ ਵਧੀਆ ਹੋਣਾ ਹੈ ਅਮਰੀਕਾ ਤੋਂ ਮੁਲਕ ਮੈਂ ਸ਼ਾਇਦ ਬੇਮਤਲਬ ਗੱਲਾਂ ਵਿੱਚ ਵਕਤ ਲੰਘਾਉਣ ਲਈ ਪੁੱਛਿਆ ਮੈਨੂੰ ਤਾਂ ਇਹੀ ਆਪਣਾ ਮੁਲਕ ਈ ਚੰਗਾ ਲੱਗਦਾ ਹੈ ਅਮਰੀਕ ਅਮਰੀਕ ਨੇ ਜ਼ਰਾ ਕੋ ਹੱਸ ਕੇ ਆਖਿਆ ਕਿਉਂ ਮੈਂ ਬੇਤਿਆ ਨਹੀਂ ਪੁੱਛਿਆ ਇਥੇ ਜਿਉਣ ਦਾ ਕੋਈ ਮਤਲਬ ਤਾਂ ਹੈ ਉੱਥੇ ਤਾਂ ਲੱਗਦਾ ਲੋਕ ਸਿਰਫ ਜਿਉਂਦੇ ਰਹਿਣ ਲਈ ਜਿਉਂਦੇ ਨੇ ਮੈਨੂੰ ਤਾਂ ਲੱਗਦਾ ਕਿਤੇ ਵੀ ਜਿਉਣ ਦਾ ਕੋਈ ਮਤਲਬ ਨਹੀਂ ਮੈਂ ਜਦੋਂ ਆਖਿਆ ਬੜਾ ਬੇਚੈਨ ਜਿਹਾ ਹੋ ਕੇ ਮੇਰੀ ਵੱਲ ਝਾਕਿਆ ਲੱਗਦਾ ਹੈ ਪਿੱਛੋਂ ਤੁਸੀਂ ਠੀਕ ਨਹੀਂ ਰਹੀ ਹੋਰ ਸਭ ਖੈਰੀਅਤ ਤਾਂ ਹੈ ਉਹਨੇ ਪੁੱਛਿਆ ਮੇਰਾ ਪਤੀ ਮੈਨੂੰ ਚੰਗੀ ਔਰਤ ਨਹੀਂ ਸਮਝਦਾ ਤਲਾਕ ਦੇਣਾ ਚਾਹੁੰਦਾ ਹੁਣ ਅਸੀਂ ਅਲੱਗ-ਅਲੱਗ ਰਹਿ ਰਹੇ ਹਾਂ ਪਤਾ ਨਹੀਂ ਇਕਦਮ ਸਾਰਾ ਕੁਝ ਮੇਰੇ ਕੋਲੋਂ ਕਿਵੇਂ ਆਖਿਆ ਗਿਆ ਉਹ ਚੌਂਕ ਕੇ ਮੇਰੀ ਵੱਲ ਝਾਕਿਆ ਤੇ ਬੋਲਿਆ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਕਿ ਨਹੀਂ ਹੋ ਸਕਦਾ ਮੈਂ ਮਾੜੀ ਔਰਤ ਨਹੀਂ ਹੋ ਸਕਦੀ ਕਿ ਮੇਰਾ ਪਤੀ ਮੈਨੂੰ ਡਿਵੋਰਸ ਨਹੀਂ ਦੇ ਸਕਦਾ ਜਾਂ ਅਸੀਂ ਅਲੱਗ-ਅਲੱਗ ਨਹੀਂ ਰਹਿੰਦੇ ਹੋ ਸਕਦੀ ਮੈਂ ਮਨਿ-ਮਨ ਉਸ ਕੋਲੋਂ ਜਿਵੇਂ ਪੁੱਛਿਆ ਇਸ ਤੋਂ ਪਿੱਛੋਂ ਗੱਲਾਂ ਦਾ ਸਿਲਸਲਾ ਜਿਵੇਂ ਮੁੱਕ ਗਿਆ ਕਿਸੇ ਕੋਲ ਵੀ ਕੁਝ ਆਖਣ ਨੂੰ ਨਹੀਂ ਸੀ ਨੀਵੀ ਪਾਈ ਮੈਂ ਮੇਜ਼ ਤੇ ਪਈ ਕਾਗਜ਼ ਉੱਪਰ ਪੈਨਸਲ ਨਾਲ ਲਿਖਮਾਉਂਦੀ ਤੇ ਕੱਟਦੀ ਰਹੀ। ਚਾਹ ਆ ਗਈ। ਉਹਨੇ ਚਾਹ ਦਾ ਕੱਪ ਆਪ ਹੀ ਚੁੱਕ ਲਿਆ। ਮੈਂ ਵੀ ਚਾਹ ਲੈ ਲਈ। ਚੁੱਪਚਾਪ ਅਸੀਂ ਚਾਹ ਪੀਂਦੇ ਰਹੇ ਤੇ ਆਪਣੇ ਆਪਣੇ ਮਨ ਨਾਲ ਗੱਲਾਂ ਕਰਦੇ ਰਹੇ। ਚਾਹ ਪੀ ਕੇ ਉਹਨੇ ਕੱਪ ਰੱਖ ਦਿੱਤਾ। ਮੈਂ ਵੀ ਚਾਹ ਮੁਕਾ ਲਈ ਸੀ। ਅੱਛਾ ਮੈਂ ਚੱਲਦਾ। ਆਖੂਟ ਖੜਾ ਹੋਇਆ। ਠੀਕ ਰਿਹਾ ਕਰੋ। ਪਤਾ ਨਹੀਂ ਕਿਵੇਂ ਮੇਰੇ ਕੋਲੋਂ ਆਖਿਆ ਗਿਆ। ਉਹਨੇ ਕੋਈ ਉੱਤਰ ਨਹੀਂ ਦਿੱਤਾ। ਦੰ ਲੱਗੇ ਤੇ ਮੈਂ ਮੂੰਹ ਵੱਲ ਵੇਖਿਆ ਬੜਾ ਕਮਜ਼ੋਰ ਲੱਗਿਆ ਪਰ ਮੈਂ ਆਖਿਆ ਕੁਝ ਨਹੀਂ ਅਮਰੀਕ ਗਈ ਸੀ ਕਿ ਰਜਿੰਦਰ ਹੋਰੀ ਆ ਗਏ ਜਿਵੇਂ ਇਸ ਮੌਕੇ ਦੀ ਤਾੜ ਵਿੱਚ ਹੀ ਸਨ ਮੈਂ ਇੱਕਦਮ ਘਬਰਾ ਗਈ ਜਿਵੇਂ ਬਹੁਤ ਵੱਡਾ ਕੋਈ ਗੁਨਾਹ ਕੀਤਾ ਹੋਵੇ ਪੁੱਛ ਲਈ ਖਬਰਸਾਰ ਇੱਕ ਦੂਜੇ ਦੀ ਇਹਨਾਂ ਨਫ਼ਰਤ ਤੇ ਗੁੱਸੇ ਨੂੰ ਦਬਾਉਂਦਿਆਂ ਪੁੱਛਿਆ ਹਾਂ ਮੈਂ ਕੁਰਸੀ ਉੱਪਰ ਬੈਠਦੀ ਨੇ ਆਖਿਆ ਦੂਸਰੀ ਕੁਰਸੀ ਘੜੀਸ ਕੇ ਹੀ ਬੈਠਦੀ ਬੋਲੀ ਮੱਕਾਰ ਔਰਤ ਤੁਸੀਂ ਹੱਦ ਤੋਂ ਅੱਗੇ ਵੱਧ ਰਹੇ ਹੋ ਜਦੋਂ ਤੁਸੀਂ ਤਲਾਕ ਹੀ ਦੇਣਾ ਚਾਹੁੰਦੇ ਹੋ ਫਿਰ ਇਹਨਾਂ ਗੱਲਾਂ ਦਾ ਕੀ ਫਾਇਦਾ ਮੈਂ ਗੁੱਸੇ ਨੂੰ ਦਬਾਉਂਦਿਆਂ ਆਖਿਆ ਇਹ ਹੈ ਤੇਰੀ ਅਸਲੀਅਤ ਦਫ਼ਤਰ ਵਿੱਚ ਹੀ ਚਾਹਾਂ ਪੀਤੀਆਂ ਜਾ ਰਹੀਆਂ ਨੇ ਇਸ਼ਕ ਕੀਤਾ ਜਾ ਰਿਹਾ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਬਕਵਾਸ ਨਾ ਕਰ ਆਖ ਇਹ ਉੱਠ ਖੜੇ ਹੋਏ ਫਟਾਕ ਦੇ ਕੇ ਦਰਵਾਜ਼ਾ ਖੋਲ੍ਹਿਆ ਤੇ ਅੱਗ ਬਗੂਲਾ ਹੋਏ ਬਾਹਰ ਨਿਕਲ ਗਈ ਦਰਵਾਜ਼ਾ ਭੇੜ ਕੇ ਮੈਂ ਕੰਟੀ ਮਾਰ ਕੇ ਚਪੜਾਸੀ ਸਦਿਆ ਚਾਵਲੇ ਕੱਪ ਲੈ ਜਾਣ ਲਈ ਤੇ ਇੱਕ ਪਾਣੀ ਦਾ ਗਲਾਸ ਦੇ ਜਾਣ ਲਈ ਆਖਿਆ ਪਾਣੀ ਨਾਲ ਮੈਂ ਕੰਪੋਜ਼ ਦੀ ਗੋਲੀ ਖਾਧੀ ਸਾਹ ਜਿਵੇਂ ਉਖੜ ਉਖੜ ਜਾਂਦਾ ਸੀ ਖਿਆਲ ਆਇਆ ਮੈਂ ਕਿਉਂ ਆਖਿਆ ਰੱਬੀ ਜਾਂਦਾ ਮੈਂ ਇੰਨਾ ਡਰ ਕਿਉਂ ਜਾਂਦੀ ਆ ਮੇਨਾਂ ਦੀ ਕੋਈ ਜੜ ਖਰੀਦਾ ਗੁਲਾਮਤਾ ਨਹੀਂ ਆ ਕਿ ਸਾਹ ਵੀ ਪੁੱਛ ਕੇ ਲਵਾਂ ਮੈਂ ਰੱਬ ਦਾ ਵਾਸਤਾ ਕਿਸ ਲਈ ਪਾਣ ਲੱਗੀ ਸੀ ਮੈਂ ਆਪਣੇ ਆਪ ਕੋਲੋਂ ਵੀ ਕੀ ਲੁਕਾ ਰਹੀ ਆਂ ਕਿ ਇਹ ਸੱਚ ਨਹੀਂ ਕਿ ਅਮਰੀਕ ਮੈਨੂੰ ਚੰਗਾ ਲੱਗਦਾ ਹੈ ਕਿ ਮੈਂ ਉਹਨੂੰ ਦੱਸਿਆ ਕਿ ਤੇਰੇ ਕਾਰਨ ਮੇਰੇ ਨਾਲ ਇਹ ਕੁਝ ਹੋ ਰਿਹਾ ਹੈ ਪਰ ਨਹੀਂ ਕਦੇ-ਕਦੇ ਮਨ ਕਰਦਾ ਹੈ ਅਮਰੀਕ ਦੇ ਮੁੱਢੇ ਉੱਪਰ ਸਿਰ ਰੱਖ ਕੇ ਬਹੁਤ ਰੋਵਾਂ ਪਰ ਨਹੀਂ ਉਹ ਤਾਂ ਇੱਕ ਬੇਗਾਨਾ ਆਦਮੀ ਹੈ ਇਹਨਾਂ ਰਜਿੰਦਰ ਹੋਰਾਂ ਨੇ ਇੰਨੇ ਸਾਲਾਂ ਚ ਮੈਨੂੰ ਇਹੀ ਜਾਣਿਆ ਕਿ ਮੈਂ ਪਰ ਸ਼ਾਇਦ ਇਹਨਾਂ ਨੇ ਠੀਕ ਹੀ ਜਾਣਿਆ ਹੋਵੇ ਮੈਂ ਹੀ ਆਪਣੇ ਆਪ ਨੂੰ ਨਾ ਜਾਣਦੀ ਹੁਵਾਂ ਮੈਂ ਅਮਰੀਕ ਤੋਂ ਕਤਰਉਣ ਲੱਗ ਪਈ ਆਂ ਡਰਦੀ ਆਂ ਕਿਦਰੇ ਮੇਰੇ ਮੂੰਹ ਤੋਂ ਇਹ ਕੁਝ ਪੜ ਨਾ ਲਵੇ ਮੇਰੇ ਬਾਰੇ ਕੁਝ ਜਾਣ ਹੀ ਨਾ ਲਵੇ ਜਿਸ ਔਰਤ ਨੂੰ ਉਹਦੇ ਪਤੀ ਨੇ ਛੱਡ ਦਿੱਤਾ ਹੋਵੇ ਜਾਂ ਛੱਡ ਦੇਣ ਦੀ ਸਲਾਹ ਬਣਾ ਲਈ ਹੋਵੇ ਉਹ ਔਰਤ ਨੂੰ ਸਾਡਾ ਸਮਾਜ ਬੜੀਆਂ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦਾ ਹੈ ਮੈਂ ਇਹਨਾਂ ਸ਼ੱਕ ਦੀਆਂ ਨਜ਼ਰਾਂ ਤੋਂ ਬੜਾ ਤਰਹਦੀ ਆ ਦਫ਼ਤਰ ਜਾਂਦੀ ਆ ਤਾਂ ਲੱਗਦਾ ਜਿਵੇਂ ਸਾਰੇ ਲੋਕ ਮੇਰੀਆਂ ਹੀ ਗੱਲਾਂ ਕਰ ਰਹੇ ਹੋਣ ਹੋਸਟਲ ਹੁੰਦੀਆਂ ਤਾਂ ਲੱਗਦਾ ਜਿਵੇਂ ਇੱਥੇ ਰਹਿਣ ਵਾਲੀ ਹਰ ਇੱਕ ਔਰਤ ਨੂੰ ਪਤਾ ਲੱਗ ਗਿਆ ਹੈ ਕਿ ਰਜਿੰਦਰ ਮੈਨੂੰ ਤਲਾਕ ਦੇ ਰਿਹਾ ਹੈ ਕਿਧਰੋਂ ਕੋਈ ਚਿੱਠੀ ਆਉਂਦੀ ਹੈ ਤਾਂ ਲੱਗਦਾ ਇਸ ਇਸੇ ਗੱਲ ਬਾਰੇ ਹੋਏਗੀ ਮਾਨੀ ਮਨ ਚਾਹੁੰਦੀਆਂ ਸਮਾਂ ਕਿਸੇ ਤਰ੍ਹਾਂ ਪੁੱਠਾ ਗਿੜ ਪਵੇ ਤੇ ਸਭ ਕੁਝ ਜੋ ਵਾਪਰਿਆ ਅਣ ਵਾਪਰਿਆ ਹੋ ਜਾਏ ਕਿੰਨੀ ਬੇਬਸ ਹੈ ਔਰਤ ਕਿ ਉਹ ਆਪਣੇ ਬੇਗੁਨਾ ਹੋਣ ਦਾ ਸਬੂਤ ਵੀ ਨਹੀਂ ਦੇ ਸਕਦੀ ਸ਼ਾਇਦ ਮੈਂ ਬੇਗੁਨਾ ਨਹੀਂ ਆ ਤਾਂ ਤੋਂ ਨਾ ਸੀ ਮਨ ਤੋਂ ਮੈਂ ਅਮਰੀਕ ਦੇ ਨੇੜੇ ਗਈ ਹਾਂ ਸੋਚਦੀ ਹਾਂ ਹੁਣ ਕੀ ਹੋਏਗਾ ਕਿ ਬਾਕੀ ਦੇ ਬਾਰੇ ਮੈਂ ਇਉਂ ਸਰਾਪੀ ਜ਼ਿੰਦਗੀ ਹੀ ਜੀਵਾਂਗੀ ਰਜਿੰਦਰ ਸਮਝ ਸਮਝਣ ਦੀ ਕਿਉਂ ਕੋਸ਼ਿਸ਼ ਨਹੀਂ ਕਰਦਾ ਹੋਸਟਲ ਆਪਣੇ ਕਮਰੇ ਚ ਪਈ ਛੱਤ ਵੱਲ ਵੇਖਦੀ ਮੈਂ ਸੋਚਾਂ ਜਿਹੀਆਂ ਵਿੱਚ ਗਰਕਦੇ ਜਾ ਰਹੀ ਹਾਂ ਚੌਕੀਦਾਰ ਆ ਕੇ ਦੱਸਦਾ ਹੈ ਕਿ ਮੈਨੂੰ ਕੋਈ ਮਿਲਣ ਆਇਆ ਹੈ ਲੱਗਿਆ ਅਮਰੀਕ ਹੋਏਗਾ ਦਿਲ ਕੀਤਾ ਕਹਿ ਦਿਆਂ ਮੈਂ ਇੱਥੇ ਨਹੀਂ ਆਇਆ ਪਰ ਹੋਸਟਲ ਦੇ ਗੈਸਟ ਰੂਮ ਵਿੱਚ ਪਹੁੰਚੀ ਤਾਂ ਰਜਿੰਦਰ ਸੀ ਮੈਂ ਹੈਰਾਨ ਵੀ ਹੋਈ ਤੇ ਖੁਸ਼ ਵੀ ਸ਼ਾਇਦ ਮਾਨੀ ਮਨ ਮੈਂ ਹਮੇਸ਼ਾ ਰਜਿੰਦਰ ਨੂੰ ਉਡੀਕਦੀ ਰਹੀ ਸੀ ਪਰ ਅੱਗ ਬਬੂਲਾ ਹੋ ਕੇ ਇਹ ਮੇਰੇ ਵੱਲ ਝਾਕੇ ਤੇ ਬੋਲੇ ਤੇਰੇ ਯਾਰ ਨੇ ਮੇਰੀ ਇੱਥੋਂ ਬਦਲੀ ਕਰਵਾ ਦਿੱਤੀ ਹੈ ਤਾਂ ਜੋ ਰਸਤਾ ਬਿਲਕੁਲ ਹੀ ਸਾਫ਼ ਹੋ ਜਾਏ ਨਹੀਂ ਇਹ ਨਹੀਂ ਹੋ ਸਕਦਾ ਮੈਂ ਘਬਰਾ ਕੇ ਆਖਿਆ ਹੋ ਕਿਉਂ ਨਹੀਂ ਸਕਦਾ ਮੈਨੂੰ ਚੌਧਰੀ ਸਾਹਿਬ ਨੇ ਖੁਦ ਆਪ ਦੱਸਿਆ ਚੌਧਰੀ ਸਾਹਿਬ ਨੂੰ ਗਲਤੀ ਲੱਗੀ ਹੋਏਗੀ ਹਾਂ ਪਹਿਲੇ ਤੇਰੇ ਬਾਰੇ ਮੈਨੂੰ ਗਲਤੀ ਲੱਗੀ ਫਿਰ ਲੋਕਾਂ ਨੂੰ ਗਲਤੀ ਲੱਗੀ ਤੇ ਹੁਣ ਹੁਣ ਅਮਰੀਕ ਬਾਰੇ ਚੌਧਰੀ ਸਾਹਿਬ ਨੂੰ ਗਲਤੀ ਲੱਗ ਗਈ ਹੈਨਾ ਮੈਂ ਆਖਦਾ ਉਸ ਕੁੱਤੇ ਨੂੰ ਜ਼ਰੂਰਤ ਕਿਵੇਂ ਪਈ ਉਹ ਸਮਝਦਾ ਕੀ ਹੈ ਆਪਣੇ ਆਪ ਨੂੰ ਸਾਲੇ ਦੀਆਂ ਟੰਗਾਂ ਨਾ ਤੋੜਦਿਆਂ ਇਹਨਾਂ ਨੇ ਨਫ਼ਰਤ ਨਾਲ ਆਖਿਆ ਮੈਂ ਪੁੱਛ ਲਵਾਂਗੀ ਮੈਂ ਬੌਂਦਲੀ ਜਈ ਆਖਦੀ ਹਾਂ ਤੂੰ ਕੀ ਪੁੱਛੇਂਗੀ ਮੈਂ ਹੀ ਪੁੱਛ ਲਾਂਗਾ ਇਹਨਾਂ ਨੇ ਗੁੱਸੇ ਨਾਲ ਲਾਖਿਆ ਹਾਂ ਇਸ ਤਰ੍ਹਾਂ ਜਿਸ ਨੂੰ ਨਹੀਂ ਪਤਾ ਉਹਨੂੰ ਵੀ ਲਾ ਦਿਓ ਡੰਡ ਪਾ ਕੇ ਮੈਂ ਕੌੜੀ ਹੋ ਕੇ ਝਾਕਿਆ ਪਤਾ ਲਾ ਦਿਓ ਕਿਨੂੰ ਨਹੀਂ ਪਤਾ ਇਸ ਗੱਲ ਦਾ ਮਾਂ ਜਦੋਂ ਵਿਆਹ ਵੇਲੇ ਆਖਦੀ ਸੀ ਰਿਸ਼ਤਾ ਕਿਸੇ ਚੰਗੇ ਘਰ ਦਾ ਲਵਾਂਗੇ ਤਾਂ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਕੀ ਮਤਲਬ ਹੁੰਦਾ ਹੁਣ ਪਤਾ ਲੱਗਦਾ ਹੈ ਕਿ ਖਾਨਦਾਨੀ ਔਰਤਾਂ ਕਿਹੋ ਜੀਆਂ ਹੁੰਦੀਆਂ ਨੇ ਤੇ ਤੇਰੇ ਵਰਗੀਆਂ ਕਿਹੋ ਜੀਆਂ ਮੇਰੇ ਖਾਨਦਾਨ ਨੂੰ ਕੀ ਹੋਇਆ ਹੋਇਆ ਮੈਂ ਖਿਜ ਕੇ ਆਖਿਆ ਕੁੜੀਆਂ ਦੀ ਕਮਾਈ ਖਾਣ ਦੇ ਮਾਰੇ ਜਿਹੜੇ ਮਾਪੇ 30 30 ਸਾਲ ਤੱਕ ਉਹਨਾਂ ਦਾ ਵਿਆਹ ਨਹੀਂ ਕਰਦੇ ਤੇ ਜਦੋਂ ਆਪ ਕੋਈ ਬੰਦਾ ਲੱਭ ਲੈਂਦੀਆਂ ਨੇ ਤੇ ਆਪ ਵਿਆਹ ਕਰਨ ਦੇ ਮਾਰੇ ਆਖ ਦਿੰਦੇ ਨੇ ਸਾਨੂੰ ਨਹੀਂ ਇਹ ਬੰਦਾ ਪਸੰਦ ਅਸੀਂ ਨਹੀਂ ਇਹਦੇ ਨਾਲ ਵਿਆਹ ਕਰਨਾ ਵਿੱਚੋਂ ਮਤਲਬ ਹੁੰਦਾ ਆਪੇ ਕੋਟ ਮੈਰਿਜ ਕਰਕੇ ਚਲੀ ਜਾਵੇ ਇਹ ਹੈ ਤੇਰਾ ਖਾਨਦਾਨ ਇਹ ਗੱਲਾਂ ਉਦੋਂ ਸੋਚਣੀਆਂ ਸੀ ਜਦੋਂ ਆਖਦੇ ਸੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੂੰ ਹੀ ਚਾਹੀਦੀ ਐ ਮੈਂ ਹਰ ਕੇ ਆਖਿਆ ਇਸ ਗੱਲ ਦਾ ਤੂੰ ਕੀ ਮੁੱਲ ਪਾਇਆ ਸਗੋਂ ਲੋਕ ਮੇਰੇ ਉੱਤੇ ਹੱਸਦੇ ਹੋਣਗੇ ਤੁਸੀਂ ਜਦੋਂ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਸੀ ਲੋਕ ਮੇਰੇ ਉੱਪਰ ਨਹੀਂ ਸੀ ਹੱਸਦੇ ਤੂੰ ਮੇਰੇ ਬਰਾਬਰੀ ਕਰੇਂਗੀ ਸਾਲੀ ਈਡੀਅਟ ਹੋਸ਼ ਨਾਲ ਗੱਲ ਕਰੋ ਮੈਂ ਗੁੱਸੇ ਨਾਲ ਕਿਹਾ ਬਹੁਤਾ ਬਕਵਾਸ ਨਾ ਕਰ ਨਾਲੇ ਚੋਰ ਨਾਲੇ ਚਤਰ ਬਣਦੀ ਐ ਰਜਿੰਦਰ ਨੇ ਆਖਿਆ ਭੈਮਾਨ ਜੀ ਹੋ ਕੇ ਮੈਂ ਕੁਰਸੀ ਤੋਂ ਉੱਠ ਖੜੀ ਆਪਣੇ ਕਮਰੇ ਚ ਆ ਕੇ ਬਹੁਤ ਰੋਈ ਸੋਨਲ ਰਾਤ ਨੂੰ ਜਦੋਂ ਪਰਤੀ ਮਰੀਆਂ ਸੁਜੀਆਂ ਅੱਖਾਂ ਦੇਖ ਕੇ ਖਿਜ ਕੇ ਬੋਲੀ ਜਿਹੜਾ ਬੰਦਾ ਤੁਹਾਨੂੰ ਜ਼ਿੰਦਗੀ ਵਿੱਚ ਰੋ ਆਂਦਾ ਹੈ ਉਹ ਇਸ ਯੋਗ ਨਹੀਂ ਕਿ ਉਸ ਲਈ ਰੋਇਆ ਜਾਵੇ ਜਿਸ ਨੇ ਤੈਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਤੂੰ ਉਹਨੂੰ ਆਪਣੇ ਮਨ ਵਿੱਚੋਂ ਕਿਉਂ ਨਹੀਂ ਕੱਢ ਦਿੰਦੀ ਸੋਨ ਲੱਗ ਰਹੀ ਸੀ ਮੈਂ ਫਿਰ ਵੀ ਚੁੱਪ ਸੀ ਤੇਰੀ ਰੂਹ ਪਰ ਜਿਹੜੇ ਉਹ ਪੱਛ ਲਾ ਰਿਹਾ ਹੈ ਇਹਦਾ ਅਧਿਕਾਰ ਹੀ ਤੂੰ ਉਸ ਨੂੰ ਕਿਉਂ ਦਿੰਨੀ ਹੈ ਮੇਰੇ ਕੋਲ ਸੋਨਲ ਦੀ ਇਸ ਗੱਲ ਤੱਕ ਕੋਈ ਜਵਾਬ ਨਹੀਂ ਸੀ ਜਦੋਂ ਤੂੰ ਆਪਣੀ ਰੋਟੀ ਆਪ ਕਮਾ ਸਕਦੀ ਹੈ ਫਿਰ ਮੌਤਾਜੀ ਕਿਸ ਕਲ ਦੀ ਸਿਕਿਉਰਿਟੀ ਦੀ ਹਿਫਾਜ਼ਤ ਦੀ ਆਦਮੀ ਜਦੋਂ ਚਾਹੇ ਔਰਤ ਨੂੰ ਘਰੋਂ ਕੱਢ ਸਕਦਾ ਹੈ ਇਹ ਕਿਸ ਕਿਸਮ ਦੀ ਸਿਕਿਉਰਿਟੀ ਤੇ ਹਿਫਾਜ਼ਤ ਹੋਈ ਆਦਮੀ ਕਿਸੇ ਵੇਲੇ ਔਰਤ ਨੂੰ ਗਾਲਾਂ ਦਿੰਦਾ ਮਾਰਦਾ ਫਿਰ ਜਿਉ ਸੁਲਾ ਵੀ ਕਰ ਲਵੇ ਕਿ ਔਰਤ ਸਭ ਕੁਝ ਭੁੱਲ ਸਕਦੀ ਹੈ ਹਾਂ ਭੁੱਲਣ ਦਾ ਡਰਾਮਾ ਕਰਕੇ ਝੂਠ ਬੇਸ਼ੱਕ ਜਿਉਂਦੀ ਰਹੇ ਸੁਣ ਲੱਗ ਰਹੀ ਸੀ ਸੋਨਲੀ ਗਲਪੂਚਾ ਇਹੀ ਨਾ ਕਿ ਕੀ ਮੈਨੂੰ ਪਤੀ ਦੀ ਘਰ ਦੀ ਬੱਚਿਆਂ ਦੀ ਲੋੜ ਨਹੀਂ ਮੈਂ ਅਜਿਹਾ ਪਤੀ ਨਹੀਂ ਚਾਹੁੰਦੀ ਜਿਹੜਾ ਆਪ ਤਾਂ ਪਰਮੇਸ਼ਰ ਬਣ ਬੈਠੇ ਤੇ ਮੈਨੂੰ ਦਾਸੀ ਸਮਝੇ ਨਾ ਹੀ ਅਜਿਹਾ ਘਰ ਚਾਹੁੰਨੀ ਆ ਜਿਹੜਾ ਕੈਦਖਾਨਾ ਹੋਵੇ ਤੇ ਨਾ ਹੀ ਅਜਿਹੇ ਬੱਚੇ ਜਿਨ੍ਹਾਂ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਤਾਂ ਹੋਵੇ ਪਰ ਮਲਕੀਅਤ ਪਿਓ ਦੀ ਹੀ ਰਹਿਣ ਤੇਰਾ ਮਤਲਬ ਹੈ ਔਰਤ ਨੂੰ ਕਿਸੇ ਵੀ ਪ੍ਰਾਪਤੀ ਲਈ ਕੋਈ ਮੁੱਲ ਨਾ ਦੇਣਾ ਪਵੇ ਇਹੀ ਤਾਂ ਸਾਡੇ ਭਾਰਤੀ ਸੰਸਕਾਰ ਹਨ ਕਿ ਅਸੀਂ ਘਰ-ਬਾਰ ਪਤੀ ਤੇ ਬੱਚਿਆਂ ਨੂੰ ਆਪਣੀ ਪ੍ਰਾਪਤੀ ਸਮਝ ਲੈਂਦੇ ਆਂ ਔਰਤ ਕਦੇ ਵੀ ਆਦਮੀ ਦੀ ਪ੍ਰਾਪਤੀ ਕਿਉਂ ਨਹੀਂ ਬਣਦੀ ਮੇਰੇ ਕੋਲ ਸੋਨਲ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਉੱਤਰ ਨਹੀਂ ਹੁੰਦਾ ਕਿਸੇ ਵੀ ਔਰਤ ਕੋਲ ਨਹੀਂ ਹੋ ਸਕਦਾ ਜਿਹਦੀਆਂ ਜੜਾਂ ਵਿੱਚ ਆਪਣੀ ਸੰਸਕ੍ਰਿਤੀ ਵਿੱਚ ਨਹੀਂ ਜਿਹਦੀਆਂ ਜੜਾਂ ਆਪਣੀ ਸੰਸਕ੍ਰਿਤੀ ਵਿੱਚ ਨਹੀਂ ਤੇ ਉਹਦੀ ਇਸ ਗੱਲ ਦਾ ਵੀ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਫਿਰ ਵੀ ਮੈਂ ਆਖਿਆ ਸੋਨਲ ਮੈਂ ਸਮਝਦੀ ਅੱਜ ਦੀ ਔਰਤ ਅੱਗੇ ਕੋਈ ਰਾਹ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕੀ ਕਰੇ ਹਰਜੀਤ ਔਰਤ ਨੇ ਆਪਣਾ ਰਾਹ ਆਪ ਕਦੇ ਤਲਾਸ਼ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਸ 'ਚ ਇਨੀ ਜੁਰਤ ਹੀ ਨਹੀਂ ਕਿ ਆਪਣਾ ਰਾਹ ਤਲਾਸ਼ ਕਰ ਸਕੇ ਇੰਨੀ ਅਕਲ ਹੀ ਨਹੀਂ ਕਿ ਜੁਰਤ ਪੈਦਾ ਹੋ ਸਕੇ ਸੋਨਲ ਦੱਸ ਰਹੀ ਸੀ ਪਰ ਸੋਨਲ ਜਿਸ ਗੱਲ ਨੂੰ ਤੂੰ ਜੁਰਤ ਆਖਦੀ ਏ ਉਹ ਵੀ ਤੇਰਾ ਭੁਲੇਖਾ ਹੈ ਔਰਤ ਬੰਦਲਾਂ ਤੋਂ ਮੁਕਤ ਹੋ ਕੇ ਜੀਵੇ ਇਹ ਵੀ ਅੱਜ ਦੇ ਮਨੁੱਖ ਦੀ ਹੀ ਲੋੜ ਹੈ। ਔਰਤ ਦੀ ਲੋੜ ਨਹੀਂ। ਇਸ ਤਰ੍ਹਾਂ ਦੀ ਬੰਧਨ ਮੁਕਤ ਔਰਤ ਆਦਮੀ ਲਈ ਵੀ ਕੋਈ ਬੰਧਨ ਨਹੀਂ ਬਣਦੀ। ਇਹੀ ਤਾਂ ਉਹ ਚਾਹੁੰਦਾ ਹੈ। ਔਰਤ ਸਮਝਦੀ ਹੈ ਮੈਂ ਆਪਣੀ ਮਰਜ਼ੀ ਨਾਲ ਜਿਉ ਰਹੀ ਹਾਂ ਪਰ ਇਹ ਮਰਜ਼ੀ ਵੀ ਤਾਂ ਉਹਦੀ ਆਪਣੀ ਮਰਜ਼ੀ ਨਹੀਂ ਹੁੰਦੀ। ਪਲ ਦੇ ਪਲ ਲਈ ਸੋਨਲ ਮੇਰੀ ਇਸ ਦਲੀਲ ਉੱਪਰ ਹੈਰਾਨ ਜੀ ਹੋ ਗਈ। ਫਿਰ ਬੋਲੀ ਦੁਖਾਂਤ ਸਿਰਫ ਉਸੇ ਔਰਤ ਦਾ ਹੈ ਜਿਹੜੀ ਇੰਨਾ ਸੋਚ ਸਕਦੀ ਹੈ। ਸੋਨਲ ਕੁਝ ਵਰੇ ਹੀ ਤਾਂ ਜਿਉਣਾ ਹੁੰਦਾ ਹੈ। ਇਹੀ ਤਾਂ ਗਲਤ ਹੈ ਕੁਝ ਵਰੇ ਕੀ ਕੁਝ ਪਲ ਦਾ ਆਪਣਾ ਮੁੱਲ ਹੈ ਸੋਨਲ ਤੂੰ ਜਿਸ ਤਰ੍ਹਾਂ ਵੀ ਜੀ ਰਹੀ ਹੈਂ ਖੁਸ਼ ਹੈ ਮੈਂ ਸਿੱਧਾ ਸਵਾਲ ਕੀਤਾ ਖੁਸ਼ ਜਾਂ ਨਾ ਖੁਸ਼ ਘੱਟੋ-ਘੱਟ ਇਸ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਮੈਂ ਆਪਾਂ ਇਹ ਤਾਂ ਤਸੱਲੀ ਹੈ ਹੋਸਟਲ ਦੀ ਮਾਈ ਰੋਟੀ ਲਈ ਆਖਣ ਆ ਗਈ ਗੱਲਾਂ ਵਿੱਚ ਵਕਤ ਦਾ ਪਤਾ ਹੀ ਨਹੀਂ ਸੀ ਲੱਗਿਆ ਸੋਨਲ ਆਪਣੇ ਕਮਰੇ ਵੱਲ ਚਲੀ ਗਈ ਉਹ ਰੋਟੀ ਬਾਹਰੋਂ ਖਾ ਆਈ ਸੀ ਰੋਟੀ ਖਾਂਦੀ ਮੈਂ ਸੋਚ ਰਹੀ ਸੀ ਜੇ ਗੱਲ ਠੀਕ ਹੈ ਕਿ ਅਮਰੀਕ ਨੇ ਹੀ ਰਜਿੰਦਰ ਦੀ ਬਦਲੀ ਕਰਵਾਈ ਹੈ ਤਾਂ ਕਿਉਂ ਕਰਵਾਈ ਹੈ ਸੌਣ ਵੇਲੇ ਅੱਜ ਮੈਂ ਸੌਣ ਵਾਲੀਆਂ ਗੋਲੀਆਂ ਦੋ ਦੀ ਥਾਂ ਚਾਰ ਲਈਆਂ ਕਾਫੀ ਸਰਾਪ ਪਾਣੀ ਪੀਤਾ ਅਲਮਾਰੀ ਵਿੱਚੋਂ ਲੈ ਕੇ ਮਹਾਭਾਰਤ ਪੜਨ ਲੱਗ ਗਈ ਕਹਿੰਦੇ ਨੇ ਦੁਨੀਆਂ ਦਾ ਸਾਰਾ ਗਿਆਨ ਇਸ ਪੁਸਤਕ ਵਿੱਚ ਹੈ ਪਰ ਥੋੜੀ ਦੇਰ ਮਗਰੋਂ ਹੀ ਉਂਗਲਾ ਗਈ ਪਤਾ ਨਹੀਂ ਕਦੋਂ ਨੀਂਦ ਆ ਗਈ ਬੱਤੀ ਵੀ ਨਹੀਂ ਬੁਝਾਈ ਸਵੇਰੇ ਜਾਗੀ ਤਾਂ ਗੋਡੇ-ਗੋਡੇ ਦਿਨ ਚੜਾਇਆ ਸੀ ਹੱਡ ਪੈਰ ਜਿਵੇਂ ਟੁੱਟਦੇ ਜਾ ਰਹੇ ਸੀ ਤੇਜ਼ ਗਰਮ ਪਾਣੀ ਨਾਲ ਨਹਾ ਕੇ ਜਰਾ ਸੁਰਤ ਜਿਹੀ ਆਈ ਵਾਲ ਵੋਂਦੀ ਨੇ ਸ਼ੀਸ਼ੇ ਮੂਰੇ ਬੈਠੀ ਨੇ ਦੇਖਿਆ ਰੰਗ ਕਿੰਨਾ ਪੀਲਾ ਪੈਂਦਾ ਜਾ ਰਿਹਾ ਸੀ ਅੱਖਾਂ ਦੇ ਹੇਠਾਂ ਬੇਮਲੂਮੀ سیاਈ ਫਿਰ ਗਈ ਸੀ ਨਾਸ਼ਤਾ ਲੈ ਕੇ ਜਦੋਂ ਮੈਂ ਦਫ਼ਤਰ ਜਾਣ ਲਈ ਤਿਆਰ ਹੋਣ ਲੱਗੀ ਤਾਂ ਵਧੀਆ ਸੂਟ ਕੱਢ ਕੇ ਪਾਇਆ ਅਮਰੀਕ ਨੂੰ ਮਿਲਣਾ ਹੈ ਇਸ ਲਈ ਮੇਰੇ ਮਨ ਨੇ ਜਿਵੇਂ ਮੈਨੂੰ ਝੂਠਿਆ ਕਰਨ ਲਈ ਪੁੱਛਿਆ ਉਤਾਰ ਕੇ ਮੈਂ ਕੱਲ ਵਾਲੀ ਸਾੜੀ ਪਾ ਲਈ ਪੁੱਛਾਂਗੀ ਰਜਿੰਦਰ ਦੀ ਬਦਲੀ ਕਿਉਂ ਕਰਵਾਈ ਹੈ ਆਪੇ ਉਹਨੂੰ ਮਿਲਣ ਦਾ ਬੜਾ ਠੋਸ ਬਹਾਨਾ ਸੋਚ ਲਿਆ ਲੱਗਦਾ ਸੀ ਅੱਗੇ ਨਾਲ ਉਹ ਛੇਤੀ ਦਫ਼ਤਰ ਆ ਗਈ ਜਮਾਂਦਾਰਾ ਜੀ ਕਮਰਿਆਂ ਦੀ ਸਫਾਈ ਕਰ ਰਿਹਾ ਸੀ ਓਨੀ ਦੇਰ ਮੈਂ ਬਾਹਰ ਬਰਾਂਡੇ 'ਚ ਖੜੋ ਗਈ ਅਮਰੀਕ ਵੀ ਅੱਜ ਦਫ਼ਤਰ ਛੇਤੀ ਆ ਗਿਆ ਪਤਾ ਨਹੀਂ ਕਿਉਂ ਮੇਰੇ ਕੋਲੋਂ ਦੀ ਲੰਘਦਿਆਂ ਉਹਨੇ ਨਮਸਤੇ ਲਈ ਹੱਥ ਜੋੜੇ ਤੇ ਮੁਸਕਰਾਇਆ ਬਹੁਤ ਗੁੱਸਾ ਆਇਆ ਕਿ ਕੀ ਇਹ ਸਮਝਦਾ ਹੈ ਮੈਂ ਸੱਚ ਮੁੱਚੀ ਇਹਦੇ ਚੱਕਰਾਂ ਵਿੱਚਾਂ ਜੋ ਇਹਨੇ ਰਜਿੰਦਰ ਦੀ ਇਥੋਂ ਬਦਲੀ ਕਰਵਾ ਦਿੱਤੀ ਇੰਨੀ ਦੇਰ ਇੱਧਰ ਬੈਠ ਚੋ ਅਮਰੀਕ ਨੇ ਮੇਰੇ ਕਮਰੇ ਦੀ ਸਫਾਈ ਹੁੰਦੀ ਦੇਖ ਆਪਣੇ ਕਮਰੇ 'ਚ ਬੈਠਣ ਲਈ ਆਖਿਆ ਨਾ ਚਾਹੁੰਦਿਆਂ ਵੀ ਮੈਂ ਉਹਦੇ ਕਮਰੇ 'ਚ ਚਲੀ ਗਈ ਕੀ ਗੱਲ ਉਹਨੇ ਮੇਰੇ ਮੂੰਹ ਹਲ ਤੱਕ ਕੇ ਪੁੱਛਿਆ ਮੇਰੇ ਪਤਲੇ ਮੇਰੇ ਪਤੀ ਦੀ ਬਦਲੀ ਤੁਸੀਂ ਕਰਵਾਈਏ ਮੈਂ ਸਿੱਧਾ ਸਵਾਲ ਕੀਤਾ ਤੁਹਾਨੂੰ ਕੌਣ ਆਖਦਾ ਕੋਈ ਵੀ ਆਖੇ ਕੀ ਇਹ ਗੱਲ ਠੀਕ ਹੈ ਹਾਂ ਉਹਨੇ ਸਹਿਜ ਨਾ ਲਾਖਿਆ ਮੈਂ ਹੈਰਾਨ ਹੂ ਕਿ ਉਸ ਵੱਲ ਦੇਖਿਆ ਦੇਖੋ ਮੈਂ ਤੁਹਾਡੇ ਨਿੱਜੀ ਮਾਮਲਿਆਂ 'ਚ ਦਖਲ ਨਹੀਂ ਸੀ ਦੇਣਾ ਚਾਹੁੰਦਾ ਇਸ ਲਈ ਕੁਝ ਵੀ ਪੁੱਛਿਆ ਨਹੀਂ ਪਰ ਤੁਹਾਡੇ ਆਡ-ਆਡ ਰਹਿਣ ਨਾਲ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਹੈ ਅਗਰ ਉਹ ਕਿਸੇ ਹੋਰ ਸ਼ਹਿਰ ਰਹਿਣਗੇ ਹੋ ਸਕਦਾ ਠੰਡੇ ਦਿਮਾਗ ਨਾਲ ਸੋਚਣ ਤੁਹਾਡੀ ਲੋੜ ਵੀ ਮਹਿਸੂਸ ਕਰਨ ਤੇ ਸਭ ਕੁਝ ਠੀਕ ਹੀ ਹੋ ਜਾਏ ਤੁਹਾਨੂੰ ਮੈਂ ਦੱਸਾਂ ਕਰਦੀ ਆਦਮੀ ਨੂੰ ਵੀ ਉਨੀ ਹੀ ਲੋਡ ਹੁੰਦੀ ਹੈ ਜਿੰਨੀ ਔਰਤ ਨੂੰ ਅਮਰੀਕ ਨੇ ਇੱਕੋ ਵਾਰੀ ਕਿੰਨਾ ਕੁਝ ਆਖ ਦਿੱਤਾ ਮੈਂ ਚੁੱਪਚਾਪ ਸੁਣ ਰਹੀ ਸੀ ਦੇਖੋ ਦੁਨੀਆ ਅਸੀਂ ਤਾਂ ਨਹੀਂ ਬਣਾਈ ਕਿ ਸਭ ਕੁਝ ਸਾਡੀ ਮਰਜ਼ੀ ਦਾ ਹੋਵੇ ਇਹ ਮਹਿਜ਼ ਇੱਕ ਇਤਫਾਕ ਹੈ ਕਿ ਕੋਈ ਸਾਡੀ ਮਾਂ ਹੈ ਕੋਈ ਬਾਪ ਹੈ ਕੋਈ ਭੈਣ ਹੈ ਕੋਈ ਭਰਾ ਹੈ ਕੋਈ ਪਤੀ ਹੈ ਕੋਈ ਪਤਨੀ ਹੈ ਫਿਰ ਕਿਸੇ ਵੀ ਰਿਸ਼ਤੇ ਦੀ ਕੋਈ ਬੁਨਿਆਦ ਨਹੀਂ ਪਤਾ ਨਹੀਂ ਕੌਣ ਕਿਸ ਵੇਲੇ ਕਿੱਥੇ ਨਿਕੜ ਜਾਵੇ ਇਨਾ ਵਕਤੀ ਕਿੱਥੇ ਹੈ ਕਿ ਨਰਾਜ਼ਗੀਆਂ ਪਾਲੀਆਂ ਜਾਣ ਅਮਰੀਕ ਸਮਝਾ ਰਿਹਾ ਸੀ ਸਭ ਕੁਝ ਤੁਹਾਡੇ ਹੀ ਵਸ ਵਿੱਚ ਤਾਂ ਨਹੀਂ ਹੁੰਦਾ ਮੈਂ ਚੁੰਝਲਾ ਕੇ ਆਖਿਆ ਜੇ ਕੁਝ ਤੁਹਾਡੇ ਵਸ ਵਿੱਚ ਨਹੀਂ ਮੈਨੂੰ ਦੱਸੋ ਮੈਂ ਤੁਹਾਡੀ ਬਹੁਤ ਕਦਰ ਕਰਦਾ ਆਂ ਆਖੋ ਤਾਂ ਰਜਿੰਦਰ ਸਾਹਿਬ ਨਾਲ ਗੱਲ ਕਰ ਲਵਾਂ ਨਹੀਂ ਨਹੀਂ ਇਹਦੀ ਲੋੜ ਨਹੀਂ ਆਖਦੀ ਮੈਂ ਚੁੰਝਲਾ ਕੇ ਉਹਦੇ ਕਮਰੇ ਤੋਂ ਬਾਹਰ ਆ ਗਈ ਸ਼ਾਇਦ ਮਨ ਨੇ ਇਹ ਵੀ ਚਾਇਆ ਅਮਰੀਕ ਮੈਨੂੰ ਆਪਣੀਆਂ ਬਾਹਾਂ ਵਿੱਚ ਲੁਕਾ ਲਵੇ ਇਸ ਕੜੀਓ ਦੀ ਹੋਂਦ ਫੈਲ ਕੇ ਬਹੁਤ ਵੱਡੀ ਹੋ ਗਈ ਸੀ ਤੇ ਮੇਰੀ ਸੁੰਗੜ ਕੇ ਬਹੁਤ ਛੋਟੀ ਰਜਿੰਦਰ ਉੱਪਰ ਬਹੁਤ ਗੁੱਸਾ ਆਇਆ ਜਿਵੇਂ ਉਹ ਹੀ ਮੈਨੂੰ ਧੱਕ-ਧੱਕ ਕੇ ਅਮਰੀਕ ਵੱਲ ਕਰੀ ਜਾ ਰਿਹਾ ਹੈ ਅਮਰੀਕ ਕੌਣ ਹੈ ਰਜਿੰਦਰ ਕੌਣ ਹੈ ਮੇਰੇ ਮਨ 'ਚ ਜਿਵੇਂ ਪਹਿਚਾਨ ਭੁੱਲਦੀ ਜਾ ਰਹੀ ਹੈ ਸਾਰੇ ਕਾਗਜ਼ ਬਿਨਾਂ ਦਸਖਤ ਕੀਤੇ ਮੇਰੇ ਅੱਗੇ ਪਏ ਹਨ ਹਮੇਸ਼ਾ ਵਾਂਗ ਚਪੜਾਸੀ 11 ਵਜੇ ਚਾਹ ਦਾ ਕੱਪ ਰੱਖ ਗਿਆ ਜੋ ਪਿਆ ਪਿਆ ਹੀ ਠੰਡਾ ਹੋ ਗਿਆ ਟੈਲੀਫੋਨ ਦੀ ਘੰਟੀ ਖੜਕਦੀ ਹੈ ਹੈਲੋ ਮੈਂ ਜਿਵੇਂ ਕਿਧਰੋਂ ਦੂਰੋਂ ਆਖਿਆ ਸੋਨਲ ਬੋਲ ਰਹੀਆਂ ਯਾਰ ਸੋ ਰਹੀ ਥੀ ਕਿਆ ਤੇਰੀ ਆਵਾਜ਼ ਨੂੰ ਕੀ ਹੋਇਆ ਜਿਵੇਂ ਸਮੁੰਦਰ ਵਿੱਚੋਂ ਭਿੱਜ ਕੇ ਆਈ ਹੋਵੇਂ ਹਾਂ ਸੱਚ ਯੂਨੈਸਕੋ ਵਾਲਿਆਂ ਦਾ ਫੋਨ ਆਇਆ ਹੈ ਕਿ ਉਹਨਾਂ ਕੋਲ ਕਿਤਾਬਾਂ ਦਾ ਨਵਾਂ ਸਟਾਕ ਪਹੁੰਚ ਗਿਆ ਹੈ ਲੰਚ ਵੇਲੇ ਆ ਜਾਈ ਮੈਂ ਵੀ ਆ ਜਾਾਂਗੀ ਇਸ ਤੋਂ ਪਹਿਲਾਂ ਕਿ ਹੋਰ ਲੋਕ ਪਹੁੰਚਣ ਆਪਾਂ ਕੁਝ achੀਆਂ ਕਿਤਾਬਾਂ ਚਾਂਟ ਲਈਏ ਠੀਕ ਹੈ ਆ ਜਾਵਾਂਗੀ ਆਨ ਲਈ ਦਪਰ ਦਾ ਖਾਣਾ ਇਕੱਠੇ ਖਾਵਾਂਗੇ ਕੁਆਲਿਟੀ 'ਚ ਇੱਕ ਘੰਟੇ ਦੀ ਵੱਧੂ ਛੁੱਟੀ ਕਰਕੇ ਆਈਂ ਨਾਲੇ ਮੇਰਾ ਇੱਕ ਫਰੈਂਡ ਵੀ ਹੋਏਗਾ ਖਾਣਾ ਖਾਣ ਤੇ ਮੇਰਾ ਅੱਜ ਮਨ ਨਹੀਂ ਮੇਰਾ ਫਰੈਂਡ ਤੈਨੂੰ ਖਾਣ ਹੀ ਜਾਏਗਾ ਆ ਜਾਈਂ ਸਮਝੀ ਆਕੇ ਸੋਨਲ ਫੋਨ ਰੱਖ ਦਿੰਦੀ ਐ ਮੈਂ ਸੋਚਣ ਦੀ ਕੋਸ਼ਿਸ਼ ਕਰਦੀ ਆਂ ਕਿਤਾਬਾਂ ਬਾਰੇ ਕਦੇ ਵੇਲਾ ਸੀ ਸਾਰੇ ਦਿਨ ਤੋਂ ਵਿਹਲੀ ਹੋ ਕੇ ਮੈਂ ਕਿਤਾਬਾਂ ਲੈ ਕੇ ਬਿਸਤਰੇ 'ਚ ਬੈਠਦੀ ਜਿਵੇਂ ਇੱਕ ਵੱਖਰੀ ਦੁਨੀਆ 'ਚ ਪਹੁੰਚ ਜਾਂਦੀ ਸੀ ਉਹ ਦੁਨੀਆ ਜਿੱਥੇ ਬੱਦਲ ਬਰਸਦੇ ਨੇ ਫੁੱਲ ਖਿੜਦੇ ਨੇ ਤੇ ਬੰਦੇ ਨੂੰ ਸਾਹ ਵੀ ਪੂਰਾ ਆਉਂਦਾ ਪਰ ਹੁਣ ਬਹੁਤ ਦਿਨਾਂ ਤੋਂ ਕਦੇ ਕੁਝ ਮੈਂ ਪੜਦੀ ਨਹੀਂ ਇਹ ਕਿਤਾਬਾਂ ਤੁਹਾਡੀਆਂ ਸੋਚਾਂ ਨੂੰ ਬਹੁਤ ਤਿੱਖੀਆਂ ਕਰ ਦਿੰਦੀਆਂ ਨੇ ਫਿਰ ਇਹ ਸੋਚਾਂ ਬਾਹਰੋਂ ਮਾਰ ਖਾ ਕੇ ਤੁਹਾਨੂੰ ਵੀ ਅੰਦਰੋਂ ਕੱਟਣ ਲੱਗ ਜਾਂਦੀਆਂ ਨੇ ਕਿਤਾਬਾਂ ਦੀ ਦੁਨੀਆ 'ਚ ਰਹਿਣ ਵਾਲੇ ਲੋਕ ਬਾਹਰ ਜਦੋਂ ਆਉਂਦੇ ਨੇ ਬੁਖਲਾ ਜਾਂਦੇ ਨੇ ਨਹੀਂ ਤਾਂ ਆਮ ਔਰਤਾਂ ਦੇ ਪਤੀ ਜਦੋਂ ਉਹਨਾਂ ਉੱਪਰ ਸ਼ੱਕ ਕਰਦੇ ਨੇ ਉਹ ਰੋ ਕੇ ਮਿੰਨਤ ਕਰਕੇ ਮਾਰ ਖਾ ਕੇ ਲੋਕਾਂ ਨੂੰ ਵਿੱਚ ਪਾ ਕੇ ਮਨ ਮਨਉਤਕਾਰੀ ਲੈਂਦੀਆਂ ਨੇ ਤੇ ਇੱਕ ਮੈਂ ਆ ਕਿ ਕੁਝ ਵੀ ਨਹੀਂ ਕਰ ਸਕੀ ਕੁਝ ਔਰਤਾਂ ਖੇ ਖਰਾਬੀਆਂ ਕਰਕੇ ਵੀ ਸੱਚੀਆਂ ਬਣ ਜਾਂਦੀਆਂ ਨੇ ਤੇ ਇੱਕ ਮੈਂ ਬੇਵਕੂਫ ਔਰਤ ਨਾ ਪਿਛਲੀ ਔਰਤ ਵਾਂਗ ਆਪ ਗਵਾਇਆ ਤਾਂ ਸੌ ਪਾਇਆ ਆਖ ਸਕਦੀਆਂ ਤੇ ਨਾ ਅੱਜ ਦੀ ਔਰਤ ਵਾਂਗ ਜੈ ਜਹਾਨਾ ਵਿੱਚ ਕਹਿ ਸਕਦੀ ਆ ਮੈਂ ਸੋਨਲ ਦੇ ਫਰੈਂਡ ਨਾਲ ਹੋਟਲ 'ਚ ਰੋਟੀ ਖਾਣੇ ਹੀ ਜਾਣਾ ਚਾਹੁੰਦੀ ਫਿਰ ਵੀ ਚਲੀ ਜਾਂਦੀ ਆ ਨਾ ਮੂੰਹ ਛੁਪਾ ਕੇ ਜਿਉ ਨਾ ਸਰ ਝੁਕਾ ਕੇ ਜਿਉ ਰੈਸਟੋਰਾਂ ਵਿੱਚ ਗਾਣਾ ਵੱਜ ਰਿਹਾ ਹੈ ਕਿਤਾਬਾਂ ਦੇਖਣਾ ਕੱਲ ਉੱਪਰ ਪਾ ਕੇ ਖਾਣੇ ਤੋਂ ਮਗਰੋਂ ਮੈਂ ਹੋਸਟਲ ਆ ਜਾਨੀ ਆ ਅੱਧੇ ਦਿਨ ਦੀ ਛੁੱਟੀ ਜੋ ਘਰ ਆਈ ਸੀ ਨਾ ਮੂਚੂ ਪਾ ਕੇ ਜਿਉ ਨਸਰ ਝੁਕਾ ਕੇ ਜਿਉ ਗਾਣੀ ਦੇ ਲਫਜ਼ ਬਾਰ-ਬਾਰ ਯਾਦ ਆਉਂਦੇ ਹਨ ਕੁਛ ਏਰ ਕੁਰਸੀ ਤੇ ਬਠੀ ਖਿਲਾ ਵਿੱਚ ਝੱਕਦੀ ਰਹਿਨੀ ਆ ਫਿਰ ਜਿਵੇਂ ਆਪਣੇ ਆਪ ਤੋਂ ਕਿਦਰੇ ਦੂਰ ਭੱਜ ਜਾਣ ਲਈ ਮੈਂ ਡਾਕਟਰ ਨੂੰ ਫੋਨ ਕਰ ਜਾਂਦੀ ਆ ਕਿ ਮੈਂ ਉਸ ਨੂੰ ਮਿਲਣਾ ਚਾਹੁੰਦੀ ਆ ਡਾਕਟਰ ਆਖਦੀ ਉਹ ਵੇਲੀ ਹੈ ਤੇ ਮੈਂ ਹੁਣੇ ਆ ਜਾਵਾਂ ਡਾਕਟਰ ਮਾਇਨਾ ਕਰਕੇ ਮੇਰਾ ਸ਼ੱਕ ਪੱਕਾ ਕਰ ਦਿੰਦੀ ਹੈ ਕਿ ਮੈਂ ਪ੍ਰੈਗਨੈਂਟ ਆ ਹੋਰ ਕਿੰਨੇ ਬੱਚੇ ਨੇ ਡਾਕਟਰ ਪੁੱਛਦੀ ਹੈ ਕੋਰ ਕੋਈ ਨਹੀਂ ਮੇਰਾ ਪਤੀ ਮੈਨੂੰ ਤਲਾਕ ਦੇਣਾ ਚਾਹੁੰਦਾ ਹੈ ਮੈਂ ਇੱਕੋ ਵਾਰੀ ਸਭ ਕੁਝ ਆਖ ਦੇਣੀ ਆ ਫਿਰ ਅਬੋਰਸ਼ਨ ਬਿਲਕੁਲ ਨਾ ਕਰਾਓ ਕਈ ਵਾਰੀ ਬੱਚੇ ਦਾ ਮੋਹ ਹੀ ਬਾਪ ਨੂੰ ਵਾਪਸ ਮੋੜ ਲਿਆ ਹੁੰਦਾ ਹੈ ਤੇ ਜੇ ਅਲੱਗ ਹੋਣਾ ਹੀ ਪਿਆ ਜਿਉਣ ਦਾ ਕੋਈ ਸਹਾਰਾ ਤਾਂ ਕੋਲ ਹੋਏਗਾ ਸਿਆਣੀ ਡਾਕਟਰ ਸਲਾਹ ਦੇ ਰਹੀ ਸੀ ਮੈਨੂੰ ਚੁੱਪ ਦੇਖੂ ਆਪ ਹੀ ਬੋਲੀ ਅਗਰ ਤੁਹਾਡਾ ਖਿਆਲ ਪੁਰਾਣੀ ਜ਼ਿੰਦਗੀ ਖਤਮ ਕਰਕੇ ਨਵੇਂ ਸਿਰਿਓਂ ਦੁਬਾਰਾ ਸ਼ੁਰੂ ਕਰਨ ਦਾ ਤਾ ਵਕਰੀ ਗੱਲ ਪਰ ਮੈਂ ਆਖਣਾ ਚਾਹਾਂਗੀ ਕਿਸੇ ਗਲਤਫਹਿਮੀ ਵਿੱਚ ਨਾ ਕੋਈ ਕਦਮ ਚੁੱਕਣਾ ਬੰਦੇ 19 19 21 ਦੇ ਫਰਕ ਨਾਲ ਸਾਰੇ ਇੱਕੋ ਜਿਹੇ ਹੁੰਦੇ ਨੇ ਬਿਨਾਂ ਕੋਈ ਜਵਾਬ ਦਿੱਤੇ ਡਾਕਟਰ ਦੀਆਂ ਦਸੀਆਂ ਤਾਕਤਾਂ ਦੀਆਂ ਦਵਾਈਆਂ ਵਾਲੀ ਪਰਚੀ ਹੱਥ ਵਿੱਚ ਫੜੀ ਮੈਂ ਕਲੀਨਿਕ ਦੇ ਬਾਹਰ ਆ ਗਈ ਇੱਕ ਮਨ ਹੋਇਆ ਹੋਸਟਲ ਦੀ ਥਾਂ ਘਰ ਚਲੀ ਜਾਵਾਂ ਰਜਿੰਦਰ ਨੂੰ ਦੱਸਾਂ ਪਰ ਹੋਸਟਲ ਪਰਤ ਆਈਆਂ ਟੈਲੀਫੋਨ ਤੇ ਸੁਣਨ ਨਾਲ ਉੱਚੀ ਉੱਚੀ ਹੱਸ ਰਹੀ ਹੈ ਕਮਾਲ ਹੈ ਕੁਝ ਲੋਕ ਐਵੇਂ ਹੱਸ ਵੀ ਸਕਦੇ ਨੇ ਖੁਸ਼-ਖੁਸ਼ ਸੋਨਲ ਮੇਰੇ ਕਮਰੇ ਵੱਲ ਆਉਂਦੀ ਹੈ ਮੇਰਾ ਬாய்ਫ੍ਰੈਂਡ ਆਖਦਾ ਆਪਣੀ ਸਹੇਲੀ ਨੂੰ ਨਾਲ ਲਿਆਇਆ ਕਰੋ ਤਾਂ ਮੈਂ ਹਰ ਰੋਜ਼ ਕੁਆਲਿਟੀ ਚ ਇੱਕ ਲੰਚ ਖਾਣ ਨੂੰ ਤਿਆਰ ਆ ਕੀ ਖਿਆਲ ਹੈ ਸੋਨਲ ਹੱਸ ਕੇ ਪੁੱਛਦੀ ਹੈ ਸਿਰਫ ਲੰਚ ਖਾਣ ਲਈ ਉਹਦੀ ਇਹ ਗੱਲ ਮੰਨ ਲਈ ਜਾਵੇ ਮੈਂ ਤਨਸ ਨਾਲ ਪੁੱਛਦੀ ਹਾਂ ਛੱਡ ਯਾਰ ਜ਼ਿੰਦਗੀ ਚ ਬੰਦਾ ਸਿਰਫ ਦੋ ਵੇਲੇ ਦੀ ਦੋ ਵੇਲੇ ਹੀ ਤਾਂ ਰੋਟੀ ਖਾਂਦਾ ਉਸ ਵਿੱਚੋਂ ਇੱਕ ਵੇਲੇ ਦੀ ਚੰਗੀ ਰੋਟੀ ਦਾ ਪ੍ਰਬੰਧ ਹੋ ਜਾਏ ਹੋਰ ਕੀ ਚਾਹੀਦਾ पर किन्ने ਕੁ ਦਿਨ ਜਿੰਨੇ ਕੁ ਦਿਨ ਵੀ ਹੋ ਸਕੇ ਠੀਕ ਹੈ ਸੱਚ ਦੱਸਾਂ ਸੋਨਲ ਰੋਟੀ ਮੈ ਸਿਰਫ ਭੁੱਖ ਲੱਗਣ ਕਰਕੇ ਖਾਂਦੇ ਆ ਰੋਟੀ ਲਈ ਮੇਰੇ ਮਨ ਚ ਤ੍ਰਿਸ਼ਨਾ ਕੋਈ ਨਹੀਂ ਇਸੇ ਲਈ ਰੋਟੀ ਮੈਨੂੰ ਸਿਰਫ ਰੋਟੀ ਲੱਗਦੀ ਹੈ ਹਰ ਚੀਜ਼ ਲਈ ਟੇਸਟ ਪੈਦਾ ਕਰਨਾ ਪੈਂਦਾ ਹਰਜੀਤ ਰੋਟੀ ਤੋਂ ਲੈ ਕੇ ਕਲਾ ਤੱਕ ਦਾ ਰੋਟੀ ਵੀ ਤੇ ਕਲਾ ਵੀ ਮੈਂ ਸਮਝਦੀ ਆ ਸਾਧਨ ਹਨ ਸੋਨਲ ਪ੍ਰਾਪਤੀਆਂ ਨਹੀਂ ਇਹ ਬੰਦਰ ਫਿਕਰੇ ਗੁਮਰਾਹ ਕਰਦੇ ਨੇ ਬੰਦੇ ਨੂੰ ਰਾਹ ਤੇ ਪ੍ਰਾਪਤੀਆਂ ਇੱਕੋ ਤਲਾਸ਼ ਦਾ ਆਦ ਤੇ ਅੰਤ ਹੁੰਦੇ ਹਨ ਜ਼ਰੂਰੀ ਬਸ ਇੱਕੋ ਗੱਲ ਹੈ ਕਿ ਬੰਦੇ ਦੇ ਆਪਣੇ ਨਾਲੋਂ ਕੁਝ ਵੀ ਜ਼ਰੂਰੀ ਨਹੀਂ ਸੋਚਦਾ ਇਹ ਵੀ ਇੱਕ ਪੜਾ ਹੈ ਸੋਨਲ ਕਈ ਲੋਕ ਜਿਉਣਾ ਛੱਡ ਕੇ ਜਿਉਣ ਬਾਰੇ ਸੋਚਣ ਵਿੱਚ ਹੀ ਲੱਗੇ ਰਹਿੰਦੇ ਨੇ ਤੇਰੇ ਵਾਂਗ ਜਦੋਂ ਸੋਚਣਾ ਛੱਡ ਕੇ ਜਿਉਣ ਵੱਲ ਪਰਤਦੇ ਹਨ ਤਾਂ ਜ਼ਿੰਦਗੀ ਲੰਘ ਚੁੱਕੀ ਹੁੰਦੀ ਹੈ ਬਸ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਇੱਕ ਦਿਨ ਮਰ ਜਾਣਾ ਹੈ ਸੋਨਲ ਮੈਂ ਬੱਚਾ ਐਕਸਪੈਕਟ ਕਰ ਰਹੀ ਹਾਂ ਮੈਂ ਇੱਕ ਕਾ ਇੱਕ ਆਖਿਆ ਰੱਬੇਸ਼ ਅਬੋਰਸ਼ਨ ਕਰਾ ਦੇ ਜਿਸ ਹਰਾਮੀ ਦਾ ਬੀਜ ਹੈ ਉਹੀ ਜਦ ਤੇਰੇ ਨਾਲ ਨਹੀਂ ਤੂੰ ਜ਼ਰੂਰ ਸਾਰੀ ਉਮਰ ਲਈ ਬੇੜੀਆਂ ਆਪਣੇ ਪੈਰਾਂ 'ਚ ਪਾਉਣੀਆਂ ਨੇ ਨਹੀਂ ਸੋਨਲ ਨਹੀਂ ਮੈਂ ਤੜਪ ਕੇ ਆਖਦੀ ਹਾਂ ਦਨ ਗੋ ਟੂ ਹੈਲ ਆਖ ਸੋਨਲ ਆਪਣੇ ਕਮਰੇ ਵੱਲ ਚਲੀ ਜਾਂਦੀ ਹੈ ਅੱਜ ਸੌਣ ਵੇਲੇ ਮੈਂ ਨੀਂਦ ਵਾਲੀਆਂ ਗੋਲੀਆਂ ਨਹੀਂ ਖਾਧੀਆਂ ਜਾਣਦੀ ਸੀ ਬੱਚੇ ਉੱਪਰ ਇਹਨਾਂ ਦਾ ਮਾੜਾ ਅਸਰ ਹੁੰਦਾ ਹੈ ਸਾਰੀ ਰਾਤ ਅੱਖਾਂ 'ਚ ਲੰਗੀ ਅਣ ਦੇਖੇ ਮੂੰਹ ਲਈ ਮਮਤਾ ਵੀ ਜਾਗਦੀ ਸੀ ਤੇ ਸੰਦੇਹ ਵੀ ਸੋਚਦੀ ਸਾਂ ਜਿਹੜੇ ਮਾਪੇ ਬੱਚੇ ਨੂੰ ਪੂਰਾ ਘਰ ਨਹੀਂ ਦੇ ਸਕਦੇ ਉਹਨਾਂ ਨੂੰ ਕੀ ਅਧਿਕਾਰ ਹੈ ਬੱਚੇ ਪੈਦਾ ਕਰਨ ਦਾ ਪਿਓ ਵਾਲੀ ਖਾਲੀ ਥਾਂ ਮੈਂ ਕਦੇ ਨਾਲ ਭਰਾਂਗੀ ਤੁਸੀਂ ਕਿਉਂ ਨਿੱਖੜ ਗਏ ਸੀ ਬੱਚੇ ਨੇ ਜਦੋਂ ਪੁੱਛਿਆ ਤਾਂ ਕੀ ਦੱਸਾਂਗੀ ਪਿਓ ਨੂੰ ਬੁਰਾ ਅਖਾਂਗੀ ਜਾਂ ਖੁਦ ਨੂੰ ਬੁਰੀ ਇਨਾ ਵੱਡੀਆਂ ਗੱਲਾਂ ਦਾ ਬੋਝ ਬੱਚੇ ਦਾ ਨਿੱਕਾ ਮਨ ਕਿਵੇਂ ਚੁੱਕ ਸਕੇਗਾ ਪਰ ਜੇ ਬੱਚਾ ਵੀ ਨਾ ਰਿਆ ਮੈਂ ਕਿਵੇਂ ਜੀਵਾਂਗੀ ਕਦੇ ਲਈ ਜੀਵਾਂਗੀ ਇਸ ਬੱਚੇ ਲਈ ਤਾਂ ਮੈਂ ਬਹੁਤ ਮੰਨ ਤਾਂ ਮੰਨੀਆ ਸੀ ਪਰ ਕਈ ਔਰਤਾਂ ਦੇ ਘਰ ਵਾਲੇ ਮਰ ਵੀ ਤਾਂ ਜਾਂਦੇ ਨੇ ਉਹਨਾਂ ਕੋਲ ਉਹਨਾਂ ਦੀ ਯਾਦ ਤਾਂ ਹੁੰਦੀ ਹੈ ਉਹਨਾਂ ਦਾ ਨਾਮ ਤਾਂ ਹੁੰਦਾ ਹੈ ਕਈ ਹੋਰ ਵਿਆਹ ਵੀ ਤਾਂ ਕਰ ਲੈਂਦੀਆਂ ਨੇ ਇਸ ਲਈ ਕਿ ਉਹਨਾਂ ਨੂੰ ਰੋਟੀ ਚਾਹੀਦੀ ਹੁੰਦੀ ਹੈ ਸਿਰਫ ਰੋਟੀ ਰੋਟੀ ਉਹਨਾਂ ਲਈ ਸਿਰਫ ਨਹੀਂ ਹੁੰਦੀ ਮੇਰਾ ਮਨ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ ਮੈਂ ਆਪਣੇ ਪੇਟ ਤੇ ਹੱਥ ਫੇਰਦੀ ਹਾਂ ਇੱਕ ਤਸੱਲੀ ਮਹਿਸੂਸ ਹੁੰਦੀ ਹੈ ਜਿਵੇਂ ਮੈਂ ਰਜਿੰਦਰ ਨੂੰ ਹਰਾ ਦਿੱਤਾ ਹੋਵੇ ਜਿਵੇਂ ਉਹਦੀ ਕੋਈ ਬਹੁਤੀ ਵੱਡੀ ਚੀਜ਼ ਮੈਂ ਆਪਣੇ ਨਾਲ ਲੈ ਆਈ ਹੋਵਾਂ ਨਹੀਂ ਮੈਂ ਅਬੋਰਸ਼ਨ ਨਹੀਂ ਕਰਵਾਵਾਂਗੀ ਮੈਂ ਜਿਵੇਂ ਆਪਣੇ ਆਪ ਨੂੰ ਆਖਿਆ ਟਾਈਮ ਪੀਸਵਲ ਵੇਖਿਆ ਰਾਤ ਅੱਧੀ ਤੋਂ ਬਹੁਤੀ ਬੀਤ ਚੁੱਕੀ ਸੀ ਮੈਂ ਹੈਰਾਨਾ ਸੋਨਲ ਨੇ ਕਿਵੇਂ ਇਹ ਅਰਖ ਦਿੱਤਾ ਕਿ ਐਬੋਰਸ਼ਨ ਕਰਵਾ ਦੇ ਕੀ ਉਹ ਮਮਤਾ ਦਾ ਸੋਮਾ ਸੋਨਲ ਦੇ ਅੰਦਰੋਂ ਬਿਲਕੁਲ ਹੀ ਮੁੱਕ ਗਿਆ ਐਬੋਰਸ਼ਨ ਦਾ ਮਤਲਬ ਹੁੰਦਾ ਹੈ ਕਿਸੇ ਫੁੱਲ ਵਰਗੇ ਬੱਚੇ ਦਾ ਕਤਲ ਜਿਸ ਨੇ ਕੋਈ ਗੁਨਾਹ ਨਹੀਂ ਕੀਤਾ ਸਿਵਾਏ ਤੁਹਾਨੂੰ ਮਾਂ ਚੁਣਨ ਦੇ ਉਸ ਅਣਦੇਖੇ ਮੂਹ ਨੂੰ ਕੋ ਸੁੱਟਣਾ ਜਿਹਦੀ ਸਿਰਜਣਾ ਲਈ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਨੇ ਭਾਪ ਪੰਜਾਂ ਤੱਤਾਂ ਨੇ ਆਪਣਾ ਆਪਣਾ ਕਰਮ ਕੀਤਾ ਉਸ ਬੱਚੇ 'ਚ ਨਾ ਜਾਣੀ ਕਿਹੜੀ-ਕਿਹੜੀ ਸਮਰੱਥਾ ਸੁੱਤੀ ਹੋਈ ਹੋਵੇ ਕਵੀ ਹੋਣ ਦੀ ਭਗਤ ਹੋਣ ਦੀ ਕਲਾਕਾਰ ਹੋਣ ਦੀ ਵਿਗਿਆਨੀ ਹੋਣ ਦੀ ਤੇ ਸਭ ਤੋਂ ਵੱਡੀ ਇਨਸਾਨ ਹੋਣ ਦੀ ਜਿਹਨੂੰ ਉਹਨੇ ਅਜੇ ਪ੍ਰਾਪਤ ਹੋਣਾ ਹੈ ਕੋਈ ਮਾਂ ਉਸ ਮਰੀ ਹੋਈ ਬੱਚੇ ਦਾ ਮੂੰਹ ਕਿਵੇਂ ਵੇਖ ਸਕਦੀ ਹੈ ਜਿਨੇ ਅੱਖਾਂ ਖੋਲ ਕੇ ਅਜੇ ਸੰਸਾਰ ਨੂੰ ਦੇਖਿਆ ਹੀ ਨਹੀਂ ਕਿੱਡੀ ਵੱਡੀ ਗੱਲ ਹੈ ਇੱਕ ਜੀਵ ਨੂੰ ਸਿਰਜਣਾ ਪ੍ਰਕਿਰਤੀ ਦੇ ਸਿਰਜਣਾਤਮਕ ਕਰਮ ਵਿੱਚ ਭਾਈਵਾਲ ਹੋਣ ਵਾਲੀ ਗੱਲ ਹੀ ਤਾਂ ਹੈ ਤੇ ਸੋਨ ਲਖਦੀ ਹੈ ਜਿਹੜਾ ਆਦਮੀ ਤੇਰੇ ਨਾਲ ਬਦਸਲੂਕੀ ਕਰਦਾ ਉਹਦੇ ਬੀਜ ਨੂੰ ਪਾਲ ਕੇ ਕੀ ਕਰੇਗੀ ਸੋਨਲ ਨੂੰ ਉਰਾਂ ਹੀ ਕਿਦਰੀ ਪਟਕ ਗਈ ਹੈ ਸੋਨਲ ਤੂੰ ਉਰਾਂ ਹੀ ਕਿਦਰੀ ਪਟਕ ਗਈ ਹੈ ਤੈਨੂੰ ਪਤਾ ਹੀ ਨਹੀਂ ਮਾਂ ਹੋਣਾ ਕੀ ਹੁੰਦਾ ਉਂਝੀ ਤਾਂ ਨਹੀਂ ਸਿਆਣਿਆਂ ਨੇ ਆਖਿਆ ਪੁੱਤੀ ਗੰਢ ਪਵੇ ਸੰਸਾਰ हां ਸੰਸਰਨਲ ਤੁਹਾਡਾ ਰਿਸ਼ਤਾ ਹੀ ਬੱਚਿਆਂ ਨਾਲ ਬਣਦਾ ਹੈ। ਉਹਨਾਂ ਰਾਹੀਂ ਤੁਸੀਂ ਤਾਂ ਜੀਰੇ ਹੁੰਦੇ ਹੋ। ਮੇਰਾ ਮਤਲਬ ਹੈ ਤੁਹਾਡੀ ਹੀ ਐਕਸਟੈਂਸ਼ਨ ਹੁੰਦੇ ਨੇ। ਫਿਰ ਤੁਸੀਂ ਆਪਣੇ ਆਪ ਨੂੰ ਕਿਵੇਂ ਕੂੜੇ ਵਾਂਗ ਹੁੰਝ ਕੇ ਬਾਹਰ ਸੁੱਟ ਸਕਦੇ ਹੋ? ਸੋਨਲ ਜਦੋਂ ਮੈਂ ਮਰ ਵੀ ਜਾਵਾਂਗੀ ਉਦੋਂ ਵੀ ਮੇਰਾ ਕੁਝ ਨਾ ਕੁਝ ਇਸ ਬੱਚੇ ਵਿੱਚ ਜਿਉਂ ਰਿਹਾ ਹੋਏਗਾ। ਸਾਡੇ ਸ਼ਾਸਤ੍ਰਾਂ ਨੇ ਇੱਕ ਪਿਤਰੀ ਰਿਣਜੂ ਮੰਨਿਆ ਹੈ। ਉਹਦਾ ਮਤਲਬ ਇਹੀ ਹੈ ਕਿ ਜੋ ਕਰਜ਼ਾ ਸਾਡੇ ਪਿਤਰ ਸਾਨੂੰ ਜਨਮ ਦੇ ਕੇ ਸਾਡੇ ਸਿਰ ਚੜਾ ਕੇ ਗਏ ਹਨ ਉਹ ਸੀ ਲਾਉਣਾ ਹੈ ਪਿਤਰਾਂ ਦੀ ਕੋਲ ਨੂੰ ਅਗਾ ਤੋਰ ਕੇ ਨਹੀਂ ਤਾਂ ਉਹ ਆਖਦੇ ਹਨ ਸ਼ਰਾਧਾ ਦੇ ਦਿਨਾਂ 'ਚ ਪਿਤਰਾਂ ਨੂੰ ਪਾਣੀ ਪਾਣੀ ਕੌਣ ਦੇਊ ਉਹਨਾਂ ਦੇ ਨਾਂ ਦੀ ਰੋਟੀ ਕੌਣ ਖਵਾਊ ਤੇ ਉਹ ਆਪਣੇ ਘਰੋਂ ਭੁੱਖੇ ਧਿਆਏ ਹੀ ਪਰਤ ਜਾਣਗੇ ਇਹਨਾਂ ਗੱਲਾਂ 'ਚ ਭਾਵੇਂ ਕੋਈ ਵੀ ਸੱਚ ਨਾ ਹੋਵੇ ਫਿਰ ਵੀ ਬੱਚੇ ਦਾ ਤੁਹਾਡੇ ਪੇਟ ਵਿੱਚ ਪਲਣਾ ਤੁਹਾਡਾ ਦੁਨੀਆ ਨਾਲ ਰਿਸ਼ਤਾ ਹੀ ਬਦਲ ਦਿੰਦਾ ਹੈ ਅਣ ਦੇਖੇ ਮੂੰ ਲਈ ਛਾਤੀਆਂ ਚ ਦੁੱਧ ਉਤਰਾਉਣਾ ਕਰਾਮਾਤ ਨਹੀਂ ਤਾਂ ਹੋਰ ਕੀ ਹੈ ਜਾਣ ਸਕਦੀ ਹਾਂ ਕਿ ਮਾਂ ਬਣਨ ਤੇ ਹੀ ਔਰਤ ਨੂੰ ਪਤਾ ਲੱਗਦਾ ਹੈ ਕਿ ਉਸ ਵਿੱਚ ਕਿੰਨਾ ਧੀਰਜ ਹੈ ਕਿੰਨਾ ਸਨੇਹ ਹੈ ਤੇ ਉਸ ਵਿੱਚ ਕਿੰਨਾ ਕੁਝ ਧਰਤੀ ਵਰਗਾ ਹੈ ਸੋਨਲ ਸ਼ਾਇਦ ਅਖਬਾਰਾਂ ਦੀਆਂ ਉਹਨਾਂ ਖਬਰਾਂ ਤੋਂ ਡਰ ਗਈ ਹੈ ਜਿੱਥੇ ਆਪਣੀ ਮਾਲਕੀ ਦੇ ਸਹਾਰੇ ਬਾਪ ਮਾਂ ਤੋਂ ਬੱਚਾ ਖੋ ਕੇ ਮਾਂ ਨੂੰ ਕਿਸੇ ਵੀ ਗੱਲ ਲਈ ਮਜਬੂਰ ਕਰ ਸਕਦਾ ਹੈ ਹਾਂ ਇਹ ਵੀ ਸੱਚ ਹੈ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਪਰ ਹਾਂ ਇਹ ਕਿਉਂ ਹੈ ਕਿ ਕਾਨੂੰਨ ਅਨੁਸਾਰ ਬੱਚਾ ਮਾਂ ਦਾ ਨਹੀਂ ਪਿਓ ਦਾ ਹੈ ਨਹੀਂ ਨਹੀਂ ਇਹ ਸਰਾਸਰ ਗਲਤ ਹੈ ਧੋਖਾ ਹੈ ਬੇਇਨਸਾਫੀ ਹੈ ਡਾਕਟਰ ਆਕਤੀ ਸੀ ਕਈ ਵਾਰ ਬੱਚੇ ਦਾ ਮੋਹ ਹੀ ਬਾਪ ਨੂੰ ਵਾਪਸ ਮੋੜ ਲਿਆਉਂਦਾ ਹੈ ਤੇ ਜੇ ਅਲੱਗ ਹੋਣਾ ਹੀ ਪਿਆ ਜਿਉਣ ਲਈ ਕੋਈ ਸਹਾਰਾ ਤਾਂ ਹੋਏਗਾ ਸੋਨਾ ਲੱਖਦੀ ਐ ਜਿਸ ਹਰਾਮੀ ਦਾ ਇਹ ਬੀਜ ਐ ਜਦੋਂ ਉਹ ਵੀ ਤੇਰੇ ਨਾਲ ਨਹੀਂ ਤੂੰ ਜ਼ਰੂਰ ਸਾਰੀ ਉਮਰ ਲਈ ਬੇੜੀਆਂ ਆਪਣੇ ਪੈਰਾਂ 'ਚ ਪਾਉਣੀਆਂ ਨੇ ਬੱਚੇ ਨੂੰ ਇਸੇ ਲਈ ਸੁੱਟ ਪਾਵਾਂ ਕਿ ਬੱਚੇ ਸਮੇਤ ਕੋਈ ਹੋਰ ਮਰਦ ਮੈਨੂੰ ਸਵੀਕਾਰ ਨਹੀਂ ਕਰਦਾ ਕੀ ਕਿਸੇ ਵੱਲੋਂ ਸਵੀਕਾਰ ਸਵੀਕਾਰੇ ਜਾਣਾ ਹੀ ਔਰਤ ਦੀ ਜ਼ਿੰਦਗੀ ਦਾ ਇੱਕੋ ਇੱਕ ਮਨੋਰਥ ਹੈ ਜੇ ਮੈਂ ਆਪਣੀ ਰੋਟੀ ਕਮਾ ਸਕਾਂ ਬੱਚੇ ਨੂੰ ਇਕੱਲੀ ਪਾਲ ਸਕਾਂ ਕਿਸੇ ਨੂੰ ਇਸ ਨਾਲ ਕੀ कल मेनू ਸੁਪਨਾ ਆਇਆ ਜਿਵੇਂ ਅਸਮਾਨ ਵਿੱਚ ਬੱਦਲਾਂ ਦੇ ਵਿੱਚ ਦਰੁਦਰ ਛੋਟੇ ਛੋਟੇ ਖੰਭਾਂ ਵਾਲੇ ਬੱਚੇ ਉੱਡਦੇ ਫਿਰ ਰਹੇ ਨੇ ਤੇ ਮੈਂ ਉਹਨਾਂ ਵਿੱਚੋਂ ਆਪਣਾ ਬੱਚਾ ਪਹਿਚਾਣਨ ਦੀ ਕੋਸ਼ਿਸ਼ ਕਰਦੀ ਆ ਸਾਰੇ ਬੱਚੇ ਇੱਕੋ ਜਿਹੇ ਲੱਗਦੇ ਨੇ ਹਾਰ ਕੇ ਆਖ ਦਿੰਦੀ ਆ ਮੈਨੂੰ ਨਹੀਂ ਪਤਾ ਲੱਗਦਾ ਬੱਚਾ ਆਪੇ ਪਹਿਚਾਨ ਲਏਗਾ ਕਿ ਮੇਰੀ ਮਾਂ ਕਿਹੜੀ ਹੈ ਉਸੇ ਵੇਲੇ ਮੀਂਹ ਦੇ ਖੜਕੇ ਨਾਲ ਮੈਨੂੰ ਜਾਗ ਆ ਗਈ ਮੈਂ ਆਪਣੀ ਪੇਟ ਤੇ ਹੱਥ ਫੇਰ ਕੇ ਮਹਿਸੂਸ ਕੀਤਾ ਕਿ ਮੇਰਾ ਬੱਚਾ ਤਾਂ ਮੇਰੇ ਕੋਲ ਹੈ। ਮੇਰੀ ਆਂਦਰਾਂ ਦੇ ਵਿੱਚ ਵਲਟਿਆ ਹੋਇਆ। ਜਿਸ ਬੱਚੇ ਨੇ ਮੈਨੂੰ ਮਾਂ ਚੁਣਿਆ ਹੈ, ਉਹ ਮੈਨੂੰ ਕਿਵੇਂ ਜਾਣਦਾ ਹੈ? ਉਹਨੇ ਮੈਨੂੰ ਕਿਵੇਂ ਪਛਾਣ ਲਿਆ? ਮਾਨੀ ਮਾਨੋ ਵੱਡਾ ਹੋ ਗਿਆ ਹੈ, 8-10 ਸਾਲਾਂ ਦਾ ਤੇ ਆਖ ਰਿਹਾ ਹੈ, ਕੋਈ ਗੱਲ ਨਹੀਂ ਮਮਾ, ਜੇ ਮੇਰੇ ਪਾਪਾ ਸਾਡੇ ਕੋਲ ਨਹੀਂ, ਮੈਂ ਤੁਹਾਡਾ ਪਾਪਾ ਬਣ ਜਾਵਾਂਗਾ ਤੇ ਤੁਹਾਡੇ ਕੋਲ ਹੀ ਰਹਾਂਗਾ। ਮੇਰੀ ਅੱਖਾਂ ਪਰ ਆਉਂਦੀਆਂ ਨੇ ਅੱਜ ਮੈਂ ਸੋਨਲ ਨਾਲ ਬਾਜ਼ਾਰ ਜਾਵਾਂਗੀ ਨਿੱਕੀਆਂ ਨਿੱਕੀਆਂ ਕਮੀਜ਼ਾਂ ਤੇ ਕੱਚੀਆਂ ਖਰੀਦ ਕੇ ਲਿਆਵਾਂਗੀ ਨਿੱਕੀਆਂ ਨਿੱਕੀਆਂ ਜੁਰਾਬਾਂ ਤੇ ਸਵੈਟਰਾਂ ਲਈ ਪਸ਼ਮੀਨੇ ਦੀ ਵੂਲ ਵੀ ਲੈ ਕੇ ਆਵਾਂਗੀ ਡਾਕਟਰ ਨੂੰ ਫੋਨ ਕਰਕੇ ਪੁੱਛਾਂਗੀ ਚਾਈਲਡ ਕੇਅਰ ਲਈ ਸਭ ਤੋਂ ਚੰਗੀ ਕਿਤਾਬ ਕਿਹੜੀ ਹੈ ਥੋੜਾ ਵੱਡਾ ਹੋ ਕੇ ਜਦੋਂ ਇਹ ਸਕੂਲ ਜਾਣ ਲੱਗ ਪਿਆ ਤੇ ਸਕੂਲੋਂ ਆਉਂਦਾ ਜਾਂਦਾ ਕਦੇ ਰਜਿੰਦਰ ਨੂੰ ਦੇਖ ਪਿਆ ਕਿ ਉਹ ਪਹਿਚਾਨ ਨਹੀਂ ਲਏਗਾ ਮੈਂ ਉਹਦਾ ਨਾਮ ਕੀ ਰੱਖਾਂਗੀ ਰਾਹੂਲੀ ਠੀਕ ਹੈ ਜਸੂ ਪ੍ਰੋਤਣੀ ਮੇਰੇ ਵਿਆਹ ਤੋਂ ਮਗਰੋਂ ਪਹਿਲੀ ਵਾਰ ਜਦੋਂ ਮਿਲੀ ਸੀ ਇਹ ਹੀ ਆਖਦੀ ਸੀ ਧੀਏ ਤੂੰ ਸੁਖੀ ਰਹੇ ਰੱਬ ਤੇਰੀ ਜੜ ਲਾ ਦੇਵੇ ਜੜ ਲੱਗਣ ਦਾ ਕੀ ਮਤਲਬ ਹੁੰਦਾ ਇਹ ਮੈਨੂੰ ਹੁਣ ਸਮਝ ਲੱਗ ਰਿਹਾ ਹੈ ਬੰਜਰ ਔਰਤਾਂ ਕਿਉਂ ਖੋਈ ਟੋਬੀ ਪੈਂਦੀਆਂ ਫਿਰਦੀਆਂ ਹਨ ਕਿਉਂ ਧਾਗੇ ਤਵੀਤ ਕਰਵਾਉਂਦੀਆਂ ਹਨ ਕਿਉਂ ਹਰ ਦੇਵੀ ਦੇਵਤੇ ਦੀ ਸੁਖ ਸੁਖ ਲੈਂਦੀਆਂ ਹਨ ਕਿਉਂ ਟੂਨੇ ਤਾਮਣ ਕਰਦੀਆਂ ਹਨ ਕਿਉਂ ਡਾਕਟਰਾਂ ਹਕੀਮਾਂ ਤੇ ਦਾਈਆਂ ਦੀ ਤਰਲੇ ਹੀ ਕੱਢਦੀਆਂ ਹਨ ਇਹ ਵੀ ਹੋਣੀ ਜਾਣ ਸਕੀ ਹੈ ਹੁਣ ਤਾਂ ਦੁਨੀਆ ਦੀ ਹੁਣ ਤਾਂ ਦੁਨੀਆ ਹੀ ਜਿਵੇਂ ਹੋਰ ਤਰ੍ਹਾਂ ਦੀ ਦਿਸਦੀ ਹੈ ਮੇਲੇ ਵਰਗੀ ਦਿਨ ਵੀ ਹੋਰ ਤਰ੍ਹਾਂ ਦਾ ਹੀ ਚੜਦਾ ਹੈ ਕਿਸੇ ਤਿਥ ਤਿਉਹਾਰ ਵਰਗਾ ਲੋਕ ਵੀ ਹੋਰ ਤਰ੍ਹਾਂ ਦੇ ਹੀ ਲੱਗਦੇ ਹਨ ਜਿਵੇਂ ਸਾਰੇ ਸਾਖ ਸਬੰਧੀ ਹੋਣ ਫੁੱਲਾਂ ਬੂਟਿਆਂ ਪੰਛੀਆਂ ਇੱਥੋਂ ਤੱਕ ਕਿ ਕੁੱਤੇਆਂ ਬਿੱਲਿਆਂ ਨਾਲ ਵੀ ਗੱਲਾਂ ਕਰਨ ਨੂੰ ਜੀ ਕਰਦਾ ਹੈ ਤੇ ਸੋਨ ਲੱਖਦੀ ਹੈ ਅਬੋਰਸ਼ਨ ਕਰਾ ਦੇ ਹੈਨਾ ਬੇਫੂਫ ਲੜਕੀ ਹੁਣ ਸਮਝ ਆਉਂਦਾ ਕਿਉਂ ਆਖਦੇ ਹਨ ਕਿ ਔਰਤ ਆਪਣੇ ਲਈ ਕਦੇ ਨਹੀਂ ਜਿਉਂਦੀ ਜਿਉ ਸਕਦੀ ਹੀ ਨਹੀਂ ਜਾਦੂਗਰਨੀ ਦੇ ਤੋਤੇ ਵਾਂਗ ਉਹਦੀ ਜਾਨ ਕਿਸੇ ਹੋਰ ਥਾਂ ਹੀ ਹੁੰਦੀ ਹੈ ਰਜਿੰਦਰ ਨੂੰ ਜਦੋਂ ਪਤਾ ਲੱਗਿਆ ਉਹ ਕੀ ਸੋਚਣਗੇ ਸਭ ਕੁਝ ਫੁੱਲ ਫੁਲਾ ਕੇ ਨੱਠੇ ਆਉਣਗੇ ਆਖਣਗੇ ਚੱਲ ਕਰ ਚਲੀਏ ਇਸਵਰੀ ਬੱਚਾ ਸਹੀ ਸਲਾਮਤ ਰਹਿਣਾ ਚਾਹੀਦਾ ਉਹ ਤਾਂ ਹੀ ਵੀ ਆਖਣਗੇ ਪੂਰੇ ਸਾਲ ਦੀ ਛੁੱਟੀ ਲੈ ਲੈ ਤੇ ਜਿਵੇਂ ਜਿਵੇਂ ਡਾਕਟਰ ਆਖੇ ਉਸੇ ਤਰ੍ਹਾਂ ਕਰਨਾ ਉਹ ਆਖਣਗੇ ਮੈਂ ਚਾਹਣਾ ਲੜਕੀ ਹੋਵੇ ਤੇ ਮੈਂ ਉਹਦਾ ਨਾਮ ਗੀਤਾ ਰੱਖਾਂਗਾ ਪਰ ਮੈਂ ਆਖਾਂਗੀ ਨਹੀਂ ਲੜਕਾ ਹੋਵੇ ਤੇ ਮੈਂ ਉਹਦਾ ਨਾਮ ਰਾਹੁਲ ਰੱਖਾਂਗੀ ਫਿਰ ਸੋਨਲ ਸਾਨੂੰ ਸਾਡੇ ਘਰ ਮਿਲਣ ਆਇਆ ਕਰੇਗੀ ਇਹਨਾਂ ਨੂੰ ਮੈਂ ਆਖਾਂਗੀ ਸੋਨਨ ਲਈ ਵੀ ਕੋਈ ਚੰਗਾ ਬੰਦਾ ਲੱਭ ਦਿਓ ਸੋਨਲ ਤਾਂ ਕਮਲੀ ਹੈ ਅੱਜ ਮੈਂ ਕੀ ਕੁਝ ਸੋਚੀ ਜਾ ਰਹੀ ਹਾਂ ਮੇਰੇ ਅੱਖੇ ਤੋਂ ਬਿਨਾਈ ਮੇਰਾ ਮਨ ਇਹ ਸਭ ਕੁਝ ਸੋਚੀ ਜਾ ਰਿਹਾ ਹੈ ਮੈਂ ਸੱਚ ਆਖਦੀ ਹਾਂ ਆਪਣੇ ਜਾਣੇ ਤਾਂ ਮੈਂ ਕੁਝ ਵੀ ਨਹੀਂ ਸੋਚ ਰਹੀ ਸਿਰਫ ਕੱਲ ਦੀ ਉਡੀਕ ਕਰ ਰਹੀ ਹਾਂ ਜਦੋਂ ਦਫ਼ਤਰ ਜਾ ਕੇ ਮੈਂ ਰਜਿੰਦਰ ਫੁਰਾ ਨੂੰ ਫੋਨ ਕਰਾਂਗੀ ਤੇ ਦੱਸਾਂਗੀ ਅਗਲੇ ਦਿਨ ਮੈਂ ਰਜਿੰਦਰ ਫੁਰਾ ਨੂੰ ਦਫ਼ਤਰ ਫੋਨ ਕੀਤਾ ਮੈਂ ਪ੍ਰੈਗਨੈਂਟ ਹਾਂ ਇਨਨੀਆਂ ਆਖਿਆ ਮੈਂ ਸ਼ਾਮ ਨੂੰ ਤੇਰੀ ਹੋਸਟਲ ਆਵਾਂਗਾ। ਤਰ੍ਹਾਂ ਤਰ੍ਹਾਂ ਦੇ ਖਿਆਲ ਮੇਰੇ ਮਨ 'ਚ ਆਉਂਦੇ ਰਹੇ। ਪਰ ਆਵਾਜ਼ ਤੋਂ ਨਾ ਉਹ ਗੁੱਸੇ ਲੱਗਦੇ ਸਨ ਤੇ ਨਾ ਹੀ ਖੁਸ਼। ਹੁਣ ਯਕੀਨ ਨਾਲ ਕੁਝ ਵੀ ਉਹਨਾਂ ਬਾਰੇ ਸੋਚਿਆ ਨਹੀਂ ਸੀ ਜਾ ਸਕਦਾ। ਕਦੇ ਵੇਲਾ ਸੀ ਮੈਨੂੰ ਲੱਗਦਾ ਹੁੰਦਾ ਸੀ ਮੈਂ ਸੱਚੀ ਕੋਈ ਗੁਨਾਹ ਕਰਕੇ ਵੀ ਇਹਨਾਂ ਨੂੰ ਆ ਕੇ ਦੱਸਿਆਂ ਇਹ ਮਾਫ਼ ਕਰ ਦੇਣਗੇ। ਅੱਜ ਲੱਗਦਾ ਮੈਂ ਤਾਂ ਜਿਵੇਂ ਇਹਨਾਂ ਨੂੰ ਜਾਣਦੀ ਨਹੀਂ। ਅਗਰ ਹੁਣੇ ਘਰ ਵਾਪਸ ਚੱਲਣ ਲਈ ਵੀ ਆਖਣ ਸੋਣ ਲੱਗਦੀ ਸੀ ਤੈਨੂੰ ਚਾਹੀਦਾ ਇਨਕਾਰ ਕਰ ਦੇਵੇਂ ਚਲੋ ਮੰਨਿਆ ਇਹ ਸ਼ੱਕ ਨਹੀਂ ਸੱਚ ਵੀ ਹੈ ਕਿ ਮੈਨੂੰ ਕੋਈ ਬੰਦਾ ਚੰਗਾ ਲੱਗਦਾ ਹੈ ਫਿਰ ਕੀ ਹੋ ਗਿਆ ਜੇ ਉਹ ਜੇ ਸੌੜੀਆਂ ਸੋਚਾਂ ਵਾਲੇ ਲੋਕਾਂ ਨੇ ਕੁਝ ਬਰਦਾਸ਼ਤ ਹੀ ਨਹੀਂ ਕਰਨਾ ਹੁੰਦਾ ਫਿਰ ਉਹ ਵੋਟੀਆਂ ਤੋਂ ਨੌਕਰੀਆਂ ਕਿਸ ਲਈ ਕਰਵਾਉਂਦੇ ਨੇ ਜਿਹੜੀ ਔਰਤ ਘਰੋਂ ਬਾਹਰ ਕੰਮ ਕਰਨ ਜਾਏਗੀ ਜੇ ਉਸ ਵਿੱਚ ਔਰਤਪਨ ਅਜੇ ਕਾਇਮ ਹੈ ਤਾਂ ਕਈ ਲੋਕ ਉਸ ਵੱਲ ਖਿੱਚੇ ਜਾਣਗੇ ਤੇ ਕਿਸੇ ਇੱਕ ਵੱਲੋਂ ਵੀ ਖਿੱਚੀ ਜਾ ਸਕਦੀ ਹੈ ਜੇ ਉਸ ਵਿੱਚ ਔਰਤਪਨ ਹੀ ਮਰ ਮੁੱਕ ਗਿਆ ਫਿਰ ਉਹ ਪਤੀ ਲਈ ਸਾਬਤ ਔਰਤ ਕਿੱਥੋਂ ਰਹਿ ਜਾਏਗੀ ਫਿਰ ਉਹ ਉਂਝ ਪਿੱਟੇਗਾ ਕਿ ਤੇਰੇ ਵਿੱਚ ਔਰਤਾਂ ਵਾਲੀਆਂ ਗੱਲਾਂ ਹੀ ਨਹੀਂ ਔਰਤ ਕੋਲ ਕੋਈ ਜਾਦੂ ਦੀ ਪੁੜੀ ਤਾਂ ਹੈ ਨਹੀਂ ਜਿਸ ਨਾਲ ਬਾਹਰ ਜਾਂਦੇ ਆ ਯੋ ਡਾਕਟਰ ਨਰਸ ਟੀਚਰ ਜਾਂ ਕਲਰਕ ਜੋ ਵੀ ਉਹਦੀ ਨੌਕਰੀ ਹੋਵੇ ਉਹ ਬਣ ਜਾਏ ਤੇ ਘਰ ਪਰਤਦੀ ਉਪਤਨੀ ਮਾਂ ਤੇ ਗ੍ਰਹਿਣੀ ਬਣ ਜਾਏ। ਇੱਕ ਫੋਨ ਮੈਂ ਅਮਰੀਕ ਨੂੰ ਵੀ ਕੀਤਾ ਕਿ ਉਹਨਾਂ ਦੀ ਬਦਲੀ ਉਹ ਮਨਸੂਖ ਕਰਵਾ ਦੇਵੇ। 16 ਹੋ ਗਈ। ਉਹਨੇ ਹੱਸ ਕੇ ਪੁੱਛਿਆ, ਨਹੀਂ ਪਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਦਲੀ ਤੁਸੀਂ ਕਰਵਾਈ ਸੀ। ਫਿਰ ਕੀ ਹੋ ਗਿਆ? ਮੈਂ ਉਹਦਾ ਸ਼ੁਭਜਨ ਤੱਕ ਆ। ਉਹ ਨਹੀਂ ਨਹੀਂ ਸਮਝਦੇ। ਕਿ ਇਹ ਸੱਚ ਹੈ? ਹਾਂ। ਮੈਨੂੰ ਅਫਸੋਸ ਹੈ ਮੇਰੇ ਕਾਰਨ ਤੁਹਾਨੂੰ ਕੋਈ ਪਰੇਸ਼ਾਨੀ ਹੋਈ ਹੈ। ਅਮਰੀਕ ਨੇ ਆਖਿਆ ਫਿਰ ਇੱਕ ਪਲ ਰੁੱਕ ਕੇ ਬੋਲਿਆ ਮੈਂ ਕਦੇ ਤੁਹਾਡੇ ਕਿਸੇ ਕੰਮ ਆ ਸਕਾਂ ਖੁਸ਼ੀ ਹੋਏਗੀ ਮੈਂ ਤੁਹਾਡੀ ਬਹੁਤ ਕਦਰ ਕਰਦਾ ਮੈਨੂੰ ਉਹਦੀ ਇਸ ਗੱਲ ਦੇਖੇ ਜਾਈ ਉਪਰੀ ਔਰਤ ਲਈ ਇਹ ਲੋਕ ਕੀ ਕੁਝ ਆਖ ਦਿੰਦੇ ਹਨ ਜੇ ਇਹ ਮੈਨੂੰ ਡਿਵੋਰਸ ਦੇ ਦਿੰਦੇ ਹਨ ਮੇਰੇ ਨਾਲ ਸ਼ਾਦੀ ਕਰ ਸਕੋਗੇ ਪਤਾ ਨਹੀਂ ਕਿਵੇਂ ਮੇਰੇ ਕੋਲ ਆਖਿਆ ਗਿਆ ਪਲ ਦੇ ਪਲ ਅਮਰੀਕ ਨੇ ਕੋਈ ਉੱਤਰ ਨਾ ਦਿੱਤਾ ਮੈਂ ਦੰਦ ਕਰੀਚ ਕੇ ਸੋਚਿਆ ਇਹ ਹੈ ਤੁਹਾਡੀ ਤੁਹਾਡੀ ਆਦਮੀ ਲੋਕਾਂ ਦੀ ਅਸਲੀਅਤ ਸੁਣੋ ਸ਼ਾਦੀ ਮੈਂ ਜ਼ਰੂਰ ਕਰ ਸਕਦਾ ਹਾਂ ਪਰ ਤੁਸੀਂ ਗੱਲ ਡਾਈਵੋਰਸ ਤੱਕ ਨਾ ਜਾਣ ਦਿਓ ਤੁਹਾਡਾ ਪਤੀ ਸ਼ਾਇਦ ਤੁਹਾਨੂੰ ਬਹੁਤ ਚਾਹੁੰਦਾ ਹੈ ਇਸੇ ਕਾਰਨ ਏਡਾ ਖਿਜ ਗਿਆ ਹੈ ਤੁਸੀਂ ਵੀ ਸ਼ਾਇਦ ਉਹਨੂੰ ਬਹੁਤ ਚਾਹੁੰਦੇ ਹੋ ਉਹ ਸਹਿਜ ਨਾਲ ਆਕ੍ਰਿਆਸੀ ਮੇਰਾ ਪਤੀ ਮੇਰੇ ਤੇ ਸ਼ੱਕ ਕਰਦਾ ਹੈ ਕਿ ਮੈਂ ਇੱਕ ਚੰਗੀ ਔਰਤ ਨਹੀਂ ਤੇ ਹੋ ਸਕਦਾ ਹੈ ਇਹ ਠੀਕ ਹੋਵੇ ਕਿ ਮੈਂ ਇੱਕ ਚੰਗੀ ਔਰਤ ਨਹੀਂ ਕੀ ਫਿਰ ਵੀ ਸ਼ਾਦੀ ਕਰ ਸਕੋਗੇ ਮੈਂ ਅਗੋਂ ਸਖਤ ਹੋ ਕੇ ਆਖਿਆ ਮੇਰੇ ਦੋ ਲੜਕੇ ਹਨ ਇੱਕ ਅਮਰੀਕਾ ਚਲਾ ਗਿਆ ਹੈ ਦੂਸਰਾ ਕਾਲਜ ਚ ਪੜਦਾ ਹੈ ਮੇਰੀ ਪਤਨੀ 4 ਸਾਲ ਹੋਏ ਗੁਜ਼ਰ ਗਈ ਹੈ ਮੈਂ ਆਪਣੇ ਆਪ ਨੂੰ ਆਖਦਾ ਹਾਂ ਇਹ ਕੋਈ ਉਮਰ ਹੈ ਇਕੋ ਹੀ ਵੀਰਲਾ ਹੈ ਇਸ ਬਾਰੇ ਇਉਂ ਸੋਚਣ ਦਾ ਮੈਂ ਆਪਣੇ ਆਪ ਸਾਹਮਣੇ ਵੀ ਸ਼ਰਮਿੰਦਾ ਸੀ ਮੈਂ ਸੱਚਮੁੱਚ ਤੁਹਾਨੂੰ ਪਰੇ ਮੈਂ ਕਦੀ ਨਹੀਂ ਚਾਇਆ ਤੁਹਾਡਾ ਘਰ ਟੁੱਟੇ ਮੈਂ ਤਾਂ ਸਦਾ ਦੁਆ ਕੀਤੀ ਹੈ ਉਹ ਦੱਸਦਾ ਥੜਕ ਰਿਆ ਸੀ ਮੈਂ ਪੁੱਛਦੀਆਂ ਮੇਰੇ ਨਾਲ ਸ਼ਾਦੀ ਕਰੋਗੇ ਮੈਂ ਹੋਰ ਸਖਤ ਹੋ ਕੇ ਆਖਿਆ ਹਾਂ ਉਹਨੇ ਜਦੋਂ ਆਖਿਆ ਮੈਂ ਬਹੁਤ ਪਰੇਸ਼ਾਨ ਹੋ ਗਈ ਮੇਰਾ ਮਤਲਬ ਇਹ ਨਹੀਂ ਸੀ ਮੈਂ ਟੈਲੀਫੋਨ ਦਾ ਰਿਸਿਵਰ ਪਟਕ ਰੱਖਣੀ ਵਾਲੀ ਸੀ ਕਿ ਮੈਨੂੰ ਅਮਰੀਕ ਕਹਿੰਦਾ ਸੁਣਾਈ ਦਿੱਤਾ ਰੱਬ ਕਰੇ ਤੁਹਾਡੇ ਆਪਣੇ ਪਤੀ ਨਾਲ ਸੁਲ੍ਹਾ ਹੋ ਜਾਏ ਤੇ ਮੈਂ ਰਿਸਿਵਰ ਰੱਖ ਦਿੱਤਾ ਅੱਜ ਸ਼ਾਮ ਰਜਿੰਦਰ ਨੇ ਮੈਨੂੰ ਮਿਲਣ ਆਉਣਾ ਸੀ ਮੈਂ ਕਿਉਂ ਪਰੇਸ਼ਾਨ ਹ ਇਸ ਲਈ ਕਿ ਪਤਾ ਨਹੀਂ ਇਹ ਕੀ ਫੈਸਲਾ ਕਰਨਗੇ ਮੈਂ ਖੁਦ ਆਪ ਫੈਸਲਾ ਕਿਉਂ ਨਹੀਂ ਕਰ ਦਿੰਦੀ ਫੈਸਲੇ ਦਾ ਬੋਝ ਜ਼ਿੰਮੇਵਾਰੀ ਮੈਂ ਕਿਸੇ ਦੂਸਰੇ ਉੱਤੇ ਹੀ ਕਿਉਂ ਪਾਉਣਾ ਚਾਹੁੰਦੀ ਆ ਮੈਂ ਢੀ ਕਮਜ਼ੋਰ ਤੇ ਕਾਇਰ ਕਿਉਂ ਹਾਂ ਮੈਂ ਡਰਦੀ ਕਿਸ ਗੱਲੋਂ ਹਾਂ ਬਤਵਤ ਕੀ ਹੋ ਜਾਏਗਾ ਮੈਂ ਅਮਰੀਕ ਤੋਂ ਹੀ ਕਿਉਂ ਪੁੱਛਿਆ ਕਿ ਮੇਰੇ ਨਾਲ ਸ਼ਾਦੀ ਕਰੇਗਾ ਸਿਰਫ ਇਸ ਲਈ ਕਿ ਇੱਕ ਮਰਦ ਵੱਲੋਂ ਠੁਕਰਾਈ ਜਾਣ ਉਤੇ ਇਸ ਗੱਲ ਦੀ ਲੋਟ ਸੀ ਕਿ ਕੋਈ ਮੈਨੂੰ ਚਾਹੁੰਦਾ ਵੀ ਹੈ ਤੂੰ ਆਪਣੇ ਆਪ ਨੂੰ ਬਹੁਤੀ ਕੁਝ ਸਮਝਦੀ ਸੀ ਸੋਨਲ ਠੀਕ ਕਹਿੰਦੀ ਸੀ ਤੇਰਾ ਵੀ ਆਪਣੀਆਂ ਨਜ਼ਰਾਂ 'ਚ ਕੋਈ ਮੁੱਲ ਨਹੀਂ ਕੀ ਤੂੰ ਸੱਚਮੁੱਚ ਅਮਰੀਕ ਨਾਲ ਸ਼ਾਦੀ ਕਰੇਂਗੀ ਜੇ ਤੂੰ ਉਸ ਨਾਲ ਸ਼ਾਦੀ ਕਰਨੀ ਨਹੀਂ ਪੁੱਛਿਆ ਕਿਉਂ ਸੀ ਤੇਰੇ ਚ ਜ਼ਰੂਰਤ ਹੈ ਕਿ ਗਲਤ ਜ਼ਿੰਦਗੀ ਵੱਲ ਪਿੱਟ ਕਰਕੇ ਮੁੜ ਕੋਈ ਫੈਸਲਾ ਕਰ ਸਕੇ ਤੂੰ ਤਾਂ ਸਿਰਫ ਵਿਕਟਮ ਹੀ ਬਣੀ ਰਹਿਣਾ ਚਾਹੁੰਦੀ ਹੈ ਹੈਨਾ ਮੇਰੇ ਮਨੰਦਰ ਬੈਠੀ ਹੋਈ ਕੋਈ ਦੂਸਰੀ ਮੈਂ ਹੀ ਸਿੱਧੇ ਸਵਾਲਾਂ ਨਾਲ ਮੈਨੂੰ ਪਰੇਸ਼ਾਨ ਕਰ ਰਹੀ ਸੀ ਬੜੀ ਪਿਆਸ ਲੱਗੀ ਸੀ ਜਿਵੇਂ ਨਾੜਾਂ ਵਿੱਚ ਕੁਝ ਸੁਲਗ ਰਿਹਾ ਹੋਵੇ ਸੋਨਲ ਅੱਜ ਆਪਣੇ ਕਮਰੇ ਵਿੱਚ ਹੀ ਸੀ। ਉਹਦੀ ਤਬੀਅਤ ਠੀਕ ਨਹੀਂ ਸੀ। ਮੈਂ ਉਹਦੀ ਖ਼ਬਰ ਪੁੱਛਣ ਚਲੀ ਗਈ। ਸੋਨਲ ਕੋਈ ਦਵਾਈ ਜਾਂ ਕੋਈ ਹੋਰ ਚੀਜ਼ ਤਾਂ ਨਹੀਂ ਲਿਆਉਣੀ? ਮੈਂ ਪੁੱਛਿਆ। ਵਿਸਕੀ ਲਿਆ ਦੇ। ਲਿਆ ਕੇ ਦੇ ਸਕਦੀ ਐ? ਉਹਨੇ ਪੁੱਛਿਆ। ਸ਼ਰਾਬ ਦੀ ਦੁਕਾਨ ਤੇ ਮੈਂ ਕਦੇ ਗਈ। ਚੌਕੀਦਾਰ ਨੂੰ ਭੇਜ ਦਿੰਨੇ ਆਂ। ਸੋਨਲ ਹੱਸ ਪਈ। ਮੈਂ ਤਾਂ ਮਜ਼ਾਕ ਕਰਦੀ ਸੀ। ਸ਼ਰਾਬ ਦੀ ਦੁਕਾਨ ਤੇ ਸਿਰਫ ਇਸ ਲਈ ਨਹੀਂ ਜਾਣਾ ਚਾਹੁੰਦੀ ਕਿ ਕੋਈ ਦੇਖ ਲਏਗਾ ਰਾਤ ਨੂੰ ਨੀਂਦ ਦੀਆਂ ਗੋਲੀਆਂ ਜੋ ਖਾਣੀਆਂ ਕਿ ਉਹ ਨਸ਼ਾ ਨਹੀਂ ਸੋਨਲ ਮੈਂ ਅੱਜ ਪਹਿਲੇ ਹੀ ਪਰੇਸ਼ਾਨ ਆ ਅੱਜ ਸ਼ਾਮ ਨੂੰ ਰਜਿੰਦਰ ਹੋਰੀ ਮੈਨੂੰ ਮਿਲਣ ਆ ਰਹੇ ਨੇ ਕੀ ਹੋਰੀ ਹੋਰੀ ਲਈਏ ਸਿੱਧੀ ਤਰ੍ਹਾਂ ਅਖ ਰਜਿੰਦਰ ਆ ਰਿਹਾ ਉਹ ਤੈਨੂੰ ਤਲਾਕ ਦੇਣ ਜਾ ਰਿਹਾ ਤੇ ਇਹਦਾ ਸਿੱਧੀ ਤਰ੍ਹਾਂ ਨਾਮ ਨਹੀਂ ਲੈ ਸਕਦੀ ਸੋਨਲ ਜਿਹੜਾ ਰਹੀ ਸੀ ਸੋਨਲ ਪਤਾ ਨਹੀਂ ਉਹ ਮੈਨੂੰ ਕੀ ਆਖਣ ਡਰਜਾ ਲੱਗ ਰਿਹਾ ਕੀ ਆਖ ਸਕਦਾ ਏ ਵੀ ਆਖ ਸਕਦੇ ਹਨ ਕਿ ਬੱਚਾ ਮੇਰਾ ਨਹੀਂ ਫਿਰ ਕੀ ਹੋ ਗਿਆ ਇਹ ਜਿਸਮ ਤੇਰਾ ਆਪਣਾ ਤੂੰ ਜਿਸ ਤੋਂ ਵੀ ਬੱਚਾ ਲੈਣਾ ਚਾਹੇ ਕਿਉਂ ਨਹੀਂ ਲੈ ਸਕਦੀ ਸੋਨਲ ਤੂੰ ਤੇ ਬਹੁਤ ਅਜੀਬ ਗੱਲਾਂ ਕਰਦੀ ਹੈ ਧਰਮ ਕਰਮ ਵੀ ਤਾਂ ਕੋਈ ਚੀਜ਼ ਹੁੰਦਾ ਹੈ ਧਰਮ ਕਰਮ ਹਰਜੀਤ ਸਿਰਫ ਔਰਤ ਲਈ ਬਣੇ ਨੇ ਆਦਮੀ ਲਈ ਨਹੀਂ ਤੇਰਾ ਦਿਮਾਗ ਖਰਾਬ ਹੋ ਗਿਆ ਸੋਨਲ ਹਾਂ ਇਸ ਲਈ ਕਿ ਮੈਂ ਸੋਚ ਸਕਦੀ ਹਾਂ ਮੈਂ ਨਹੀਂ ਸੋਚ ਸਕਦੀ ਨਹੀਂ ਤੇਰੇ ਲਈ ਧਰਮ ਕਰਮ ਸੋਚਦੇ ਨਹੀਂ ਤੇ ਆਪਣੇ ਅਨੁਸਾਰ ਸੋਚਦੇ ਨਹੀਂ ਤੇਰੇ ਅਨੁਸਾਰ ਨਹੀਂ ਸੋਨਲ ਤੂੰ ਡਰ ਕਿਉਂ ਰਹੀ ਹੈ ਰਜਿੰਦਰ ਤੋਂ ਵੱਡੀ ਗੱਲ ਡਿਵੋਰਸ ਹੀ ਦੇ ਦੇਗਾ ਅਜਿਹੇ ਆਦਮੀ ਦੇ ਨਾਲ ਰਹਿਣ ਨਾਲੋਂ ਜੇ ਤੁਹਾਡੇ ਜੋ ਤੁਹਾਡੇ ਤੇ ਯਕੀਨ ਨਹੀਂ ਕਰਦਾ ਅਲੱਗ ਹੋ ਜਾਣਾ ਬਿਹਤਰ ਨਹੀਂ ਹਰ ਵੇਲੇ ਇੱਕ ਸਹਿਮੇ ਹੇਠਾਂ ਜਿਉਣਾ ਜਿਉਣ ਨਾਲੋਂ ਤਾਂ ਨਾ ਜਿਉਣਾ ਬਿਹਤਰ ਨਹੀਂ ਮੈਂ ਤਾਂ ਆਖਦੀ ਆ ਇਸ ਨਾਲੋਂ ਬੰਦਾ ਆਤਮ ਹੱਤ ਕਰਕੇ ਉਹ ਨਾ ਕਰ ਲੈ ਇਹ ਪਾਪ ਐ ਸੋਨਲ ਮੈਂ ਘਬਰਾ ਕੇ ਆਖਿਆ ਕੀ ਆਪਣੇ ਆਪ ਦੀ ਤੋਹਫੀਨ ਕਰਵਾਉਣੀ ਪਾਪ ਨਹੀਂ ਮਾਨਸਿਕ ਤੇ ਜਿਸਮਾਨੀ ਗੁਲਾਮੀ ਵਿੱਚ ਜਿਉਣਾ ਪਾਪ ਨਹੀਂ ਹਰ ਵੇਲੇ ਦੂਸਰੇ ਦੇ ਮੂੰਹ ਵਾਲੀ ਦੇਖੀ ਜਾਣਾ ਕਿ ਕੀ ਚਾਹੁੰਦਾ ਪਾਪ ਨਹੀਂ ਜ਼ਿੰਦਗੀ ਬੇਅਰਥ ਗਵਾ ਦੇਣੀ ਪਾਪ ਨਹੀਂ ਕਾਇਰਾਂ ਵਾਂਗ ਜਿਉਣਾ ਪਾਪ ਨਹੀਂ ਸੋਨਲ ਤੇਰੀ ਸ਼ਾਇਦ ਤਬੀਅਤ ਠੀਕ ਨਹੀਂ ਜਿਸ ਕਰਕੇ ਨਹੀਂ ਹਰਜੀਤ ਨਹੀਂ ਤੇਰੇ ਵਿੱਚ ਤੇ ਸੱਚ ਨੂੰ ਸੁਣਨ ਦੀ ਜੁਰਤ ਹੀ ਨਹੀਂ ਮੈਂ ਕੀ ਕਰਾਂ ਮੈਂ ਬਹੁਤ ਪਰੇਸ਼ਾਨ ਹੋ ਕੇ ਜਿਵੇਂ ਸੋਨਲ ਨੂੰ ਹੀ ਪੁੱਛਿਆ ਪਹਿਲੀ ਗੱਲ ਹੈ ਕਿ ਤੂੰ ਦੂਸਰਿਆਂ ਨੂੰ ਪੁੱਛਣਾ ਛੱਡ ਦੇ ਕਿ ਤੂੰ ਕੀ ਕਰੇ ਆਪਣੇ ਆਪ ਤੋਂ ਪੁੱਛ ਕਿ ਤੂੰ ਕੀ ਕਰਨਾ ਚਾਹੁੰਦੀ ਹੈ ਆਪਣੇ ਫੈਸਲਿਆਂ ਤੇ ਯਕੀਨ ਕਰਨਾ ਸਿੱਖ ਹਰਜੀਤ ਤੂੰ ਪੂਰੀ ਹਿਊਮਨ ਬੀਿੰਗ ਹੈ ਇਹਦੀ ਕਦਰ ਕਰ ਸੋਨਲ ਨੇ ਆਖਿਆ ਮੇਰੇ ਵਿੱਚ ਕੁਝ ਵੀ ਹੋਰ ਸੁਣਨ ਦੀ ਹਿੰਮਤ ਨਹੀਂ ਸੀ ਬਹੁਤ ਪਰੇਸ਼ਾਨ ਹੋ ਕੇ ਮੈਂ ਆਪਣੇ ਕਮਰੇ 'ਚ ਆ ਗਈ ਮੈਂ ਕੀ ਚਾਹੁੰਦੀ ਆ ਮੈਂ ਕੁਰਸੀ ਤੇ ਡਿੱਗਦਿਆਂ ਸੋਚਿਆ ਕੁਝ ਸਮਝ ਨਹੀਂ ਆ ਰਹੀ ਸੀ ਲੱਗਿਆ ਮੇਰੇ ਵਰਗੀ ਕਾਇਰਔਰਤ ਕੁਝ ਚਾਹਣ ਦੀ ਜੁਰਤ ਹੀ ਕਿਵੇਂ ਕਰ ਸਕਦੀ ਹੈ ਮੈਂ ਸਿਰਫ ਹੁਕਮ ਮੰਨਣਾ ਜਾਣਦੀ ਆ ਇਸ ਨੂੰ ਆਪਣੀ ਪ੍ਰਾਪਤੀ ਸਮਝਦੀ ਆ ਸੋਨਲ ਠੀਕ ਆਖਦੀ ਐ ਇਸ ਤੋਂ ਤਾਂ ਬੰਦਾ ਆਤਮਹੱਤਿਆ ਕਰ ਲੇ ਸਿਰ ਬਹੁਤ ਦਰਦ ਕਰਨ ਲੱਗ ਗਿਆ ਸੀ ਚਾਹ ਬਣਾ ਕੇ ਸਿਰ ਦਰਦ ਦੀ ਗੋਲੀ ਖਾਧੀ ਨਹੀਂ ਆਰਾਮ ਆਇਆ ਦੋ ਕੰਪੋਜ਼ ਦੀਆਂ ਗੋਲੀਆਂ ਖਾ ਕੇ ਬਿਨਾਂ ਕੱਪੜੇ ਬਦਲਿਆਂ ਕੰਬੜ ਲੈ ਕੇ ਬਿਸਤਰੇ 'ਚ ਪੈ ਗਈ ਕੋਚੇਰ ਮਗਰੋਂ ਨੀਂਦ ਆ ਗਈ ਬਹੁਤ ਖੂਕ ਸੁੱਤੀ ਸੀ ਜਦੋਂ ਚੌਕੀਦਾਰ ਨੇ ਆ ਦਰਵਾਜ਼ਾ ਖੜਕਾਇਆ ਬੀਬੀ ਜੀ ਕੋਈ ਸਾਹਿਬ ਮਿਲਣੇ ਆਏ ਹਨ ਉਹਨੇ ਦੱਸਿਆ ਗੈਸਟ ਰੂਮ 'ਚ ਬਿਠਾਓ ਆਉਂਦੀਆਂ ਨਲੀ ਕੈਂਟੀਨ ਤੋਂ ਚਾਹ ਭਜਵਾ ਦੇਣਾ ਬਿਸਤਰੇ ਝੂਠਦੇ ਆ ਮੈਂ ਚੌਕੀਦਾਰ ਨੂੰ ਦੱਸਿਆ ਗੁਸਲਖਾਨੇ 'ਚ ਜਾ ਕੇ ਮੂੰਹ ਤੋਤਾ ਤਿਆਰ ਹੋਣ ਲੱਗੀ ਤਾਂ ਖਿਆਲ ਆਇਆ ਮੈਂ ਇਸੇ ਲਈ ਤਿਆਰ ਹੋ ਰਹੀ ਆ ਕਿ ਚੰਗੀ ਲੱਗਾਂ ਚੰਗੀ ਕਿਸ ਲਈ ਲੱਗਣਾ ਚਾਹਨੀ ਆ ਇੱਕ ਤਿੱਖੀ ਚੀਜ਼ ਮੱਥੇ 'ਚ ਪਈ ਵਾਲ ਉਪਰੋਂ ਉਪਰੋਂ ਠੀਕ ਕਰਕੇ ਮੈਂ ਗੈਸਟ ਰੂਮ ਵੱਲ ਨੂੰ ਤੁਰ ਪਈ ਅੱਧੇ ਰਾਹ ਜਾ ਕੇ ਯਾਦ ਆਇਆ ਸ਼ਾਲ ਲੈਣਾ ਭੁੱਲ ਗਈਆਂ ਠੰਡ ਲੱਗ ਰਹੀ ਸੀ ਪਰ ਤਕੇ ਸ਼ਾਲ ਲੈਣ ਆਈ ਯਾਦ ਆਇਆ ਦਫ਼ਤਰ ਤੋਂ ਆਉਂਦੀ ਬਦਾਮਾਂ ਵਾਲੀ ਬਰਫੀ ਜੋ ਲਿਆਈ ਸੀ ਹਾਂ ਅਜੇ ਤੱਕ ਮੈਨੂੰ ਯਾਦ ਸੀ ਰਜਿੰਦਰ ਨੂੰ ਬਦਾਮਾਂ ਵਾਲੀ ਬਰਫੀ ਚੰਗੀ ਲੱਗਦੀ ਐ ਡੱਬਾ ਵੀ ਨਾਲ ਫੜ ਲਿਆ ਇਹ ਮੇਰੀ ਵੱਲ ਹੋਰ ਤਰ੍ਹਾਂ ਹੀ ਚੱਕੇ ਮੇਰੀਆਂ ਲੱਤਾਂ ਜਿਵੇਂ ਵਿੱਚੋਂ ਜਿਵੇਂ ਜਾਨ ਜੀ ਨਿਕਲ ਗਈ ਮੈਂ ਲੜਨ ਨਹੀਂ ਆਇਆ ਤੇਰਾ ਮੂੰਹ ਇਸ ਤਰ੍ਹਾਂ ਦਾ ਕਿਉਂ ਹੋ ਗਿਆ ਇਹਨਾਂ ਨੇ ਆਖਿਆ ਮੈਂ ਚੁੱਪਚਾਪ ਸਾਹਮਣੇ ਕੁਰਸੀ ਉੱਪਰ ਬੈਠਣ ਤੋਂ ਪਹਿਲਾਂ ਬਦਾਮਾਂ ਵਾਲੀ ਬਰਫੀ ਦਾ ਡੱਬਾ ਇਹਨਾਂ ਦੇ ਅੱਗੇ ਕੀਤਾ। ਨਹੀਂ ਕੀ ਪਤਾ ਇਸ 'ਚ ਕੋਈ ਜ਼ਹਿਰ ਹੀ ਮਲਾਈ ਹੋਵੇ। ਇਹਨਾਂ ਨੇ ਜਦੋਂ ਹੱਸ ਕੇ ਆਖਿਆ ਮੈਨੂੰ ਜਿਵੇਂ ਸ਼ੌਕ ਲੱਗਿਆ ਕਿ ਹੁਣੇ ਮੇਰੇ ਬਾਰੇ ਇੰਉਂ ਵੀ ਸੋਚ ਸਕਦੇ ਨੇ। ਜਦੋਂ ਦਾ ਤੂੰ ਫੋਨ ਕੀਤਾ ਮੈਂ ਤੇਰੇ ਬਾਰੇ ਹੀ ਸੋਚਦਾ ਰਿਆ। ਧੰਨਵਾਦ। ਹਰਜੀਤ ਮੈਂ ਕਦੇ ਤੈਨੂੰ ਚਾਹਿਆ ਸੀ। ਤੇਰੇ ਨਾਲ ਵਿਆਹ ਕੀਤਾ ਸੀ। ਤੇਰੇ ਨਾਲ ਕੁਝ ਚੰਗੇ ਵਰੇ guzਾਰੇ ਸਨ। ਫੇਰ ਮੈਂ ਪੁੱਛਿਆ ਹੁਣ ਵੀ ਤੇਰਾ ਦੁਸ਼ਮਣ ਨਹੀਂ ਇਸ ਲਈ ਚਾਹੁੰਦਾ ਤੂੰ ਜਲਦੀ ਇਸ ਬੱਚੇ ਦੇ ਬਾਪ ਨਾਲ ਸ਼ਾਦੀ ਕਰ ਲਵੇ ਸ਼ਾਦੀ ਤਾਦੀ ਕਰ ਸਕेंगी ਜੇ ਪਹਿਲੇ ਮੇਰੇ ਤੋਂ ਡਿਵੋਰਸ ਲੈਣਗੀ ਕਚਹਿਰੀ ਰਾਈ ਡਿਵੋਰਸ ਨੂੰ ਬਹੁਤ ਵਕਤ ਲੱਗ ਜਾਏਗਾ ਜੇ ਦੋਵੇਂ ਲਿਖ ਕੇ ਦੇ ਦਈਏ ਕਿ ਅਸੀਂ ਡਿਵੋਰਸ ਚਾਹੁੰਦੇ ਹਾਂ ਛੇਤੀ ਹੋ ਜਾਏਗਾ ਜੋ ਲਿਖਣਾ ਹੈ ਉਹ ਮੈਂ ਵਕੀਲ ਤੋਂ ਪੁੱਛ ਕੇ ਲਿਖਵਾ ਲਿਆ ਤੂੰ ਸਿਰਫ ਦਸਖਤ ਹੀ ਕਰਨੇ ਹਨ ਰਜੇਂਦਰ ਨੇ ਜਦੋਂ ਆਖਿਆ ਮੈਂ ਜਿਵੇਂ ਸੋਨੀ ਹੋ ਗਈ ਜੇ ਮੈਂ ਆਖਾਂ ਬੱਚੇ ਦੇ ਬਾਪ ਤੁਸੀਂ ਉਹ ਫੇਰ ਮੈਂ ਜ਼ਰਾ ਸੰਭਲ ਕੇ ਪੁੱਛਿਆ ਹੁਣ ਆਪਾਂ ਨੂੰ ਇੱਕ ਦੂਜੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ ਜੇ ਮੈਂ ਆਖਾਂ ਇਹ ਸੱਚ ਹੈ ਫਿਰ ਵੀ ਮੈਨੂੰ ਤੇਰੇ ਕੋਲੋਂ ਬੱਚਾ ਨਹੀਂ ਚਾਹੀਦਾ ਉਹਨਾਂ ਨੇ ਜਿਵੇਂ ਹਰਖ ਨਾਲ ਆਖਿਆ ਪਰ ਮੈਨੂੰ ਚਾਹੀਦਾ ਮੈਂ ਉਸੇ ਤਰ੍ਹਾਂ ਸ਼ਾਂਤੀ ਨਾਲ ਆਖਿਆ ਨਹੀਂ ਇਹ ਨਹੀਂ ਹੋਏਗਾ ਉਹ ਖਿੱਚ ਗਏ ਪਰ ਉਹੀ ਹੋਏਗਾ ਜੋ ਮੈਂ ਚਾਹਾਂਗੀ ਮੈਨੂੰ ਮਜਬੂਰ ਨਾ ਕਰਕੇ ਮੈਂ ਕਚਹਿਰੀ 'ਚ ਸਾਬਤ ਕਰਾਂ ਕਿ ਬੱਚਾ ਮੇਰਾ ਨਹੀਂ ਸਾਬਤ ਕਰ ਦੇਣਾ ਜੇ ਹੁੰਦਾ ਆਖ ਮੈਂ ਕੁਰਸੀ ਤੋਂ ਉੱਠ ਖੜੀ ਹੋਈ ਜਿਹਦੇ ਸਿਰ ਤੇ ਚੰਮਲ ਰਹੀਆਂ ਉਹਨੂੰ ਵੀ ਦੇਖ ਲਾਂਗਾ ਇਹਨਾਂ ਨੇ ਮੇਰੇ ਦਰਵਾਜ਼ਾ ਲੰਘ ਆਉਣ ਮਗਰੋਂ ਰੋਣਾ ਲੱਗਿਆ ਆਪਣੇ ਕਮਰੇ ਚ ਆਉਂਦਿਆਂ ਤੱਕ ਮੇਰਾ ਬੜਾ ਜੀ ਘਬਰਾ ਰਿਹਾ ਸੀ ਲੱਗਦਾ ਸੀ ਕਿਨੂੰ ਆਖਾਂ ਕਿਨੂੰ ਦੱਸਾਂ ਕਿ ਜਿਸ ਵੇਲੇ ਔਰਤ ਦੇ ਸ਼ਗਨ ਮਨਾਏ ਜਾਂਦੇ ਨੇ ਜਦੋਂ ਰੱਬ ਦੇ ਕਰਤਾਰੀ ਕੰਮ 'ਚ ਹਿੱਸਾ ਪਾ ਰਹੀ ਹੁੰਦੀ ਹੈ ਅਜੇ ਹੀ ਵੇਲੇ ਰਜਿੰਦਰ ਮੇਰੇ 'ਤੇ ਇਲਜ਼ਾਮ ਲਾ ਰਿਹਾ ਹੈ ਮੰਦਰ ਗੁਰਦੁਆਰੇ ਮੈਂ ਬਹੁਤਾ ਕਦੇ ਜਾਂਦੀ ਨਹੀਂ ਪਰ ਅੱਜ ਸਾਰੇ ਦੇਵੀ ਦੇਵਤਿਆਂ ਨੂੰ ਯਾਦ ਕਰਕੇ ਆਖਿਆ ਮੇਰੀ ਮਦਦ ਕਰੋ ਮੈਨੂੰ ਰਾਹ ਵਿਖਾਓ ਰਾਤ ਨੂੰ ਵੀ ਤਰ ਭਗਤ ਰੱਬ ਕੇ ਜਾਗਉਂਦੀ ਰਹੀ ਅੱਧੀ ਰਾਤ ਮੈਂ ਸੋਨਲ ਦੇ ਕਮਰੇ ਦਾ ਬੂਆ ਜਾ ਖੜਕਿਆ ਸੋਨਲ ਮੇਰੇ ਤੇ ਕਮਰੇ ਚ ਸੌਂ ਜਾਵਾ ਇਕੱਲੀ ਦਾ ਉੱਥੇ ਜੀ ਜਿਆ ਘਰਾਂ ਰਿਆ ਉਸਦੇ ਬੂਹਾ ਖੋਲਣ ਤੇ ਮੈਂ ਪੁੱਛਿਆ ਤਬੀਅਤ ਖਰਾਬ ਰਹਿਣ ਲੱਗ ਪਈ ਹੈ ਡਾਕਟਰ ਨੇ ਵੱਲ ਹੋ ਕੇ ਦਫ਼ਤਰ ਜਾਂਦੀਆਂ ਅਮਰੀਕ ਦਾ ਚਪੜਾਸੀ ਰਾਜ ਨੂੰਮਸਤੇ ਕਰਦਾ ਹੈ सुना रामचंद की हाल है मैं उनछती हाँ ठीक है जी भगवान की दया से मगर हमारे साहब तो जा रहे हैं ना जाने दूसरा कैसा साहब आएगा उन्हें औखे जे मन दसिया कितने जा रहे ने ये तो मालूम नहीं बदली की कोशिश कर रही हैं तैनू किस तरह पता है खुद ही कल बोल रहे थे नहीं रामचंद आप तेरे साहब ना ना जा मैं हंस के आख्या बीबी जी जरूरी रोकीे ਆਪਕੋ ਤੋ ਹਮਾਰੇ ਸਾਹਿਬ ਬਹੁਤ ਮਾਨਤੇ ਹੈ ਕਿッセ ਮਾਨਤੇ ਮੈਂ ਅਗੂ ਪੁੱਛਿਆ ਅਗੋ ਰਾਮਚੰਦ ਕੁਝ ਨਾ ਦੱਸ ਸਕਿਆ ਉਹ ਸ਼ਾਇਦ ਆਪਣੇ ਸਾਹਿਬ ਦੇ ਮਨ ਨੂੰ ਸਮਝਦਾ ਸੀ ਪਰ ਉਹਦੇ ਕਾਰਨਾਂ ਨੂੰ ਨਹੀਂ ਸੀ ਜਾਣਦਾ ਤੇਜ਼ ਤੁਰ ਕੇ ਮੈਂ ਚਪੜਾਸੀ ਨਾਲੋਂ ਪਹਿਲਾਂ ਆਪਣੇ ਕਮਰੇ ਕੋਲ ਪਹੁੰਚ ਗਈ ਫਿਰ ਆਪਣਾ ਕਮਰਾ ਲੰਘ ਮੈਂ ਅਮਰੀਕ ਦੇ ਕਮਰੇ ਅੱਗੇ ਗਈ ਤੇ ਚਿਕ ਚੁੱਕੇ ਅੰਦਰ ਵੀ ਲੰਘ ਗਈ ਉਹ ਚੌਂ ਗਿਆ ਆਓ ਆਓ ਕਬਰਾਂ ਕੀ ਬੋਲਿਆ ਮੈਂ ਸਾਹਮਣੀ ਕੁਰਸੀ ਉੱਪਰ ਬੈਠ ਗਈ ਉਨੇ ਪੈਨਮੂਰੇ ਪਈ ਕਾਗਜ਼ਾਂ ਉੱਪਰ ਰੱਖ ਦਿੱਤਾ ਤੇ ਪੜਨ ਵਾਲੀ ਐਨਕ ਵੀ ਉਤਾਰ ਕੇ ਪਰਾਂ ਰੱਖ ਦਿੱਤੀ ਫਿਰ ਮੇਰੀ ਵੱਲ ਸੰਵਾਰ ਕੇ ਵੇਖਿਆ ਤੁਸੀਂ ਇੱਥੋਂ ਬਦਲੀ ਕਰਵਾ ਕੇ ਜਾ ਰਹੇ ਹੋ ਮੈਂ ਪੁੱਛਿਆ ਤੁਹਾਡੇ ਪਤੀ ਦੀ ਬਦਲੀ ਮਨਸੂਕ ਕਰਵਾ ਦਿੱਤੀ ਸੀ ਉਹਨੇ ਜਵਾਬ ਦਿੱਤਾ ਮੈਂ ਪੁੱਛਦੀਆਂ ਕਿ ਤੁਸੀਂ ਇੱਥੋਂ ਬਦਲੀ ਕਰਵਾ ਕੇ ਜਾ ਰਹੇ ਹੋ ਮੈਂ ਕਿਸੇ ਤਰ੍ਹਾਂ ਵੀ ਤੁਹਾਡੀ ਪਰੇਸ਼ਾਨੀ ਦਾ ਕਾਰਨ ਨਹੀਂ ਬਣਨਾ ਚਾਹੁੰਦਾ ਤੇ ਕਿਧਰੇ ਦੂਰ ਚਲਾ ਜਾਣਾ ਚਾਹੁੰਦਾ ਇਥੇ ਮੈਂ ਬਹੁਤ ਡਿਸਟਰਬ ਹੋ ਗਿਆ ਮੈਂ ਸਿਰਫ ਇਹੀ ਆਖਣ ਆਈਆਂ ਤੁਸੀਂ ਇਥੋਂ ਨਾ ਜਾਓ ਜਦੋਂ ਮੈਂ ਆਖਿਆ ਤਾਂ ਉਹ ਚੁੱਪ ਰਿਹਾ ਮੈਂ ਬਹੁਤ ਇਕੱਲੀ ਤੇ ਇਨਸਿਕਿਉਰ ਹੋ ਜਾਵਾਂਗੀ ਤੁਹਾਡੇ ਬਿਨਾ ਪਤਾ ਨਹੀਂ ਮੇਰੇ ਕੋਲੋਂ ਕਿਵੇਂ ਆਖਿਆ ਗਿਆ ਉਹਦੀਆਂ ਅੱਖਾਂ ਦੇ ਕੋਇਆਂ ਚ ਪਾਣੀ ਜਿਹਾ ਸਿਮਾ ਆ ਤੇ ਉਹ ਤੋਂ ਉੱਠ ਮੈਂ ਉੱਥੋਂ ਉਠਾਈ ਜਦੋਂ ਬਾਹਰ ਆਈ ਤਾਂ ਦੇਖਿਆ ਦੂਰ ਪਰਾਂ ਬਗੀਚੇ 'ਚ ਰਜਿੰਦਰ ਫੁਰੀ ਖੜੋਤੇ ਹੋਏ ਸਨ। ਹੌਲ ਜਿਹਾ ਪੈ ਗਿਆ ਕਿ ਇਹਨਾਂ ਨੇ ਜ਼ਰੂਰ ਮੈਨੂੰ ਅਮਰੀਕ ਦੇ ਕਮਰੇ ਵਿੱਚੋਂ ਆਉਂਦੀ ਨੂੰ ਵੇਖ ਲਿਆ ਹੋਵੇਗਾ। ਮੈਂ ਚਿੱਕ ਚੁੱਕ ਕੇ ਆਪਣੇ ਕਮਰੇ ਦੇ ਅੰਦਰ ਚਲੀ ਗਈ ਪਰ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਕਾਫੀ देर ਮੈਂ ਸੈਮੀ ਜ਼ਰਾ ਨੂੰ ਖੜਾਕ ਤੋਂ ਦਰਵਾਜ਼ੇ ਵੱਲ ਦੇਖਦੀ। ਜਦੋਂ 12:00 ਵਜ ਗਏ ਤਾਂ ਲੱਗਿਆ ਇਹ ਚਲੇ ਗਏ ਹੋਣਗੇ। ਇਸ ਤੋਂ ਮਗਰੋਂ ਮੈਂ ਕਈ ਦਿਨ ਦਾ ਪਿਆ ਦਫ਼ਤਰ ਦਾ ਕੰਮ ਮੁਖਾਇਆ। ਸ਼ਾਮ ਨੂੰ 10 ਕੁ ਮਿੰਟ ਪਹਿਲਾਂ ਉੱਠ ਗਈ ਤਾਂ ਜੋ ਅਮਰੀਕ ਦੇ ਉੱਠਣ ਤੋਂ ਪਹਿਲਾਂ-ਪਹਿਲਾਂ ਚਲੀ ਜਾਵਾਂ। ਹੋਸਟਲ ਜਾਣ ਦੀ ਥਾਂ ਮੈਂ ਬਾਜ਼ਾਰ ਚਲੀ ਜਾਂਦੀ ਆ। ਖਰੀਦਣਾ ਤਾਂ ਕੁਝ ਖਾਸ ਨਹੀਂ ਸ਼ਾਇਦ ਉਹਨਜੀ ਭੀੜ ਵਿੱਚ ਗੁਆਚ ਜਾਣ ਲਈ ਮੈਂ ਆ ਗਈ ਆ। ਬਾਜ਼ਾਰ 'ਚ ਸਾਡੀ ਗਵੰਡਨ ਸਤਵੰਤ ਮਿਲ ਪੈਂਦੀ ਐ। ਮੈਂ ਤਾਂ ਨਜ਼ਰ ਚੁਰਾ ਕੇ ਲੰਘ ਜਾਣਾ ਚਾਹੁੰਦੀ ਆ ਪਰ ਉਹ ਆ ਕੇ ਹੱਥ ਫੜ ਲੈਂਦੀ ਐ। ਸੁਨੋ ਕੀ ਹਾਲ ਹੈ ਬੜੀ ਮਾੜੀ ਹੋ ਗਈ ਅਸੀਂ ਤਾਂ ਹਰ ਰੋਜ਼ ਤੁਹਾਡੀਆਂ ਗੱਲਾਂ ਕਰ ਲੈਂਦੇ ਆ ਬਈ ਕੋਈ ਗ੍ਰਹਿ ਦਾ ਹੀ ਗੇੜਾ ਨਹੀਂ ਤਾਂ ਦੋਵੇਂ ਏਡੇ ਪੜੇ ਲਿਖੇ ਸਿਆਣੇ ਬਿਆਣੇ ਹੋ ਉਹ ਆਖ ਰਹੀ ਸੀ ਬੱਚਿਆਂ ਦਾ ਕੀ ਹਾਲ ਹੈ ਮੈਂ ਗੱਲ ਬਦਲਦੀ ਆ ਨਿੱਕੀ ਗੁੱਡੀ ਤੁਹਾਨੂੰ ਬੜਾ ਯਾਦ ਕਰਦੀ ਐ ਤੁਹਾਡੇ ਨਾਲ ਗਿੱਜੀ ਹੋਈ ਸੀ ਆਂਟੀ ਤੋਂ ਟਾਫੀਆਂ ਲੈਣ ਕਦੇ-ਕਦੇ ਹੁਣ ਵੀ ਚਲੀ ਜਾਂਦੀ ਐ ਹਰ ਵਾਰੀ ਆਖਦੀ ਐ ਅੰਕਲ ਘਰ ਨਹੀਂ ਸੀ ਤੇ ਉਹ ਤੇ ਪ੍ਰਸਨ ਮੱਝ ਜਈ ਤਾਂ ਜਵਾਕਾਂ ਨੂੰ ਦੇਖ ਨਹੀਂ ਸੁਖਾਂਦੀ ਆਖੂ ਜਾਓ ਆਪਣੇ ਘਰ ਮੈਂ ਤੁਹਾਨੂੰ ਦੱਸਾਂ ਭੈਣ ਜੀ ਹਰ ਖਮਾਕ ਤੇ ਛੱਡ ਕੇ ਆਪਣੇ ਘਰ ਆ ਜਾਓ ਕਾ ਨੂੰ ਆਪਣਾ ਘਰ ਬਰਬਾਦ ਕਰਦੇ ਹੋ ਨਾਲੇ ਆਦਮੀ ਨਾਲ ਕਦੇ ਗੁੱਸੇ ਗਿਲੇ ਉਹ ਕਿੰਨਾ ਹੀ ਕੋ ਜਾਖਈ ਮੈਂ ਬੇਵਕੂਫਾਂ ਵਾਂਗੂ ਦੇ ਮੂੰਹ ਹਲ ਵੇਖ ਰਹੀ ਸੀ ਕਿ ਔਰਤ ਵੀ ਅੱਜ ਮੈਨੂੰ ਮੱਤਾਂ ਦੇ ਰਹੀ ਐ ਹੋਰ ਨਹੀਂ ਕਦੇ ਮਿਲਣ ਹੀ ਆ ਜਾਇਆ ਕਰੋ ਇਓ ਨਈ ਨਾ ਨਮੋਈ ਹੋ ਜਾਈਦਾ ਮੈਂ ਤਾਂ ਕਈ ਵਾਰੀ ਸੋਚਿਆ ਸੀ ਜਾਉਂਗੀ ਕਿਸੇ ਤੋਂ ਪਤਾ ਕਰਕੇ ਕਿੱਥੇ ਰਹਿੰਦੇ ਹੋ ਤੁਸੀਂ ਪਰ ਸਿਆਪਾ ਕਰਦੇ ਖਲਜਗਣਾ ਤੋਂ ਮਰਨ ਦੀ ਕਿਹੜਾ ਵੇਲ ਮਿਲਦੀ ਹੈ ਉਹ ਬੋਲੀ ਮੇਰੇ ਕੋਲ ਉਹਦੀ ਕਿਸੇ ਵੀ ਗੱਲ ਦਾ ਕੋਈ ਉੱਤਰ ਨਹੀਂ ਸੀ ਤੁਹਾਨੂੰ ਇੱਕ ਵਾਰੀ ਵੀ ਜਾ ਕੇ ਨਹੀਂ ਆਖਿਆ ਰਜਿੰਦਰ ਭਾਈ ਸਾਹਿਬ ਹੋਰ ਨਹੀਂ ਵੀ ਘਰ ਚੱਲੋ ਸਾਡੇ ਇਹਨਾਂ ਨੂੰ ਵੀ ਗੁੱਸਾ ਤਾਂ ਬਥੇਰਾ ਚੜਦਾ ਉਸ ਘੜੀ ਚੁੱਪ ਕਰ ਰਹੀਦਾ ਫਿਰ ਆਪੇ ਬੁਲਾ ਲੈਂਦੇ ਨੇ ਨਾਲੇ ਦੋ ਭਾਂਡੇ ਤੱਕ ਖੜਕਦੇ ਹੀ ਹੁੰਦੇ ਨੇ ਆਪਣਾ ਘਰ ਥੋੜੀ ਛੱਡ ਕੇ ਚਲੇ ਜਾਈਦਾ ਹੁੰਦਾ ਉਹ ਆਖ ਰਹੀ ਸੀ ਮੈਂ ਆਵਾਂਗੀ ਕਿਸੇ ਦਿਨ ਹੁਣ ਮੈਂ ਛੇਤੀ ਜਾਣਾ ਆਖ ਕੇ ਮੈਂ ਜਿਵੇਂ ਖਹਿਣਾ ਛੁਡਾਇਆ ਤੇ ਅਗਨ ਤੁਰ ਪਈ ਉਹ ਘੁੰਮ ਕੇ ਮੇਰੇ ਵੱਲ ਆਈ ਤੇ ਫਿਰ ਮੇਰਾ ਹੱਥ ਫੜ ਕੇ ਬੋਲੀ ਹਾਂ ਇੱਕ ਗੱਲ ਤਾਂ ਮੈਂ ਭੁੱਲੀ ਗਈ ਉਹ ਜਿਹੜੀ ਚਪੜਾਸਣ ਤੇ ਚਪੜਾਸੀ ਤੇਰੇ ਆਦਮੀ ਨੇ ਘਰ ਰੱਖ ਲਏ ਨੇ ਉਹ ਨਹੀਂ ਠੀਕ ਅਖੇ ਅੱਗ ਨੂੰ ਆਈ ਘਰ ਬਾਰ ਨੂੰ ਬਣ ਬੈਠੀ ਉਨਾ ਨੂੰ ਆਖੇ ਕੱਢੋ ਨਹੀਂ ਤਾਂ ਪਛਤਾਓਗੇ ਭੈਣ ਜੀ ਮਗਰੋਂ ਇਹੋ ਜੀਆਂ ਨੂੰ ਸੌ ਜਾਦੂ ਟੂਣੇ ਆਉਂਦੇ ਹੁੰਦੇ ਨੇ ਆਦਮੀਆਂ ਨੂੰ ਮਗਰ ਲਾਉਂਦੇ ਉਹਦਾ ਆਦਮੀ ਤਾਂ ਉਹੀ ਛੁੱਡੂ ਐ ਇਹੋ ਜੇ ਨੂੰ ਤਾਂ ਇਹੋ ਜੀ ਵੇਚ ਕੇ ਖਾ ਜੇ ਤੁਸੀਂ ਤਾਂ ਇੰਨੇ ਪੜੇ ਲਿਖੇ ਹੋ ਸਭ ਸਮਝਦੇ ਹੋ ਘਰ ਨਾ ਉਜੜਨ ਦਿਓ ਆਪਣਾ ਉਹ ਮੇਰੇ ਨਾਲੋਂ ਵੱਧ ਚਿੰਤਾਤੁਰ ਦਿੱਖਦੀ ਸੀ ਤੇ ਹਰ ਪ੍ਰਕਾਰ ਦੀਆਂ ਸਲਾਹਾਂ ਦੇ ਰਹੀ ਸੀ ਬਿਨਾਂ ਕੁਝ ਆਖਿਆ ਮੈਂ ਫਿਰ ਤੁਰ ਪਈ ਬੱਸ ਇੱਕ ਹੀ ਖਿਆਲ بار بار ਮਨ ਚਾ ਰਿਹਾ ਸੀ ਕਿ ਕੀ ਸੱਚਮੁੱਚ ਇਹ ਬਹੁਤਾ ਵੇਲਾ ਘਰ ਨਹੀਂ ਆਉਂਦੇ ਫਿਰ ਕਿੱਥੇ ਰਹਿੰਦੇ ਨੇ ਕੀ ਕਰਦੇ ਨੇ ਕਿਤੇ ਕਲੱਬ ਚ ਬੈਠੇ ਸ਼ਰਾਬ ਤਾਂ ਨਹੀਂ ਪੀਂਦੇ ਰਹਿੰਦੇ ਖਿਆਲ ਆਇਆ ਸੋਨ ਲੱਗਦੀ ਸੀ ਤੂੰ ਜੋ ਨੀਂਦ ਵਾਲੀਆਂ ਗੋਲੀਆਂ ਖਾਂਦੀ ਐ ਕੀ ਉਹ ਨਸ਼ਾ ਨਹੀਂ ਉਫ ਸੜਕ ਪਾਰ ਕਰਨ ਲੱਗੀ ਸੀ ਅੱਜ ਫੇਰ ਕਾਰ ਨਾਲ ਟੱਕਰ ਹੋ ਹੀ ਜਾਣੀ ਸੀ ਕਿੱਡੀ ਜ਼ੋਰ ਨਾਲ ਕਾਰ ਵਾਲੇ ਨੇ ਬ੍ਰੇਕ ਲਗਾਏ ਸਨ ਕਿੰਨਾ ਖਿੱਚ ਗਿਆ ਸੀ ਉਹ ਕਿ ਲੋਕ ਸੁੱਤੇ ਸੜਕਾਂ ਤੇ ਤੁਰੇ ਫਿਰਦੇ ਨੇ ਮੈਂ ਹੋਸਟਲ ਪਰਤ ਪੈਂਦੀ ਆ ਕਮਰੇ ਚ ਜਾਣ ਤੋਂ ਪਹਿਲਾਂ ਲੈਟਰ ਬਾਕਸ ਚਿੱਠੀ ਦੇਖਦੀ ਆ ਚਿੱਠੀ ਤਾਂ ਕਦੇ ਕਦਾਈ ਕਿਸੇ ਦੀ ਆਉਂਦੀ ਐ ਪਰ ਲੈਟਰ ਬਾਕਸ ਮੈਂ ਹਰ ਰੋਜ਼ ਖੋਲ ਕੇ ਦੇਖਦੀ ਆ ਸ਼ਾਇਦ ਮੈਂ ਹਰ ਰੋਜ਼ ਅチェਤੀ ਰਜਿੰਦਰ ਜੀ ਚਿੱਠੀ ਉਡੀਕਦੀ ਰਹਿੰਦੀ ਆ ਸੋਨਲ ਅੱਜ ਵੀ ਕਮਰੇ ਵਿੱਚ ਹੀ ਸੀ ਸੋਚਿਆ ਉਹਦਾ ਪਤਾ ਲੈ ਚਲਾਂ ਤੇਰੀ ਤਬੀਅਤ ਕਿਉਂ ਖਰਾਬ ਹੋ ਗਈ ਸੋਨਲ ਮੈਂ ਉਹਦੇ ਕੁਝ ਕੁ ਪੀਲੇ ਪੈ ਗਏ ਮੂੰਹ ਵੱਲ ਵੇਖਦੇ ਆ ਪੁੱਛਿਆ ਸਾਲੇ ਦੱਕਿਆ ਨੂਸੀ ਲੋਕ ਪ੍ਰੋਬਲਮਸ ਖੜੀਆਂ ਕਰ ਦਿੰਦੇ ਨੇ ਨਾਵਲ ਸਰਾਣੇ ਰੱਖਦੇ ਆ ਉਹ ਬੁਲੀ ਕੀ ਹੋਇਆ ਸਾਲਾ ਇੱਕ ਦੋਸਤ ਆਖਦਾ ਸੀ ਮੇਰੇ ਨਾਲ ਵਿਆਹ ਕਰ ਲੈ ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਾਂਗਾ ਤੈਨੂੰ ਕੀ ਤਰਾਸੀ ਮੈਂ ਇੰਨੀ ਬੇਵਕੂਫ ਨਹੀਂ ਕਿ ਅਗਲੇ ਨੂੰ ਚੁੱਕ ਕੇ ਸਿਰ ਤੇ ਬਿਠਾ ਲਵਾਂ ਤੇ ਫਿਰ ਅਗਲਾ ਮਾਲਕ ਬਣ ਕੇ ਤੁਹਾਨੂੰ ਗੁਲਾਮ ਸਮਝਣ ਲੱਗ ਪਏ ਹਰ ਇੱਕ ਨਾਲ ਥੋੜੀ ਇਓਂ ਹੁੰਦਾ ਹੈ ਕੋਈ ਔਰਤ ਦੱਸ ਜਿੱਥੇ ਇਉਂ ਨਾ ਹੋਇਆ ਹੋਵੇ ਅਖੀਰ ਕਿਸੇ ਨਾਲ ਤਾਂ ਵਿਆਹ ਕਰਨਗੀ ਹੀ ਕਿਉਂ ਜ਼ਰੂਰੀ ਹੈ ساری ਉਮਰ ਕਿਵੇਂ ਰਹਿ ਕਿਵੇਂ ਕੱਟेंगी ਇਹ ਗਲਤ ਧਾਰਨਾਵਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਸੱਚ ਮੰਨ ਲਿਆ ਕਿ ਔਰਤ ਇਕੱਲੀ ਜੀ ਨਹੀਂ ਸਕਦੀ ਫਿਰ ਤੂੰ ਆਪਣੇ ਉਸ ਦੋਸਤ ਨਾਲ ਇੰਨਾ ਮੋਹ ਨਹੀਂ ਸੀ ਪਾਣਾ ਉਹੀ ਮੂਰਖ ਸੀ ਮੈਂ ਕੀ ਕਰ ਸਕਦੀ ਸੀ ਤੂੰ ਕੀ ਆਖਿਆ ਫਿਰ ਮੈਂ ਆਖਿਆ ਜੂਣਾ ਤੂੰ ਆਪਣੇ ਲਈ ਹੈ ਮੇਰੇ ਲਈ ਨਹੀਂ ਆਤਮ ਹੱਤਿਆ ਕਰਨੀ ਹੈ ਬੇਸ਼ੱਕ ਕਰ ਲੈ ਤੇ ਉਹ ਸੁੱਲੂ ਦੇ ਪੱਠੇ ਨੇ ਆਤਮ ਹੱਤਿਆ ਕਰ ਲਈ ਮਰ ਗਿਆ ਮੈਂ ਕਬਰਾਂ ਕੇ ਪੁੱਛਿਆ ਹਾਂ ਸੋਨਲ ਨੇ ਆਖਿਆ ਮੈਂ ਹੈਰਾਨ ਪਰੇਸ਼ਾਨ ਸੋਨਲ ਵੱਲ ਵੇਖਦੀ ਰਹੀ ਇਸੇ ਲਈ ਬਿਮਾਰ ਹੋ ਗਈ ਤੂੰ ਮੈਂ ਪੁੱਛਿਆ ਇਸ ਲਈ ਨਹੀਂ ਕਿ ਉਹ ਮਰ ਗਿਆ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਅਜੇ ਇਸ ਸੈਂਟੀਮੈਂਟਲ ਗਧੇ ਨੂੰ ਮੈਂ ਆਪਣੀ ਦੋਸਤੀ ਦੇ ਕਾਬਿਲ ਕਿਵੇਂ ਸਮਝ ਲਿਆ ਕੋਈ ਦਵਾਈ ਲਿਆ ਦੇ ਡਾਕਟਰ ਤੋਂ ਨਹੀਂ ਆਪਣੇ ਆਪ ਨੂੰ ਠੀਕ ਕਰਨ ਲਈ ਮੈਨੂੰ ਦਵਾਈ ਦੀ ਲੋੜ ਨਹੀਂ ਪੈਂਦੀ ਇਨਰ ਸਟਰੈਂਥ ਦੀ ਲੋੜ ਹੁੰਦੀ ਹੈ ਮਨ ਦੀ ਸਮਰੱਥਾ ਦੀ ਸੋਨਲ ਕਈ ਵਾਰ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਤੈਨੂੰ ਆਪਣੇ ਆਪ ਦੀ ਸਮਝ ਲੱਗਦੀ ਹੈ ਉਹਨੇ ਹੱਸ ਕੇ ਪੁੱਛਿਆ ਕੀ ਪੜ ਰਹੀ ਸੀ ਨਾਵਲ ਨਹੀਂ ਇੱਕ ਐਕਟ੍ਰੈਸ ਦੀ ਸਵੈ ਜੀਵਨੀ ਹੈ ਉਹਨੇ ਕਿਤਾਬ ਮੇਰੀ ਵੱਲ ਕਰਦਿਆਂ ਦੱਸਿਆ ਇੱਕ ਐਕਟ੍ਰੈਸ ਦੀ ਸਵੈ ਜੀਵਨੀ ਚੋ ਕਿ ਮਿਲੇਗਾ ਕੁਝ ਅੱਜ ਦੀ ਕਿਤਾਬ ਪੜ੍ਹਨੀ ਸੀ ਮੈਂ ਆਖਿਆ ਨਜ਼ਰ ਚਾਹੀਦੀ ਹੈ ਹਰ ਬੰਦਾ ਆਪਣੇ ਆਪ ਚ ਇੱਕ ਸ੍ਰਿਸ਼ਟੀ ਹੈ ਤੂੰ ਆਖਦੀ ਤੂੰ ਆਪਣੀ ਸਵੈ ਜੀਵਨੀ ਕਿਉਂ ਨਹੀਂ ਲਿਖਦੀ ਬਹੁਤ ਦਿਲਚਸਪ ਹੋਏਗੀ ਮੈਂ ਹੱਸ ਕੇ ਆਖਿਆ ਮੈਂ ਤਾਂ ਲਿਖ ਸਕਦੀ ਹਾਂ ਉਹ ਤੇਰੇ ਵਰਗੇ ਪਾਠਕ ਅਜੇ ਇਸ ਯੋਗ ਨਹੀਂ ਕਿ ਉਹਨਾਂ ਨੂੰ ਮੈਂ ਆਪਣੀ ਸਵੈ ਜੀਵਨੀ ਪੜਾਵਾਂ ਜਦੋਂ ਉਹ ਪਾਠਕ ਯੋਗ ਹੋਏ ਜੇ ਉਦੋਂ ਤੱਕ ਤੂੰ ਨਾ ਹੋਈ ਮੈਂ ਹੱਸ ਕੇ ਆਖਿਆ ਮੈਂ ਨਾ ਸਹੀ ਕੋਈ ਹੋਰ ਸੋਨਲ ਹੋਏਗੀ ਉਦੋਂ ਤੂ ਤੇ ਲੱਗਦਾ ਵਿਆਹ ਨਹੀਂ ਕਰਨਾ ਹੋਰ ਸੋਨਲ ਕਿੱਥੋਂ ਹੋਏਗੀ ਮੈਂ ਮਜ਼ਾਕ ਕੀਤਾ ਜ਼ਿੰਦਗੀ ਦੇ ਕਹਿਰ ਤੇ ਕਰਮ ਸਦਕਾ ਸੋਨਲਾ ਪੈਦਾ ਹੁੰਦੀਆਂ ਰਹਿਣਗੀਆਂ ਬਿਨਾਂ ਕਿਸੇ ਕੁਖ ਨੂੰ ਦੇਖਿਆਂ ਨਾਲੇ ਮੈਂ ਕਦੋਂ ਆਖਿਆ ਮੈਂ ਵਿਆਹ ਨਹੀਂ ਕਰਾਂਗੀ ਲੱਗਦਾ ਹੈ ਹਾਂ ਅਨ ਆਥੈਂਟਿਕ ਵਿਆਹ ਨਹੀਂ ਕਰਾਂਗੇ ਜਿਸਟ ਸਿਰਫ ਝੂਠ ਹੀ ਜਿਉਣਾ ਪਵੇ ਫਿਰ ਵਿਚਾਰੇ ਇਸ ਬੁਆਏਫ੍ਰੈਂਡ ਨਾਲ ਕਰ ਲੈਂਦੀ ਇਹਨੂੰ ਕਦੇ ਲਈ ਮਰਨ ਦਿੱਤਾ ਤਰਸ ਕਰਕੇ ਮੈਨੂੰ ਤਰਸ ਕਰਨ ਕਰਾਉਣ ਨਾਲ ਨਫ਼ਰਤ ਹੈ। ਚਲ ਛੱਡੇ ਗੱਲ। ਤੂੰ ਮੈਨੂੰ ਦੱਸ ਕੇ ਇਸ ਸਥਿਤੀ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਅੱਗੇ ਵੀ ਆਖਿਆ ਸੀ ਸਭ ਤੋਂ ਪਹਿਲੀ ਗੱਲ ਤੈਨੂੰ ਲੋਕਾਂ ਤੋਂ ਪੁੱਛਣਾ ਛੱਡ ਦੇਣਾ ਚਾਹੀਦਾ ਹੈ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ। ਅੱਛਾ ਚਾਹ ਪੀਏ? ਮੈਂ ਗੱਲ ਮੁਕਾਣ ਦੀ ਕੀਤੀ। ਉਹ ਹੱਸ ਪਈ। ਇੰਨੇ ਨੂੰ ਚੌਕੀਦਾਰ ਨੇ ਆ ਕੇ ਦੱਸਿਆ ਸੋਨਲ ਨੂੰ ਕੋਈ ਮਿਲਣ ਆਇਆ ਸੀ। ਕਹਿੰਦੇ ਮੇਰੀ ਤਬੀਅਤ ਠੀਕ ਨਹੀਂ। ਪੁੱਛਤਾ ਲੈਣਾ ਸੀ ਕੌਣ ਹੈ ਚੌਕੀਦਾਰ ਦੇ ਜਨਮਗਰੋਂ ਮੈਂ ਸੋਨਲ ਨੂੰ ਆਖਿਆ ਸਾਲਾ ਕੋਈ ਵੀ ਹੋਵੇ ਮੇਰੇ ਆਪਣੇ ਨਾਲੋਂ ਤਾਂ ਜ਼ਰੂਰੀ ਨਹੀਂ ਹੀਟਰ ਲਗਾ ਲਗੀ ਮੈਂ ਹੀਟਰ ਵੱਲ ਜਾਂਦੇ ਆ ਪੁੱਛਿਆ ਠੰਡ ਜ਼ਿਆਦਾ ਲੱਗ ਰਹੀ ਹੈ ਲੱਗ ਹੀ ਨਹੀਂ ਰਹੀ ਜਿਵੇਂ ਮੇਰੇ ਹੱਡਾਂ 'ਚ ਲੈਂਦੇ ਜਾ ਰਹੀ ਹੈ ਥੋੜੀ ਬਰਾਂਡੀ ਲੈ ਲੈ ਸੋਨਲ ਨੇ ਆਖਿਆ ਨਹੀਂ ਸੋਨਲ ਬਰਾਂਡੀ ਦੀ ਲੋੜ ਨਹੀਂ ਬਰਾਂਡੀ ਪੀਣੀ ਬੁਰੀ ਗੱਲ ਲੱਗਦੀ ਹੈ ਹਾਂ ਇੰਨਾ ਸੋਚਦੀ ਦੀਆਂ ਤੇਰੇ ਦਿਮਾਗ ਦੀਆਂ ਕਿਸੇ ਦਿਨ ਨਾੜਾ ਫਟ ਜਾਣਗੇ ਅਸਲ 'ਚ ਤੇਰਾ ਨਾਮ ਹਰਜੀਤ ਨਹੀਂ ਅਹਲਿਆ ਹੋਣਾ ਚਾਹੀਦਾ ਸੀ ਜਿਹੜੀ ਪਤੀ ਪਰਮੇਸ਼ਰ ਦੇ ਸ਼ਰਾਪ ਨਾਲ ਸਿਲ ਪੱਥਰ ਹੋ ਜਾਂਦੀ ਹੈ ਭਾਵੇਂ ਉਹਨੇ ਕੁਝ ਵੀ ਗਲਤ ਕੀਤਾ ਨਹੀਂ ਸੀ ਕੁਝ ਗਲਤ ਉਸ ਨਾਲ ਵਾਪਰ ਗਿਆ ਸੀ ਤੇ ਫਿਰ ਹਜ਼ਾਰਾਂ ਸਾਲ ਰਾਮ ਟੋਨੂ ਡਿਗਦੀ ਉਹ ਮੁੜ ਕੇ ਜਿਉਣ ਹੋਣ ਲਈ ਸਾਫ਼ ਹੈ ਉਹਦੇ ਜਿਉਂਦੇ ਰਹਿਣ ਦਾ ਜਾਂ ਨਾ ਰਹਿਣ ਦਾ ਅਧਿਕਾਰ ਉਹਦੇ ਆਪਣੇ ਕੂਲ ਨਹੀਂ ਕਿਸੇ ਮਰਦ ਕੂਲ ਹੈ ਸੋਨਲ ਕਹਿੰਦੀ ਹੈ ਵਾਹ ਰੀ ਹਰਜੀਤ ਠੰਡ ਹੱਡਾਂ ਵਿੱਚ ਲੈਂਦੀ ਜਾ ਰਹੀ ਹੈ ਤੇ ਬਰੰਡੀ ਨਹੀਂ ਲੈ ਸਕਦੀ ਚਾਰ ਮਹੀਨੇ ਹੋ ਗਏ ਹਨ ਹੋਸਟਲ 'ਚ ਰਹਿੰਦੇ ਆ ਉਸ ਦਿਨ ਤੋਂ ਮਗਰੋਂ ਰਜਿੰਦਰ ਹੁਰੀ ਕਦੀ ਨਹੀਂ ਮਿਲੇ ਪਤਾ ਨਹੀਂ ਡਿਵੋਰਸ ਲਈ ਕੋਰਟ ਵਿੱਚ ਅਰਜ਼ੀ ਪਾ ਦਿੱਤੀ ਹੈ ਕਿ ਨਹੀਂ ਹੁਣ ਤੇ ਕਦੇ-ਕਦੇ ਐਂ ਲੱਗਦਾ ਜਿਵੇਂ ਮੈਂ ਹਮੇਸ਼ਾ ਹਮੇਸ਼ਾ ਤੋਂ ਇੱਥੇ ਹੀ ਰਹਿ ਰਹੀ ਹਾਂ ਜਿਵੇਂ ਕਦੇ ਮੇਰਾ ਕੋਈ ਘਰ ਹੈ ਹੀ ਨਹੀਂ ਸੀ ਨਾ ਕੋਈ ਮੇਰਾ ਪਤੀ ਬੇਮਤਲਬ ਜਿਹਾ ਦਿਨ ਚੜਦਾ ਹੈ ਤੇ ਬੇਮਤਲਬ ਜਿਹਾ ਛੇ ਪਹੁੰਚਦਾ ਹੈ ਅਮਰੀਕ ਨੂੰ ਵੀ ਮੈਂ ਕਦੀ ਨਹੀਂ ਮਿਲੀ ਉਸ ਬਾਰੇ ਸੋਚਣਾ ਹੀ ਛੱਡ ਦਿੱਤਾ ਹੈ ਸਮੁੰਦਰ ਵਿੱਚ ਜਿਵੇਂ ਕੋਈ ਜਵਾਰਪਟ ਆਇਆ ਸੀ ਤੇ ਹੁਣ ਤੱਕ ਲੈ ਗਿਆ ਇੱਕ ਪੇਟ ਹੈ ਕਿ ਚੰਗੀ ਤਰ੍ਹਾਂ ਸਾੜੀ ਹੇਠ ਛੁਪਾਇਆ ਵੀ ਜਰਾ ਮਸਾ ਪਤਾ ਲੱਗ ਜਾਂਦਾ ਹੈ ਕਦੀ ਕਦੀ ਇੱਕ ਭੈ ਜਾਗਦਾ ਹੈ ਕਿ ਕਈ ਵਾਰੀ ਜਨੇਪੇ ਵੇਲੇ ਔਰਤਾਂ ਮਰ ਵੀ ਜਾਂਦੀਆਂ ਨੇ ਜੇ ਮੈਨੂੰ ਕੁਝ ਹੋ ਗਿਆ ਕਿ ਰਜਿੰਦਰ ਇਸ ਬੱਚੇ ਨੂੰ ਲੈ ਜਾਏਗਾ ਅਮਰੀਕ ਨੂੰ ਜੇ ਅੱਖਾਂ ਜ਼ਰੂਰ ਲੈ ਜਾਏਗਾ ਪਰ ਕੀ ਅਧਿਕਾਰ ਹੈ ਮੈਨੂੰ ਕਿ ਅਮਰੀਕ ਨੂੰ ਉਹਦੇ ਬੱਚਿਆਂ ਸਾਹਮਣੇ ਸ਼ਰਮਿੰਦਾ ਕਰਾਂ ਉਹ ਵੀ ਬਿਨਾਂ ਕਸੂਰੀ ਫਿਰ ਲੱਗਦਾ ਨਹੀਂ ਹਜ਼ਾਰਾਂ ਹੀ ਔਰਤਾਂ ਦੇ ਬੱਚੇ ਹੁੰਦੇ ਨੇ ਉਹ ਮਰ ਥੋੜੇ ਜਾਂਦੀਆਂ ਨੇ ਮੈਂ ਵੀ ਕਿਸ ਲਈ ਮਰਨਾ ਹੈ ਮੈਂ ਬੱਚੇ ਦਾ ਨਾਮ ਮੁੜ ਕੇ ਸੋਚਦੀ ਹਾਂ ਜੇ ਲੜਕਾ ਹੋਇਆ ਤਾਂ ਰਾਹੁਲ ਨਹੀਂ ਮਨੂ ਨਾਮ ਰੱਖਾਂਗੀ ਪਰ ਮਨੂ ਕਿਉਂ ਮੈਂ ਆਪਣੇ ਆਪ ਤੋਂ ਪੁੱਛਦੀ ਹਾਂ ਇਸ ਲਈ ਤਾਂ ਨਹੀਂ ਕਿ ਦੁਜੀ ਕੋਈ ਸਮਰਤੀ ਲਿਖੀ ਜਾ ਸਕੇ ਜਿਸ ਵਿੱਚ ਔਰਤ ਨੂੰ ਕੁਝ ਰਾਇਤਾਂ ਦਿੱਤੀਆਂ ਹੋਣ ਮੈਂ ਆਪਣੇ ਆਪ ਨੂੰ ਮੁਖੌਲ ਕਰਦੀ ਆਂ ਐਤਵਾਰ ਦਾ ਦਿਨ ਹੈ ਤੇ ਮੈਂ ਬਾਲਤੂ ਕੇ ਬੈਠੀ ਆਂ ਸੋਨਲ ਫਿਲਮ ਵੇਖਣ ਗਈ ਐ ਚੌਕੀਦਾਰ ਨੇ ਆ ਕੇ ਦੱਸਿਆ ਤੁਹਾਨੂੰ ਕੋਈ ਮਿਲਣ ਆਇਆ ਹੈ ਜਾ ਕੇ ਦੇਖਦੀ ਆਂ ਸੁਦਾ ਹੈ ਇਹਨਾਂ ਦੀ ਭੈਣ ਉਹਨੂੰ ਦੇਖ ਕੇ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਪਰ ਆਈਆਂ ਪਰ ਮੈਂ ਵਿੱਚ ਵਿੱਚ ਪੀ ਗਈ ਉਹਨੂੰ ਮੈਂ ਕਮਰੇ ਚ ਲੈ ਆਈ ਕਦੋਂ ਆਈਸੂ ਦਾ ਉਸ ਵੱਲ ਕੁਰਸੀ ਖਿੱਚਦਿਆਂ ਮੈਂ ਪੁੱਛਿਆ 10-12 ਦਿਨ ਹੋ ਗਏ ਬਾਜੀ ਦੇ ਐਕਸੀਡੈਂਟ ਦਾ ਪਤਾ ਲੱਗਿਆ ਸੀ ਐਕਸੀਡੈਂਟ ਮੈਂ ਹੈਰਾਨ ਹੋ ਕੇ ਪੁੱਛਿਆ ਤੁਹਾਨੂੰ ਨਹੀਂ ਪਤਾ ਬਾਜੀ ਦੇ ਸਕੂਟਰ ਦਾ ਇੱਕ ਕਾਰਨਾਲ ਐਕਸੀਡੈਂਟ ਹੋ ਗਿਆ ਬਹੁਤ ਸੱਟਾਂ ਲੱਗੀਆਂ ਸਨ ਉਹ ਤਾਂ ਅਜੇ ਵੀ ਹਸਪਤਾਲ ਵਿੱਚ ਹੀ ਹਨ ਹੁਣ ਕੀ ਹਾਲ ਹੈ ਮੈਂ ਜਿਵੇਂ ਘਬਰਾ ਕੇ ਪੁੱਛਿਆ ਅੱਗੇ ਨਾਲ ਉਹ ਠੀਕ ਨਹੀਂ ਇੱਕ ਲੱਤ ਤੇ ਬਾਹ ਉੱਪਰ ਪਲਸਟਰ ਲੱਗਿਆ ਹੋਇਆ ਦੋ ਪਸਲੀਆਂ ਨੂੰ ਵੀ ਜ਼ਰਬ ਆ ਗਈ ਹੈ ਮੈਸੂਦਾ ਨੂੰ ਚਾਹ ਬਣਾ ਕੇ ਦਿੱਤੀ ਨਾਲ ਬਿਸਕਟ ਵੀ ਧਰੇ ਸੁਦਾ ਨੇ ਚਾਹ ਨਹੀਂ ਪੀਤੀ ਸਗੋਂ ਰੋਣ ਲੱਗ ਪਈ ਤੁਹਾਨੂੰ ਐਉਂ ਨਹੀਂ ਸੀ ਕਰਨਾ ਚਾਹੀਦਾ ਭਾਬੀ ਜੀ ਜਦੋਂ ਦੇ ਤੁਸੀਂ ਘਰੋਂ ਆਏ ਹੋ ਭਾਜੀ ਅੰਤਾਂ ਦੀ ਸ਼ਰਾਬ ਪੀਣ ਲੱਗ ਪਏ ਨੇ ਐਕਸੀਡੈਂਟ ਬਹੁਤੀ ਸ਼ਰਾਬ ਪੀਣ ਕਰਕੇ ਹੋਇਆ ਹੈ ਮੈਂ ਕੋਈ ਉੱਤਰ ਨਾ ਦਿੱਤਾ ਘਰਾਂ 'ਚ ਲੜਾਈ ਝਗੜੇ ਤਾਂ ਸਭ ਦੇ ਹੋ ਜਾਂਦੇ ਨੇ ਇਹ ਔਂਕਾਰ ਛੱਡ ਕੇ ਤਾਂ ਨਹੀਂ ਜਾਈਦਾ ਉਹ ਫੇਰ ਆਖਦੀ ਐ ਤੇ ਨਾਲੇ ਰੋਈ ਜਾ ਰਹੀ ਐ ਸੁਦਾ ਚਾਹ ਪੀ ਮੈਂ ਮੁੜ ਕੱਪ ਨੂੰ ਫੜਾਂਦੀ ਨੀ ਆਖਿਆ ਤੁਸੀਂ ਚੰਗਾ ਨਹੀਂ ਕੀਤਾ ਭਾਬੀ ਜੀ ਸਾਰਿਆਂ ਤੋਂ ਉਲਟ ਹੋ ਕੇ ਕਿਸੇ ਦੀ ਵੀ ਪਰਵਾਹ ਨਾ ਕਰਕੇ ਭਾਜੀ ਨੇ ਤੁਹਾਡੇ ਨਾਲ ਵਿਆਹ ਕੀਤਾ ਸੀ ਸੁਦਾ ਉਹਨਾ ਆਪ ਹੀ ਆਖਿਆ ਸੀ ਮੈਂ ਘਰੋਂ ਚਲੀ ਜਾਵਾਂ ਉਹ ਮੇਰੇ ਨਾਲ ਰਹਿਣਾ ਨਹੀਂ ਚਾਹੁੰਦੇ ਗੁੱਸੇ 'ਚ ਬੰਦਾ ਸੌ ਕੁਝ ਆਖ ਦਿੰਦਾ ਸੱਚ ਤਾਂ ਨਹੀਂ ਮੰਨ ਜਾਈਦਾ ਉਹਨਾਂ ਨੇ ਹੋਰ ਵੀ ਬਹੁਤ ਕੁਝ ਆਖਿਆ ਸੀ ਆਪਣੇ ਆਦਮੀ ਨੂੰ ਇੰਨਾ ਕੁ ਵੀ ਮਾਫ਼ ਨਾ ਕਰ ਸਕੇ ਉਹਨਾਂ ਮੇਰੇ ਚਾਲ ਚੱਲਣ ਤੇ ਸ਼ੱਕ ਕੀਤਾ ਸੀ ਤੁਸੀਂ ਸ਼ੱਕ ਦੂਰ ਕਰ ਦੇਣਾ ਸੀ ਮੈਂ ਅੰਦਰ چیر ਕੇ ਕਿਵੇਂ ਵਿਖਾਉਂਦੀ ਗੁੱਸਾ ਜਰ ਲੰਦੀ ਜਿਸ ਬੰਦੇ ਨੂੰ ਮੇਰੀ ਲੋੜ ਨਹੀਂ ਕਦਰ ਨਹੀਂ ਇੰਨਾ ਮਾੜਾ ਜੋ ਮੇਰੇ ਬਾਰੇ ਸੋਚ ਸਕਦਾ ਹੈ ਤੇ ਅੱਖ ਤੱਕ ਰੋ ਨਿਕਲ ਜਾ ਉਥੇ ਪੈਰ ਅੜਾਈ ਰੱਖਦੀ ਤੇ ਗਲਗਲ ਤੇ ਇਨਸਲਟ ਕਰਵਾਉਂਦੀ ਭਾਬੀ ਜੀ ਹੁਣ ਤਾਂ ਤੁਸੀਂ ਮੇਰੇ ਨਾਲੋਂ ਵੱਡੇ ਹੋ ਤੇ ਸਿਆਣੇ ਵੀ ਪਰ ਜ਼ਰਾ ਸੋਚੋ ਜੇ ਭਾਜੀ ਸੱਚੀ ਤੁਹਾਨੂੰ ਨਫ਼ਰਤ ਕਰਦੇ ਹੁੰਦੇ ਸੱਚੀ ਮਾੜੀ ਔਰਤ ਸਮਝਦੇ ਹੁੰਦੇ ਫਿਰ ਉਹ ਤੁਹਾਨੂੰ ਇੰਨਾ ਮਿਸ ਨਾ ਕਰਦੇ ਸੁਦਾ ਉਹ ਮੈਨੂੰ ਡਿਵੋਰਸ ਦੇ ਰਹੇ ਨੇ ਤੁਸੀਂ ਆਪਣੀ ਸਾਰਿਆਂ ਦੀ ਪਸੰਦ ਦੀ ਕਿਸੇ ਚੰਗੀ ਲੜਕੀ ਨਾਲ ਉਹਨਾਂ ਦਾ ਵਿਆਹ ਕਰ ਦੇਣਾ ਆਖਦੀ ਮੈਂ ਰੋ ਪਈ ਭਾਬੀ ਜੀ ਮੈਂ ਤੁਹਾਨੂੰ ਲੈਣ ਆਈਆਂ ਤੂੰ ਉਹਨਾਂ ਨੂੰ ਦੱਸ ਕੇ ਆਈਆਂ ਨਹੀਂ ਫਿਰ ਮੈਂ ਨਹੀਂ ਜਾ ਸਕਦੀ ਖਬਰ ਲੈਣ ਵੀ ਨਹੀਂ ਜਾਓਗੇ ਉਹ ਨਰਾਜ਼ ਹੋਣਗੇ ਤੈਨੂੰ ਵੀ ਤੁਹਾਨੂੰ ਇਸ ਲਈ ਨਹੀਂ ਬਾਜੀ ਦੀ ਪਰਵਾਹ ਕੇ ਤੁਸੀਂ ਆਪਣੀ ਰੋਟੀ ਆਪ ਕਮਾ ਸਕਦੇ ਹੋ ਜਾਂ ਤੁਸੀਂ ਉਹਨਾਂ ਦੇ ਕਹਿਣੇ 'ਚ ਨਹੀਂ ਚੱਲਣਾ ਚਾਹੁੰਦੇ ਸੁਦਾ ਨੇ ਹਰਕ ਕਿ ਆਖਿਆ ਸੁਦਾ ਦਾ ਹਰਕ ਸਮਝ ਆਉਂਦਾ ਸੀ ਉਹ ਸਿਰਫ ਆਪਣੇ ਭਰਾ ਬਾਰੇ ਸੋਚ ਰਹੀ ਸੀ ਸੁਦਾ ਮੈਂ ਬਿਨਾਂ ਮਤਲਬ ਇਨਸਲਟ ਨਹੀਂ ਕਰਵਾ ਸਕਦੀ ਜੋ ਇਨਸਾਨ ਤੁਹਾਨੂੰ ਪਿਆਰ ਕਰਦਾ ਹੈ ਉਹਨੂੰ ਝਿੜਕਣ ਦਾ ਵੀ ਤਾਂ ਹੱਕ ਹੈ ਮੈਂ ਕੋਈ ਉੱਤਰ ਨਾ ਦਿੱਤਾ। ਉਹਨੇ ਸੰਵਾਰ ਕੇ ਮੇਰੇ ਵੱਲ ਵੇਖਿਆ ਤੇ ਫਿਰ ਪੂਰੀਆਂ ਅੱਖਾਂ ਖੋਲ ਕੇ ਮੁਸਕਰਾ ਕੇ ਪੁੱਛਣ ਲੱਗੀ। ਭਾਬੀ ਜੀ ਕੋਈ ਖੁਸ਼ਖਬਰੀ ਹੈ? ਮੈਂ ਆਖਿਆ ਹਾਂ ਪਰ ਉਹ ਇਸ ਬੱਚੇ ਨੂੰ ਆਪਣਾ ਮੰਨਣ ਲਈ ਤਿਆਰ ਨਹੀਂ। ਸੁਦਾ ਦੀਆਂ ਜਗਦੀਆਂ ਅੱਖਾਂ ਜਿਵੇਂ 부ਝ ਗਈਆਂ। ਤਾਂ ਇਹ ਗੱਲ ਹੈ ਸ਼ਾਇਦ ਉਹ ਸੋਚ ਰਹੀ ਸੀ। ਪਰ ਭਾਬੀ ਜੀ ਉੱਚੋਂ ਕੇ ਬੋਲੀ ਹਾਂ। ਭਾਬੀ ਜੀ ਖੂਨ ਦਾ ਟੈਸਟ ਵੀ ਹੁੰਦਾ ਹੈ। ਜਿਸ ਤੋਂ ਬੱਚੇ ਦੇ ਬਾਪ ਦਾ ਪਤਾ ਲੱਗ ਜਾਂਦਾ ਹੈ ਸੁਦਾ ਜਿਸ ਆਦਮੀ ਨੂੰ ਮੇਰੇ ਉੱਪਰ ਯਕੀਨ ਨਹੀਂ ਉਹਨੂੰ ਮੈਂ ਬਲੱਡ ਟੈਸਟ ਨਾਲ ਵੀ ਯਕੀਨ ਦਿਵਾਉਣਾ ਨਹੀਂ ਚਾਹੁੰਦੀ ਪਰ ਕਿਉਂ ਮੈਂ ਇਹਨੂੰ ਆਪਣੀ ਤੋਹੀਨ ਸਮਝਦੀ ਹਾਂ ਈਉਂ ਇੱਕ ਨਹੀਂ ਦੋ ਨਹੀਂ ਤਿੰਨ ਜ਼ਿੰਦਗੀਆਂ ਤਬਾਹ ਕਰਨਾ ਚਾਹੁੰਦੇ ਹੋ ਕਸੂਰਵਾਰ ਹਮੇਸ਼ਾ ਔਰਤ ਹੀ ਹੁੰਦੀ ਹੈ ਭਾਬੀ ਜੀ ਮੈਂ ਬਹਿਸ ਕਰਨਾ ਨਹੀਂ ਚਾਹੁੰਦੀ ਜੇ ਤੁਸੀਂ ਹਰ ਮੰਨ ਲਓਗੇ ਕੁਝ ਕਸ ਨਹੀਂ ਕਸਦਾ ਨਹੀਂ ਚੱਲਿਆ ਕਰ ਬਰਬਾਦ ਹੋਣੋਂ ਬਚ ਜਾਏਗਾ ਕੀ ਹਰਮਨਾ ਕਿ ਮੈਂ ਕਟਿਆ ਬਦਚਲਣ ਔਰਤਾਂ ਪਰ ਬਾਜੀ ਨੂੰ ਇਹ ਸ਼ਾਕੀ ਕਿਉਂ ਪਿਆ ਇਸ ਵਿੱਚ ਮੈਂ ਕੀ ਕਰ ਸਕਦੀ ਆ ਜੇ ਉਹਨਾਂ ਦੀ ਸੋਚ ਹੀ ਐਸੀ ਹੈ ਕੌਣ ਹੈ ਉਹ ਜਿਸ ਬਾਰੇ ਬਾਜੀ ਇਹੋ ਸੋਚਦੇ ਨੇ ਸਾਡੇ ਦਫ਼ਤਰ ਦਾ ਇੱਕ ਬੰਦਾ ਹੈ ਤੁਸੀਂ ਉਸ ਦਫ਼ਤਰ ਵਿੱਚੋਂ ਬਦਲੀ ਕਰਵਾ ਲਓ ਜਾਂ ਨੌਕਰੀ ਛੱਡ ਦਿਓ ਇਸ ਵਿੱਚ ਕੀ ਹੈ ਨਹੀਂ ਇਹ ਨਹੀਂ ਹੋ ਸਕਦਾ ਅਸਲ 'ਚ ਜਦੋਂ ਬੰਦਾ ਕਿਸੇ ਨੂੰ ਬਹੁਤ ਪਿਆਰ ਕਰਦਾ ਹੋਵੇ ਫਿਰ ਉਹਦਾ ਸੁਭਾਅ ਚੱਕੀ ਹੋ ਜਾਂਦਾ ਭਾਬੀ ਜੀ ਸੁਦਾ ਹੁਣ ਤਾਂ ਜੋ ਕੁਝ ਵੀ ਹੈ ਜਿਵੇਂ ਵੀ ਹੈ ਬਸ ਠੀਕ ਹੈ ਮੇਰੇ ਵਿੱਚ ਤਾਂ ਲੜਨ ਝਗੜਨ ਦੀ ਵੀ ਸਮਰੱਥਾ ਨਹੀਂ ਮੈਂ ਥੱਕੀ ਆਵਾਜ਼ ਚ ਆਖਿਆ ਕਿਸੇ ਹੋਰ ਪਾਸੇ ਧਿਆਨ ਤੋਂ ਬਿਨਾ ਔਰਤ ਇੰਝ ਆਪਣਾ ਘਰ ਨਹੀਂ ਤੋੜਦੀ ਹੁੰਦੀ ਕੀ ਤੁਸੀਂ ਸੱਚ ਆਖ ਰਹੇ ਹੋ ਭਾਬੀ ਜੀ ਕਿ ਸੁਦਾ ਕੋਈ ਹੋਰ ਗੱਲ ਕਰ ਭਾਜੀ ਜਾਨੀ ਪਹਿਲਾਂ ਵਾਲੇ ਭਾਜੀ ਨਹੀਂ ਰਹੇ ਖਬਰ ਨੂੰ ਤਾਂ ਚੱਲੋਂਗੇ ਮੇਰੇ ਨਾਲ ਉਮੇ ਉਹ ਤੈਨੂੰ ਗੁੱਸੇ ਤਾਂ ਨਹੀਂ ਹੋਣਗੇ ਇੱਥੇ ਆਉਣ ਲਈ ਹੋ ਜਾਣ ਗੁੱਸੇ ਸੁਦਾ ਭਾਬੀ ਜੀ ਤੁਸੀਂ ਕਿਵੇਂ ਸਾਰੇ ਰਿਸ਼ਤੇ ਤੋੜ ਦਿੱਤੇ ਰਿਸ਼ਤੇ ਤਾਂ ਨਹੀਂ ਤੋੜੇ ਪਰ ਲੱਗਦਾ ਕਿੰਨੇ ਬੱਚੇ ਕਿੰਨੇ ਕੱਚੇ ਸਨ ਇਹ ਰਿਸ਼ਤੇ ਮੇਰਾ ਮਨ ਭਾਰ ਆਇਆ ਚਲੋ ਤਿਆਰ ਹੋ ਚਲਿਏ ਸੁਦਾ ਉੱਠ ਕੇ ਕਮਰੇ ਨੂੰ ਧਿਆਨ ਨਾਲ ਦੇਖਦੀ ਬੋਲੀ ਮੈਂ ਸੁਦਾ ਦੇ ਨਾਲ ਰਜਿੰਦਰ ਹੋਰਾਂ ਦੀ ਖਬਰ ਲਈ ਹਸਪਤਾਲ ਗਈ 5-7 ਮਿੰਟ ਬੈਠੀ ਰਹੀ ਉਹਨਾਂ ਮੇਰੇ ਵੱਲ ਵੇਖਿਆ ਨਹੀਂ ਨਹੀਂ ਮੇਰੀ ਗੱਲ ਦਾ ਜਵਾਬ ਦਿੱਤਾ ਜਦੋਂ ਮੈਂ ਪੁੱਛਿਆ ਕਿ ਹੁਣ ਕੀ ਹਾਲ ਹੈ ਪਤਾ ਨਹੀਂ ਸੱਟਾਂ ਲੱਗ ਜਾਣ ਕਰਕੇ ਜਾਂ ਮੈਂ ਕਈ ਮਹੀਨਿਆਂ ਮਗਰੋਂ ਦੇਖੀ ਸੀ ਮੈਨੂੰ ਉਹ ਕੁਮਲਾਏ ਜੇ ਲੱਗੇ ਜੀ ਕੀਤਾ ਗੱਲ ਨੂੰ ਚੰਬੜ ਕੇ ਉੱਚੀ ਉੱਚੀ ਪੁੱਬਾ ਮਾਰ ਕੇ ਰੁਮਾ ਸੋਦਾ ਬਾਥਰੂਮ 'ਚ ਚਲੀ ਗਈ ਸੀ ਸ਼ਾਇਦ ਇਹ ਸੋਚ ਕੇ ਕਿ ਇਕੱਲੇ ਅਸੀਂ ਕੋਈ ਗੱਲ ਕਰੀਏ ਪਰ ਸਾਡੇ ਕੋਲ ਜਿਵੇਂ ਕਰਨ ਜੋਗੀ ਕੋਈ ਗੱਲ ਹੀ ਨਹੀਂ ਸੀ ਮੇਰੇ ਭਾਰੇ ਹੋਰੇ ਜਿਸਮ ਵੱਲ ਇੱਕ ਵਾਰੀ ਇਹਨਾਂ ਦਾ ਧਿਆਨ ਗਿਆ ਸੀ ਤੇ ਇਹਨਾਂ ਦੇ ਮੱਥੇ ਉੱਪਰ ਸ਼ਿਕਨ ਗੂੜੀ ਹੋ ਗਈ ਸੀ ਚੁੱਪ ਬਹੁਤ ਬੋਝਲ ਹੋ ਰਹੀ ਸੀ ਅੱਛਾ ਮੈਂ ਚਲਦੀ ਆਂ ਆਖ ਮੈਂ ਉੱਠ ਖੜੀ ਹੋਈ ਇਹਨਾਂ ਮੇਰੀ ਵੱਲ ਝਾਕ ਕੇ ਤੇ ਨਾ ਹੀ ਕੋਈ ਉੱਤਰ ਦਿੱਤਾ ਬੈਠੋ ਚਲੇ ਜਾਣਾ ਸੋਧਾ ਨਹੀਂ ਕਮਰੇ ਚ ਆਉਂਦੀ ਨਹੀਂ ਆਖਿਆ ਫੇਰ ਆ ਜਾਾਂਗੀ ਮੈਂ ਸਰਸਰੀ ਆਖਿਆ ਹੁਣੇ ਹੀ ਨਾ ਜਾਓ ਹੈ ਨਾ ਭਾਜੀ ਉਹਨੇ ਅੱਧੀ ਗੱਲ ਮੈਨੂੰ ਤੇ ਅੱਧੀ ਰਜਿੰਦਰ ਨੂੰ ਆਖੀ ਇੱਕ ਕੋੜ ਕੇ ਸੁਦਾਵਲ ਚੱਕੇ ਉਹ ਹੋਰ ਪਾਸੇ ਚਾਕਣ ਲੱਗ ਪਈ ਮੈਂ ਚੁੱਪ-ਚਾਪ ਕਮਰੇ ਤੋਂ ਬਾਹਰ ਆ ਗਈ ਪੈਦਲੀ ਹੋਸਟਲ ਵੱਲ ਨੂੰ ਤੁਰ ਪਈ ਇੱਕ ਕਾਰ ਮੇਰੇ ਬਰਾਬਰ ਆ ਕੇ ਰੁਕੀ ਮੁੜ ਕੇ ਦੇਖਿਆ ਸਾਡਾ ਗਵੰਡੀ ਮਿਸਟਰ ਸੋਡੀਸੀ ਉਸੇ ਔਰਤ ਦਾ ਘਰ ਵਾਲਾ ਨਮਸਤੇ ਮਿਸਿਸ ਰਜਿੰਦਰ ਕਿੱਧਰ ਜਾ ਰਹੇ ਹੋ ਆ ਜਾਓ ਮੈਂ ਲਾ ਜਾਵਾਂਗਾ ਉਹਨੇ ਬਰਾਬਰ ਵਾਲੀ ਤਾਕੀ ਖੋਲਦੇ ਆਖਿਆ ਨਹੀਂ ਥੈਂਕਸ ਮੈਂ ਬਸ ਥੋੜੀ ਦੂਰੀ ਜਾਣਾ ਮੈਂ ਆਖਿਆ ਅੱਜ ਉਹ ਜਿੱਥੇ ਵੀ ਜਾਣਾ ਹੈ ਲਾ ਦੇਾਂਗਾ ਉਹਨੇ ਬਹੁਤ ਜ਼ੋਰ ਪਾਉਂਦੇ ਆਖਿਆ ਬਾਲ ਬੱਚੇਦਾਰ ਹੈ ਗਵੰਡੀ ਹੈ ਇਹਨਾਂ ਨੂੰ ਜਾਣਦਾ ਹੈ ਆਦ ਗੱਲਾਂ ਤਾਂ ਮੈਨੂੰ ਪਤਾ ਸੀ ਫਿਰ ਵੀ ਮੈਂ ਝਿਜਕ ਰਹੀ ਸੀ ਤੁਸੀਂ ਚਲੋ ਮੈਂ ਤਾਂ ਨੇੜੇ ਹੀ ਜਾਣਾ ਮੈਂ ਫੇਰ ਆਖਿਆ ਨੇੜੇ ਹੀ ਲਾ ਦੇਾਂਗਾ ਉਹਨੇ ਫੇਰ ਆਖਿਆ ਨਾ ਚਾਹੁੰਦਿਆਂ ਵੀ ਮੈਂ ਉਹਦੇ ਨਾਲ ਬੈਠ ਗਈ ਹੋਸਟਲ 'ਚ ਰਹਿਣ ਲੱਗ ਪਈ ਫੇਰ ਉਹਨੇ ਜਾਣਦਿਆਂ ਹੋਿਆਂ ਵੀ ਪੁੱਛਿਆ ਹਾਂ ਮੈਂ ਆਖਿਆ ਅਸੀਂ ਤਾਂ ਤੁਹਾਡੇ ਹੌਸਲੇ ਦੀ ਦਾਤ ਦਿੰਨੇ ਆਂ ਬਈ ਨਹੀਂ ਨਹੀਂ ਵੀ ਦੀ ਅਲੱਗ ਹੋ ਜਾਓ ਨਹੀਂ ਤਾਂ ਭਾਰਤੀ ਔਰਤ ਤਾਂ ਸਮਝੋ ਲਸੂੜੇ ਦੀ ਗਿੱਟ ਖੋ ਕੇ ਚੰਬੜ ਜਾਂਦੀ ਹੈ ਉਹ ਬੋਲਿਆ ਮੇਰਾ ਗੱਲਾਂ ਕਰਨ ਤੇ ਮਨ ਨਹੀਂ ਸੀ ਕੋਈ ਕੰਮ ਹੋਵੇ ਕਦੀ ਦੱਸਣਾ ਚੱਕਣਾ ਨਹੀਂ ਇਹ ਮੇਰਾ ਟੈਲੀਫੋਨ ਨੰਬਰ ਹੈ ਉਹਨੇ ਆਪਣਾ ਕਾਰਡ ਫੜਾਉਂਦੀ ਆਖਿਆ ਮੈਂ ਫਿਰ ਵੀ ਕੋਈ ਉੱਤਰ ਨਾ ਦਿੱਤਾ ਕਾਰਡ ਭਾਵੇਂ ਫੜ ਲਿਆ ਚਾਹ ਦਾ ਕੱਪ ਨਾ ਪੀ ਲਈਏ ਇੱਕ ਇੱਕ ਉਨੇ ਕੁਆਲਿਟੀ ਕੋਲ ਕਾਰ ਰੋਕਦਿਆਂ ਪੁੱਛਿਆ ਨਹੀਂ ਮੇਰਾ ਮਨ ਨਹੀਂ ਤੁਸੀਂ ਪੀਓ ਮੈਂ ਇੱਥੋਂ ਪੈਦਲ ਚਲੀ ਜਾਵਾਂਗੀ ਮੈਂ ਤਾਂ ਕੀ ਖੋਲਦਿਆਂ ਆਖਿਆ ਨਹੀਂ ਨਹੀਂ ਚਾਹ ਨਹੀਂ ਪੀਣੀ ਨਾ ਸਹੀ ਉਤਰੋਂ ਤਾਂ ਨਾ ਮੈਂ ਖੁਦ ਛੱਡ ਕੇ ਆਵਾਂਗਾ ਉਹਨੇ ਕਾਲੀ ਨਾਲ ਮੇਰਾ ਹੱਥ ਫੜ ਕੇ ਰੋਕਿਆ ਓਡੀ ਕਾਲੀ ਨਾਲ ਉਹਦਾ ਹੱਥ ਮੈਂ ਪਰਾਂ ਕਰ ਦਿੱਤਾ ਤੇ ਸੁਵਾਰ ਕੇ ਉਸ ਵੱਲ ਚੱਕੀ ਉਹ ਹੱਸ ਪਿਆ ਤੇ ਆਖਣ ਲੱਗਿਆ ਮਿਸਿਸ ਰਜਿੰਦਰ ਨਾਰਾਜ਼ ਕਿਉਂ ਹੋਂਦੇ ਹੋ ਅਸੀਂ ਤਾਂ ਤੁਹਾਡੇ ਕਦਰਦਾਨਾਂ ਵਿੱਚੋਂ ਹਾਂ ਸਾਰੇ ਆਖਦੇ ਨੇ ਕਮਾਲ ਦੀ ਔਰਤ ਹੈ ਮਿਸਿਸ ਰਜਿੰਦਰ ਸੋਹਣੀ ਅਕਲਮੰਦ ਤੇ ਹੌਸਲੇ ਵਾਲੀ ਤੁਸੀਂ ਆਖਣਾ ਕੀ ਚਾਹੁੰਦੇ ਹੋ ਮੈਂ ਗੱਲ ਟੋਕ ਕੇ ਕਿਹਾ ਇਹੀ ਕਿ ਕਦੇ ਸਾਨੂੰ ਵੀ ਮੌਕਾ ਦਿਆ ਕਰੋ ਤੁਹਾਡੀ ਤੁਹਾਡੇ ਕਿਸੇ ਕੰਮ ਆ ਸਕੀਏ ਮਿਸਟਰ ਸੋਢੀ ਕਾਰ ਰੋਕ ਦਿਓ ਮੈਂ ਉਤਰਨਾ ਮੈਂ ਖਿੱਚ ਗਈ ਸੀ ਮੇਰੇ ਸਾਹਮਣੇ ਤਾਂ شریف ਔਰਤਾਂ ਵਾਲੀ ਐਕਟਿੰਗ ਨਾ ਕਰੋ ਉਹ ਗੰਭੀਰ ਹੋ ਕੇ ਬੋਲਿਆ ਕਾਰ ਰੋਕੋ ਮੈਂ ਚੀਕ ਕੇ ਕਿਹਾ ਇੱਕ ਝਟਕੇ ਨਾਲ ਕਾਰ ਕਾਰ ਰੁਕੀ। ਉਹਨੇ ਮੇਰੀ ਛਾਤੀ ਵੱਲ ਘੂਟ ਮਾਰਿਆ। ਮੈਂ ਢੀ ਜ਼ੋਰ ਦੀ ਤੱਕਾ ਦਿੱਤਾ ਕਿ ਉਹਦਾ ਸਿਰ ਬਾਰੀ ਨਾਲ ਵੱਜਿਆ। ਮੈਂ ਬਾਰੀ ਖੋਲ ਕੇ ਹੇਠਾਂ ਉਤਰ ਗਈ। ਅਗਬਰੌਂਦੀਆਂ ਅੱਖਾਂ ਨਾਲ ਝਾਕਦਾ ਟੁੱਟੇ ਠੀਕਰੇ ਵਰਗਾ ਮੂੰਹ ਬਣਾਈ ਨਾਸਾਂ ਬੁਲਾਉਂਦਾ ਉਹ ਕਾਰ ਇੱਕਦਮ ਤੇਜ਼ ਚਲਾ ਕੇ ਚਲਾ ਗਿਆ। ਬੌਂਦਲੀ ਜਈ ਨੇ ਮੈਂ ਰਿਕਸ਼ਾ ਕੀਤਾ। ਬਹੁਤ ਘਬਰਾਏ, ਬਹੁਤ ਪਰੇਸ਼ਾਨ ਮੈਂ ਹੋਸਟਲ ਅਪੜੀ। ਮੈਨੂੰ ਚੱਕਰ ਆ ਰਹੇ ਸਨ ਮੈਂ ਸੋਨਲ ਦੇ ਕਮਰੇ 'ਚ ਗਈ ਤੇ ਉਹਨੂੰ ਆਖਿਆ ਫੋਨ ਕਰਕੇ ਡਾਕਟਰ ਨੂੰ ਪੁੱਛ ਦੇਵੇ ਕਿ ਮੈਨੂੰ ਕੀ ਲੈਣਾ ਚਾਹੀਦਾ ਹੈ ਕੀ ਹੋਇਆ ਰਾਹ 'ਚ ਇੱਕ ਗੁੰਡਾ ਟੱਕਰ ਗਿਆ ਸੀ ਲਿਫਟ ਜੋ ਲੈ ਲਈ ਸੀ ਮੂਰਖ ਬਿਨਾਂ ਜਾਣ ਪਹਿਚਾਨ ਲਿਫਟ ਨਹੀਂ ਲਈਦੀ ਉਹ ਹਰਾਮੀ ਸਾਡਾ ਗਵੰਡੀ ਸੀ ਬਾਲ ਬੱਚੇਦਾਰ ਇਹੋ ਜੇ ਸਗੋਂ ਵਧੇਰੇ ਖਤਰਨਾਕ ਹੁੰਦੇ ਨੇ ਇਹਨਾਂ ਨੂੰ ਪਤਾ ਜੇ ਹੁੰਦਾ ਕਿ ਅਗਲੀ ਸ਼ਰਮ ਦੀ ਮਾਰੀ ਕਿਸੇ ਨੂੰ ਕੁਝ ਨਹੀਂ ਦੱਸੂਗੀ ਇਹੋ ਜੇ ਦਾ ਇੱਕ ਹੀ ਇਲਾਜ ਹੈ ਕਿ ਜੁੱਤੀ ਲਾ ਲਵੋ ਪੰਜ ਚਾਰ ਮਾਰੋ ਸਿਰ ਚ ਤੇ ਅਗਲਾ ਵੀ ਸ਼ਰਮ ਦਾ ਮਾਰਿਆ ਕਿਸੇ ਨੂੰ ਦੱਸਦਾ ਨਹੀਂ ਸੋਨਾ ਲਖ ਰਹੀ ਸੀ ਪਰ ਮੈਂ ਤਾਂ ਬਹੁਤ ਘਬਰਾ ਗਈ ਸੀ ਇਹੀ ਤਾਂ ਗਲਤ ਹੁੰਦਾ ਹੈ ਅਗਲੇ ਨੂੰ ਇਹ ਨਾ ਕਦੇ ਲੱਗਣ ਦਿਓ ਕਿ ਤੁਸੀਂ ਡਰ ਗਏ ਹੋ ਲੋਕ ਕਿੱਡੇ ਕਮੀਨੇ ਨੇ ਕੱਲ ਨੂੰ ਉਹਦੇ ਧੀਆ ਪੁੱਤਰਾਂ ਦੇ ਸਾਹਮਣੇ ਉਹਦੀ ਵਾਟੀ ਨੂੰ ਦੱਸ ਕਿਆ ਕਿ ਤੇਰੇ ਆਦਮੀ ਨੇ ਕੱਲ ਇਉਂ ਬਿਹੇਵ ਕੀਤਾ ਇਸ ਗੱਲ 'ਚ ਮੇਰੀ ਵੀ ਤਾਂ ਨਾਲ ਬਦਨਾਮੀ ਹੈ ਹਰਜੀਤ ਗਲਤ ਜੋ ਤੁਹਾਡੇ ਨਾਲ ਵਾਪਰਦਾ ਉਸ ਤੋਂ ਸ਼ਰਮ ਕਾਦੀ ਉਸ ਵਿੱਚ ਤੁਹਾਡਾ ਕੀ ਕਸੂਰ ਸੋਨਾ ਲੋਕ ਹਰ ਗੱਲ ਦੇ ਆਪਣੇ ਆਪਣੇ ਮਤਲਬ ਤੇ ਅਰਥ ਕੱਢਦੇ ਨੇ ਤੇ ਲੋਕਾਂ ਤੋਂ ਇੰਨੀ ਡਰਦੀ ਕਿਉਂ ਹੈ ਪਤਾ ਨਹੀਂ ਜਦੋਂ ਮੈਂ ਆਖਿਆ ਮੈਨੂੰ ਰੋਣਾ ਆ ਗਿਆ ਕੱਲ ਉਹਦੇ ਅਫਸਰ ਨੂੰ ਦੱਸੀਏ ਸੋਨਲ ਨੇ ਪੁੱਛਿਆ ਨਹੀਂ ਉਹ ਆਖੇਗਾ ਮੈਂ ਹੀ ਝੂਠ ਬੋਲਦੀ ਆ ਮੈਂ ਹੀ ਚੰਗੀ ਔਰਤ ਨਹੀਂ ਮੈਂ ਪਹਿਲੇ ਹੀ ਆਪਣੇ ਆਦਮੀ ਨੂੰ ਛੱਡਿਆ ਹੋਇਆ ਫਿਰ ਜੁੱਤੀ ਨਾਲ ਮਸਲ ਸੁਟੇ ਗੱਲ ਐਡੀ ਦਿਲ ਨੂੰ ਕਾਦੇ ਲਈ ਲਾਉਣੀ ਹੈ ਮੈਂ ਸੋਨਲ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਸੋਨਲ ਨੇ ਡਾਕਟਰ ਨੂੰ ਫੋਨ ਕਰਕੇ ਦੱਸਿਆ ਕਿ ਮੇਰਾ ਜੀ ਖबरा ਰਿਆ ਡਾਕਟਰ ਨੇ ਉਧਰੋਂ ਹੀ ਲੰਘ ਕੇ ਕਿਧਰੇ ਜਾਣਾ ਸੀ ਉਹ ਮੈਨੂੰ ਦੇਖਣ ਆ ਗਈ ਬਲੱਡ ਪ੍ਰੈਸ਼ਰ ਦੇਖਿਆ ਤੇ ਗੋਲੀਆਂ ਲਿਖ ਦਿੱਤੀਆਂ ਤੂੰ ਥੋੜੀ ਵਿਸਕੀ ਲੈ ਲੈ ਸਭ ਠੀਕ ਹੋ ਜਾਏਗਾ ਸੋਨਲ ਨੇ ਗਲਾਸ ਵਿੱਚ ਵਿਸਕੀ ਪਾਈ ਤੇ ਵਿੱਚ ਪਾਣੀ ਪਾਉਂਦਿਆਂ ਆਖਿਆ ਸੋਨਲ ਜੇ ਦੁਨੀਆ ਨੂੰ ਜਰਨ ਜੋਗੀ ਤਾਕਤ ਨਹੀਂ ਤਾਂ ਘਰੋਂ ਪੈਰ ਕਾ ਦੇ ਲਈ ਪੁੱਟਿਆ ਸੀ ਪਤੀ ਦੇਵ ਨੂੰ ਆਖਣਾ ਸੀ ਨਾ ਮੈਂ ਨੌਕਰੀ ਕਰਨ ਜੋਗੀ ਆ ਨਾ ਮੈਂ ਰਿਸ਼ਤਿਆਂ ਦੀ ਟੁੱਟ ਭੱਜ ਜਰਨ ਜੋਗੀ ਆ ਬਸ ਆਪਣੇ ਚਰਨਾ ਚ ਥਾਂ ਦੇ ਛੱਡੋ ਸੋਨਲ ਮਜ਼ਾਕ ਕਰ ਰਹੀ ਸੀ ਸੋਨਲ ਮੈਂ ਗਲਾਸ ਫੜਨ ਤੋਂ ਚੀਜ਼ ਕਰੀ ਸੀ ਬੀਲਾ ਚੁੱਪ ਕਰਕੇ ਸੋਨਲ ਤਾੜ ਰਹੀ ਸੀ ਸੋਨਲ ਮੇਰਾ ਜੀ ਘਬਰਾ ਰਿਹਾ ਨਾ ਸਹੀ ਆਖ ਵਿਸਕੀ ਦਾ ਉਹ ਗਲਾਸ ਸੋਨਲ ਨੇ ਆਪ ਪੀ ਲਿਆ ਤੇ ਆਪਣੇ ਪਰਸ ਵਿੱਚੋਂ ਕੰਪੋਜ਼ ਦੀਆਂ ਦੋ ਗੁਲੀਆਂ ਕੱਢ ਕੇ ਦੇਂਦੀ ਕਹਿਣ ਲੱਗੇ ਡਾਕਟਰ ਨੇ ਇਹ ਲਿਖਿਆ ਨਹੀਂ ਗੋਲੀਆਂ ਲੈਣ ਮਗਰੋਂ ਮੈਂ ਰੋਟੀ ਵੀ ਖਾ ਲਈ ਉਹਨੇ ਆਪ ਸੋਫੇ ਉੱਪਰ ਕੰਬਲ ਵਿਛਾ ਲਏ ਤੇ ਆਪਣਾ ਬਿਸਤਰਾ ਮੇਰੇ ਲਈ ਛੱਡ ਦਿੱਤਾ ਮੈਂ ਆਪਣੇ ਕਮਰੇ 'ਚ ਜਾ ਕੇ ਕੱਪੜੇ ਬਦਲ ਲਈ ਸੋਨਲ ਜੇ ਤੂੰ ਵੀ ਇੱਥੇ ਨਾ ਹੁੰਦੀ ਪਤਾ ਨਹੀਂ ਮੇਰਾ ਕੀ ਬਣਦਾ ਮੈਂ ਜਦੋਂ ਆਖਿਆ ਸੋਨਲ ਬੋਲੀ ਤੈਨੂੰ ਰੱਬ 'ਚ ਨਹੀਂ ਯਕੀਨ ਮੈਂ ਅੱਗੋਂ ਕੁਝ ਨਹੀਂ ਆਖਿਆ ਮੇਜ਼ ਤੇ ਪਈ ਕੀਰੋ ਦੇ ਹਸਤ ਰੇਖਾ ਦੀ ਕਿਤਾਬ ਲੈ ਕੇ ਆਪਣੇ ਹੱਥ ਦੀਆਂ ਲਕੀਰਾਂ ਦੇ ਅਰਥ ਲੱਭਣ ਲੱਗ ਪਈ ਪਰ ਝੱਟੇ نیند ਆਣ ਲੱਗੀ ਕੰਪੋਜ਼ ਦੀਆਂ ਗੋਲੀਆਂ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਸੀ ਇੱਕਾ ਇੱਕ ਢਿੱਡ 'ਚ ਹਲਚਲ ਜੀ ਹੋਈ ਕਿਤਾ ਪਰਾਂ ਰੱਖ ਕੇ ਮੈਂ ਦੋਵੇਂ ਹੱਥ ਆਪਣੇ ਪੇਟ ਤੇ ਰੱਖ ਲਏ ਤੇ ਇੱਕਾ ਇੱਕ ਮਨ ਹੋਇਆ ਤੇ ਨਹੀਂ ਮੇਰੇ ਘਰ ਪੁੱਤਰ ਹੀ ਹੋਵੇ ਤੇ ਛੇਤੀ ਦੇ ਕੇ ਵੱਡਾ ਹੋ ਜਾਏ ਤੇ ਫਿਰ ਪਤਾ ਨਹੀਂ ਕਦੋਂ ਮੈਨੂੰ ਨੀਂਦ ਆ ਗਈ